about to tune into Radio Thalga. News, politics, talk shows, culture and entertainment. A show you can count on as your own with the latest and greatest information. ਜ਼ਿੰਦਗੀ ਵਿੱਚ ਮਿਲਦੇ ਨੇ ਕੁਝ ਲੋਕ ਜੋ ਵਾਅਦਾ ਤਾਂ ਨਹੀਂ ਕਰਦੇ ਪਰ ਸਾਥ ਜ਼ਰੂਰ ਨਿਭਾਉਂਦੇ ਨੇ ਥੈਂਕਸ ਫੋਰ ਆਲ ਦਾ ਲਵ ਸੈੱਟ ਕਰ ਲਓ ਵਾਜ ਸਪੀਕਰਾਂ ਦੀ ਤਹਿਲਕਾ ਵਾਲੇ ਆਉਣ ਲੱਗੇ ਆਕਾਸ਼ਬਾਣੀ 1690 ਏਮ ਦੇ ਨਾਲ ਜੁੜ ਚੁੱਕੇ ਪਰਿਵਾਰ ਨੂੰ ਅਮਰ ਸਿੰਘ ਪੱਡਾ ਵੱਲੋਂ ਸਤਿ ਸ਼੍ਰੀ ਅਕਾਲ ਸਟੂਡੀਓ ਵਿੱਚ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ 1-905-405-0200 ਨੱਪਣ ਦੀ ਲੋੜ ਹੈ ਮੰਡੇ ਟੂ ਫਰਾਈਡੇ ਰੇਡੀਓ ਤਹਿਲਕਾ ਦੇ ਵਿੱਚ ਆਪਣਾ ਸਾਥ 12 ਵਜੇ ਤੋਂ ਲੈ ਕੇ ਟੋਰਾਂਟੋ ਦੇ 3 ਵਜੇ ਤੱਕ ਹੋਵੇਗਾ 3 ਵਜੇ ਤੋਂ ਲੈ ਕੇ ਬਾਅਦ 'ਚ ਅੱਜ ਪ੍ਰੋਗਰਾਮ ਬੰਦ ਰਹਿਣਗੇ ਫਿਰ ਮਾਲਟਨ ਗੁਰੂ ਘਰ ਤੋਂ ਪ੍ਰੋਗਰਾਮ ਲਾਈਵ ਪੇਸ਼ ਹੋਵੇਗਾ ਸੋ ਤੁਸੀਂ ਪ੍ਰੋਗਰਾਮ ਟੋਰਾਂਟੋ ਦੇ ਪੂਰੇ 9 ਵਜੇ ਔਨ ਕਰ ਲੈਂਦੇ ਹੋ 9 ਵਜੇ ਤੋਂ ਲੈ ਕੇ 11 ਵਜੇ ਤੱਕ ਜੋਤੀ ਸਿੰਘ ਮਾਨ ਹੁਣੀ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਨੇ ਤੁਸੀਂ ਬੜਾ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਰੇਡੀਓ ਅਤੇ ਟੀ ਵੀ ਫਤਿਹ 5 ਜੋਤੀ ਸਿੰਘ ਮਾਨ ਹੁਣੀ ਪ੍ਰੋਗਰਾਮ 9 ਤੋਂ ਲੈ ਕੇ 11 ਵਜੇ ਤੱਕ 11 ਤੋਂ ਲੈ ਕੇ 12 ਵਜੇ ਤੱਕ ਸੰਦੀਪ ਸਿੰਘ ਭੱਟੀ ਹੁਣੀ ਰੇਡੀਓ ਅਤੇ ਟੀ ਵੀ ਹਲਚਲ ਸੋ ਹੁਣ ਆਪਾਂ 3 ਘੰਟੇ ਪ੍ਰੋਗਰਾਮ 'ਚ ਰਲ ਮਿਲ ਕੇ ਸਾਂਝ ਪਾਉਣੀ ਹੈ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਸੋ 1-905-405-0200 'ਤੇ ਗੱਲਬਾਤ ਕਰ ਸਕਦੇ ਹੋ 1-905-405-0002 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਲਓ ਜੀ ਅੱਜ ਆਪਾਂ ਵਿਸ਼ਾ ਬਿਲਕੁਲ ਉੱਪਰ ਰੱਖਾਂਗੇ ਕਿਸੇ ਵਿਸ਼ੇ ਨੂੰ ਟੱਚ ਕੀਤਾ ਜਾ ਸਕਦਾ ਕੋਈ ਪਿਛਲੇ ਵੀਕ ਦੀ ਗੱਲਬਾਤ ਰਹਿ ਗਈ ਹੈ ਉਹ ਤੁਸੀਂ ਕਰਨੀ ਚਾਹੁੰਦੇ ਹੋ ਜਾਂ ਕੋਈ ਤੁਸੀਂ ਅੱਜ ਕੋਈ ਨਵਾਂ ਵਿਸ਼ਾ ਛੇੜਨਾ ਚਾਹੁੰਦੇ ਹੋ ਅੱਜ ਫਰਾਈਡੇ ਵਾਲਾ ਦਿਨ ਹੈ ਆਪਣਾ ਵਿਸ਼ਾ ਬਿਲਕੁਲ ਓਪਨ ਹੋਵੇਗਾ ਓਪਨ ਵਿਸ਼ੇ 'ਚ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ ਕੋਈ ਵੀ ਗੱਲਬਾਤ ਕਰ ਸਕਦੇ ਹੋ ਪਰ ਨਾਲ ਆਪਾਂ ਇੱਕ ਫਰਾਈਡੇ ਵਾਲੇ ਦਿਨ ਲਾਈਟ ਵਿਸ਼ਾ ਰੱਖਾਂਗੇ 2023 ਦੇ ਵਿੱਚ ਤੁਹਾਨੂੰ ਕੀ ਮਹਿਸੂਸ ਹੋਇਆ ਕਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਅਤੇ ਕਿਹੜੀਆਂ ਸਹੀ ਹੋਈਆਂ ਨੇ ਤਾਂ 2024 ਵਿੱਚ ਆਪਾਂ ਕਿਵੇਂ ਇਸ ਨੂੰ ਬੈਟਰ ਕਰ ਸਕਦੇ ਹਾਂ ਸੋ ਆਪਾਂ ਅੱਜ ਇਹ ਗੱਲਬਾਤ ਕਰਨੀ ਹੈ 1-905-405-0002 ਬਿਲਕੁਲ ਤੁਸੀਂ ਟੱਚ ਕਰ ਸਕਦੇ ਹੋ ਕੀ 2023 ਦੇ ਵਿੱਚ ਕੀ ਮਹਿਸੂਸ ਕੀਤਾ ਕਿਹੜੀ ਗਲਤੀ ਸਾਡੇ ਕੋਲ ਹੋ ਗਈ ਕੀ ਆਪਾਂ ਨੂੰ ਬੈਟਰ ਕਰਨਾ ਚਾਹੀਦਾ ਸੀ ਇੱਕ ਦੂਜੇ ਤੋਂ ਆਪਾਂ ਸਿੱਖਾਂਗੇ ਵੀ ਕੀ ਕੁਛ 2023 ਦੇ ਵਿੱਚ ਹੋ ਚੁੱਕ ਹੋਇਆ ਅਤੇ 24 ਦੇ ਵਿੱਚ ਆਪਾਂ ਉਸ ਨੂੰ ਬੈਟਰ ਕਰ ਸਕਦੇ ਹਾਂ ਸੋ ਨੰਬਰ ਹੋਵੇਗਾ 1-905-405-0002 ਤੁਸੀਂ ਬੜਾ ਕੁਛ ਵੇਖਿਆ ਤੁਹਾਨੂੰ ਕੁਛ ਐਸੀਆਂ ਚੀਜ਼ਾਂ ਹੋਈਆਂ ਜਿਹੜੀਆਂ ਬੜੀਆਂ ਹਰਟ ਹੋਈਆਂ ਤੁਹਾਨੂੰ ਇਸ ਤਰ੍ਹਾਂ ਲੱਗਾ ਵੀ ਆਹ ਚੀਜ਼ ਸਾਡੇ ਬਹੁਤ ਗਲਤ ਹੋਈ ਹੈ ਸੋ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜਿਹਦਾ ਕਰਕੇ ਸਾਡੀ ਇਕੋਨਮੀ ਡਿੱਗ ਸਕਦੀ ਹੈ ਜਾਂ ਸਾਡਾ ਫਿਊਚਰ ਖਰਾਬ ਹੋ ਸਕਦਾ ਸਾਡੇ ਬੱਚਿਆਂ ਦੀ ਸੇਫਟੀ ਨਹੀਂ ਰਹੀ ਜਾ ਸਕਦੀ ਜਾਂ ਸਾਡਾ ਕੋਈ ਫੂਡ ਹੈਲਥ ਸਿਸਟਮ ਨਹੀਂ ਠੀਕ ਰਹੇਗਾ ਸਾਡਾ ਹੋਸਪਿਟਲ ਸਿਸਟਮ ਠੀਕ ਨਹੀਂ ਰਹੇਗਾ ਸੋ ਉਹ ਆਪਾਂ ਅੱਜ ਗੱਲਬਾਤ ਕਰਨੀ ਹੈ 1-905-405-0002 ਨੰਬਰ ਹੈ 1-905-405-0002 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਲਓ ਜੀ ਕੁਛ ਇੱਕ ਤੋਂ ਖਬਰਾਂ ਦੇ ਦਈਏ ਕਿਉਂਕਿ ਲਾਈਨ ਤਾਂ ਬਿਜ਼ੀ ਹੋ ਚੁੱਕੀਆਂ ਨੇ ਇੱਕ ਮੈਂ ਯੋਧਿਓ ਤੁਹਾਨੂੰ ਧੰਨਵਾਦ ਕਰਾਂਗਾ ਸਲੂਟ ਕਰਾਂਗਾ ਮੇਰੇ ਵਰਗੇ ਇੱਕ ਡਿੱਗੇ ਹੋਏ ਹੋਸਟ ਨੂੰ ਚੁੱਕ ਕੇ ਤੁਸੀਂ ਕੁਰਸੀ 'ਤੇ ਬਿਠਾਲ ਕੇ ਇੰਨਾ ਮਾਣ ਦਿੰਦੇ ਹੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੁਹਾਡਾ ਅਹਿਸਾਨ ਮੈਂ ਕਿਤੇ ਨਾ ਕਿਤੇ ਝੁਕਾ ਕੇ ਜਾਵਾਂਗਾ ਮੈਂ ਕਈ ਵਾਰੀ ਭਾਵੁਕ ਹੋ ਜਾਂਦਾ ਕਈ ਵਾਰੀ ਕੁਛ ਉਮੀਦਾਂ ਨਹੀਂ ਹੁੰਦੀਆਂ ਕਿਉਂਕਿ ਮੇਰੇ ਵਰਗੇ ਲੋਕ ਜਿਹੜੇ ਨੇ ਇਹ ਰੇਡੀਓ 'ਤੇ ਬੈਠਣ ਵਾਲੇ ਨਹੀਂ ਹੈ ਸਹੀ ਮੈਨੇ 'ਚ ਮੈਂ ਆਪਣੇ ਆਪ ਨੂੰ ਇਹ ਕਹਾਂਗਾ ਕਿਉਂਕਿ ਰੇਡੀਓ ਦੇ ਉੱਪਰ ਝੂਠ ਤੂਫਾਨ ਅਤੇ ਜੋ ਤੁਹਾਡੇ ਲੋਕ ਚਾਹੁੰਦੇ ਨੇ ਉਹ ਗੱਲ ਕਰਨੀ ਕਿਉਂਕਿ ਮੈਂ ਕਈ ਵਾਰੀ ਹਰ ਇੱਕ ਦੇ ਖਿਲਾਫ਼ ਬੋਲ ਦਿੰਦਾ ਸੋ ਪਰ ਫਿਰ ਵੀ ਸੋਤੇ ਕਹਿੰਦੇ ਨਹੀਂ ਤੂੰ ਠੀਕ ਹੈ ਤੈਨੂੰ ਅਸੀਂ ਪਿਆਰ ਕਰਦੇ ਹਾਂ ਸੋ ਜਾਣੇ ਜਾਣੇ 'ਚ ਕਈ ਵਾਰੀ ਬੜਾ ਕੁਛ ਹੋ ਜਾਂਦਾ ਸੋ ਪਹਿਲਾਂ ਤਾਂ ਮੈਂ ਉਸ ਦੀ ਤੁਹਾਡੇ ਕੋਲ ਮਾਫ਼ੀ ਵੀ ਮੰਗਾਂਗਾ ਜੇ ਮੈਂ ਕਿਸੇ ਦੀ ਫੀਲਿੰਗ ਜਾਂ ਕਿਸੇ ਦੀਆਂ ਭਾਵਨਾਵਾਂ ਮੇਰੇ ਕੋਲ ਹਰਟ ਹੋਈਆਂ ਤਾਂ ਮੈਂ ਬਿਲਕੁਲ ਤੁਹਾਡੇ ਚਰਨਾਂ ਵਿੱਚ ਪੈਰਾਂ ਭਾਰ ਬੈਠ ਕੇ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਮਾਫ਼ੀ ਮੰਗਾਂਗਾ ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਮੈਂ ਸਿਸਟਮ ਨੂੰ ਆਪਾਂ ਬੈਟਰ ਕਰ ਸਕੀਏ ਕਈ ਵਾਰੀ 100 ਬੰਦਿਆਂ ਦੇ ਵਿੱਚੋਂ 5 ਬੰਦੇ ਜਿਹੜੇ ਗਲਤ ਹੁੰਦੇ ਨੇ
ਤੇ ਉਹ ਆਪਾਂ ਟਾਰਗੇਟ 100 ਨੂੰ ਹੀ ਕਰ ਬੈਠਦੇ, ਬਾਅਦ ਦੇ ਵਿੱਚ ਫਿਰ ਰੀਅਲਾਈਜ਼ ਕਰਦੇ ਵੀ ਜਿਹੜਾ ਟਾਰਗੇਟ ਹੈ ਉਹ 5 ਨੂੰ ਹੀ ਚਾਹੀਦਾ ਸੀ, ਵੀ ਕਿਸੇ ਤਰੀਕੇ ਨਾਲ ਗੱਲ ਕਰ ਲੈਂਦੇ ਠੀਕ ਸੀਗਾ। ਚਲੋ ਕੋਈ ਗੱਲ ਨਹੀਂ ਹੈ, ਤੁਸੀਂ ਇੱਕ ਆਪਣਾ ਵੱਡਾ ਵੀਰ, ਛੋਟਾ ਵੀਰ, ਆਪਣਾ ਬੱਚਾ, ਭੈਣ ਭਰਾ ਸਮਝ ਕੇ ਮੈਨੂੰ ਮਾਫ਼ ਕਰ ਦਿੰਦੇ ਹੋ, ਸੋ ਮੈਂ ਤੁਹਾਡਾ ਧੰਨਵਾਦ ਹੀ ਕਰਾਂਗਾ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਆਪਣੀ ਪਾਪੂਲੈਰਿਟੀ ਹੋਈ ਆ 2023 ਦੇ ਵਿੱਚ, ਇਹ ਇੱਕ ਰੈਕਡ ਬ੍ਰੇਕ ਹੈ, ਇੱਕ ਵੱਖਰਾ ਸ਼ੌਕ ਹੋਣ ਵਾਲੀ ਹੈ ਜਿਹੜੀ ਆਪਣੀ ਇੰਨੀ ਪਾਪੂਲੈਰਿਟੀ ਹੋਈ ਆ। ਸੋ ਇਸ ਤੋਂ ਮੈਂ ਮਹਿਸੂਸ ਕਰਦਾ ਵੀ ਜੇ ਕੋਈ ਮੇਰੇ ਕੋਲ ਕੋਈ ਕੌੜਾ ਸ਼ਬਦ ਬੋਲਿਆ ਵੀ ਜਾਂਦਾ ਤਾਂ ਮੈਨੂੰ ਸਰੋਤੇ ਮਾਫ਼ ਕਰ ਦਿੰਦੇ ਨੇ, ਨਹੀਂ ਤਾਂ ਕਈ ਵਾਰੀ ਟੁੱਟ ਜਾਂਦੇ ਨੇ। ਪਰ ਜੇ ਤੁਸੀਂ ਮੇਰੇ ਨਾਲ ਸਟਿਲ ਜੁੜੇ ਹੀ ਹੋ, ਇੰਨਾ ਪਿਆਰ ਕਰਦੇ ਹੋ, ਤਾਂ ਫਿਰ ਤੁਸੀਂ ਆਪਣੇ ਆਪ ਹੀ ਵਾਚ ਕਰ ਲੈਂਦੇ ਹੋ ਵੀ ਬੰਦਾ ਕਿਵੇਂ, ਕਿਸ ਤਰ੍ਹਾਂ ਦਾ ਹੈਗਾ, ਹਿਊਮਨ ਕਿਸ ਤਰ੍ਹਾਂ ਦਾ ਹੈਗਾ। ਸੋ ਇਹ ਮਾਈਕ 'ਤੇ ਬੈਠਣ ਦੇ ਕਾਬਲ ਤਾਂ ਨਹੀਂ ਹੈ, ਕਿਉਂਕਿ ਮਾਈਕ 'ਤੇ ਬੈਠਣ ਵਾਲੇ ਐਵੇਂ ਗੋਂਗੜੂਆਂ 'ਤੇ ਮਿੱਟੀ ਝਾੜਨ ਵਾਲੇ ਲੋਕ ਹੁੰਦੇ ਨੇ, ਸਹੀ ਮਿਹਨੇ 'ਚ ਪੋਲੀਟੀਸ਼ੀਅਨ ਹੈ, ਜਿੱਧਰਲੇ ਪਾਸੇ ਨੂੰ ਲੋਕ ਤੁਰੇ ਜਾਂਦੇ ਨੇ ਉੱਧਰ ਨੂੰ ਤੁਰੇ ਜਾਂਦੇ ਨੇ। ਕਦੀ ਨਹੀਂ ਕੋਈ ਕਹੇਗਾ ਵੀ ਤੁਸੀਂ ਗਲਤ ਡਾਇਰੈਕਸ਼ਨ ਨੂੰ ਹੋ, ਰੁਕ ਜਾਓ, ਨਹੀਂ, ਉਹਨਾਂ ਕਹਿਣਾ ਹਾਂ ਹਾਂ ਤੁਸੀਂ ਸਹੀ ਹੋ। ਫਿਰ ਜਦੋਂ ਲੋਕ ਜਿਹੜੇ ਨੇ ਉਹ ਗਲਤ ਡਾਇਰੈਕਸ਼ਨ ਨੂੰ ਤੁਰ ਕੇ ਧੱਕੇ ਖਾ ਕੇ ਵਾਪਸ ਆਉਂਦੇ ਨੇ, ਫਿਰ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੀ ਰੱਖਿਆ ਕਰਾਂਗੇ, ਤੁਹਾਡੇ ਨਾਲ ਖੜ੍ਹੇ ਹਾਂ, ਦਿਸ ਦੈਟ, ਇੱਦਾਂ ਦੀਆਂ ਗੱਲਾਂ ਬਾਤਾਂ ਮੋਸਟਲੀ ਕਰਦੇ ਨੇ। ਮੈਂ ਕਈ ਵਾਰੀ ਦੇਖਦਾ ਹੁੰਦਾ ਇੱਥੇ ਬੜਬੜੇ ਕਈ ਚੈਨਲ ਕਹਿੰਦੇ ਜੀ ਅਸੀਂ ਖੋਲ੍ਹ ਕੇ ਬੈਠੇ ਹਾਂ, ਉਹਨਾਂ ਦੇ ਹੋਸਟ ਵੇਖਿਓ, ਜੇ ਕਿਸੇ ਬੰਦੇ ਨੂੰ ਕਾਲੀ ਖੰਘ ਆ ਗਈ ਹੋਵੇ ਤਾਂ ਕੀ ਲੈਣਾ ਚਾਹੀਦਾ? ਉਹ ਕਹਿੰਦਾ ਗਾਜਰਾਂ ਦੇ ਵਿੱਚ ਨਿੰਬੂ ਪਾ ਲਿਆ ਕਰੋ, ਗੰਢੇ ਜਿਹੜੇ ਨੇ 5-7 ਖਾ ਲਿਆ ਕਰੋ, ਲਸਣ ਖਾ ਲਿਆ ਕਰੋ, ਆਪਣੇ ਸਿਰ ਦੇ ਬੋਦੇ ਪੱਟ ਲਿਆ ਕਰੋ, ਇੱਦਾਂ ਦੀਆਂ ਗੱਲਾਂ ਕਰਕੇ ਆਪਦੀਆਂ ਵੀਡੀਓ ਪਾਉਂਦੇ ਨੇ। ਸੋ ਕਈ ਵਾਰੀ ਸ਼ਰਮ ਆਉਂਦੀ ਹੈ ਵੀ ਇੱਕ ਬੱਚਿਆਂ ਵਾਲੀਆਂ ਗੱਲਾਂ ਕਰਕੇ ਤੁਸੀਂ ਵੀਡੀਓ ਪਾਉਂਦੇ ਹੋ, ਬਹਾਨਾ ਹੀ ਲੱਭਦੇ ਨੇ ਵੀ ਚੱਲ ਆਹ ਕਲਿੱਪ ਪਾ ਦਿਓ, ਆਹ ਪਾ ਦਿਓ ਕਿਸੇ ਤਰੀਕੇ ਨਾਲ। ਮੈਂ ਕਹਾਂਗਾ ਯੁਰਤ ਵਾਲੀ ਗੱਲ ਕਰਿਆ ਕਰੋ, ਇਨਸਾਨ ਨੇ ਇਸ ਦੁਨੀਆ ਤੋਂ ਮਰਤਾ ਜਾਣਾ ਹੀ ਹੈ, ਕੋਈ 20 ਸਾਲ ਪਹਿਲੋਂ ਮਰ ਗਿਆ, ਕੋਈ ਬਾਅਦ 'ਚ ਮਰ ਗਿਆ, ਹਰ ਇੱਕ ਨੇ ਇਸ ਦੁਨੀਆ ਤੋਂ ਚਲੇ ਜਾਣਾ। ਸੋ ਇਹ ਕੋਨਸੈਪਟ ਦੇ ਅਧੀਨ ਇੱਕ ਤਾਕਤ ਨਾਲ ਗੱਲ ਜਿਹੜੀ ਕਰਨੀ ਚਾਹੀਦੀ ਹੈ। ਸੋ ਇਹ ਕਾਰਨ ਹੋ ਸਕਦੇ ਨੇ ਜਿਹੜੇ ਸਰੋਤੇ ਨੇ ਮੈਨੂੰ ਆਸ਼ੀਰਵਾਦ ਦਿੰਦੇ ਨੇ, ਸੋ ਮੈਂ ਤੁਹਾਡਾ ਧੰਨਵਾਦ ਕਰਾਂਗਾ, ਥੈਂਕ ਯੂ। ਇੱਕ ਨਮਾਣੇ ਜਿਹੇ ਬੰਦੇ ਨੂੰ, ਡਿੱਗੇ ਹੋਏ ਹੋਸਟ ਨੂੰ ਤੁਸੀਂ ਚੁੱਕ ਕੇ ਕੁਰਸੀ 'ਤੇ ਬਿਠਾਇਆ। ਸੋ ਤੇ ਅੱਜ ਮੇਰਾ ਖਿਆਲ ਆਪਣੇ ਆਹ ਸਾਲ ਦਾ ਅਖੀਰਲਾ ਹੀ ਪ੍ਰੋਗਰਾਮ ਹੋਵੇਗਾ। ਮੇਰਾ ਕੁਛ ਨਵੇਂ ਲੋਕ ਜੁੜਦੇ ਨੇ, ਕੁਛ ਪੁਰਾਣੇ ਜੁੜੇ ਹੁੰਦੇ ਨੇ, ਇੱਥੇ ਕੁਛ ਬੰਦੇ ਰਲ ਕੇ ਜਿਨ੍ਹਾਂ ਨੇ ਮੇਰਾ ਇੱਕ ਛੋਟਾ ਜਿਹਾ ਚੈਨਲ ਸੀਗਾ, ਮੈਂ ਕੌੜਾ ਬੋਲਦਾ ਸੀ, ਸੱਚ ਦੀ ਗੱਲ ਕਰਦਾ ਸੀ, ਪਰ ਮੈਂ ਅਣਜਾਣ ਸੀ, ਮੇਰੇ ਕੋਲ ਬਾਲੀ ਸਿੱਖਿਆ ਨਹੀਂ ਸੀ, ਮੈਨੂੰ ਕੌਨਸਟੀਟਿਊਸ਼ਨ, ਕਾਨੂੰਨਾਂ, ਕੈਦਿਆਂ, ਇੱਥੋਂ ਦੇ CRTC ਦੀਆਂ ਪੋਲਿਸੀਜ਼, ਕਿਵੇਂ ਬੰਦਾ ਘਿਰ ਸਕਦਾ, ਉਹਦੇ ਬਾਰੇ ਮੈਂ ਬਾਹਲਾ ਨੌਲੇਜ ਨਹੀਂ ਸੀ ਰੱਖਦਾ, ਪਰ ਦਲੇਰੀ ਬੜੀ ਸੀ। ਪਰ ਉਹਦਾ ਕਰਕੇ ਮੈਂ ਕੁਛ ਰਾਕਸ਼ਸ ਲੋਕਾਂ ਦੇ ਹੱਥ ਆ ਗਿਆ, ਵਿੱਚ ਭਾਵਾਂ ਗੌਰਮੈਂਟਾਂ ਦਾ ਵੀ ਹੱਥ ਰਿਹਾ, ਬੜਾ ਕੁਛ ਹੋਇਆ, ਪਰ ਉਸ ਵੇਲੇ ਇਹਨਾਂ ਨੇ ਮੇਰਾ ਚੈਨਲ ਬੰਦ ਕਰਾਤਾ। ਕਿਤੇ ਮੈਂ ਰੇਡੀਓ ਕਰਦਾ ਸੀਗਾ, ਕਿਸੇ ਹੋਰ ਚੈਨਲ 'ਤੇ ਮੈਂ ਕਰਦਾ ਸੀਗਾ, ਅਤੇ ਉੱਥੋਂ ਫਿਰ ਮੇਰੇ ਕੋਲ ਪਾਵਰ ਕੋਈ ਨਹੀਂ ਸੀ, ਮੈਂ ਕੁਛ ਮਾਲਕ ਨੂੰ ਵੀ ਕਿਹਾ ਬਈ ਜੋ ਮਰਜ਼ੀ ਹੈ ਵੀ ਮੇਰੀ ਆਵਾਜ਼ ਨਹੀਂ ਬੰਦ ਹੋਣੀ ਚਾਹੀਦੀ, ਪਰ ਉਹ ਵੀ ਬੇਬਸ ਹੋ ਗਿਆ ਵਿਚਾਰੇ, ਉਹਨਾਂ ਦਾ ਵੀ ਕੋਈ ਫੋਲਟ ਨਹੀਂ ਹੈ, ਕਿਉਂਕਿ ਜਿਹੜੇ ਰਾਕਸ਼ਸ਼ ਨੇ ਗੁੰਡੇ ਇਕੱਠੇ ਹੋ ਕੇ ਪੈ ਗਏ। ਅਤੇ ਮੁੜ ਕੇ ਬਾਅਦ ਦੇ ਵਿੱਚ ਤੁਸੀਂ ਵੀ ਇੱਕ ਹੋਰ ਚੈਨਲ ਲੱਭਾ, ਇੱਥੇ ਵੀ ਕੰਪਲੇਂਟ, ਪਤਾ ਨਹੀਂ ਕੀ ਕੁਛ ਕੀਤਾ ਇਹਨਾਂ ਲੋਕਾਂ ਨੇ, ਪਰ ਤੁਸੀਂ ਬੜਾ ਪਿਆਰ ਦਿੱਤਾ। ਫਿਰ ਇਹ ਜਿਹੜੇ ਗੁੰਡੇ ਜਿਹੜੇ ਮੈਂ ਗੱਲ ਕਰ ਰਿਹਾ ਸੀ, ਕੁਛ ਐਵੇਂ ਜਿਨ੍ਹਾਂ ਦੇ ਹੱਥ 'ਚ ਥੋੜ੍ਹੇ ਜਿਹਾ ਸਮੇਂ ਲਈ ਪਾਵਰ ਆ ਗਈ, ਫਿਰ ਮੈਂ ਇਕੱਲੇ ਇਕੱਲੇ ਮਾਂਜੇ, ਫਿਰ ਜੂਤ ਵੀ ਫੇਰਿਆ ਮੈਂ, ਲੈਟ ਮੀ ਕਲੀਅਰ ਦਿਸ, ਮੇਰੇ ਕੋਲ ਵੀਡੀਓ ਤੱਕ ਪਈਆਂ ਨੇ, ਫਿਰ ਮੈਂ ਚੁਣ ਚੁਣ ਕੇ ਬਦਲੇ ਵੀ ਲੈਂਦਾ ਰਿਹਾ, ਕਿਉਂਕਿ ਮੈਂ 10ਵੇਂ ਪਾਤਸ਼ਾਹ ਦਾ ਸਿੱਖ ਹਾਂ। ਤਾਂ ਫਿਰ ਤੁਸੀਂ ਵੀ ਪਿਆਰ ਦਿੱਤਾ, ਤਾਂ ਫਿਰ ਮੈਂ ਇੱਥੇ ਪਹੁੰਚ ਗਿਆ, ਅੱਜ ਬੜੇ ਧੱਕੇ ਖਾ ਕੇ ਇੱਥੇ ਪਹੁੰਚਾਂ। ਸੋ ਇਸ ਕਰਕੇ ਮੈਂ ਆਲਵੇਸ ਗੱਲ ਇਹ ਕਰਦਾ ਹੁੰਦਾ ਵੀ ਤੁਹਾਨੂੰ ਕਿਤੇ ਧੱਕੇ ਖਾਣ ਦੀ ਲੋੜ ਨਾ ਪੈ ਜਾਵੇ, ਮੈਂ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਤੁਹਾਡੇ ਤੱਕ ਸ਼ੇਅਰ ਕਰਕੇ ਜਾਵਾਂ, ਕਿੱਥੇ ਸਾਡੇ 'ਚ ਕਮੀਆਂ ਨੇ, ਕਿੱਥੇ ਗਲਤੀਆਂ ਨੇ, ਉਹਨਾਂ ਨੂੰ ਬੈਟਰ ਕਰ ਲਈਏ ਆਪਾਂ ਪਹਿਲਾਂ ਹੀ ਮਿਸਟੇਕ ਕਰਨ ਤੋਂ, ਨਹੀਂ ਤਾਂ ਆਮ ਵਿਅਕਤੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰਦਾ ਨਹੀਂ ਹੈ। ਸੋ ਤੁਸੀਂ ਪਿਆਰ ਦਿੱਤਾ, ਬਹੁਤ ਬਹੁਤ ਧੰਨਵਾਦ ਹੈ। ਸੋ ਮੈਂ ਕੁਛ ਖਬਰਾਂ ਪੇਸ਼ ਕਰਾਂਗਾ, ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ। ਇਨਸਾਨ ਨੂੰ ਹਮੇਸ਼ਾ ਹੀ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ, ਜੇ ਅੱਜ ਇੱਥੇ ਪਹੁੰਚੇ ਹਾਂ ਤਾਂ ਤੁਹਾਡੇ ਚਰਨਾਂ ਵਿੱਚ ਹੀ ਰਵਾਂਗੇ, ਤਾਂ ਪਹਿਲਾਂ ਵੀ ਉੱਥੇ ਹੀ ਸੀ, ਅੱਜ ਵੀ ਉੱਥੇ, ਤਾਂ ਗਾਂਹ ਵੀ ਉੱਥੇ ਹੀ ਹੈ, ਇਹ ਹੀ ਆਪਾਂ ਜ਼ਿੰਦਗੀ 'ਚ ਖੱਟਿਆ, ਨਹੀਂ ਤਾਂ ਲੋਕ ਭੁੱਲ ਜਾਂਦੇ ਨੇ, ਮੈਂ ਕਦੀ ਭੁੱਲਾਂਗਾ ਨਹੀਂ। ਕਿਤੇ ਸਮਾਂ ਆਵੇਗਾ ਤਾਂ ਤੁਹਾਡਾ ਅਹਿਸਾਨ ਜਿਹੜਾ ਮੇਰੇ ਸਿਰ 'ਤੇ ਚਾੜ੍ਹਤਾ ਤੁਸੀਂ ਕਰਜ਼ਾ, ਮੈਂ ਤੁਹਾਡਾ ਕਰਜ਼ਾ ਜਿਹੜਾ ਮੋੜ ਕੇ ਜਾਵਾਂਗਾ। ਧੰਨਵਾਦ ਹੈ। ਸੋ ਲਓ ਜੀ, ਕੁਛ ਆਪਾਂ ਖਬਰਾਂ ਜੋਧੋ ਦੇ ਦਈਏ। ਪਹਿਲੀ ਖਬਰ ਆਪਾਂ ਰਸ਼ੀਆ ਅਤੇ ਯੂਕਰੇਨ ਦੀ ਫਾਈਟ ਦੀ ਕਰਾਂਗੇ। ਕਹਿੰਦੇ 22 ਮਹੀਨਿਆਂ ਤੋਂ ਜਿਹੜੀ ਫਾਈਟ ਹੈ ਉਹ ਚੱਲ ਰਹੀ ਹੈ, ਕਿਤੇ ਨਾ ਕਿਤੇ ਅਮੈਰੀਕਾ ਵੀ ਹੁਣ ਪੈਰ ਖਿੱਚ ਰਿਹਾ, ਕਿਉਂਕਿ ਜਿੰਨਾ ਕੁ ਰਸ਼ੀਆ ਨੂੰ ਡੈਮੇਜ ਕਰਨਾ ਸੀ ਇਹਨਾਂ ਨੇ ਕਰਤਾ, ਜਿੰਨੀ ਕੁ ਉਸਦੀ ਇਕੋਨਮੀ ਭੰਨਣੀ ਸੀ ਭੰਨ ਦਿੱਤੀ, ਅਮੈਰੀਕਾ ਵੀ ਪੈਰ ਕੱਢ ਰਿਹਾ, ਬਾਕੀ ਮੁਲਕ ਵੀ ਪੈਰ ਕੱਢ ਰਹੇ ਨੇ,
पैसा बड़ा दिता तो पर हूँ कितना कितने रशिया भी शह मिल गई है भी हूँ जिहड़ियां नैटो दियां कंट्रीज़ ने कोई बड़ा सपोर्ट नहीं करना चाहुंदियां सो उन्हूं भी शह मिल गई है। हूँ दस्या जा रहा भी रशिया ने सब तो बड़ा जिहड़ा अटैक है यूक्रेन के उपर लास्ट नाइट कर दिता 122 के करीब जिहड़ियां मिज़ाइल ने यह दाग दित्तियां 22 महीनों के विच पहली बार एडा बड़ा जिहड़ा अटैक है किया 122 के करीब जिहड़ियां मिज़ाइल ने वह दाग दित्तियां ते 36 जिहड़े ड्रोन ने वह यूक्रेन के उपर कीवी इलाके दे विच दाग दिते जिते बड़बड़ियां बिल्डिंग्स जिहड़ियां ने कहिंदे तबाह कर दित्तियां ते 24 लोगों का कहिंदे आम इनासेंट लोग जिहड़े ने उन्हां दा कतल भी हो गया ते कहिंदे 100 तो वध लोग इत्थे जख्मी होए ने। पर यूक्रेन का कहना भी जिहड़ियां इन्हां ने साडे वल मिज़ाइल सुट्टियां सी उन्हां नूं हवा दे विच ही खत्म करन च असीं कुछ दे विच कामयाब होए हां ते कुछ जिहड़े ड्रोन ने उन्हां विच भी कामयाब होए हैं। कहिंदे यह जिद्दण दी फाइट लगी आ सब तो बड़ा अटैक जिहड़ा रशिया दा यूक्रेन दे उपर है जे नवंबर तुसीं 22 दी गल करदे हो सो इन्हां ने दस्या भी नवंबर 2022 दे विच 96 जिहड़ियां मिज़ाइल सन वह सुट्टियां सन ते मार्च 9 नूं 81 मिज़ाइल दा जिहड़ा अटैक होया सीगा पर जिहड़ा हुण सब तो बड़ा जिहड़ा अटैक है 122 मिज़ाइल दा जिहड़ा हैगा यह रशिया ने यूक्रेन दे उपर कर दिता सो लैस ही आने वाले समय दे विच की कुछ हुंदा पर जे कि ट्रंप होंदा तो यह फाइट होनी नहीं सी ये लड़ाई इत्थे तक नहीं सी पहुँचनी। एक बिजनेस माइंडड व्यक्ति एक मच्योर जिन्हें धक्के खाधे जिंदगी दे विच केड़ा कोर्ट है कड़ी कचहरी आ जिथे वो नहीं पहुँचा मेरे वांग सो इस तरह के हालात हो जाते हैं फिर इस करके बंदा बड़ा कुछ सीख जाता वो एक सिख्या होया व्यक्ति सीगा पर हुण भी उसकी उड़ीक हो रही है ये जिस दिन वह व्यक्ति आ जाता तो दुनिया के हालात थोड़े जहा बैटर इस नालों हो सकते हैं। बाकी जे गलबात करांगे आपां साढ़े जेडे कैनेडा के एक्सपर्ट ने उन्होंने कहा भी जी आइस है देखो सोते इतने कुछ बच्चे आते हैं उन्होंने जागृत करिए इतों के बच्चे जोड़े ने जिते पानी के छप्पड़ है जा कोई लेक है उत्थे उपर आइस जम जाती जो टैंपरेचर माइनस 3-4 चले जाता तो वह कई बार आइस वाली स्ट्रोंोंग नहीं होंगी जे तो कितने लगातार 5-6 दिन टैंपरेचर माइनस 20-18-15 रहा तो फिर एक फुट फुट के करीब जी आइस है जम जाती है तो लोग इतने तुर सकते हैं आइस के उपर लेक के उपर तुरे फिरते हैं तो कई कुछ ऐसे इलाके ने जिथे बड़े बड़े ट्रक ट्रेलर भी चला दते जाते हैं आइस के उपर समुद्र तो सीधे राह बना दते जाते हैं क्योंकि समुद्र जम जाता सो लेक जिहड़े जम जाते समुद्र घट जमदा क्योंकि समुद्र के लहर होंदिया ने जो पानी मूव होंदा तो वह फिर जमदा नहीं है कुछ ऐसे लेक होंगे ने जिथे पानी समूथ होंदा जिथे लफा नहीं आउंदिया तो वह फिर जम जाता सो उतों की कई बार ट्रक भी निकाल देंगे ने पर साडे एक्सपर्ट ने कहा भी जिहड़ी आ साल की कुछ विंटर है आ विंटर दे विच लोग रिस्क लै रहे हैं जिहड़े बच्चे कोई आइस के उपर वॉक करते हैं। ऑटवा तो एक माड़ी खबर आई सी 4 बच्चे सन एक मुस्लिम परिवार के बच्चे का कतल भी हो गया तो एक हले स्टिल लापता 16 साल का पता वह कित नहीं है तो दो बच्चे वो पानी दे विच डिग पै तो वह अपने आप नूं कढ़न च कामयाब हो गया हॉस्पिटल दे विच दाखल है सो 4 बच्चे जिहड़े सीगे डिगे सीगे इस तरह एक परिवार सीगा जिहड़ा कि 37-36 साल दे एक माँ बाप ते एक 8 साल का लड़का वह भी इस तरह पानी दे विच डिग के उन्हां दीआं भी लाशां बरामद कीतियां ने ते हुण क्वेबेक तो कुछ मीडिया 2 लड़कियां की गल कर रहा ते कुछ मीडिया 1 लड़की की गल कर रहा बई वह पानी दे विच डुब गई है तो हाले तक उसकी कोई लाश बरामद नहीं हुई जां वैसे जिंदा सरवाइव हाले तक पता नहीं है कित्थे है सो इन्हां ने कहा हैगा भी जिहड़े भी कुछ लोग छप्पड़ां दे उपर जां लेक दे उपर आइस दे उपर तुरदे ने इह सेफ नहीं है सो अपने आप नूं प्रोटेक्ट करके रखो क्योंकि इह साल दी जिहड़ी समर है क्लाइमेट चेंज करके तुसीं आउण वाले हफ्ते स्नो नहीं वेखोगे सो इह जिहड़ी समर है इह +4-5 तक टैंपरेचर रहिंदा रात नूं माइनस हो जांदा सो समर जिहड़ी विंटर है इह कोई बाली ज़्यादा ठंड नहीं पई सो इस करके जदों पानी ते लोग तुरदे ने तां थोड़ा ध्यान रखो बहुत लोग जिहड़े पानी दे विच डिग जांदे ने क्योंकि पानी दे विच डिग्गिया होया व्यक्ति जिहड़ा हैगा उह तर के बाहर आ सकदा पर आइस जिहड़ी है वह एक फुट की जगह टुट जाती है व्यक्ति थले डिग पैंदा ते फिर उन्हें उपर आउण दे लई जगह नहीं मिलती क्योंकि पानी च किते पैर नहीं लगते तो बंदे दे पैर जिहड़ा पानी च बंदा खड़ा नहीं हो सकता तो फिर सिर दे नाल उन्हां दे थले आइस लग जाती है जिहड़े होल थानी डिगे होंदे आ जे तां वह होल तक वह वापस पहुँच सकन तो फिर उपर बाहर निकल सकते हैं पर जो होल तक पहुँचते ही नहीं है वह थले ही रह जाते हैं आइस से तो फिर पानी दे विच उन्हां दा साह घुट हो के मौत होंदियां ने सो ये चीज़ नूं अवेयर करन दी लोड़ है सो थोड़ा ध्यान रखो अपने बच्चों का जे तुहाडे बच्चे कुछ आइस के उपर वॉक करना जां खेडना चाहुंदे ने सो अगली खबर है जी सो
अगली जिहड़ी खबर है बैंक ऑफ कैनेडा बैंक टी डी बैंक की एक रिपोर्ट आई है पर लैस सी ये की रिपोर्ट कहती है। टी डी बैंक ने रिपोर्ट दी भी कहें 2024 जो इंट्रस्ट रेट है 2.75% तक रह सकता, सो विच इज़ 2.25 कहते ड्रॉप कर देंगे। सो आई डोंट नो जे 2.75 ते रह जाता क्योंकि इहदा कारण की है जे तुसी आल ओवर इकोनमी वेखते हो तो ये करना पवेगा इहनां नूं क्योंकि कैनेडा के हालात बहुत माड़े हो जाएंगे। अज तुहाडी कंट्री दे विच साल च मिलियनस तो उपर बंदा आ रहा तो तुहाडी इकोनमी उत्थे फ्रीज़ होई खड़ी है, बैंक ऑफ कैनेडा ने वध नहीं रही उत्थे फ्रीज़ होई है, ਤੁਹਾਡੀ ਇਕੋਨਮੀ ਜਿਹੜੀ ਆ 0.9% ਜਾਂ 1.5% ਤੱਕ ਹਰ ਤੀਜੇ ਕੁਆਟਰ ਵਧਣੀ ਚਾਹੀਦੀ ਹੈ ਜਿਹੜੇ ਹਿਸਾਬ ਨਾਲ ਤੁਹਾਡੇ ਇਮੀਗ੍ਰੇਸ਼ਨ ਹੋ ਰਹੀ ਹੈ। ਸੋ ਲੋਕ ਜ਼ਿਆਦਾ ਵੱਧ ਰਹੇ ਨੇ ਪਰ ਤੁਹਾਡੀ ਇਕੋਨਮੀ ਉੱਥੇ ਹੀ ਸਟੈਂਡ ਕਰ ਰਹੀ ਹੈ, ਸੋ ਇਹ ਇੱਕ ਬਹੁਤ ਵੱਡੀ ਟ੍ਰਬਲ ਬਣੀ ਆ। ਇਸ ਕਰਕੇ ਬੈਂਕ ਆਫ ਕੈਨੇਡਾ ਜਿਹੜੀ ਹੈ ਇਕੱਲਾ ਘਰਾਂ ਨੂੰ ਨਹੀਂ ਵੇਖੇਗੀ, ਵੈਸੇ ਵੀ ਉਹ ਇਕੱਲੇ ਘਰ ਨਹੀਂ ਵੇਖਦੀ ਪਰ ਸਾਡੇ ਲੋਕਾਂ ਦੇ ਦਿਮਾਗ 'ਚ ਪੈ ਜਾਂਦਾ ਇਕੱਲੇ ਘਰਾਂ ਕਰਕੇ ਇੰਟਰਸਟ ਰੇਟ ਚੁੱਕਿਆ, ਨਹੀਂ ਜਿਹੜੀਆਂ 100 ਹੋਰ ਆਈਟਮਸ ਹੁੰਦੀਆਂ ਨੇ ਉਹਨਾਂ ਕਰਕੇ ਚੁੱਕਦੇ ਨੇ ਅਤੇ ਘਰ ਉਹਨਾਂ 'ਚੋਂ ਇੱਕ ਆਈਟਮ ਹੈ, ਇੱਕ ਆਈਟਮ ਕਰਕੇ 99 ਆਈਟਮਾਂ ਡਰੋਪ ਨਹੀਂ ਕਰ ਸਕਦੇ, 99 ਆਈਟਮਾਂ ਦੇ ਹਾਲਾਤ ਮਾੜੇ ਨਹੀਂ ਕਰ ਸਕਦੇ। ਇਸ ਕਰਕੇ ਬੈਂਕ ਆਫ ਕੈਨੇਡਾ ਜਿਹੜਾ ਹੈਗਾ ਉਹ ਇੰਟਰਸਟ ਰੇਟ ਜਿਹੜਾ ਡਰੋਪ ਕਰੇਗਾ ਇਹ ਤਾਂ ਪਤਾ, ਪਰ ਟੀ ਡੀ ਬੈਂਕ ਨੇ ਕਹਿ ਦਿੱਤਾ ਬਈ ਐਂਡ ਆਫ ਨੈਕਸਟ ਈਅਰ ਤੱਕ ਅੱਜ 5 'ਤੇ ਖੜ੍ਹਾ ਹੈਗਾ ਇੰਟਰਸਟ ਰੇਟ ਅਤੇ ਇਹ 2.75 'ਤੇ ਆ ਸਕਦਾ ਹੈਗਾ। ਸੋ 2.25 ਜਿਹੜਾ ਡਰੋਪ ਕੀਤਾ ਜਾ ਸਕਦਾ ਇਹ ਟੀ ਡੀ ਬੈਂਕ ਦੀ ਰਿਪੋਰਟ ਹੈ, ਪਰ ਮੈਨੂੰ ਲੱਗਦਾ ਵੀ ਨਹੀਂ 3.75 ਤੱਕ ਰਹੇਗਾ, ਇੰਨਾ ਜ਼ਿਆਦਾ ਡਰੋਪ ਹਲੇ ਨਹੀਂ ਕਰਨਗੇ, ਪਰ ਆਉਣ ਵਾਲੇ ਸਮੇਂ ਜੇ ਕੋਈ ਖਬਰ ਆਵੇਗੀ ਤੁਹਾਡੇ ਤੱਕ ਜ਼ਰੂਰ ਅਸੀਂ ਦੱਸ ਦਿਆਂਗੇ। ਸੋ ਪਿਛਲੇ ਦਿਨਾਂ ਦੇ ਵਿੱਚ ਟੀਚਰ ਜਿਹੜੇ ਨੇ ਕੁਬੈਕ ਦੇ ਵਿੱਚ ਸਟ੍ਰਾਈਕ 'ਤੇ ਪਹੁੰਚੇ ਸਨ, ਉਹਨਾਂ ਨੇ ਕਹਿੰਦੇ ਬੜੀ ਤਕੜੀ ਸਟ੍ਰਾਈਕ ਕਰ ਦਿੱਤੀ ਜਿਸ ਕਰਕੇ 800 ਸਕੂਲ ਜਿਹੜਾ ਸ਼ਟਡਾਊਨ ਕਰ ਦਿੱਤਾ ਗਿਆ 23 ਨੂੰ, ਅਤੇ 3,68,000 ਜਿਹੜੇ ਬੱਚੇ ਨੇ ਉਹ ਘਰਾਂ ਵਿੱਚ ਬੈਠ ਗਏ ਸੀ, ਅਤੇ ਹੁਣ ਕਹਿੰਦੇ ਯੂਨੀਅਨ ਦਾ ਅਤੇ ਜਿਹੜਾ ਗਵਰਨਮੈਂਟ ਦਾ ਸਮਝੌਤਾ ਹੋ ਗਿਆ, ਸੋ ਜਿਹੜੇ ਬੱਚੇ ਨੇ ਉਹ ਸਕੂਲਾਂ ਵਿੱਚ ਵਾਪਸ ਹੁਣ ਬੜੀ ਜਲਦੀ ਚਲੇ ਜਾਣਗੇ ਅਤੇ ਆਪਣੀ ਜਿਹੜੀ ਐਜੂਕੇਸ਼ਨ ਹੈ ਉਹ ਹਾਸਲ ਕਰ ਸਕਦੇ ਨੇ। ਸੋ ਅਗਲੀ ਜਿਹੜੀ ਖਬਰ ਹੈ ਇੰਡੀਅਨ ਕੌਂਸਲੇਟ ਦੀ ਜਿਹੜੀ ਖਬਰ ਆ ਰਹੀ ਹੈ, ਸੋ ਇਹਨਾਂ ਨੇ ਕਿਹਾ ਵੀ ਜਿਹੜੇ ਕਿਹੜੇ ਜਿਹੜੇ ਇਹਨਾਂ ਦੇ ਆਫਿਸ ਨਹੀਂ ਹੁੰਦੇ ਮੈਨੂੰ ਭੁੱਲ ਗਿਆ ਜੀ ਕਿਹੜੇ BLS ਕੁਛ ਇਸ ਤਰ੍ਹਾਂ ਦੇ ਆਫਿਸ ਹੁੰਦੇ ਨੇ ਇੱਕ ਮਿਸੀਸਾਗਾ ਦੇ ਵਿੱਚ ਜਿਹੜਾ ਅਤੇ ਇੱਕ ਹੈਲੀਫੈਕਸ ਦੇ ਵਿੱਚ ਮੇਰਾ ਖਿਆਲ ਇਸ ਨੂੰ ਦੁਬਾਰਾ ਖੋਲ੍ਹਿਆ ਜਾ ਰਿਹਾ ਹੈਗਾ। ਸੋ ਜੋ ਜਗ੍ਹਾ ਦੇ ਉੱਪਰ ਜਿਹੜੇ ਆਫਿਸ ਹੋਰ ਖੋਲ੍ਹੇ ਜਾਣਗੇ ਹੈਲੀਫੈਕਸ ਅਤੇ ਮਿਸਾਗਾ ਦੇ ਵਿੱਚ January 1 ਤੋਂ, ਸੋ ਜਿਹੜੇ ਮਿਸਾਗਾ 'ਚ ਲੋਕ ਰਹਿੰਦੇ ਨੇ BLS ਦੇ ਥਰੂ ਜਿਹੜੀਆਂ ਸਰਵਿਸਿਜ਼ ਸਰਕਾਰ ਦਿੰਦੀ ਇੰਡੀਆ ਗਵਰਨਮੈਂਟ ਉਹ ਤੁਸੀਂ ਲੈ ਸਕਦੇ ਹੋ, ਵੀਜ਼ਾ ਲੈ ਸਕਦੇ ਹੋ, ਜੋ ਵੀ ਕੁਛ ਲੈਣਾ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ। ਤੁਹਾਡੇ ਲਈ ਈਜ਼ੀ ਕਰਨ ਦੇ ਲਈ ਜਿਹੜੀ ਗਵਰਨਮੈਂਟ ਆਫ ਇੰਡੀਆ ਹੈਗੀ ਉਹਨਾਂ ਨੇ 2 ਆਫਿਸ ਕਹਿੰਦੇ ਹੋਰ ਖੋਲ੍ਹ ਰਹੇ ਹਾਂ, ਇੱਕ ਮਿਸੀਸਾਗਾ ਦੇ ਵਿੱਚ ਅਤੇ ਇੱਕ ਹੈਲੀਫੈਕਸ ਦੇ ਵਿੱਚ, ਸੋ ਇਹ January 1 ਤੋਂ ਜਿਹੜੀ ਇਹਨਾਂ ਦੀ ਓਪਨਿੰਗ ਹੈ ਹੋਵੇਗੀ। ਬਾਕੀ ਦੱਸਿਆ ਜਾ ਰਿਹਾ ਵੀ ਭਾਰਤ ਦੇ ਵਿੱਚ 3,55,000 ਸਕੇਅਰ ਫੁੱਟ ਜਿਹੜੀ ਜਗ੍ਹਾ ਸੀਗੀ ਉੱਥੇ ਕਹਿੰਦੇ ਗਾਰਬੇਜ ਪਿਆ ਸੀਗਾ, ਕੁਛ ਐਸਾ ਲੋਹਾ ਪੁਰਾਣਾ ਕਬਾੜ ਜਿਹੜਾ ਪਿਆ ਸੀਗਾ, ਅਤੇ ਕਹਿੰਦੇ ਸਰਕਾਰ ਨੇ 1,200 ਕਰੋੜ ਦਾ ਜਿਹੜਾ ਕਬਾੜ ਹੈ ਉਹ ਵੇਚ ਦਿੱਤਾ ਅਤੇ ਜਿਹੜੀ ਜਗ੍ਹਾ ਉਹ ਖਾਲੀ ਕਰਵਾ ਰਹੀ ਹੈ। ਸੋ BJP ਨੂੰ ਦੱਸਿਆ ਜਾ ਰਿਹਾ BJP ਸਰਕਾਰ ਨੇ ਇਸ ਨੂੰ ਵੇਚ ਕੇ ਤਾਂ 1,200 ਕਰੋੜ ਰੁਪਈਆ ਜਿਹੜਾ ਉਹ ਕਮਾਇਆ ਹੈਗਾ। ਸੋ ਲਓ ਜੀ ਹੁਣ ਆਪਾਂ ਕੁਛ ਜਿਹੜੀ ਆ ਖਬਰਾਂ ਤਾਂ ਇਹ ਤੁਹਾਡੇ ਲਈ ਸੀਗੀਆਂ, ਅਤੇ ਮੌਸਮ 6 ਦੇ ਕਰੀਬ ਹੈ, ਅੱਜ ਹਾਈ 6 ਚਲੇ ਜਾਵੇਗਾ, ਰਾਤ ਨੂੰ 2 ਦੇ ਕਰੀਬ ਟੈਂਪਰੇਚਰ ਮਹਿਸੂਸ ਕਰੋਗੇ, 7:50 'ਤੇ ਸੂਰਜ ਚੜ੍ਹਿਆ ਅਤੇ 4:48 'ਤੇ ਛਿਪ ਜਾਵੇਗਾ। 1 ਮਿੰਟ ਜਿਹੜਾ ਤੁਹਾਡਾ ਦਿਨ ਹੈ ਉਹ ਕੱਲ੍ਹ ਨਾਲੋਂ ਵੱਡਾ ਹੋ ਗਿਆ, ਸੋ ਹੁਣ ਤੁਹਾਡੇ ਜਿਹੜੇ ਦਿਨ ਨੇ ਦਿਨੋਂ ਦਿਨੀ ਵੱਡੇ ਹੋਣੇ ਸ਼ੁਰੂ ਹੋਣੇ ਨੇ। ਤੁਸੀਂ January 15 ਤੱਕ ਵੇਖਣਾ ਤੁਹਾਡੇ ਜਿਹੜਾ ਦਿਨ ਹੈ ਅੱਜ 4:48 'ਤੇ ਛਿਪੇਗਾ, ਕੱਲ੍ਹ 4:47 'ਤੇ ਛਿਪਣਾ ਸੀਗਾ, ਤਾਂ ਇਹ ਫਿਰ ਹੁਣ 5:30 ਤੱਕ ਜਿਹੜਾ ਪਹੁੰਚ ਜਾਣਾ ਅਤੇ ਇੱਕਦਮ ਦਿਨ ਵੱਡੇ ਹੋ ਜਾਣਗੇ ਅਤੇ ਫਿਰ ਸਮਰ ਜਿਹੜੀ ਆ ਉਹ ਵਾਪਸ ਆਵੇਗੀ ਜਿਸ ਦੀ ਲੋਕ ਉਡੀਕ ਕਰਦੇ ਨੇ। ਸੈਟਰਡੇ ਟੈਂਪਰੇਚਰ -2 ਹੋਵੇਗਾ ਰਾਤ ਨੂੰ ਅਤੇ ਦਿਨੇ ਹੋਵੇਗਾ +2, ਸੰਡੇ ਵੀ 2 ਅਤੇ ਰਾਤ ਨੂੰ -2 ਦੇ ਕਰੀਬ ਟੈਂਪਰੇਚਰ ਤੁਸੀਂ ਮਹਿਸੂਸ ਕਰੋਗੇ। 14 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ GTA ਟੋਰਾਂਟੋ ਵਿੱਚ ਹਵਾ ਚੱਲ ਰਹੀ ਹੈ ਅਤੇ ਤੁਸੀਂ ਟੈਂਪਰੇਚਰ ਭਾਵਾਂ 6 ਹੈ ਤਾਂ ਤੁਹਾਨੂੰ ਮਹਿਸੂਸ 3 ਦੇ ਕਰੀਬ ਹੋ ਰਿਹਾ ਹੈਗਾ। ਸੋ ਲਓ ਜੀ ਹੁਣ ਆਪਾਂ ਕੁਛ ਆਪਣੀਆਂ ਜਿਹੜੀਆਂ ਕਾਲਸ ਨੇ ਔਨ ਏਅਰ ਕਰਦੇ ਹਾਂ। ਲੈ ਮੀ ਟੇਕ ਫਸਟ ਕਾਲ, ਪਲੀਜ਼ ਕੋਈ ਡਰੋਪ ਨਹੀਂ ਕਰਨੀ। ਬਾਈ ਜੀ ਸਵਾਗਤ ਹੈ, ਹੈਲੋ, ਤੁਹਾਡਾ ਨੰਬਰ ਨਹੀਂ ਸ਼ੋਅ ਹੋ ਰਿਹਾ, ਹੈਲੋ, ਲਓ ਜੀ ਨੈਕਸਟ ਕਾਲ 'ਤੇ ਚੱਲਦੇ। ਬਾਈ ਜੀ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਪੰਡਾ ਸਾਹਿਬ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਪੰਡਾ ਸਾਹਿਬ? ਦੇਖੋ ਸਾਲ ਦੇ ਐਂਡ 'ਚ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਕਹਾਂਗੇ ਵੀ ਦੇਖੋ ਕੈਨੇਡਾ ਦੀ ਧਰਤੀ 'ਤੇ ਆਏ
ਤੇ ਕੈਨੇਡਾ ਨੇ ਮਤਲਬ ਗਲਵੱਖੜੀ ਪਾ ਕੇ ਆਪਦੇ ਸੀਨੇ ਦਾ ਲਾਇਆ ਤੇ ਖਾਣ ਪੀਣ ਨੂੰ ਵਧੀਆ ਦਿੱਤਾ, ਰਹਿਣ ਨੂੰ ਛੱਤ ਦਿੱਤੀ, ਸਾਫ਼ ਹਵਾ ਦਿੱਤੀ ਤੇ ਪੀਣ ਨੂੰ ਸਾਫ਼ ਸੁਥਰਾ ਪਾਣੀ ਦਿੱਤਾ। ਇਸ ਕਰਕੇ ਸ਼ੁਕਰਾਨਾ ਬਣਦਾ, ਹੱਥ ਜੋੜ ਕੇ ਇਹੀ ਕਹਿ ਸਕਦੇ ਹਾਂ ਵੀ ਧੰਨਵਾਦ ਕਰ ਸਕਦੇ ਹਾਂ ਕੈਨੇਡਾ ਦਾ ਜਿਹਨੇ ਸਾਨੂੰ ਇੰਨਾ ਕੁਛ ਦਿੱਤਾ। ਤੇ ਉਸ ਤੋਂ ਬਾਅਦ ਜਦੋਂ ਕੈਨੇਡਾ ਦੇ ਨਾਲ ਹੀ ਇੱਥੋਂ ਦੇ ਹੀ ਰਹਿਣ ਵਾਲੇ ਲੋਕ ਜਿਨ੍ਹਾਂ ਨੂੰ ਆਪਾਂ ਚੁਣਿਆ ਹੁੰਦਾ, ਉਹ ਕੈਨੇਡਾ ਦਾ ਜਦੋਂ ਕੁਛ ਨਾ ਕੁਛ ਬੁਰਾ ਪੱਖ ਕਰਦੇ ਆ ਜਾਂ ਬੁਰਾ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਇੱਥੋਂ ਦੇ ਲੋਕਾਂ ਦਾ ਬੁਰਾ ਕਰਦੇ ਆ, ਉਹ ਦੇਖ ਕੇ ਕਈ ਵਾਰੀ ਬਹੁਤ ਜਿੱਦਾਂ ਅਫਸੋਸ ਹੁੰਦਾ। ਪਰ ਹੱਥ 'ਚ ਹੱਥ ਵਸ ਕੁਛ ਨਹੀਂ ਹੈਗਾ, ਆਪਾਂ ਸਿਰਫ ਵੋਟ ਕਰ ਸਕਦੇ ਹਾਂ, ਵੋਟ ਦੇ ਸਕਦੇ ਹਾਂ, ਪਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਆਪਾਂ ਕੀ ਕਰ ਸਕਦੇ ਹਾਂ? ਕਿਉਂਕਿ ਜੇ ਆਪਾਂ ਦੇਖੀਏ ਇਸ ਸਾਲ, ਤੁਸੀਂ ਪੁੱਛਿਆ ਸੀ ਵੀ ਕੀ ਵਧੀਆ ਹੋਇਆ, ਤੁਹਾਡੀ ਨਿਗਾਹ 'ਚ ਕੀ ਵਧੀਆ ਨਹੀਂ ਹੋਇਆ। ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਅਗਰ 2023 ਦੀ ਗੱਲਬਾਤ ਕਰਾਂ ਤਾਂ ਜਿਹੜੀ ਮਤਲਬ ਕੈਨੇਡੀਅਨ ਗੌਰਮੈਂਟ ਦੀ ਇਮੀਗ੍ਰੇਸ਼ਨ ਪਾਲਿਸੀ ਸੀ, ਉਹ ਮੈਨੂੰ ਪਸੰਦ ਨਹੀਂ ਆਈ, ਕਿਉਂਕਿ ਬਿਨਾਂ ਸਕਰੀਨਿੰਗ ਤੋਂ ਮਨਾ ਮੂੰਹ ਮਤਲਬ ਇੱਥੇ ਲੋਕਾਂ ਨੂੰ ਲਿਆਂਦਾ ਗਿਆ ਤੇ ਬਹੁਤ ਸਾਰੇ ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਕਹਿ ਸਕਦਾ ਮੈਂ ਜੇ ਹੁਣ ਮਿਲਾ ਲਈਏ ਤਾਂ ਲੱਖਾਂ ਦੀ ਤਾਦਾਦ 'ਚ ਹੀ ਹੋ ਜਾਣਗੇ ਰਿਫਿਊਜੀ ਇੱਥੇ ਲਿਆਂਦੇ ਗਏ। ਤੇ ਕਿਤੇ ਨਾ ਕਿਤੇ ਮਤਲਬ ਉਹਦੇ ਪਿੱਛੇ ਲਿਆਉਣਾ, ਦੇਖੋ ਕੈਨੇਡਾ ਬਹੁਤ ਵੱਡਾ ਕੰਟਰੀ ਹੈ, ਲਿਆਉਣਾ ਕੋਈ ਮਾੜੀ ਗੱਲ ਨਹੀਂ, ਲਿਆਓ, ਪਰ ਉਸ ਤੋਂ ਪਹਿਲਾਂ ਪਲੈਨਿੰਗ ਹੋਣੀ ਚਾਹੀਦੀ ਆ। ਲਿਆ ਕੇ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਲੋਕਾਂ ਦੇ ਸਿਰਾਂ ਦੇ ਉੱਤੇ ਬਿਠਾ ਦਿਓ, ਲਿਆਉਣ ਦਾ ਮਤਲਬ ਹੁੰਦਾ ਵੀ ਤੁਸੀਂ ਲਿਆਉਣ ਤੋਂ ਪਹਿਲਾਂ ਮਤਲਬ ਪਲੈਨਿੰਗ ਕਰੋ ਵੀ ਇਹਨਾਂ ਨੂੰ ਰੱਖਣਾ ਕਿੱਥੇ ਆ। ਜੇ ਸਟੂਡੈਂਟਸ ਵੀ ਆਉਣੇ ਆ, ਆਓ, ਕੋਈ ਚੱਕਰ ਨਹੀਂ, ਪਰ ਇਹਨਾਂ ਨੂੰ ਰੱਖਣਾ ਕਿੱਥੇ ਆ ਤੁਸੀਂ? ਮਤਲਬ ਪਲੈਨਿੰਗ ਇਹ ਥੋੜੀ ਵੀ ਤੁਸੀਂ ਮਤਲਬ ਮਤਲਬ ਲੋਕਾਂ ਦੇ ਮਤਲਬ ਸਿਰਾਂ ਤੇ ਬਿਠਾ ਦਿਓ। ਤੁਸੀਂ ਰਿਫਿਊਜੀ ਲਿਆ ਕੇ ਉਹਨਾਂ ਨੂੰ ਹੋਟਲਾਂ 'ਚ ਰੱਖੋ, ਜਿਹੜਾ ਟੈਕਸਪੇਅਰ ਦਾ ਪੈਸਾ ਜਿਹੜਾ ਉੱਥੋਂ ਦੇ ਇਨਫਰਾਸਟ੍ਰਕਚਰ 'ਤੇ ਲੱਗਣਾ ਚਾਹੀਦਾ, ਸੜਕਾਂ 'ਤੇ ਲੱਗਣਾ ਚਾਹੀਦਾ, ਹਾਈਵੇ 'ਤੇ ਲੱਗਣਾ ਚਾਹੀਦਾ, ਜਾਂ ਉਹਨਾਂ ਦੀਆਂ ਹੋਰ ਯੂਨੀਵਰਸਿਟੀਜ਼ ਬਣਨੀਆਂ ਚਾਹੀਦੀਆਂ, ਉਹ ਪੈਸੇ ਦੀਆਂ, ਉਹ ਤੁਸੀਂ ਰਿਫਿਊਜੀਆਂ ਨੂੰ ਹੋਟਲਾਂ ਦੇ ਵਿੱਚ ਰੱਖ ਕੇ ਉਹ ਪੇ ਕਰ ਰਹੇ ਹੋ। ਮਤਲਬ ਇਹ ਕੋਈ ਪਲੈਨਿੰਗ ਥੋੜ੍ਹੀ ਹੈ ਮਤਲਬ ਲੋਕਾਂ ਦੀ। ਹਾਂ, ਤੁਸੀਂ ਦੇਖੋ ਵੀਰ, ਬ੍ਰੈਂਪਟਨ ਦੇ ਮੇਅਰ ਨੇ ਇੱਕ ਰਿਪੋਰਟ ਦਿੱਤੀ ਹੈ, ਉਹ ਕਹਿੰਦਾ ਵੀ ਬੜੇ ਐਸੇ ਲੋਕ ਨੇ ਜਿਹੜੇ 12-12 14-14 ਇੱਕ ਇੱਕ ਬੇਸਮੈਂਟ ਦੇ ਵਿੱਚ ਬੱਚਿਆਂ ਨੂੰ ਰੱਖ ਰਹੇ ਨੇ, ਹੁਣ ਕੋਈ ਸੇਫਟੀ ਨਹੀਂ ਹੈ। ਪਰ ਜਿਹੜਾ ਘਰ ਦਾ ਮਾਲਕ ਹੈ, ਜੇ ਕਿਸੇ ਘਰ ਦੇ ਮਾਲਕ ਨੇ 14 ਬੱਚੇ ਰੱਖੇ ਨੇ, ਹੁਣ ਜੇ ਰਾਤ ਨੂੰ ਸੁੱਤੇ ਪੈ ਕਿਤੇ ਗੈਸ ਲੀਕ ਜਾਂਦੀ ਹੈ ਜਾਂ ਸੁੱਤੇ ਪੈ ਕਿਤੇ ਅੱਗ ਲੱਗ ਜਾਂਦੀ, ਚਲੋ ਅੱਗ ਲੱਗ ਜਾਵੇਗੀ ਤਾਂ ਬੰਦੇ ਵਿੱਚ ਉਹਦੇ ਵਿੱਚ ਅਦੇ ਭੱਜ ਵੀ ਸਕਦੇ ਨੇ, ਬਚ ਵੀ ਸਕਦੇ ਨੇ, ਪਰ ਜੇ ਕਿਤੇ ਗੈਸ ਲੀਕ ਜਾਂਦੀ ਹੈ, ਜੇ ਇੱਕ ਦੀ ਵੀ ਮੌਤ ਹੋ ਜਾਂਦੀ ਆ, ਉਹਦੀਆਂ ਪੋਲਿਸੀਜ਼ ਬਾਰੇ ਪਤਾ ਹੈਗਾ ਕੀ ਹੋਵੇਗਾ? ਕਿੰਨੇ ਮਿਲੀਅਨ ਤੱਕ ਤੁਸੀਂ ਸੂ ਹੋ ਜਾਵੋਗੇ? ਆਉਣ ਵਾਲੀਆਂ 10 ਪੀੜ੍ਹੀਆਂ ਜਿਹੜੀਆਂ ਤੁਹਾਡੀਆਂ ਖਤਮ ਹੋ ਸਕਦੀਆਂ ਨੇ, ਗਾਂ ਪੋਤੇ ਦੋਹਤਿਆਂ ਤੱਕ ਵੀ ਸੂ ਕੀਤਾ ਜਾ ਸਕਦਾ ਹੈਗਾ। ਪਰ ਸਾਨੂੰ ਇੰਨਾ ਜ਼ਿਆਦਾ ਸਿਸਟਮ ਪੈਸੇ ਦਾ ਲਾਲਚ ਨਹੀਂ ਰੱਖਣਾ ਚਾਹੀਦਾ ਵੀ ਤੁਸੀਂ 12-12 14-14 ਬੱਚੇ ਆਪਣੀ ਬੇਸਮੈਂਟ ਵਿੱਚ ਹੀ ਰੱਖ ਲਓ। ਠੀਕ ਹੈ, ਤੁਸੀਂ 4 ਰੱਖ ਲਓ, 5 ਰੱਖ ਲਓ, 3 ਰੱਖ ਲਓ, ਕੋਈ ਜਿਹੜਾ ਸਿਸਟਮ ਹੈਗਾ ਉਹਦੇ ਹਿਸਾਬ ਨਾਲ ਚੱਲੋ। ਅੱਜ ਉਹ ਕਹਿ ਰਿਹਾ ਸੀ ਅਸੀਂ ਹੁਣ ਇਸ ਦੀ ਵੀ ਸਕੈਨਿੰਗ ਕਰਨੀ ਸ਼ੁਰੂ ਕਰਾਂਗੇ ਵੀ ਇੰਨੇ ਬੱਚੇ ਜਿਹੜੇ ਰੱਖੇ ਜਾ ਰਹੇ ਨੇ, ਪਰ ਕਾਰਨ ਕੀ ਆ? ਕਿਉਂਕਿ ਬੱਚਿਆਂ ਨੂੰ ਵੀ ਲੋੜ ਹੈ, ਬੱਚਿਆਂ ਕੋਲ ਪੈਸਾ ਕੋਈ ਨਹੀਂ ਹੈ। ਅਗਲਾ ਕਹਿੰਦਾ ਮੈਂ $500 ਦਾ ਕਿੱਥੇ ਰੈਂਟ ਦੇਵਾਂਗਾ, ਮੈਨੂੰ 300 'ਚ ਮਿਲਦਾ ਹੈਗਾ, ਕਿਉਂਕਿ ਜ਼ਿਆਦਾ ਜਾਣੇ ਰਹਿ ਸਕਦੇ ਹਾਂ। ਅਤੇ ਜਿਹੜਾ ਕੋਈ ਪੁਰਾਣਾ ਰਹਿ ਰਿਹਾ ਜਿਹਦਾ ਘਰ ਹੈ, ਉਹ ਕਹਿੰਦਾ ਮੇਰੇ ਘਰ ਦੀ ਫ੍ਰੀ ਕਿਸ਼ਤ ਚੱਲ ਰਹੀ ਹੈ। ਸੋ ਇਹ ਸਿਸਟਮ ਜਿਹਾ ਹੋ ਗਿਆ, ਪਰ ਸਟੈਂਡਰਡ ਇੰਨਾ ਡਾਊਨ ਹੋ ਗਿਆ, ਸਾਡੀਆਂ ਮੋਰਲ ਵੈਲਿਊਜ਼ ਜਿਹੜੀਆਂ ਨੇ ਕੈਨੇਡਾ ਦੀਆਂ ਉਹ ਡਾਊਨ ਹੋ ਗਈਆਂ। ਸੋ ਇਹ 'ਤੇ ਵੀ ਕਿਤੇ ਨਾ ਕਿਤੇ ਵਰਕ ਕਰਨਾ ਚਾਹੀਦਾ। ਅਤੇ ਜਿਹੜੇ ਘਰ ਦੇ ਓਨਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਇਹ ਤਾਂ ਜਿੰਨਾ ਚਿਰ ਚੈੱਕ ਆਉਂਦੇ ਨੇ ਠੀਕ ਲੱਗਦੇ ਨੇ, ਪਰ ਜਦੋਂ ਕਿਤੇ ਟ੍ਰਬਲ ਪੈ ਜਾਂਦੀ ਆ ਤਾਂ ਪਤਾ ਉਦੋਂ ਲੱਗਦਾ ਵੀ ਕਿਤੇ ਗੈਸ ਲੀਕ ਹੈ, ਕਿਤੇ ਕੋਈ ਪ੍ਰੋਬਲਮ ਆ ਗਈ ਜਾਂ ਕਿਤੇ ਅੱਗ ਲੱਗ ਕੇ ਪ੍ਰੋਬਲਮ ਆ ਗਈ, ਤਾਂ ਫਿਰ ਹਾਲਾਤ ਕੀ ਬਣ ਗਏ, ਬੜੇ ਵੱਡੇ ਸਵਾਲ ਖੜੇ ਹੁੰਦੇ ਨੇ। ਹਾਂਜੀ ਬਿਲਕੁਲ ਪੱਡਾ ਸਾਹਿਬ, ਜਿਹੜੀ ਤਾੜੀ ਹੈ ਨਾ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਆ। ਇੱਕ ਤਾਂ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਉਹਨੂੰ ਇਹ ਹੁੰਦਾ ਵੀ ਮੈਨੂੰ ਵੱਧ ਤੋਂ ਵੱਧ ਇਹ ਤੋਂ ਰੈਂਟ ਆਵੇ। ਦੂਜੇ ਪਾਸੇ ਜੇ ਆਪਾਂ ਸਟੂਡੈਂਟ ਦੀ ਗੱਲ ਕਰੀਏ ਤਾਂ ਉਹ ਉਹਨਾਂ ਦੀ ਮਜਬੂਰੀ ਆ, ਕਿਉਂਕਿ ਉਹਨਾਂ ਨੂੰ ਇਹ ਆ ਵੀ ਚਲੋ ਜਿੰਨੇ ਜ਼ਿਆਦਾ ਰਹਾਂਗੇ ਉਨਾ ਰੈਂਟ ਘੱਟ ਦੇਣਾ ਪਊਗਾ। ਉਹ ਜੇ ਰਹਿੰਦੇ ਵੀ ਆ, ਕੋਈ ਬੰਦਾ ਨਹੀਂ ਚਾਹੁੰਦਾ ਵੀ ਇੱਕ ਰੂਮ 'ਚ 3-3 ਜਣੇ ਰਹਿਣ ਜਾਂ ਇੱਕ ਘਰ ਦੇ ਵਿੱਚ 20-25 ਸਟੂਡੈਂਟ ਰਹਿਣ ਜਾਂ ਕੁੜੀਆਂ ਰਹਿਣ ਜਾਂ ਮੁੰਡੇ, ਪਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿਤੇ ਨਾ ਕਿਤੇ, ਚਲੋ ਉਹਨਾਂ ਨੂੰ ਰਹਿਣਾ ਪੈਂਦਾ ਤੇ। ਪਰ ਕਿਉਂਕਿ ਇੱਥੇ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਜਿਹੜਾ ਕਾਇਦਾ ਕਾਨੂੰਨ ਆ ਉਹ ਪ੍ਰੋਪਰ ਵਰਕ ਨਹੀਂ ਕਰ ਰਿਹਾ, ਤੇ ਮਤਲਬ ਲੋਕ ਆਪਦੀ ਮਰਜ਼ੀ ਨਾਲ ਹੀ ਜੋ ਕਰਨਾ ਉਹਨਾਂ ਨੇ ਕਰੀ ਜਾ ਰਹੇ ਆ। ਹੁਣ ਦੇਖੋ ਇੱਕ ਆਪਾਂ ਇੱਕ ਵੀਰ ਮੈਂ ਜ਼ਿਕਰ ਕਰਾਂਗਾ, ਚਲੋ ਸਾਡੀ ਕਮਿਊਨਿਟੀ ਦੀ ਗੱਲ ਆ। ਦੇਖੋ ਆਪਾਂ ਇੱਕ ਬੜੀ ਆਪਣੇ ਆਪ ਨੂੰ ਸਟੈਂਡਰਡ ਵਾਲੇ ਲੋਕ ਦੱਸਦੇ ਹਾਂ, ਸੱਭਿਆਚਾਰ ਦੀ ਗੱਲ ਕਰਦੇ, ਸਾਡਾ ਕਲਚਰ ਬੜਾ ਵਧੀਆ, ਸਾਡਾ ਬੈਕਗ੍ਰਾਊਂਡ ਬੜਾ ਵਧੀਆ, ਅਸੀਂ ਕਰੈਕਟਰ ਵਾਜੋ ਬੜੇ ਵਧੀਆ ਹੈਗੇ ਹਾਂ, ਪਰ ਕਦੀ ਇਹ ਆਪਾਂ ਸੋਚ ਕੇ ਵੇਖਿਆ ਵੀ ਠੀਕ ਹੈ ਅਸੀਂ ਵੱਡਾ ਘਰ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡਾ ਹੁੰਦਾ ਵੀ ਅਸੀਂ ਘਾਹ ਹੀ ਪੱਟ ਦਈਏ, ਫਿਰ ਨੰਬਰ 2 ਹੁੰਦਾ ਅਸੀਂ ਡਰਾਈਵੇ ਵੱਡਾ ਕਰ ਲਈਏ, ਫਿਰ ਨੰਬਰ 3 ਅਸੀਂ ਕਹਿੰਦਾ ਬੇਸਮੈਂਟ ਦੇ ਦਈਏ, ਫਿਰ ਬੇਸਮੈਂਟ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ 8 ਕਾਰਾਂ ਡਰਾਈਵੇ 'ਚ ਖੜੀਆਂ ਹੁੰਦੀਆਂ ਨੇ। ਇਸ ਤਰ੍ਹਾਂ ਨਹੀਂ ਲੱਗਦਾ ਵੀ ਜਿਵੇਂ ਆਪਾਂ ਪਤਾ ਨਹੀਂ ਵੀ ਕੋਈ ਸਾਡੀ ਲਾਈਫ ਜੀ ਨਹੀਂ ਹੈ ਵੀ ਇੱਕ ਪਤਾ ਨਹੀਂ ਜਾਂ ਤਾਂ ਵੱਡਾ ਘਰ ਲੈ ਕੇ ਅਸੀਂ ਫਸ ਜਾਂਦੇ ਹਾਂ,
पर देखो हुण तुहाडे 7-8 बंदे बेसमेंट च आ, 5-7 तुसीं उपर रह रहे हो, एक घरां दे हालात की बन गया की रहा, तुहाडा घर दे कोई एक स्टैंडर्ड होना चाहीदा, तुहाडा भी छोटा घर लै लिया जाए, किते ना किते साडी कम्यूनिटी एक स्टैंडर्ड वाजों भी बहुत 99% ही मैं कह सकदा स्टैंडर्ड वाजों भी दूर है। मेरी एक इटालियन नाल गल हो रही सी जिम दे विच, ओह वुडब्रिज च रहिंदे सीगे, ते ओह मेरे नाल गल कर रहा सी, कहिंदा साडी स्ट्रीट है जिहड़ा एक डेड एंड स्ट्रीट हुंदी है, ਕਹਿੰਦਾ ਅਸੀਂ ਵੁੱਡਬ੍ਰਿਜ ਦੇ ਵਿੱਚ ਸਾਰੇ ਉੱਤੇ ਇਟਾਲੀਅਨ ਰਹਿੰਦੇ ਸੀ, ਤਾਂ ਕਹਿੰਦਾ ਇੱਕ ਤੁਹਾਡਾ ਪਰਿਵਾਰ ਆ ਗਿਆ ਇੰਡੀਅਨ, ਅਤੇ ਕਹਿੰਦਾ ਸਾਰਿਆਂ ਨੇ ਬੜਾ ਮਾਣ ਤਾਣ ਕੀਤਾ ਵੀ ਥੋੜ੍ਹਾ ਜਿਹਾ ਬਈ ਵੀ ਮਿਕਸ ਕਰਾਊਡ ਹੋ ਜਾਵੇਗਾ। ਕਹਿੰਦਾ ਆ ਤਾਂ ਮਹਿੰਗੇ ਏਰੀਏ 'ਚ ਗਏ, ਕਹਿੰਦਾ ਮੁੜ ਕੇ ਪਹਿਲੇ ਦਿਨ ਤਾਂ ਆਉਂਦਿਆਂ ਨੇ ਕਹਿੰਦਾ ਤੰਬੂ ਲਾ ਲਿਆ, ਕਹਿੰਦਾ ਇਕੱਠ ਬੜਾ ਤਕੜਾ ਕੀਤਾ, ਅਤੇ ਕਹਿੰਦਾ ਲੋਕਾਂ ਨੇ ਕਿਹਾ ਵੀ ਇਹਨਾਂ ਦਾ ਇਹ ਕਲਚਰ ਹੈ ਕਿਉਂਕਿ ਇਹ ਕੀਰਤਨ ਜਾਂ ਕੁਛ ਇਸ ਤਰ੍ਹਾਂ ਦਾ ਸਿਸਟਮ ਕਰਾਉਂਦੇ ਹੋਣਗੇ। ਕਹਿੰਦਾ ਆ ਗਿਆ ਮਹਿੰਗੇ ਏਰੀਏ 'ਚ ਲੋਕਾਂ ਨੂੰ ਦੱਸਣ ਲਈ ਵੀ ਅਸੀਂ ਵਧੀਆ ਏਰੀਏ 'ਤੇ, ਕਹਿੰਦਾ ਨਾ ਮੁੜ ਕੇ 6 ਮਹੀਨੇ ਨਾ ਕੋਈ ਬੂਟਾ ਲਾਇਆ ਨਾ ਕੋਈ ਘਾਹ ਪੱਟਿਆ, ਕਹਿੰਦਾ ਸਾਰੀ ਸਟਰੀਟ ਤੋਂ ਲੋਕ ਮੂਵ ਹੋਣਾ ਸ਼ੁਰੂ ਹੋ ਗਿਆ, ਅਤੇ ਕਹਿੰਦਾ ਹੁਣ ਮੈਂ ਵੀ ਘਰ ਵੇਚਿਆ ਅਤੇ ਮੇਰੀ ਕਲੋਜ਼ਿੰਗ ਖਰੇ ਨੈਕਸਟ ਮੰਥ ਹੈ, ਉਹ ਵੀ ਮੈਨੂੰ ਦੱਸ ਰਿਹਾ ਸੀਗਾ। ਸੋ ਮੈਂ ਕਹਾਂਗਾ ਜੇ ਆਪਾਂ ਚੰਗੇ ਏਰੀਏ 'ਚ ਜਾਂਦੇ ਹਾਂ ਅਤੇ ਸਾਨੂੰ ਉੱਥੋਂ ਦੀਆਂ ਮੋਰਲ ਵੈਲਿਊਸ ਉਹ ਕੰਟਰੀ ਉਹ ਇਲਾਕੇ ਦਾ ਸਟੈਂਡਰਡ ਵੀ ਫਾਲੋ ਕਰਨਾ ਪੈਣਾ। ਜੇ ਅਗਲਿਆਂ ਨੇ ਲੈਂਡਸਕੇਪਿੰਗ 'ਤੇ $10,000 ਲਾਇਆ ਤਾਂ ਤੁਹਾਨੂੰ ਲਾਉਣਾ ਹੀ ਪੈਣਾ। ਜੇ ਅਗਲਿਆਂ ਦੇ ਮਾੜਾ ਮੋਟਾ ਕੋਈ ਵਧੀਆ ਸਫਾਈ ਰੱਖੀ ਆ, ਡਰਾਈਵੇ ਲਿਮਿਟਡ ਹੈ ਤਾਂ ਬੇਸਮੈਂਟ ਨਹੀਂ ਰੈਂਟਾਂ ਦਿੱਤੀਆਂ ਤਾਂ ਫਿਰ ਤੁਹਾਨੂੰ ਉੱਦਾਂ ਹੀ ਜਿਉਣਾ ਪੈਣਾ। ਪਰ ਇਹ ਨਹੀਂ ਵੀ ਮਹਿੰਗੇ ਏਰੀਏ ਵਿੱਚ ਵੀ ਜਾ ਕੇ ਆਪਾਂ ਨਰਕ ਪਾ ਦਈਏ। ਸੋ ਆਪਾਂ ਨੂੰ ਇਹ 'ਤੇ ਵੀ ਵਰਕ ਕਰਨਾ ਪੈਣਾ। ਬੜੇ ਲੋਕ ਨੇ ਜੀ ਅਸੀਂ ਫਲਾਨੀ ਜਗ੍ਹਾ 'ਤੇ ਰਹਿੰਦੇ ਹਾਂ ਦੱਸਣ ਦੇ ਲਈ, ਅਤੇ ਪਰ ਸਭ ਤੋਂ ਮਾੜਾ ਘਰ ਉਹਨਾਂ ਦਾ ਹੁੰਦਾ ਤਾਂ ਬਾਕੀ ਲੋਕਾਂ ਦੇ ਉੱਥੇ ਠੀਕ ਹੁੰਦੇ ਨੇ। ਸੋ ਜੇ ਚੰਗੇ ਏਰੀਏ 'ਚ ਗਏ ਹੋ, ਮਹਿੰਗੇ ਏਰੀਏ 'ਚ ਗਏ ਹੋ, ਤਾਂ ਉਹਦਾ ਸਟੈਂਡਰਡ ਓਨਾ ਹੀ ਮੇਨਟੇਨ ਵੀ ਹੋਣਾ ਚਾਹੀਦਾ ਵੀਰ। ਹਾਂਜੀ ਬਿਲਕੁਲ ਪੱਡਾ ਸਾਹਿਬ, ਕਿਉਂਕਿ ਬਹੁਤ ਸੋਹਣਾ ਕੰਟਰੀ ਹੈ, ਇਹਦੀ ਜਿੰਨੀ ਤਾਰੀਫ ਕਰ ਲਈਏ ਘੱਟ ਆ, ਪਰ ਕਿਉਂਕਿ ਸਾਡੇ ਲੋਕਾਂ ਨੇ ਨਾ ਮਤਲਬ ਜਿੱਥੇ ਮਿਹਨਤਾਂ ਬਹੁਤ ਕੀਤੀਆਂ ਕੋਈ ਸ਼ੱਕ ਨਹੀਂ ਇਹਦੇ ਵਿੱਚ, ਅਤੇ ਉਸ ਤੋਂ ਉਹਦੇ ਨਾਲ ਨਾਲ ਹੀ ਕੁਛ ਇਹੋ ਜਿਹੀ ਵੀ ਨਾਲ ਲੋਕ ਆ ਗਏ ਆ ਵੀ ਜਿੱਦਾਂ ਮਤਲਬ ਘਰ ਜਿੱਦਾਂ ਤੁਸੀਂ ਗੱਲਬਾਤ ਕੀਤੀ ਆ ਵੀ 3-4 ਕਾਰਾਂ ਡਰਾਈਵ ਵਿੱਚ ਚਲੋ ਲੱਗ ਸਕਦੀਆਂ, 6 ਕਾਰਾਂ ਲਾਈਆਂ ਹੁੰਦੀਆਂ, ਕੋਈ ਇੱਧਰ ਨੂੰ ਮੂੰਹ ਕਿਸੇ ਦਾ ਉੱਧਰ ਨੂੰ ਮੂੰਹ, ਕੋਈ ਅੱਧੀ ਘਾਹ 'ਤੇ ਆ, ਕੋਈ ਇੱਧਰ, ਜਿਹੜੀ ਬਿਲਕੁਲ ਜਿੱਦਾਂ ਸਟੈਂਡਰਡ ਹੈ ਹੀ ਨਹੀਂ ਬਿਲਕੁਲ ਹੀ, ਜਿੱਦਾਂ ਮਤਲਬ ਪਤਾ ਨਹੀਂ ਕਿੱਦਾਂ ਲੋਕ ਰਹਿੰਦੇ ਆ। ਅਤੇ ਉਸ ਤੋਂ ਇਲਾਵਾ ਗੱਲ ਕਨੇਡਾ ਦੀ ਆਪਾਂ ਕਰਦੇ ਸੀ, ਅਤੇ ਦੇਖੋ ਕਨੇਡਾ ਨੇ ਬਹੁਤ ਸਾਰਾ ਪੈਸਾ ਨਾ ਪਿਛਲੇ ਸਾਲ ਦੇ ਇਸ ਸਾਲ ਦੇ ਵਿੱਚ ਮਤਲਬ ਬਾਹਰਲੇ ਕੰਟਰੀਆਂ ਨੂੰ ਦਿੱਤਾ ਵਾ। ਜੇ ਯੂਕਰੇਨ ਦੀ ਗੱਲ ਕਰ ਲਈਏ, ਰਸ਼ੀਆ ਦੇ ਨਾਲ ਉਹਦੀ ਲੜਾਈ ਲੱਗੀ, ਪਰ ਮੈਨੂੰ ਲੱਗਦਾ ਫਿਕਰ ਸਭ ਤੋਂ ਜ਼ਿਆਦਾ ਸਾਨੂੰ ਪਿਆ ਹੋਇਆ। ਅਸੀਂ ਉਹਨੂੰ ਮਤਲਬ ਇੰਨਾ ਕੁ ਪੈਸਾ ਦੇਤਾ ਨਾ ਵੀ ਉਨਾ ਕੁ ਪੈਸਾ ਜੇ ਕਿਤੇ ਕਨੇਡਾ ਦੇ ਵਿੱਚ ਲੱਗ ਜਾਂਦਾ ਤਾਂ ਇੱਥੋਂ ਦੇ ਜਿਹੜੇ ਮਤਲਬ ਸਿਟੀਜਨ ਦੀ ਜਿਹੜੀ ਜੂਨ ਉਹ ਸੁਧਰ ਸਕਦੀ ਸੀ, ਜਾਂ ਇੱਥੋਂ ਦਾ ਜਿਹੜਾ ਹਾਈਵੇਜ਼ ਦੀ ਕੰਡੀਸ਼ਨ ਹੈਗੀ, ਸੜਕਾਂ ਦੀ ਕੰਡੀਸ਼ਨ ਆ, ਉਹ ਵਧੀਆ ਬਣਾਈ ਜਾ ਸਕਦੀ ਸੀ। ਪਰ ਪਤਾ ਨਹੀਂ ਕਿਉਂ ਮਤਲਬ ਜੋ ਮਤਲਬ ਮੌਜੂਦਾ ਗਵਰਨਮੈਂਟ ਉਹਦਾ ਇੱਥੋਂ ਦੇ ਜਿਹੜੇ ਸਿਟੀਜਨ ਉਹਨਾਂ ਵੱਲ ਤਾਂ ਧਿਆਨ ਹੀ ਨਹੀਂ ਹੈਗਾ ਵੀ ਉਹ ਕੀ ਕਰ ਰਹੇ ਆ, ਕਿਸ ਤਰ੍ਹਾਂ ਜ਼ਿੰਦਗੀ ਜੀ ਰਹੇ ਆ। ਹਸਬੈਂਡ ਵਾਈਫ ਆ, 2 ਬੱਚੇ ਆ, ਵਾਈਫ ਦਿਨੇ ਕੰਮ 'ਤੇ ਜਾਂਦੀ ਆ, ਹਸਬੈਂਡ ਰਾਤ ਨੂੰ ਜਾਂਦਾ, ਉਹ ਕਿੱਦਾਂ ਆਪਦੇ ਬੱਚਿਆਂ ਨੂੰ ਸਾਂਭਦੇ ਹੋਣਗੇ, ਕਿੱਦਾਂ ਸਰਵਾਈਵ ਕਰ ਰਹੇ, ਇੱਧਰ ਨੂੰ ਤਾਂ ਕੋਈ ਦੇਖ ਹੀ ਨਹੀਂ ਰਿਹਾ। ਉਹਨਾਂ ਨੂੰ ਇਹ ਫਿਕਰ ਆ ਵੀ ਦੂਸਰੇ ਕੰਟਰੀ ਨੂੰ ਮਤਲਬ ਅਸੀਂ ਪੈਸੇ ਦੇ ਕੇ ਪਤਾ ਨਹੀਂ ਉਹਦੇ ਵਿੱਚ ਇਹਨਾਂ ਦਾ ਆਪਣਾ ਕੀ ਨਿੱਜੀ ਮੁਫਾਦ ਆ। ਇੱਕ ਗੱਲ ਆ ਜਿਹੜੀ ਉਹ ਮੈਨੂੰ ਪੱਕਾ ਸ਼ੋਰ ਨਹੀਂ, ਪਰ ਮੈਂ ਇਹ ਸੁਣੀ ਆ ਵੱਡਾ ਸਾਹਿਬ ਵੀ ਕੋਈ ਕੰਟਰੀ ਆ ਉੱਥੋਂ ਦੇ ਆਪਣੀ ਹੁਣ ਜਿਹੜੇ ਕੈਨੇਡੀਅਨ ਗਵਰਨਮੈਂਟ ਉੱਥੋਂ ਦੇ ਕੰਟਰੀ ਦੇ ਜਿਹੜੇ ਸਟੂਡੈਂਟ ਆ ਜਿਹਨਾਂ ਕੋਲ ਜੋਬ ਹੈ ਨਹੀਂ, ਉਹਨਾਂ ਨੂੰ ਪੈਸੇ ਦੇਣ ਜਾ ਰਹੀ ਆ ਵੀ ਉਹਨਾਂ ਕੋਲ ਜੋਬ ਹੈ ਨਹੀਂ। ਵੀ ਸੋਚਣ ਵਾਲੀ ਗੱਲ ਆ ਵੀ ਤੁਹਾਡੇ ਕੰਟਰੀ 'ਚ ਜਿਹੜੇ ਮਤਲਬ ਸਟੂਡੈਂਟ ਇੱਥੇ ਗ੍ਰੈਜੂਏਸ਼ਨ ਕਰ ਲੈਂਦੇ ਆ, ਯੂਨੀਵਰਸਿਟੀ ਪਾਸ ਕਰ ਲੈਂਦੇ ਸੀ, ਉਹਨਾਂ ਕੋਲ ਸਾਰਿਆਂ ਕੋਲ ਜੋਬਾਂ ਹੈਗੀਆਂ, ਕੀ ਤੁਸੀਂ ਉਹਨਾਂ ਨੂੰ ਕੁਛ ਦੇ ਰਹੇ ਹੋ? ਕਦੇ ਕੋਈ ਬਿਆਨ ਆਇਆ ਵੀ ਉਹ ਬੱਚੇ ਜਿਹੜੇ ਉਹਨਾਂ ਦਾ ਕੀ ਕਰਨਾ ਤੇ ਜਾਂ ਕੀ ਨਹੀਂ ਕਰਨਾ? ਵੀ ਤੁਸੀਂ ਕਿਸੇ ਦੂਸਰੇ ਕੰਟਰੀ ਦੇ ਜਿਹੜੇ ਸਟੂਡੈਂਟ ਉਹਨਾਂ ਕੋਲ ਜੋਬ ਹੈ ਨਹੀਂ, ਉਹਨਾਂ ਨੂੰ ਤੁਸੀਂ ਪੈਸੇ ਦੇਣ ਜਾ ਰਹੇ ਹੋ? ਮਤਲਬ ਇਹ ਅਜੀਬੋ ਗਰੀਬ ਦੀਆਂ ਗੱਲਾਂ ਮਤਲਬ ਕੈਨੇਡਾ ਦੇ ਵਿੱਚ। ਦੇਖੋ ਆਪਦੇ ਪੱਲੇ ਕੁਛ ਨਹੀਂ ਹੈ, ਕਾਰਨ ਪਤਾ ਕੀ ਹੈ? ਦੇਖੋ ਜੇ ਕੈਨੇਡਾ ਦਾ ਤੁਸੀਂ ਸਿਸਟਮ ਵੇਖਦੇ ਹੋ ਵੀਰ, ਤਾਂ ਇੱਥੇ 35% ਪੈਸਾ ਜਿਹੜਾ ਖਰਾਬ ਕੀਤਾ ਜਾਂਦਾ। ਇੱਥੇ ਲੋਕ ਆਉਂਦੇ ਨੇ 4-5 ਸਾਲ, ਕੋਈ ਡੱਕਾ ਦੋਹਰਾ ਨਹੀਂ ਕਰਦਾ, ਸਾਰੇ ਪਰਿਵਾਰ ਆਣ ਕੇ ਬੈਠੇ ਨੇ, ਬੱਚੇ ਉਹਨਾਂ ਦੀਆਂ ਮੌਜਾਂ ਲੁੱਟਦੇ ਨੇ, ਅਤੇ ਉਹਨਾਂ ਨੂੰ ਦਵਾ ਦਾ ਪੈਸਾ ਢੇਰ 'ਤੇ ਢੇਰ ਦੇਈ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇੱਕੋ ਹੀ ਸ਼ਰਤ ਆ ਵੀ ਤੁਸੀਂ ਵੋਟ ਸਾਨੂੰ ਪਾ ਦੇਣੀ ਹੈ। ਜਿਹੜਾ ਵੋਟਾਂ ਦੇ ਸਿਸਟਮ ਥੱਲੇ ਕੰਟਰੀ ਨੂੰ ਖਰਾਬ ਕਰਦੇ ਨੇ ਨਾ, ਇਹ ਸਭ ਤੋਂ ਵੱਡੇ ਦਾਗੀ ਲੋਕ ਨੇ, ਇਹ ਲੋਕਾਂ ਨੂੰ ਅੰਡਰਸਟੈਂਡ ਕਰਨਾ ਪੈਣਾ। ਹੁਣ ਇੱਥੇ ਵੱਡੇ ਵੱਡੇ ਹੋਟਲ ਹੈ ਜਿਨ੍ਹਾਂ ਦਾ ਲੱਖਾਂ ਆਮਦਨਾਂ ਹੋਣੀ ਚਾਹੀਦੀ ਆ, ਉਹ ਸਾਰੇ ਹੋਟਲ ਬੁੱਕ ਪਏ ਨੇ, ਉਹ ਰਿਫਿਊਜੀਆਂ ਨਾਲ ਭਰੇ ਪਏ ਨੇ। ਟੋਰਾਂਟੋ ਦੇ ਸ਼ੈਲਟਰ ਸਾਰੇ ਜਿਹੜੇ ਨੇ ਉਹ ਰਿਫਿਊਜੀਆਂ ਨਾਲ ਭਰੇ ਪਏ ਨੇ, ਪਤਾ ਹੀ ਨਹੀਂ ਲੱਗਦਾ ਸੀ ਕਰਨਾ ਕੀ ਹੈ। ਸੋ ਜਿਹੜਾ ਆਉਂਦਾ ਤੁਰਿਆ ਉਹ ਗੱਲ ਹੀ ਕੋਈ ਨਹੀਂ ਆ। ਉੱਧਰ ਜੋ ਬਾਈਡਨ ਨੇ 2.5 ਮਿਲੀਅਨ ਬੰਦਾ ਉੱਥੇ ਵਾੜ ਕੇ ਰੱਖਤਾ, ਨਾ ਕਿਸੇ ਕੋਲ ਪੇਪਰ ਵਰਕ ਹੈ, ਨਾ ਕੋਈ ਅੱਗਾ ਪਤਾ, ਨਾ ਪਿੱਛਾ ਪਤਾ, ਮੁੜ ਕੇ ਬੰਬ ਚਲਾਈ ਜਾਣਗੇ, ਫਿਰ ਰੋਈ ਜਾਣਗੇ, ਪਿੱਟੀ ਜਾਣਗੇ, ਆਮ ਇਨਾਸੈਂਟ ਲੋਕਾਂ ਦੇ ਕਤਲ ਹੋਈ ਜਾਣੇ ਨੇ। ਸੋ ਥੋੜ੍ਹਾ ਬਹੁਤਾ ਟਰੈਕਿੰਗ ਜਿਹੜੀ ਆ ਉਹ ਚਾਹੀਦੀ ਹੈ। ਪਰ ਗੱਲ ਕੀ ਹੈ? ਭੁੱਖ ਵੋਟਾਂ ਦੀ, ਭੁੱਖ ਵੋਟਾਂ ਦੀ ਹੈ, ਹੋਰ ਕੱਖ ਕੋਈ ਲੈਣ ਦੇਣ ਨਹੀਂ ਹੈ, ਕਿਸੇ ਕੰਟਰੀ ਦਾ ਭਲਾ ਕਰਨ ਦੀ ਗੱਲ ਨਹੀਂ ਹੈ, ਲੋਕਾਂ ਦੀਆਂ ਜੇਬਾਂ 'ਚ ਪੈਸਾ ਪਾਉਣ ਦੀ ਗੱਲ ਨਹੀਂ ਹੈ। ਹੁਣ ਤੁਸੀਂ ਦੇਖੋ ਇੱਥੇ ਇੱਕ ਬੰਦਾ ਪੜ੍ਹ ਕੇ ਇੰਜੀਨੀਅਰ ਬਣਦਾ,
ਹੁਣ ਉਹ ਪੜ੍ਹਿਆ ਪਹਿਲੋਂ ਗੱਲ ਤਾਂ ਉਹ ਵਿਚਾਰਾ ਸਕੂਲ ਦੇ ਵਿੱਚ ਪਹਿਲੇ ਮੋਨੀਟਰ ਬਣਦਾ ਰਿਹਾ ਕਿਉਂਕਿ ਪੜ੍ਹਨ ਲਿਖਣ ਵਾਲਾ ਬੰਦਾ ਇੱਥੇ ਤੱਕ ਪਹੁੰਚੇਗਾ ਉਹ ਸਕੂਲ 'ਚ ਇੰਨਾ ਪੜ੍ਹਦਾ ਰਿਹਾ ਕਿਤਾਬੀ ਕੀੜਾ ਬਣਿਆ ਰਿਹਾ 22-23 ਸਾਲ ਦੀ ਤੋਂ ਉਦੋਂ ਉਹ ਡਿਗਰੀ ਕਰਨ ਲੱਗ ਪਿਆ ਫਿਰ ਉਹਨੇ 5-6 ਸਾਲ ਘੱਟੋ ਘੱਟ 6-7 ਲੱਖ ਡਾਲਰ ਲਾਇਆ ਅਤੇ ਨਾਲੇ 4 ਵਜੇ ਤੀ ਉਹ ਆਪਣੇ ਗਿਆ ਯੂਨੀਵਰਸਿਟੀ 'ਚ ਉਦੋਂ ਬਾਅਦ ਆਉਂਦਾ ਹੀ ਤੜਕੇ 4 ਵਜੇ ਤੀ ਪੜ੍ਹੀ ਗਿਆ ਕੀ ਉਹ ਬੱਚੇ ਦੀ ਜ਼ਿੰਦਗੀ ਹੈ ਉਹ ਬੱਚੇ ਨੇ ਆਪਣੀ ਜ਼ਿੰਦਗੀ 26-27-28 ਸਾਲ ਨਰਕ ਦੀ ਕੱਢੀ ਵਿਚਾਰੇ ਨੇ ਕਾਹਦੇ ਲਈ ਵੀ ਮੈਂ ਆਪਣਾ ਫਿਊਚਰ ਬਣਾ ਸਕਾਂ ਉਹਨੂੰ ਇਹ ਵੀ ਨਹੀਂ ਪਤਾ ਮੈਂ ਜਿਉਣਾ ਵੀ ਹੈ ਕਿ ਨਹੀਂ ਜਿਉਣਾ ਪਰ ਫਿਰ ਵੀ ਉਹਦਾ ਦੂਹੋ ਦੂਹ ਲੱਗਾ ਟਾਈਮ ਵੀ ਮੈਂ 28-30 ਸਾਲ ਤੋਂ ਪਹਿਲਾਂ ਆਪਣਾ ਫਿਊਚਰ ਬਣਾ ਲਵਾਂ ਜਦੋਂ ਫਿਊਚਰ ਬਣਾਉਣ ਲੱਗਦਾ ਆਮ ਬੰਦਾ ਲੱਖ ਬਣਾਉਂਦਾ ਉਹਨੇ 3 ਲੱਖ ਬਣਾਉਣਾ ਹੀ ਬਣਾਉਣਾ ਕਿਉਂਕਿ ਉਹਦੀ ਉਹ ਬੰਦੇ ਨੇ ਮਿਹਨਤ ਕੀਤੀ ਆ ਉਹਨੇ ਸਟੱਡੀ ਕੀਤੀ ਆ ਜਿੱਦਣ 3 ਲੱਖ ਗੌਰਮੈਂਟ ਨੂੰ ਪਤਾ ਲੱਗ ਜਾਂਦਾ 1.5 ਲੱਖ ਡਾਲਰ ਖੋਹ ਕੇ ਲੈ ਜਾਂਦੀ ਹੈ ਇੱਥੇ ਫੈਮਿਲੀ ਡਾਕਟਰਾਂ ਦੇ ਹਾਲਾਤ ਵੇਖੋ ਵਿਚਾਰਿਆਂ ਦੇ ਉਹ ਇੱਕ ਜਿੰਨੇ ਕੁ ਟਰੱਕ ਡਰਾਈਵਰ ਪੈਸੇ ਬਣਾ ਰਿਹਾ ਇੰਨੇ ਉਹ ਬੰਦੇ ਵਿਚਾਰੇ ਪੈਸੇ ਬਣਾ ਰਹੇ ਨੇ ਫੈਮਿਲੀ ਡਾਕਟਰ ਥੋੜ੍ਹਾ ਬਹੁਤਾ 19-21 ਦਾ ਫਰਕ ਹੈ ਬਾਕੀ ਸਾਰਾ ਟੈਕਸ ਲਈ ਜਾਂਦੇ ਨੇ ਸੋ ਇਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਕੰਮ ਨਾ ਕਰੇ ਜਿਹੜੇ ਵਿਹਲੜ ਲੋਕ ਹੈ ਜਿਹਨੇ ਕੋਈ ਡੱਕਾ ਦੋਹਰਾ ਕਰਨਾ ਨਹੀਂ ਉਹ ਸਾਰੇ ਕੈਨੇਡਾ 'ਚ ਸੱਦੋ ਪਤਾ ਨਹੀਂ ਜਿਵੇਂ ਸਹੁੰ ਖਾਧੀ ਹੁੰਦੀ ਹੈ ਵੀ ਕੈਨੇਡਾ ਦਾ ਨੁਕਸਾਨ ਹੀ ਕਰਨਾ ਨੁਕਸਾਨ ਹੀ ਕਰਨਾ ਹੁਣ 13% ਟੈਕਸ ਦੱਸੋ ਕਿਹੜੀ ਕੰਟਰੀ ਲਾਉਂਦੀ ਹੈ ਆਹ ਕਾਰਬਨ ਟੈਕਸ ਲਾਤਾ ਆਹ ਟੈਕਸ ਲਾਤਾ ਜਦੋਂ ਤੁਸੀਂ ਇਨਕਮ ਕਰਦੇ ਹੋ ਮੁੜ ਕੇ ਕਿੱਥੇ ਤੱਕ ਪਹੁੰਚ ਜਾਂਦੀ ਹੈ HST ਤੁਹਾਡੇ ਕੋਲ ਮੰਗੀ ਜਾਂਦੇ ਨੇ ਜਿਹੜਾ ਬੰਦਾ 1.5-2 ਲੱਖ ਡਾਲਰ ਬਣਾਉਂਦਾ ਹੈ ਨਾ ਅਤੇ ਲੱਖ ਡਾਲਰ ਇਹ ਗੌਰਮੈਂਟ ਜਿਹੜੀ ਖੋਹ ਕੇ ਲੈ ਜਾਂਦੀ ਆ ਜਿਹੜਾ ਮਿਹਨਤੀ ਵਿਅਕਤੀ ਅਤੇ ਜਿਹੜਾ ਵਿਹਲਾ ਉਹਨੂੰ ਕਹਿੰਦੇ ਨਾ 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 ਤੂੰ ਕੰਮ ਨਹੀਂ ਕਰਨਾ ਤੂੰ ਵਿਹਲਾ ਬੈਠ ਉਹਦਾ ਲੱਖ ਡਾਲਰ ਖੋਹ ਕੇ ਤੈਨੂੰ ਦੇਵਾਂਗੇ ਅਤੇ ਨਾਲੇ ਲੱਖ 'ਚੋਂ ਅਸੀਂ ਤਨਖਾਹਾਂ ਖਾਵਾਂਗੇ ਅਤੇ ਨਾਲੇ ਆਪਾਂ ਮੌਜਾਂ ਲੁੱਟਾਂਗੇ ਰਲ ਮਿਲ ਕੇ ਕਿਉਂਕਿ ਜਿਹੜੇ ਵਿਹਲੇ ਲੋਕ ਆ ਉਹ ਜਿਹੜੇ ਗੌਰਮੈਂਟ ਦੇ ਸਿਰ 'ਤੇ ਬੈਠੇ ਉਹ ਅਤੇ ਜਿੰਨੇ ਸਾਡੇ MP ਨੇ ਇਹ ਸਾਰੇ ਸਿਮਲਰ ਹੈ ਅਤੇ ਜਿਹੜੇ ਦੂਜਾ ਵਰਗ ਹੈ ਉਹ ਮਿਹਨਤ ਕਰਨ ਵਾਲੇ ਆ ਬੱਚੋਂ ਆਉਂਦੇ ਨੇ ਬਿਲਕੁਲ ਪੰਡਾ ਸਾਹਿਬ ਬਿਲਕੁਲ ਸਹੀ ਗੱਲਾਂ ਤੁਸੀਂ ਕੀਤੀਆਂ ਜੀ ਕਿਉਂਕਿ ਜੇ ਲਾ ਮਿਲਾ ਕੇ ਮੈਂ ਇਹੀ ਕਹੂੰਗਾ ਵੀ ਜਿਹੜਾ 2023 ਸੀ ਇਹਦੇ ਵਿੱਚ ਕਨੇਡੀਅਨ ਜਿਹੜੀ ਗੌਰਮੈਂਟ ਸੀ ਮੌਜੂਦਾ ਉਹਨੇ ਕਨੇਡੀਅਨ ਸਿਟੀਜ਼ਨ ਨੂੰ ਤਾਂ ਕੁਛ ਨਹੀਂ ਦਿੱਤਾ ਪਰ ਕਨੇਡੀਅਨ ਸਿਟੀਜ਼ਨ ਦਾ ਪੈਸਾ ਬਾਹਰਲੇ ਦੇਸ਼ਾਂ 'ਚ ਬਹੁਤ ਲੁਟਾਇਆ ਅਤੇ ਬਾਹਰਲੇ ਲੋਕਾਂ ਨੂੰ ਬਹੁਤ ਮੌਜਾਂ ਲਵਾਈਆਂ ਇਹਨਾਂ ਨੇ ਇਸ ਤਰ੍ਹਾਂ ਦੇ ਹਾਲਾਤ ਰਹੇ ਅਤੇ ਦੂਜੀ ਗੱਲਬਾਤ ਮੈਂ ਕਰਨੀ ਚਾਹੁੰਦਾ ਸੀ ਪੰਡਾ ਸਾਹਿਬ ਮੈਂ ਗੱਲਬਾਤ ਕਰਨੀ ਚਾਹੁੰਦਾ ਸੀ ਮਤਲਬ ਸਿੱਖ ਧਰਮ ਦੀ ਸਿੱਖੀ ਦੀ ਪੰਜਾਬ ਦੀ ਕਿਉਂਕਿ ਮੈਂ ਸੋਚਦਾ ਸੀ ਕਿ ਜਿੱਦਾਂ ਨਾ ਜਦੋਂ ਆਪਣੇ ਜਦੋਂ ਕਿਸੇ ਵੀ ਧਾਰਮਿਕ ਸਥਾਨ 'ਤੇ ਕੋਈ ਸਮਾਗਮ ਹੁੰਦੇ ਆ ਤਾਂ ਉੱਥੇ ਜਿਹੜੇ ਪ੍ਰਬੰਧਕ ਹੁੰਦੇ ਆ ਜਾਂ ਆਪਾਂ ਕਹਿ ਲਈਏ ਵੀ ਸੇਵਾਦਾਰ ਹੁੰਦੇ ਆ ਉਹਨਾਂ ਦੇ ਵਿੱਚ ਮੈਂ ਦੇਖਣ 'ਚ ਆਇਆ ਵੀ ਥੋੜ੍ਹੀ ਨਿਮਰਤਾ ਦੀ ਬਹੁਤ ਘਾਟ ਹੁੰਦੀ ਆ ਕਿਉਂਕਿ ਬਹੁਤ ਸਾਰੇ ਜਦੋਂ ਕੋਈ ਸਮਾਗਮ ਹੁੰਦੇ ਆ ਜਾਂ ਹੁਣ ਮੰਨ ਲਓ ਵੀ ਸਾਹਿਬਜ਼ਾਦਾ ਜੀ ਸਾਹਿਬਜ਼ਾਦਿਆਂ ਦੇ ਸਮਾਗਮ ਹੋ ਰਿਹਾ ਉਹਨਾਂ ਦੇ ਵਿੱਚ ਵੀ ਜਿੱਦਾਂ ਮਤਲਬ ਮੋਸਟਲੀ ਸੇਵਾਦਾਰ ਹੁੰਦੇ ਆ ਜਿਹੜੇ ਉਹ ਮੇਲ ਹੁੰਦੇ ਆ ਤੇ ਉਹਨਾਂ ਨੂੰ ਦੇ ਵਿੱਚ ਨਿਮਰਤਾ ਕਿਉਂਕਿ ਬਹੁਤ ਸਾਰੇ ਦੂਸਰੀ ਕਮਿਊਨਿਟੀ ਦੇ ਲੋਕ ਵੀ ਉੱਥੇ ਆਉਂਦੇ ਆ ਜਿਹਨਾਂ ਨੂੰ ਆਪਣੀ ਜਿਹੜੀ ਸਿੱਖ ਧਰਮ ਦੀ ਮਰਿਆਦਾ ਉਹ ਨਹੀਂ ਪਤਾ ਹੁੰਦੀ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਉਹ ਮਰਿਆਦਾ ਵੀ ਨਾ ਬਹੁਤ ਪਿਆਰ ਨਾਲ ਸਿਖਾਉਣੀ ਚਾਹੀਦੀ ਹੈ ਨਾ ਕਿ ਮਤਲਬ ਆਪਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਵਿਵਹਾਰ ਕਰੀਏ ਵੀ ਉਹ ਡਰ ਜਾਣ ਕਿਉਂਕਿ ਇੱਕ ਤਾਂ ਪ੍ਰਬੰਧਕਾਂ ਕੋਲੇ ਜਿਹੜੇ ਸੇਵਾਦਾਰ ਹੁੰਦੇ ਆ ਉਹਨਾਂ ਕੋਲ ਬਰਸ਼ੇ ਵਗੈਰਾ ਫੜੇ ਹੁੰਦੇ ਆ ਉਹ ਤੋਂ ਜਿਹੜਾ ਆਮ ਬੰਦਾ ਜਿਹੜਾ ਉਹਨਾਂ ਦੇ ਨਾਲ ਹਰ ਰੋਜ਼ ਨਹੀਂ ਵਿਚਰਦਾ ਈਵਨ ਆਪਣੇ ਬੱਚੇ ਵੀ ਇੱਥੋਂ ਚਲੇ ਜਾਣ ਉਹ ਵੀ ਉਹਨਾਂ ਤੋਂ ਡਰ ਜਾਣਗੇ ਵੀ ਯਾਰ ਕਿਸ ਤਰ੍ਹਾਂ ਦਾ ਸਿਸਟਮ ਆ ਹਨਾ ਤੇ ਕਿਤੇ ਨਾ ਕਿਤੇ ਮੈਂ ਸੋਚਦਾ ਸੀ ਵੀ ਜਿੱਦਾਂ ਹੁਣ ਬੀਬੀਆਂ ਦੀ ਜਿਹੜੀ ਲਾਈਨ ਹੁੰਦੀ ਆ ਮੰਨ ਲਓ ਵੀ ਮੱਥਾ ਟੇਕਣ ਲਈ ਬੀਬੀਆਂ ਦੀ ਲਾਈਨ ਆ ਜਾਂ ਮਤਲਬ ਲੰਗਰ ਛਕਣ ਲਈ ਬੀਬੀਆਂ ਦੀ ਲਾਈਨ ਆ ਉੱਥੇ ਬੀਬੀਆਂ ਪ੍ਰਬੰਧਕ ਉੱਥੇ ਬੀਬੀਆਂ ਸੇਵਾਦਾਰ ਹੋਣੀਆਂ ਚਾਹੀਦੀਆਂ ਜਿਹੜੀਆਂ ਉਹਨਾਂ ਨੂੰ ਦੱਸਣ ਵੀ ਸਿਰ ਢੱਕ ਲਓ ਜਾਂ ਚੁੰਨੀ ਇੱਦਾਂ ਕਰ ਲਓ ਜਾਂ ਐਂ ਕਰ ਲਓ ਜੋ ਵੀ ਕਰਨਾ ਨਾ ਕਿ ਇੱਕ ਮੇਲ ਉਹਨਾਂ ਨੂੰ ਦੱਸੇ ਧੰਨਵਾਦ ਹੈ ਕਾਲ ਕਰਨ ਦੇ ਲਈ ਦੇਖੋ ਇੱਕ ਨਾ ਜਿੱਥੇ 4 ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾਏ ਜਾ ਰਹੇ ਨੇ ਇੱਕ ਉੱਥੇ ਖੜਾ ਨਿਹੰਗ ਲੱਗਦਾ ਸਿਰ 'ਤੇ ਦਸਤਾਰ ਬੰਨੀ ਵਰਸ਼ਾ ਲੈ ਕੇ ਖੜਾ ਅਤੇ ਜਿਹੜਾ ਵਿਅਕਤੀ ਆਉਂਦਾ ਉਹਦੇ ਸਿਰ ਤੋਂ ਟੋਪੀ ਲਾ ਕੇ ਤੇ ਉਹ ਵਰਸ਼ੇ ਟੰਗੀ ਜਾ ਰਿਹਾ ਕੋਈ ਯੋਧਿਆਂ ਵਾਲਾ ਕੰਮ ਕਰ ਕੋਈ ਮਰਦਾਂ ਵਾਲਾ ਕੰਮ ਕਰ ਉੱਥੇ ਦੇਖ ਕਿੱਥੇ ਡੇਰਾਬਾਦ ਕੀ ਕੁਛ ਕ੍ਰਾਈਮ ਹੋ ਰਿਹਾ ਕਿੱਥੇ ਪੁਲਿਸ ਵਾਲੇ ਧੱਕਾ ਕਰੀ ਜਾਂਦੇ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਅਦਬੀ ਹੋ ਰਹੀ ਹੈ ਇਹ ਮਰਦਾਨਗੀ ਐਮ ਇਨਾਸੈਂਟਾਂ ਲੋਕਾਂ ਦੇ ਦਿਖਾਉਣ ਵਾਲੇ ਜਿਹੜੇ ਲਾਉਂਡੇ ਸਾਡੇ ਧਰਮ 'ਚ ਨੇ ਇਹ ਵਿੱਚੋਂ ਵਾਈਪ ਆਊਟ ਹੋਣੇ ਚਾਹੀਦੇ ਨੇ ਉਹ ਬੰਦਾ ਤੁਸੀਂ ਦੇਖੋ ਹਰ ਇੱਕ ਦੀ ਟੋਪੀ ਲਾ ਕੇ ਉਹਦੇ ਨੇਜੇ 'ਚ ਟੰਗੀ ਜਾਂਦਾ ਕੁਡ ਯੂ ਬਲੀਵ ਦਿਸ ਉੱਥੇ ਮੁੜ ਕੇ ਬਾਅਦ 'ਚ ਲੋਕਾਂ ਨੇ ਮੁੱਦਾ ਬਣਾ ਲਿਆ ਉਹ ਕਹਿੰਦੇ ਭਾਈ ਬਈ ਜੇ ਕੋਈ ਬੰਦਾ ਅਣਜਾਣ ਆ ਰਿਹਾ ਜਿਹਦਾ ਕੋਈ ਲੈਣ ਦੇਣ ਨਹੀਂ ਆ ਚਲੋ ਮੱਥਾ ਟੇਕਣ ਆ ਗਿਆ ਉਹਨੂੰ ਬੰਦੇ ਨੂੰ ਕਿਸੇ ਪਿਆਰ ਨਾਲ ਦੱਸੋ ਜੇ ਉਹ ਧਾਰਮਿਕ ਸੰਸਥਾ ਦੇ ਅੰਦਰ ਵੜ ਰਿਹਾ ਫਿਰ ਤੁਸੀਂ ਗੱਲ ਕਰੋ ਇੰਨੀ ਕੱਟੜਤਾ ਕਮਾਲ ਦੀ ਗੱਲ ਹੈ ਤੁਸੀਂ ਲੋਕਾਂ ਨੂੰ ਜੋੜਨਾ ਕਿ ਤੋੜਨਾ ਬੰਦਿਆਂ ਦੀਆਂ ਟੋਪੀਆਂ ਸਿਰ ਤੋਂ ਲਾ ਕੇ ਜਿਹੜੇ ਹੁਣ ਕਈ ਵਾਰੀ ਬੇਸਬਾਲ ਕੈਪ ਲੈਂਦੇ ਕਈ ਬਾਲਡ ਨੇ ਸਿਰ 'ਤੇ ਬਾਲਣੀ ਹੈ ਉਹ ਵਿਚਾਰੇ ਚੱਲ ਦਸਤਾਰ ਨਹੀਂ ਬੰਨ ਪਾਉਂਦੇ ਆਪਣੇ ਸਿਰ 'ਤੇ ਟੋਪੀ ਲੈ ਕੇ ਆ ਜਾਂਦੇ ਨੇ ਸੋ ਵਾਟ ਇਹ ਕਿੱਡੀ ਕੁ ਵੱਡੀ ਗੱਲ ਹੈ
ਤੁਹਾਡੀ ਇਮਾਰਤ ਦੇ ਅੰਦਰ ਕੋਈ ਐਂਟਰ ਹੋਵੇਗਾ ਫਿਰ ਤੁਸੀਂ ਗੱਲ ਕਰੋ। ਜੇ ਬਾਹਰ ਉੱਤੇ ਮੇਲੇ 'ਚ ਕੋਈ ਘੁੰਮਦਾ ਫਿਰਦਾ ਉਹ ਜਿਹੜਾ ਜਾਂਦਾ ਉਹਦੇ ਸਿਰ ਤੋਂ ਟੋਪੀ ਲਾ ਕੇ ਤੋਂ ਬਰਛੇ ਟੰਗੀ ਜਾਂਦਾ, 40-45 ਟੰਗੀ ਫਿਰਦਾ। ਕੁਝ ਯੂ ਬਲੀਵ ਦਿਸ? ਅਤੇ ਉੱਥੇ ਵੀਡੀਓ ਬਣਾਉਣ ਲੱਗ ਪਿਆ ਉਹਦੀ, ਉਹਦੇ ਖਿਲਾਫ਼ ਹੋ ਗਿਆ ਲੋਕ ਵੀ, ਭਾਈ ਤੂੰ ਕਰੀ ਕੀ ਜਾ ਰਿਹਾ? ਪਰ ਉਹ ਮੰਨਣ ਨੂੰ ਤਿਆਰ ਨਹੀਂ, ਉਹ ਕਹਿੰਦਾ ਮੈਂ ਸਿੱਖਾਂ ਗੁਰੂ ਦਾ। ਮੈਂ ਕਹਾਂਗਾ ਇੱਦਾਂ ਦੇ ਲੋਕਾਂ ਦੇ ਜਿਹੜਾ ਇਹਨਾਂ ਨੂੰ ਕੋਈ ਨਾ ਕੋਈ ਕੰਟਰੋਲ ਚਾਹੀਦਾ, ਇਹਨਾਂ ਨੇ ਲੋਕਾਂ ਨੂੰ ਜੋੜਨਾ ਨਹੀਂ ਹੈ, ਤੋੜਨਾ ਹੈਗਾ। ਕਈ ਐਸੇ ਧਰਮ ਦੇ ਲੋਕ ਆ ਜਿਨ੍ਹਾਂ ਲੋਕਾਂ ਨੂੰ ਬਾਹਲਾ ਨੌਲੇਜ ਨਹੀਂ ਹੈ, ਨਹੀਂ ਨੌਲੇਜ ਹੈਗੀ, ਤਾਂ ਫੇਰ ਕੀ ਹੋ ਗਿਆ? ਜੇ ਤੁਹਾਡੇ ਧਰਮ 'ਤੇ ਮਾਣ ਨਾ ਆ ਗਿਆ ਤਾਂ ਉਹਨੂੰ ਕੋਈ ਨਹੀਂ, ਉਹਨੂੰ 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 ਤਰੀਕੇ ਨਾਲ ਦੱਸ ਦਿਓ। ਨਾਲੇ ਟੋਪੀ ਲੈ ਕੇ ਵੀ ਕਿੱਡਾ ਕੁ ਵੱਡਾ ਸਿੱਖੀ ਤੰਦਰ ਹੈ। ਕੱਲ੍ਹ ਨੂੰ ਸਾਡੇ ਵਰਗਿਆਂ ਨੂੰ ਕਹਿਣਗੇ ਤੁਸੀਂ ਵਾਲ ਕੱਟੇ ਜੀ ਫਲਾਣੇ, ਪਤਾ ਨਹੀਂ ਕਿੱਦਾਂ ਦੀ ਕੱਟੜਤਾ ਅੰਦਰ ਪਈ ਹੈ ਜਿਹਦਾ ਕਰਕੇ ਨੁਕਸਾਨ ਕਰ ਰਹੇ ਨੇ। ਇੱਕੋ ਵਿਅਕਤੀ ਫਿਰ ਰਿਹਾ, ਸੋ ਉੱਥੇ ਵੀ ਆਪਾਂ ਕਰਦੇ ਗੱਲਬਾਤ, ਕੋਈ ਗੱਲ ਨਹੀਂ। ਲਓ ਜੀ ਅਗਲੀ ਕਾਲ 'ਤੇ ਚੱਲਦੇ, ਮਾਂ ਜੀ ਤੁਸੀਂ ਆ ਜਾਓ, ਸਵਾਗਤ ਹੈ ਵੀਰ, ਵੈਲਕਮ ਜੀ। ਥੈਂਕ ਯੂ ਸੋ ਮਚ ਭਾਅ ਜੀ, ਅਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਤੇ ਅਪਲਾਈਂਸ ਜੰਕਸ਼ਨ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਵੀਕਐਂਡ ਹੈ, ਸਾਲ ਦਾ ਲਾਸਟ ਵੀਕਐਂਡ ਹੈ ਜੀ, ਜਿੱਥੇ ਕਿ ਬੋਕਸਿੰਗ ਵੀਕ ਦੀਆਂ ਪ੍ਰਾਈਸਿਸ ਜਿਹੜੀਆਂ ਐਕਸਟੈਂਡ ਕੀਤੀਆਂ ਗਈਆਂ। ਸੋ ਬੋਕਸਿੰਗ ਡੇ ਇਸ ਵਾਰੀ ਮੰਗਲਵਾਰ ਵਾਲੇ ਦਿਨ ਸੀ, ਸੋ ਕਿਸੇ ਕਾਰਨ ਬਖਸ਼ ਜੇ ਤੁਸੀਂ ਕੰਮ 'ਤੇ ਸੀ ਅਤੇ ਬੋਕਸਿੰਗ ਡੇ ਦੀ ਸੇਲ ਦਾ ਫਾਇਦਾ ਨਹੀਂ ਚੱਕ ਸਕੇ ਅਤੇ ਅਪਲਾਈਂਸਿਸ ਦੇ ਵਿੱਚ ਕੋਈ ਵੀ ਡੀਲ ਦੇਖ ਰਹੇ ਹੋ ਤਾਂ ਅਪਲਾਈਂਸ ਜੰਕਸ਼ਨ ਦੇ ਉੱਪਰ ਵਿਜ਼ਿਟ ਜ਼ਰੂਰ ਕਰੋ ਜੀ ਇਸ ਵੀਕਐਂਡ, ਕਿਉਂਕਿ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਜਿਹਦੇ ਵਿੱਚ ਕਿਚਨਏਡ, ਜੈਨੀਅਰ, GE ਕੈਫੇ, ਇਲੈਕਟ੍ਰੋਲਕਸ, ਵਰਲਪੂਲ, ਮੇਟੈਗ, ਸੈਮਸੰਗ, LG, ਫਰਿਜਡੇਅਰ ਵਰਗੇ ਬ੍ਰਾਂਡਸ ਦੇ ਉੱਪਰ ਅਪਟੂ 40%, ਅਪਟੂ 40% ਦਾ ਡਿਸਕਾਊਂਟ ਜਿਹੜਾ ਕਿ ਪਾਸ ਔਨ ਕੀਤਾ ਜਾ ਰਿਹਾ। ਇਸ ਟਾਈਮ ਜਿਹੜੇ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ ਜੀ, ਇਨਵੈਸਟਮੈਂਟ ਦੇ ਪੂਰੇ 5 ਦੇ 5 ਅਪਲਾਈਂਸਿਸ ਦਾ ਸੈੱਟ ਹੈ, ਜਿਹਦੇ ਵਿੱਚ ਫੁੱਲ ਸਾਈਜ਼ ਦਾ 36-inch ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫਰੀਜ਼ਰ ਰੈਫਰਿਜਰੇਟਰ ਹੈ, ਸਮੂਥ ਟੋਪ ਇਲੈਕਟ੍ਰਿਕ ਰੇਂਜ ਹੈ, ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਐਂਡ ਡਰਾਇਰ। ਰੈਗੂਲਰ ਪ੍ਰਾਈਜ਼ ਜਿਹੜਾ ਕਿ $6,000 ਦੀ ਵੈਲਿਊ ਦਾ, 5 ਦੇ 5 ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਐਕਸਕਲੂਸਿਵ $39.99 $3,999 ਦੇ ਵਿੱਚ ਤੁਸੀਂ ਲਵਾ ਸਕਦੇ ਹਾਂ। ਇਹਦੀ ਡਿਲੀਵਰੀ ਤੁਸੀਂ ਵੈਲਲੈਂਡ, ਵੁੱਡਸਟਾਕ, ਲੰਡਨ, ਔਸ਼ਵਾ, ਨਾਇਗਰਾ, ਕਿਸੇ ਵੀ ਸਾਈਡ ਹੈ, ਤੁਸੀਂ ਏਜੈਕਸ ਜੇ ਰਹਿੰਦੇ ਹੋ ਉੱਧਰ ਡਿਲੀਵਰੀਆਂ ਕਰਵਾਉਣੀਆਂ ਨੇ ਤੁਸੀਂ ਕਰਵਾ ਸਕਦੇ ਹੋ। ਨੰਬਰ ਟੂ ਕਾਲ ਹੈ ਜੀ 905-450-0054, ਅਤੇ ਵਿਜ਼ਿਟ ਕਰਨਾ ਤੁਸੀਂ ਮਿਸੀਸਾਗਾ ਰੋਡ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਲਾਗੇ, ਰਿਵਰ ਮਾਊਂਟ ਪਲਾਜ਼ਾ ਦੇ ਅੰਦਰ ਅਪਲਾਈਂਸ ਜੰਕਸ਼ਨ 'ਤੇ। ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ। 6 ਮੰਥ 'ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਭਾਅ ਜੀ, ਥੈਂਕ ਯੂ। ਲਓ ਜੀ ਜੋ ਦਿਓ ਇੱਕ ਵਾਰ 15K ਤੱਕ ਡਬਲ ਟੈਪ ਕਰ ਦਿਓ, ਜੋ ਦਿਓ ਚੱਕ ਦਿਓ ਫੱਟੇ 15K ਤੱਕ ਕਰ ਦਿਓ ਪਲੀਜ਼, ਥੈਂਕ ਯੂ। ਫਿਰ ਆਪਾਂ ਅਗਲੀ ਕਾਲ ਲੈਂਦੇ ਹਾਂ ਜੀ, ਹੁਣ ਚੱਲਦੇ ਆਪਾਂ ਅਗਲੀ ਕਾਲ 'ਤੇ। ਉਸ ਤੋਂ ਪਹਿਲਾਂ ਕਟਾਰੀਆ ਟੂਰ ਐਂਡ ਟਰੈਵਲ ਦਾ ਜ਼ਿਕਰ ਕਰਾਂਗੇ। ਕਟਾਰੀਆ ਟੂਰ ਐਂਡ ਟਰੈਵਲ ਹੈ ਜੀ, ਜੇ ਤੁਸੀਂ ਟਿਕਟਾਂ ਲੈਣੀਆਂ ਚਾਹੁੰਦੇ ਹੋ ਇਹਨਾਂ ਦੇ ਕੋਲ, ਅੰਮ੍ਰਿਤਸਰ ਤੋਂ ਇੱਥੇ ਆਉਣ ਦੇ ਦੀ 1 ਜਨਵਰੀ ਦੀ ਟਿਕਟ ਪਈ ਆ ਅੱਧੇ ਮੁੱਲ ਦੀ। ਜੇ ਤੁਸੀਂ January 1 ਨੂੰ ਇੱਥੇ ਆਉਣਾ ਚਾਹੁੰਦੇ ਅੰਮ੍ਰਿਤਸਰ ਤੋਂ ਤਾਂ ਇਹਨਾਂ ਕੋਲ ਟਿਕਟ ਲੈ ਲਓ। ਜੇ ਤੁਸੀਂ ਇੱਧਰੋਂ ਜਾਣਾ ਚਾਹੁੰਦੇ ਹੋ 8 ਜਨਵਰੀ ਨੂੰ, ਤਾਂ ਇਹਨਾਂ ਕੋਲ ਟਿਕਟਾਂ ਪਈਆਂ ਨੇ ਅਵੇਲੇਬਲ, ਕਹਿੰਦੇ ਅੱਧੇ ਮੁੱਲ 'ਤੇ ਦੇਵਾਂਗੇ ਅਸੀਂ। ਉਹਦੇ ਲਈ 2883 ਡੈਰੀ ਰੋਡ ਅਤੇ ਏਅਰਪੋਰਟ, ਜਾਂ 4550 ਅਵਨੀਜ਼ਰ ਰੋਡ 'ਤੇ ਪਹੁੰਚਣਾ ਪਵੇਗਾ। ਜ਼ਿਆਦਾ ਜਾਣਕਾਰੀ ਲਈ ਕਟਾਰੀਆ ਟੂਰ ਐਂਡ ਟਰੈਵਲ ਦਾ ਨੰਬਰ ਹੈ 647-643-3800 ਜਾਂ 905-678-1200 905-678-1200 'ਤੇ ਗੱਲਬਾਤ ਕਰ ਸਕਦੇ ਹੋ। ਬਲੈਕ ਹੋਰਸ ਟਰੱਕ ਟ੍ਰੇਲਰ ਅਕੈਡਮੀ ਹੈ, ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਜੇ 20 ਸਾਲ ਦਾ, ਕਹਿੰਦੇ ਇਹਨਾਂ ਦਾ ਤਜਰਬਾ ਹੈਗਾ। ਸੋ ਆਟੋਮੈਟਿਕ ਇਹਨਾਂ ਦੇ ਕੋਲ ਟਰੱਕ ਨੇ, 48-53 ਫੁੱਟ ਦੇ ਟ੍ਰੇਲਰ ਹੈਗੇ ਨੇ। ਬਾਰਡਰ ਕਰੋਸਿੰਗ ਅਤੇ ELD ਇਲੈਕਟ੍ਰੋਨਿਕ ਬਲੋਗ ਬੁੱਕ ਬਾਰੇ ਪੂਰੀ ਜਾਣਕਾਰੀ ਦੇਣਗੇ। ਐਡਰੈਸ ਹੈਗਾ 6916 ਸ਼ਾਸਨ ਡਰਾਈਵ, ਯੂਨਿਟ ਏ ਬਰਤਾਨੀਆ ਦੀ ਕਾਰਨਰ ਵਿੱਚ ਹੈ। ਏਅਰ ਬ੍ਰੇਕ ਦੀ ਕਲਾਸ ਵੀ ਲਾਉਂਦੇ ਨੇ। ਬਲੈਕ ਹੋਰਸ ਟਰੱਕ ਟ੍ਰੇਲਰ ਅਕੈਡਮੀ ਦਾ ਨੰਬਰ ਹੈ 647-622-5552 6472-5552 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਬਾਈ ਜੀ ਤੁਸੀਂ ਆ ਜਾਓ 037, ਵੈਲਕਮ 0377 ਹੈ, ਵੈਲਕਮ 587-0377 ਕੁਛ ਕਹਿਣਾ ਚਾਹੁੰਦੇ ਹੋ ਸਰ? ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਸਤਿ ਸ਼੍ਰੀ ਅਕਾਲ, ਤੁਸੀਂ ਵਟਸਐਪ 'ਤੇ ਆ ਜਾਓ ਬਾਈ ਜੀ, ਸਵਾਗਤ ਹੈ, ਵੈਲਕਮ। ਹਾਂਜੀ ਭਾਅ ਜੀ ਕੀ ਹਾਲ ਜੇ? ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤਿਸ ਤਰ੍ਹਾਂ? ਥੈਂਕ ਯੂ ਭਾਅ ਜੀ, ਬਹੁਤ ਵਧੀਆ ਸ਼ੋਅ ਤੁਹਾਡਾ, ਨਸ਼ਾ ਲੱਗ ਗਿਆ ਤੁਹਾਡੇ ਸ਼ੋਅ ਦਾ, ਵੇਟ ਕਰੀਦੀ ਰੋਜ਼। ਥੈਂਕ ਯੂ, ਲਵ ਯੂ ਬ੍ਰਦਰ, ਥੈਂਕ ਯੂ ਇੰਨਾ ਪਿਆਰ ਕਰਨ ਦੇ ਲਈ, ਥੈਂਕ ਯੂ। ਤੇ ਭਾਅ ਜੀ ਮੈਂ ਬਸ ਇੱਕੋ ਗੱਲ ਪੁੱਛਣਾ ਸੀ ਵੀ ਭਗਵੰਤ ਮਾਨ ਦੀ ਡੇਲੀ ਦੀ ਰੂਟੀਨ ਕੀ ਆ, ਕੀ ਕਰਦਾ ਉਹ ਦਫ਼ਤਰ 'ਚ ਜਾ ਕੇ, ਤੇ ਦੱਸ ਸਕਦੇ ਕੁਛ ਤੁਸੀਂ? ਤੁਹਾਡਾ ਬਿਨਾਂ ਖਲਾਉਣਾ ਹੈਗਾ ਇਹੋ ਜਿਹੇ ਵੱਡੇ ਵੱਡੇ ਬੰਦੇ ਨਾਲ? ਕੁਛ ਵੀ ਨਹੀਂ ਹੈ, ਐਵੇਂ ਬਸ ਉੱਧਰ ਗਨਮੈਨ ਲੈ ਕੇ ਚੱਲ ਗਿਆ, ਫਲਾਣੇ ਥਾਂ ਫਰੀ ਦਾ ਰੋਟੀ ਖਾ ਲਈ, ਫਲਾਣੇ ਥਾਂ ਰੀਬਨ ਕੱਟਤਾ,
ਕਿਤੇ ਮੀਟਿੰਗ ਮੂਟਿੰਗ ਕਰ ਲੈਂਦੇ ਹੋਣਗੇ ਪਾਰਲੀਮੈਂਟ ਦੇ ਵਿੱਚ, ਨਾਲ ਘਰ ਵਾਲੀ ਉਹ ਅੱਡੇ ਤੁਰੀ ਫਿਰਦੀ ਵਿਚਾਰੀ, ਸਾਡੀ ਭੈਣ ਹੈ, ਉਹ ਵੀ ਗਨਮੈਨ ਇੱਧਰ ਉੱਧਰ ਨੰਬਰ ਹੀ ਬਣਾਉਂਦੇ ਫਿਰਦੇ, ਹੋਰ ਕੱਖ ਇਹਨਾਂ ਨੇ ਕੀ ਕਰਨਾ? ਕੀ ਕਰਤਾ ਤੁਸੀਂ ਮੈਨੂੰ ਦੱਸੋ? ਕੋਈ ਪੰਜਾਬ 'ਚ ਇੰਡਸਟਰੀ ਆਈ ਹੈ, ਝੂਠ ਬੋਲਿਆ, BMW ਆ ਰਹੀ ਹੈ, ਤੁਹਾਡੇ ਕੋਈ BMW ਨਹੀਂ ਆ ਸਕਦੀ, ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਆ ਸਕਦੀ ਜਦ ਤੱਕ ਤੁਹਾਡੇ ਅੰਬਾਨੀ ਅੰਡਾਨੀ ਨਾਲ ਲਿੰਕ ਨਹੀਂ ਹੈ। ਅੰਬਾਨੀ ਅੰਡਾਨੀ ਤੋਂ ਛੁੱਟ ਤੁਹਾਡੇ ਕੋਈ ਇੰਡਸਟਰੀ ਨਹੀਂ ਲਾ ਸਕਦਾ, ਕਿਉਂਕਿ ਤੁਹਾਡਾ 1966 ਦੇ ਵਿੱਚ ਫੈਡਰਲ ਨਾਲ ਸਮਝੌਤਾ ਹੋਇਆ। ਤੁਹਾਡੇ ਕੋਲ ਪੰਜਾਬ ਹਰਿਆਣੇ ਨੂੰ ਇੱਕ ਮਿਲਟਰੀ ਦਿੱਤੀ ਹੈ ਵੀ ਤੁਹਾਡੇ ਤੋਂ ਮਿਲਟਰੀ ਜਿਹੜੀ ਭਰਤੀ ਕੀਤੀ ਜਾਵੇਗੀ। ਨੰਬਰ 2, ਤੁਹਾਡਾ MSP ਦੇ ਅਧੀਨ ਫਸਲਾਂ ਚੁੱਕੀਆਂ ਜਾਣਗੀਆਂ, ਜ਼ਿਮੀਂਦਾਰਾਂ ਦੀਆਂ MSP ਦੇ ਅਧੀਨ ਫਸਲ ਚੁੱਕ ਲੈਂਦੇ ਨੇ, ਜਿਹੜੇ ਬਾਕੀ ਲੋਕ ਹੈ ਉਹਨਾਂ ਨੂੰ ਮਿਲਟਰੀ ਦੇ ਵਿੱਚ ਜ਼ਿਆਦਾ ਆਪਸ਼ਨ ਦਿੱਤੀ ਜਾਂਦੀ ਹੈ। 2 ਆਪਸ਼ਨ ਦਿੱਤੀਆਂ ਗਈਆਂ, ਤੁਹਾਡੇ ਕੋਈ ਇੰਡਸਟਰੀ ਨਹੀਂ ਆਉਣੀ, ਇਹ ਝੂਠ ਬੋਲ ਰਹੇ ਨੇ। ਜੇ ਅੰਬਾਨੀ ਅੰਡਾਨੀ ਚਾਹੁਣ, ਕਿਉਂਕਿ ਲੋਕਲ ਬਿਜ਼ਨਸਮੈਨ ਨੇ, ਉਹ ਆਪਣੇ ਨਿੱਜੀ ਹੱਥਾਂ ਦੇ ਲਈ ਕਿਤੇ ਨਾ ਕਿਤੇ ਤੁਹਾਡੇ ਇੰਡਸਟਰੀ ਲਾ ਸਕਦੇ ਨੇ, ਪਰ ਉਹਨਾਂ ਦੇ ਨਾਲ ਇੰਨਾ ਕਿ ਇਹਨਾਂ ਨੇ ਦਗਾ ਕਰਤਾ, ਪੰਜਾਬੀਆਂ ਨੇ ਧੋਖਾ ਕਰਤਾ, ਉਹ ਬੰਦੇ ਪੰਜਾਬ ਵੱਲ ਮੂੰਹ ਕਰਕੇ ਖੁਸ਼ ਨਹੀਂ ਹੈ। ਤੁਹਾਡੇ ਹਾਲਾਤ ਇੰਨੇ ਕੁ ਮਾੜੇ ਹੋ ਜਾਣਗੇ, ਤੁਹਾਡੀਆਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣਗੀਆਂ, ਤੁਹਾਡੀ ਇਨਕਮ ਨਾਲੋਂ ਕਰਜ਼ਾ ਤੁਹਾਡਾ ਜ਼ਿਆਦਾ ਹੋ ਜਾਵੇਗਾ। ਹੁਣ ਇਹਨਾਂ ਨੇ 500 ਕਰੋੜ ਦਾ ਕਰਜ਼ਾ ਚੁੱਕ ਕੇ, ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਉਹਦੀ ਪੇਮੈਂਟ ਮੋੜੀ ਹੈ। ਸੋ ਇਹ ਦੇਖੋ ਕਿੱਡਾ ਕਰਜ਼ਾ ਚੁੱਕ ਕੇ ਕਰਜ਼ਾ ਲਾਉਣਾ, ਇਹ ਕਿੱਡੀ ਕਕਲ ਵਾਲੀ ਗੱਲ, ਆਹ ਕੁਛ ਹੋ ਰਿਹਾ ਪੰਜਾਬ 'ਚ, ਭਗਵੰਤ ਮਾਨ ਹੋਣਾ ਕੋਲ। ਅਤੇ ਭਾਜੀ ਇਹ ਕਿੱਧਰੋਂ ਜਾਊਗਾ ਪੰਜਾਬ? ਕੋਈ ਜੋਬ ਕੋਈ ਆਊਗੀ ਕਿ ਜਾਂ ਖੇਤੀਬਾੜੀ ਜਿਹੜੀ ਜੱਟ ਜੁੱਟ ਕਰਦੇ ਉਹ ਵੀ ਖੋਹ ਲੈਣਗੇ, ਕੀ ਹਿਸਾਬ ਬਣੂਗਾ? MSP ਖਤਮ ਹੋ ਜਾਊਗੀ? ਹਾਂ ਦੇਖੋ, MSP ਤਾਂ ਖਤਮ ਹੋਵੇਗੀ, ਕਿਉਂਕਿ ਦੁਨੀਆਂ ਦੇ ਉੱਪਰ 200 ਕੰਟਰੀ ਹੈ, ਲੱਖਾਂ ਸੂਬੇ ਹਜ਼ਾਰਾਂ ਹੋਣਗੇ, ਦੁਨੀਆਂ 'ਤੇ ਕੋਈ ਕੰਟਰੀ MSP ਨਹੀਂ ਦਿੰਦੀ। ਇਹ ਸਿਰਫ ਪੰਜਾਬ ਹਰਿਆਣਾ ਹੈਗਾ ਜਿੱਥੇ ਸਰਕਾਰ ਤੁਹਾਡੀ ਫਸਲ ਚੁੱਕਦੀ ਆ, ਉਹ ਵੀ 1966 ਦੇ ਵਿੱਚ ਸਵਾਮੀਨਾਥਨ ਰਿਪੋਰਟ ਦੇ ਅਧੀਨ ਇਹਨਾਂ ਦਾ ਫੈਸਲਾ ਹੋ ਗਿਆ ਵੀ ਅਸੀਂ ਪੰਜਾਬ ਹਰਿਆਣਾ ਸਾਨੂੰ ਫਸਲ ਪੈਦਾ ਕਰਕੇ ਦੇਵੇ, ਕਿਉਂਕਿ ਪਾਪੂਲੇਸ਼ਨ ਵੱਧ ਰਹੀ ਆ, ਸਾਡੇ ਕੋਲ ਕਣਕ ਝੋਨਾ ਨਹੀਂ ਪੈਦਾ ਹੋ ਰਿਹਾ। ਫਿਰ ਪੰਜਾਬ ਅਤੇ ਹਰਿਆਣੇ ਨਾਲ, ਪੰਜਾਬ ਨਾਲ ਸਮਝੌਤਾ ਹੋ ਗਿਆ ਜਦੋਂ ਹਰਿਆਣਾ ਸਪਲਿਟ ਹੋ ਗਿਆ, ਉਸ ਵੇਲੇ ਹੋ ਗਿਆ। ਸੋ ਹੁਣ ਜੋਬਾਂ ਦਾ ਕੋਈ ਉੱਥੇ ਨਹੀਂ ਹੈ, ਅਤੇ ਜਿਹੜਾ ਜ਼ਿਮੀਂਦਾਰ ਹੈ ਉਹ ਵੀ ਕੋਈ MSP ਵੀ ਕੋਈ ਬਾਹਲੀ ਵਧੀਆ ਚੀਜ਼ ਨਹੀਂ ਹੈ। MSP 75 ਸੈਂਟ ਪ੍ਰੋਫਿਟ ਹੈ, ਜੇ ਤੁਹਾਡੀ ਲਾਗਤ $1.25 ਪੈਂਦੀ ਹੈ ਤਾਂ ਤੁਹਾਡੀ ਸਮਾਨ ₹2 ਨੂੰ ਵਿਕਦੀ, $2 ਨੂੰ। ਸੋ 75 ਸੈਂਟ ਤੁਹਾਡਾ ਪ੍ਰੋਫਿਟ ਹੈ ਉਹਦੇ ਵਿੱਚੋਂ, ਪਰ 75 ਸੈਂਟ ਨਾਲ ਤੁਸੀਂ ਪ੍ਰੋਫਿਟ 'ਚੋਂ ਕੀ ਕੱਢੋਗੇ? ਕੱਖ ਨਹੀਂ ਹੈ, ਕੁਛ ਨਹੀਂ ਹੈ 75 ਸੈਂਟ ਵੀ। ਸੋ ਜਿਹੜਾ ਜ਼ਿਮੀਂਦਾਰਾ ਵੀਰ, ਜ਼ਿਮੀਂਦਾਰਾ ਤਾਂ ਖਤਮ ਹੈ, ਜਿਹੜਾ ਵਿਅਕਤੀ ਜ਼ਿਮੀਂਦਾਰ ਹੋ ਕੇ ਡੌਲੇ ਦਿਖਾਵੇਗਾ, ਮੇਰਾ ਖਿਆਲ ਸਭ ਤੋਂ ਅੱਜ ਉਹਦੀ ਕੋਈ ਰਿਸਪੈਕਟ ਨਹੀਂ ਹੈ, ਕਿਉਂਕਿ ਜਿਹੜਾ ਫੂਡ ਹੈ ਇਹ ਦੁਨੀਆ ਹੋਲਡ ਕਰਦੀ ਹੈ। ਫੂਡ ਮਹਿੰਗਾ ਨਹੀਂ ਹੋਣ ਦੇ ਸਕਦੇ। ਕੈਨੇਡਾ ਵਿੱਚ ਪੇਂਟ ਮਹਿੰਗਾ ਹੋ ਗਿਆ, ਕੈਨੇਡਾ ਵਿੱਚ ਮਾਈਕ ਮਹਿੰਗਾ ਹੋ ਗਿਆ, ਸੈੱਲਫੋਨ ਮਹਿੰਗਾ ਹੋ ਗਿਆ, ਕੈਮਰਾ ਮਹਿੰਗਾ ਹੋ ਗਿਆ, ਮੇਰੇ ਮੂਹਰੇ ਸ਼ੀਸ਼ੇ ਲੱਗੇ ਉਹ ਮਹਿੰਗਾ ਹੋ ਗਿਆ, ਆਹ ਲਾਈਟਾਂ ਲੱਗੀਆਂ ਨੇ ਇਹ ਲਾਈਟਸ ਮਹਿੰਗੀਆਂ ਹੋ ਗਈਆਂ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਪਰ ਜਦੋਂ ਫੂਡ ਮਹਿੰਗਾ ਹੋਇਆ, ਸਾਰੇ ਸੱਦ ਲਿਆ, ਗਰੋਸਰੀ ਸਟੋਰਾਂ ਵਾਲੇ ਸਭ ਜ਼ਿਮੀਂਦਾਰ ਸੱਦ ਲਿਆ, ਕਿਵੇਂ ਮਹਿੰਗਾ ਹੋ ਗਿਆ? ਕਿਉਂਕਿ ਫੂਡ ਹਿਊਮਨ ਦੀ ਸਭ ਤੋਂ ਵੱਡੀ ਲੋੜ ਆ, ਇਹਨੂੰ ਗੌਰਮੈਂਟਾਂ ਟਰੈਕ ਕਰਦੀਆਂ ਨੇ, ਅਤੇ ਉਹਦੇ ਥੱਲੇ ਫਾਰਮਰ ਆ ਜਾਂਦਾ, ਜਿਹੜਾ ਕਿਸਾਨ ਹੈ, ਜਿਹੜਾ ਕਿਸਾਨ ਹੈ ਉਹਦੀ ਜ਼ਿੰਦਗੀ ਸਿਰਫ ਉਹ ਰੋਟੀ ਪਾਣੀ ਖਾ ਸਕਦਾ, ਏਦੂ ਛੁੱਟ ਕੱਖ ਨਹੀਂ ਹੈ। ਜਿੰਨੇ ਕਿਸਾਨਾਂ ਦੇ ਬੱਚੇ ਨੇ ਬਾਹਰਲੇ ਮੁਲਕਾਂ 'ਚ ਆਣ ਕੇ ਇੱਥੇ ਬਿਜ਼ਨਸ ਕਰੋ, ਅਤੇ ਤੁਸੀਂ ਤਰੱਕੀ ਕਰੋਗੇ, ਜੇ ਉੱਥੇ ਖੇਤੀ 'ਚ ਬੜੇ ਰਹਿ, ਐਵੇਂ 500 ਬਣਾ ਲਿਆ, 200 ਬਣਾ ਲਿਆ, ਰੋਟੀ ਪਾਣੀ ਚੱਲੇਗਾ, ਇਸ ਤੋਂ ਛੁੱਟ ਕੱਖ ਨਹੀਂ ਹੈ, ਭਾਵੇਂ 100 ਕਿੱਲੇ ਦਾ ਮਾਲਕ ਹੋਵੇ। ਠੀਕ ਹੈ ਜੀ। ਆਪਣੇ ਭਾਈ ਜ਼ਿਮੀਂਦਾਰਾਂ ਦੇ ਮੁੰਡੇ ਤਾਂ ਆਈ ਜਾਂਦੇ ਬਾਹਰ, ਅਤੇ ਆਪਣੇ ਮੇਬੀ ਸਿੱਖਾਂ ਦੇ ਵੀ ਹੁਣ ਮੁੰਡੇ ਆਈ ਜਾਂਦੇ ਬਾਹਰ। ਹਾਂ ਦੇਖੋ, ਮੱਝ ਵੀ ਹਲੇ ਜੋਬ ਲੈ ਸਕਦਾ ਇੰਡੀਆ ਦੇ ਵਿੱਚ, ਜਿਹੜੇ ਰਵਿਦਾਸੀ ਮੱਝ ਵੀ ਸਾਡੇ ਭਰਾ ਨੇ, ਉਹਨਾਂ ਦੇ ਲਈ ਮਾੜਾ ਨਹੀਂ ਹੈ ਇੰਡੀਆ ਜੇ ਉਹ ਬੱਚੇ ਪੜ੍ਹ ਜਾਂਦੇ ਨੇ। ਜ਼ਿਮੀਂਦਾਰ ਪੜ੍ਹਿਆ ਵੀ ਹਾਰ ਹੈ, ਉਹਦੀ ਖੇਤੀਬਾੜੀ 'ਚ ਵੀ ਹਾਰ ਹੈ, ਹਰ ਪਾਸੇ ਇਸ ਵੇਲੇ ਜ਼ਿਮੀਂਦਾਰ ਦੀ ਹਾਰ ਹੈ। ਸੋ ਇਸ ਕਰਕੇ ਜਿਹੜਾ ਜ਼ਿਮੀਂਦਾਰ ਉੱਥੇ ਬੈਠਾ, ਭਾਵਾਂ 50 ਕਿੱਲਿਆਂ ਦੇ ਮਾਲਕਾਂ, ਜਿੱਥੇ ਤੁਹਾਡਾ ਸੂਤ ਆਉਂਦਾ ਲਾ ਲਓ, ਚੜ੍ਹ ਜਾਓ ਇੱਥੋਂ ਛੱਡ ਕੇ, ਤੁਹਾਡੇ ਕੋਈ ਹਾਲਾਤ ਨਹੀਂ ਹੈ। ਤੁਹਾਡਾ ਫੂਡ ਜਿਹੜਾ ਹੈਗਾ ਉਹ ਵੀ ਜੇ MSP ਅਧੀਨ ਵੀ ਚੁੱਕਦੇ ਨੇ, ਕਿੰਨਾ ਕੁ ਹੈਗਾ, ਪਾਣੀ ਮੁੱਕ ਜਾਣਾ, ਜਿਹੜੇ ਹਿਸਾਬ ਦੇ ਨਾਲ ਤੁਸੀਂ ਝੋਨਾ ਲਾ ਰਹੇ ਹੋ, ਆਉਣ ਵਾਲੇ 10 ਸਾਲਾਂ 'ਚ ਪਾਣੀ ਮੁੱਕ ਰਿਹਾ ਪੰਜਾਬ 'ਚ। ਜਿੱਦਣ ਪਾਣੀ ਮੁੱਕ ਜਾਵੇਗਾ, ਤੁਹਾਡਾ ਅੱਜ ਜੇ 30 ਲੱਖ ਦਾ ਕਿੱਲਾ ਵਿਕਦਾ ਤਾਂ ਕਿਸੇ ਨੇ 30,000 ਦਾ ਨਹੀਂ ਪੁੱਛਣਾ, ਇੱਦਾਂ ਦੇ ਹਾਲਾਤ ਹੋ ਜਾਣੇ ਨੇ। ਫਾਰਮਰ ਦੇ ਲਈ ਕੋਈ ਬਾਹਲਾ ਵਧੀਆ ਉੱਥੇ ਆਪਸ਼ਨ ਨਹੀਂ ਹੈ ਹੁਣ ਵੀਰ। ਅਤੇ ਭਾਅ ਜੀ ਇਹ ਇੱਦਾਂ ਕਿਉਂ ਨਹੀਂ ਕਰਦੇ ਜਿੱਦਾਂ ਨਹਿਰਾਂ ਵਾਲੀਆਂ, ਜਿੱਦਾਂ ਨਹਿਰਾਂ ਵਾਲੀਆਂ ਜ਼ਮੀਨਾਂ ਲਾਗੇ ਲਾਗੇ 20-20 ਕਿੱਲੇ ਨਹਿਰਾਂ ਨੂੰ, ਨਹਿਰਾਂ ਦਾ ਪਾਣੀ ਜਾਂਦਾ, ਉਹਨਾਂ ਨੂੰ ਝੋਨਾ ਲਾਉਣ, ਦਰਿਆਵਾਂ ਜਿਹਨਾਂ ਦਰਿਆਵਾਂ ਦਾ ਪਾਣੀ ਪੈਂਦਾ ਉਹਨਾਂ ਝੋਨਾ ਲਾਉਣ, ਸਿਸਟਮ ਬਣਾਉਣ ਕੋਈ, ਸਾਰਿਆਂ ਨੂੰ ਡਿਵਾਈਡ ਕਰਨ ਵੀ ਤੁਸੀਂ ਆਹ ਖੇਤੀ ਕਰਨੀ, ਤੁਸੀਂ ਆਹ ਖੇਤੀ ਕਰਨੀ। ਦੇਖੋ ਜਿਹੜਾ ਇੱਕ ਨਾ ਇੱਕ ਕੌਨਸਟੀਟਿਊਸ਼ਨ ਬਣਿਆ, ਜਿਹੜੇ ਪਾਣੀ ਕੁਦਰਤੀ ਹੈ, ਰਿਪੀਜਨ ਲਾਅ ਉਹਨੂੰ ਕਿਹਾ ਜਾਂਦਾ, ਅਤੇ ਉਹ
किसी कंट्री के अधीन नहीं आता। जिहड़ा कुदरती स्नो का मीह का फ्लड पानी उते कोई कंट्री का उते राज नहीं है, कोई कंट्री वो पानी नू कंट्रोल नहीं कर सकती। कैनेडा च क्रीक चलती है, जे कोई बंदा कहिंदा मैं क्रीक इधर नू कढ के लै जावा पानी, कोई लेक मैं इधर नू नहर कढ के लै जावा, तो यह लीगल नहीं है। पर अंदरगती ताडे छोटे छोटे समझौते हो जाते हैं, जिहड़ा कि 1956 दे विच इन्हां ने समझौता करके पानी जिहड़ा राजस्थान नू दिता जां दिल्ली नू देण दी गल कीती है जां कुछ इदां इधरले पासे नू पानी कढ़िया जिहड़ियां नहरां जांदियां ने, उह समझौता गलत होया। हुण कारण की है, हले भी जिहड़ा समझौता फिर जिहड़ा 51% पानी सी उह पंजाब को रह गया, फिर 1966 दे विच हरियाणा अड हो गया, पंजाब अड हो गया, फिर 51% दे विचों पानी जिहड़ा फिर दो पासे हिस्से जाना शुरू होना सीगा, पर इन्हां ने पंजाबियां ने दित्ता नहीं। पर जिहड़ा पानी दे रहा है दूजा नूं उहनूं रोकिया जा सकता, पर रोकेगा वह बंदा जदों ताडी पंजाब की अपनी सरकार बनेगी, जदों ताडे 117 MLA बन गए, फिर तुसीं उत्ते फाइट कर सकदे हो। पर तुसीं फाइट सरकार वह बनाउंदे हो जिहड़ा सेंटर नाल लिंक है। सेंटर ने राजस्थान च भी सरकार बनाउणी आ, सेंटर ने हरियाणे च भी सरकार बनाउणी है, उन्होंने दिल्ली च भी बनाउणी है, वह ताडे लई कदी पानी का मुद्दा टच नहीं करनगे। जे पानी अपना वापस लेना चाहते हो, ये तुसीं कॉन्स्टिट्यूशन के अधीन पानी वापस लिया जा सकता जिहड़ा हरियाणे जां किते जांदा हैगा, ते तुसीं आ ताडियां नहरां च पानी आवेगा तो फिर तुसीं नहरी पानी नाल झोना ला सकते हो। जे तुसीं पाकिस्तान वेखते हो, पाकिस्तान दे विच बड़ियां नहरां खाले ने, उत्थे लोग झोना लाउंदे ने, ट्यूबवैल घट ने, पर नहरां दे पानी नाल पलदा हैगा। सो ये उदों तक मसला हल नहीं होगा जब तक पंजाब अपनी ओन सरकार नहीं बनाउंदा जिहदा दिल्ली नाल कोई लिंक ना होवे, फिर ये उत्ते फाइट कर सकते हैं तो पानी वापस लै सकते हैं। अदरवाइज़ पानी इन्हां दा वापस नहीं आना, तो हरियाणा उन्होंने भी नहीं मिलना पानी, वो जिन्ना मर्जी रौला पाई जाए यदा रौला ही चली जाना बस। ठीक है, थैंक यू भाजी। दीप सिद्धू भाई भी चल गया दुनिया तो, भाई अमृतपाल जेल च आ, तो हूँ सीखण नूं को तुहाडे कोल ही आ, ਤੁਹਾਡਾ ਸ਼ੋਅ ਸੁਣੀਦਾ, ਕੋਈ ਨਵਾਂ ਸਿੱਖਣ ਨੂੰ ਮਿਲਦਾ। ਹਾਂ ਵੀਰ, ਕੋਈ ਗੱਲ ਨਹੀਂ ਹੈ, ਆਪਾਂ ਰਲ ਮਿਲ ਕੇ ਹਾਂ। ਥੈਂਕ ਯੂ, ਲਵ ਯੂ ਬ੍ਰਦਰ, ਧੰਨਵਾਦ ਹੈ, ਇਹ ਪਿਆਰ ਹੈ ਜੀ ਆਪਣਾ ਰਲ ਮਿਲ ਕੇ। ਸੋ ਆਪਾਂ ਜਿਹੜੀ ਗੱਲ ਕਰਨੀ ਹੈ ਕੋਈ ਮੁੱਦਿਆਂ 'ਤੇ, ਕੌਨਸਟੀਟਿਊਸ਼ਨ ਸੰਵਿਧਾਨ ਨੂੰ ਕਿਵੇਂ ਬੈਟਰ ਕੀਤਾ ਜਾ ਸਕਦਾ, ਕਿਵੇਂ ਪਲੇ ਅਰਾਊਂਡ ਆਪਾਂ ਕਰ ਸਕਦੇ, ਉਹ ਮੁੱਦਿਆਂ 'ਤੇ ਗੱਲ ਆਪਾਂ ਕਰਾਂਗੇ। 8174 ਤੁਸੀਂ ਆ ਜਾਓ ਸਰ, ਵੈਲਕਮ, ਤੁਸੀਂ ਏਅਰ 'ਤੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਵੀਰ ਸਰੋਤਿਆਂ ਨੂੰ। ਮੈਂ ਭਾਜੀ ਟੌਪ ਚੋਇਸ ਇਲੈਕਟ੍ਰੋਨਿਕਸ ਤੋਂ ਗੱਲ ਕਰ ਰਿਹਾ, ਹਰਗੁਣ ਨਾਰੰਦਰ ਜੀ। ਭਾਜੀ ਸੁਨੇਹਾ ਦੇਣਾ ਸੀਗਾ ਕਿ ਟੌਪ ਚੋਇਸ ਇਲੈਕਟ੍ਰੋਨਿਕਸ ਦੀ ਡੀਲਾਂ ਲੱਗੇ ਹੋਏ ਨੇ ਪ੍ਰੀ ਆਫਟਰ ਬੋਕਸਿੰਗ ਡੇ ਦੀਆਂ, ਤੇ ਦੱਸਣਾ ਚਾਹਾਂਗੇ ਸਰੋਤਿਆਂ ਨੂੰ ਜੀ ਕਿ ਟੌਪ ਚੋਇਸ ਇਲੈਕਟ੍ਰੋਨਿਕਸ ਬ੍ਰੈਂਪਟਨ ਦੇ ਅੰਦਰ ਅਸੀਂ ਅਪਲਾਇੰਸਿਸ ਤੇ ਟੀਵੀ ਦਾ ਕੰਮ ਜਿਹੜਾ ਹੈਗਾ ਅਸੀਂ ਕਰਦੇ ਹੈਗੇ, ਜੇ ਦੱਸਣਾ ਚਾਹਾਂਗੇ 85 ਇੰਚ 85 ਇੰਚ ਦਾ ਟੀਵੀ ਜਿਹੜਾ ਹੈਗਾ, 85 ਇੰਚ ਦਾ ਟੀਵੀ ਭਾਜੀ, ਸਮਾਰਟ ਟੀਵੀ, ਸੈਮਸੰਗ ਦਾ 4K ਟੀਵੀ, 2023 ਮਾਡਲ, 1399 ਦਾ ਪਲੱਸ ਟੈਕਸਿਸ, 1399 ਪਲੱਸ ਟੈਕਸਿਸ ਦਾ ਤੁਹਾਨੂੰ ਅੱਜ ਮਿਲ ਜਾਏਗਾ, ਅੱਜ ਉਪਲਬਧ ਹੋ ਜਾਊਗਾ ਜੀ 85 ਇੰਚ ਦਾ। ਤੇ ਭਾਜੀ ਦੱਸਣਾ ਚਾਹਾਂਗੇ ਕਿ ਅੱਜ ਕੱਲ੍ਹ ਟੈਕਨੋਲੋਜੀ ਦੇ ਹਿਸਾਬ ਨਾਲ ਬੰਦੇ ਵੀ ਮਾਡਰਨ ਹੋ ਰਹੇ ਨੇ, ਸਾਰੀ ਚੀਜ਼ਾਂ ਮਾਡਰਨ ਹੋ ਰਹੀਆਂ ਨੇ, ਤੇ ਲੋਕੀ ਆਪਣੇ ਘਰਾਂ ਦੇ ਅੰਦਰ ਵੀ ਚੀਜ਼ਾਂ ਵਧੀਆ ਤੋਂ ਵਧੀਆ ਲਾਉਣਾ ਚਾਹੁੰਦੇ ਨੇ। ਤੇ ਮੈਂ ਤੁਹਾਨੂੰ ਦੱਸਦਾ ਭਾਜੀ, ਵਰਲਡ ਦਾ ਸਭ ਤੋਂ ਵੱਡਾ ਟੀਵੀ ਵਰਲਡ 'ਚ ਆ ਗਿਆ ਹੈਗਾ ਜੀ, 98 ਇੰਚ ਦਾ ਟੀਵੀ ਜਿਹੜਾ ਹੈਗਾ ਭਾਜੀ, ਨਿਊਈਅਰ ਦੇ ਮੌਕੇ ਤੇ ਇਹ ਜਿਹੜਾ ਟੀਵੀ ਹੈ 8 ਤੋਂ 9 ਹਜ਼ਾਰ ਦਾ ਵਿਕਦਾ ਹੈ ਮਾਰਕੀਟ 'ਚ। ਤੁਹਾਨੂੰ ਇਹ ਅੱਜ ਦੇ ਡੇਟ ਦੇ ਅੰਦਰ ਟੌਪ ਚੋਇਸ ਇਲੈਕਟ੍ਰੋਨਿਕਸ ਦੇ 59.99 ਦਾ ਤੁਹਾਨੂੰ ਉਪਲਬਧ ਹੋ ਜਾਊਗਾ, 59.99 ਦਾ, ਉਹ ਵੀ QLED ਦਾ ਟੈਕਨੋਲੋਜੀ, 98 ਇੰਚ, ਵਰਲਡ ਦਾ ਸਭ ਤੋਂ ਵੱਡਾ ਟੀਵੀ ਹੈ ਭਾਜੀ। ਤੁਸੀਂ ਰਾਈਟ ਨਾਓ ਕਾਲ ਕਰ ਸਕਦੇ ਹੋ 905-799-0043 ਤੇ, ਤਾਂ ਤੁਹਾਨੂੰ ਦੱਸ ਦਈਏ ਇਹ ਟੌਪ ਚੋਇਸ ਇਲੈਕਟ੍ਰੋਨਿਕਸ ਜਿਹੜਾ ਕਿ ਆਪਣਾ ਬ੍ਰੈਂਪਟਨ ਦੇ ਅੰਦਰ ਹੈਗਾ, ਸਾਡੀ ਨਵੀਂ ਲੋਕੇਸ਼ਨ ਕਿਚਨਰ 'ਚੋਂ ਵੀ ਓਪਨ ਹੋ ਗਈ ਹੈਗੀ, ਤੇ ਗਲਫ ਦੇ ਅੰਦਰ ਸਾਡਾ ਦੂਜਾ ਸਟੋਰ ਆਲਰੇਡੀ ਹੈਗਾ। ਫਾਈਨੈਂਸਿੰਗ ਦੀ ਗੱਲ ਕੀਤੀ ਜਾਵੇ, ਅਪਲਾਇੰਸਿਸ ਤੁਸੀਂ ਲੈ ਸਕਦੇ ਹੈਗੇ ਹੋ, ਫਾਈਨੈਂਸਿੰਗ ਕਰਾ ਸਕਦੇ ਹੈਗੇ ਹੋ, ਸਾਡੇ ਕੋਲ 3, 6 ਤੇ 12 ਮਹੀਨੇ ਵਾਲੇ ਪਲਾਨ ਉਪਲਬਧ ਹੈਗੇ ਨੇ। ਨਾਲੇ ਨਾਲੇ ਸਰੋਤਿਆਂ ਨੂੰ ਇਹ ਦੱਸਣਾ ਚਾਹੂੰਗਾ, ਜੇ ਇਨਵੈਸਟਡ ਪ੍ਰੋਪਰਟੀ ਜਾਂ ਫਿਰ ਟੈਨੈਂਟ ਪ੍ਰੋਪਰਟੀ ਵਾਸਤੇ ਤੁਸੀਂ ਵਾਸ਼ਰ ਡਰਾਇਰ ਲੱਭ ਰਹੇ ਹੈਗੇ ਹੋ, ਤੇ ਬ੍ਰੈਂਡ ਨਿਊ GE ਕੰਪਨੀ ਜਿਹੜੀ ਅਮੈਰੀਕਨ ਬ੍ਰੈਂਡ ਹੈਗੀ ਹੈ ਭਾਜੀ, 999-999 ਵਾਸ਼ਰ ਡਰਾਇਰ ਤੁਹਾਨੂੰ ਦੇ ਦਾਂਗੇ ਅੱਜ ਦੇ ਅੱਜ, ਅਮੈਰੀਕਨ ਬ੍ਰੈਂਡ, ਐਨਰਜੀ ਫਿਸ਼ਨ ਮਾਡਲ, ਸਹੀ ਸੁਣਿਆ, ਵਾਸ਼ਰ ਡਰਾਇਰ ਦੋਨੋਂ ਤੁਹਾਨੂੰ GE ਕੰਪਨੀ ਦੇ $1000 ਦੇ ਅੰਦਰ ਅੱਜ ਮਿਲ ਜਾਣਗੇ, ਬ੍ਰੈਂਡ ਨਿਊ।
ਰਾਈਟ ਨੋ ਤੁਸੀਂ ਕਾਲ ਕਰ ਸਕਦੇ ਹੋ 905-799-0045 ਤੇ ਟੋਪ ਚੋਇਸ ਇਲੈਕਟ੍ਰੋਨਿਕ ਸਾਡੀ ਲੋਕੇਸ਼ਨ 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਤੇ ਹੈਗੀ ਹੈ ਤੇ ਗਲਫ ਤੇ ਕਿਚਨਰ ਵੀ ਜਾ ਸਕਦੇ ਨੇ ਸਾਡੇ ਸਰ ਉੱਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਧੰਨਵਾਦ ਹੈ ਜੀ ਇੱਕ ਵਾਰ ਨੰਬਰ ਦੇ ਦਿਓ ਫਿਰ ਦੁਬਾਰਾ 905-799-0045 ਤੇ 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਸਾਡੀ ਲੋਕੇਸ਼ਨ ਹੈਗੀ ਹੈ ਥੈਂਕ ਯੂ ਧੰਨਵਾਦ ਹੈ ਲਓ ਜੀ ਅਗਲੀ ਕਾਲ ਹੈ 2258 ਤੁਸੀਂ ਇੱਥੇ ਸਰ ਵੈਲਕਮ ਟੂਡੋ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਧੰਨ ਭਾਗ ਉਹਨਾਂ ਦੇ ਜੋ ਕੈਨੇਡਾ ਦਾ ਰੈਪੂਟੇਸ਼ਨ ਖਰਾਬ ਕਰਨ ਦੇ ਤੁਲੇ ਹੋਏ ਨੇ ਫਿਊਚਰ ਨਾਲ ਖਿਲਵਾੜੀ ਹੈ ਉਹਨਾਂ ਨੂੰ ਲੇਬਰ ਚਾਹੀਦੀ ਸੀ ਬੁਲਾ ਲਈ ਹੁਣ ਲਿਆ ਕੇ ਇੱਥੇ ਵਿਚਾਰੇ ਸਾਰੇ ਸਟੂਡੈਂਟ ਪਿੱਟੀ ਜਾਂਦੇ ਨੇ ਟੈਕਸ ਵੀ ਭਰੀ ਜਾਂਦੇ ਨੇ ਕੰਮ ਵੀ ਕਰੀ ਜਾਂਦੇ ਨੇ ਫਿਊਚਰ ਉਹਨਾਂ ਦਾ ਫਿਰ ਸਿਕਿਓਰ ਨੀ ਹੈਗਾ ਤਾਂ ਕਰਕੇ ਇਹ ਚੀਜ਼ ਇਹਨਾਂ ਨੇ ਸਭ ਤੋਂ ਮਾੜੀ ਕੀਤੀ ਆ ਜਿਹੜੀ 2023 ਚ ਹੋਈ ਹੈ ਵੀ ਇਮੀਗ੍ਰੇਸ਼ਨ ਪੋਲਿਸੀ ਸਭ ਤੋਂ ਘਟੀਆ ਹੁਣ ਤੱਕ ਦੀ ਮੈਂ ਦੇਖੀ ਹੈ ਵੀ ਬਿਨਾਂ ਪਲੈਨਿੰਗ ਤੋਂ ਤੁਸੀਂ ਇੰਨੇ ਲੱਖ ਬੰਦਾ ਲਿਆ ਕੇ ਬਸ ਬਿਠਾ ਲਓ ਨਾ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਹੋਵੇ ਸਹੀ ਜਿਵੇਂ ਸਟੂਡੈਂਟ ਆ ਗਏ ਜਾਂ ਕੋਈ ਵੀ ਨਾ ਤਾਂ ਉਹਨੂੰ ਰਿਫਿਊਜ਼ਨ ਦੀ ਤਾਂ ਮੈਂ ਗੱਲ ਹੀ ਨੀ ਕਰੂੰਗਾ ਕਿਉਂਕਿ ਉਹ ਤਾਂ ਇਹਨਾਂ ਦੇ ਜਵਾਈ ਨੇ ਸਰਕਾਰ ਦੇ ਉਹ ਤਾਂ ਇਹਨਾਂ ਦੇ ਜਵਾਈ ਨੇ ਉਹਨਾਂ ਨਾਲ ਤਾਂ ਇਹਨਾਂ ਨੇ ਧੀਆਂ ਤੋਰੀਆਂ ਨੇ ਇਹਨਾਂ ਨੂੰ ਤਾਂ ਜੋ ਸਾਂਭਣਗੀ ਗ੍ਰੋਸਰੀ ਅਫੋਰਡ ਨੀ ਹੋ ਰਹੀ ਲੋਕਾਂ ਤੋਂ ਮੋਰਗੇਜ ਜਿਹੜਾ 4,000 ਭਰ ਰਿਹਾ ਸੀ ਵਿਚਾਰਾ ਕੋਈ ਜਿਹਦੇ ਕੋਲ ਘਰ ਲਿਆ ਹੋਇਆ ਉਹ 6,000 6,500 ਕਰਤੀ ਇਹਨਾਂ ਦੀ ਬਦੌਲਤ ਹੋਊਗੀ ਜਿਹੜਾ 2,000 ਤੁਸੀਂ ਅਗਲੇ ਨੇ ਸੇਵ ਕਰਨਾ ਸੀ ਜਾਂ ਆਪਦੇ ਕੋਈ ਫਿਊਚਰ ਆਪਦੇ ਬੱਚਿਆਂ ਨੂੰ ਪੜ੍ਹਾਉਣਾ ਕਰਨਾ ਸੀ ਕਿਸੇ ਚੰਗੀ ਯੂਨੀਵਰਸਿਟੀ ਡਿਗਰੀ ਕਰਾਉਣੀ ਸੀ ਉਹਨਾਂ ਦੀ ਮੋਰਗੇਜ ਵੜੀ ਜਾ ਰਹੀ ਹੈਗੀ ਤੇ ਵੀ ਉਹਨਾਂ ਦੀਆਂ ਆਲਰੇਡੀ ਖਤਮ ਹੋ ਚੁੱਕੀਆਂ ਨੇ ਅੱਛਾ ਇਹ ਤੁਹਾਡੀ ਆ ਵੀਰ ਵੈਸੇ ਜਿਹੜਾ ਬੱਚਾ ਆ ਰਿਹਾ ਨਾ ਸਟੂਡੈਂਟ ਇਹਨੂੰ ਐਜੂਕੇਟ ਕਰਨਾ ਚਾਹੀਦਾ ਵੀ ਕੈਨੇਡਾ ਦੇ ਹਾਲਾਤ ਕੀ ਹੈ ਕੈਨੇਡਾ ਬਾਰੇ ਮੇਰਾ ਕਿਹਾ ਲੋਕ ਦੱਸਦੇ ਨੇ ਵਾਪਸ ਜਾ ਕੇ ਜਾਂ ਰਿਸ਼ਤੇਦਾਰ ਕਹਿੰਦੇ ਨੇ ਵੀ ਭਾਈ ਵੀ ਕੈਨੇਡਾ ਇੱਕ ਬਹੁਤ ਵਧੀਆ ਕੰਟਰੀ ਹੈ ਪਰ ਇੱਥੇ ਹਾਰਡ ਕੰਮ ਕਰਨਾ ਪੈਂਦਾ ਅਤੇ ਪਰ ਮੈਂ ਜਦੋਂ ਆ ਵਕੇਸ਼ਨ ਤੋਂ ਵਾਪਸ ਆਇਆ ਤਾਂ ਮੇਰਾ ਕਿਹਾ ਇੱਕ ਇੰਡੀਆ ਤੋਂ ਜਹਾਜ਼ ਆਇਆ ਸੀਗਾ ਕਿਉਂਕਿ ਜਦੋਂ ਜਿੱਥੇ ਸਾਡੇ 7 ਨੰਬਰ 'ਤੇ ਸਾਡੇ ਬੈਗ ਉਤਰਨੇ ਸੀ ਅਤੇ ਉਹ ਨਾਲ ਦਾ 6 ਨੰਬਰ 'ਤੇ ਬੈਗ ਉਤਰੇ ਤਾਂ ਬੈਗ ਮੇਰਾ ਖਿਆਲ ਜਿਵੇਂ ਟਰਾਲੀਆਂ 3 ਬੈਗਾਂ ਦੀਆਂ ਪਈਆਂ ਸੀ ਤਾਂ ਮੈਂ ਹਿਸਾਬ ਲਾਇਆ ਮੈਂ ਕਿਹਾ ਇਹ ਜਾਂ ਤਾਂ ਪਾਕਿਸਤਾਨ ਤੋਂ ਆਈ ਹੈ ਅਤੇ ਜਾਂ ਇੰਡੀਆ ਤੋਂ ਆਈ ਹੈ ਕਿ ਸਮੈਲ ਵੀ ਕੱਪੜਿਆਂ ਦੀ ਇੱਦਾਂ ਦੀ ਉੱਥੋਂ ਆ ਰਹੀ ਸੀ ਅਤੇ ਉਹ ਬੈਗ ਬੂਗ ਜਿਹਾ ਰੱਖੇ ਤਾਂ ਉੱਥੇ ਮੈਂ 12-13 ਮੁੰਡੇ ਵੇਖੇ ਐਂ ਦਸਤਾਰਾਂ ਬੰਨੀਆਂ ਇੱਦਾਂ ਆਏ ਵੀ ਜਿਵੇਂ ਕਿਤੇ ਮੇਰਾ ਖਿਆਲ ਵਕੇਸ਼ਨ 'ਤੇ ਆਏ ਹੁੰਦੇ ਨੇ ਜਿਵੇਂ ਟਰੰਪ ਨੇ ਬੁਲਾਏ ਹੁੰਦੇ ਨੇ ਮੈਨੂੰ ਹਾਸਾ ਵੀ ਆਵੇ ਅਤੇ 12-13 ਮੈਂ ਕਿਹਾ ਕਾਕਾ ਦੇਖੋ ਤੁਹਾਡੀ ਨਲੀ ਕਿੱਦਾਂ ਨਿਕਲਦੀ ਆ ਬਾਹਰ ਨਿਕਲੋ ਏਅਰਪੋਰਟ ਦਿਓ ਬਸ ਇੰਨਾ ਕੁ ਟਾਈਮ ਹੀ ਆ ਸੋ ਬੜੇ ਇੱਦਾਂ ਤੋਰ ਉਹਨਾਂ ਦੀ ਤੋਰ ਗੱਲ ਕਰਨ ਦਾ ਤਰੀਕਾ ਬੱਗੀ ਜੀ ਧੱਕਣ ਦਾ ਤਰੀਕਾ ਪੂਰੇ ਇੱਦਾਂ ਲੱਗਦੇ ਸੀ ਵੀ ਜਿਵੇਂ ਇੱਕ ਟਰੰਪ ਜਹਾਜ਼ 'ਚ ਉੱਤਰ ਆਇਆ ਅਤੇ ਮੈਂ ਕਿਹਾ ਤੁਸੀਂ ਏਅਰਪੋਰਟ ਤੋਂ ਬਾਹਰ ਹੋਵੋ ਤਾਂ ਫਿਰ ਦੇਖਦੇ ਤੁਹਾਡੇ ਹਾਲਾਤ ਕੀ ਬਣਦੇ ਨੇ ਸੋ ਮੇਰਾ ਖਿਆਲ ਬੱਚੇ ਐਜੂਕੇਟ ਨਹੀਂ ਹੈ ਬੱਚਿਆਂ ਦੇ ਐਟੀਟਿਊਡ ਜਿਹੜਾ ਤੁਹਾਨੂੰ ਪਤਾ ਲੱਗ ਜਾਂਦਾ ਬੱਚਿਆਂ ਤੋਂ ਉਤਰਦਿਆਂ ਤੋਂ ਵੀ ਬੱਚੇ ਲੈਂਦੇ ਨੇ ਵੀ ਫਲਾਨਾ ਦਰਖਤ ਜਿਹੜਾ ਲੱਗਾ ਉਹ ਤੋਂ ਮੈਂ ਡਰ ਲਾ ਲੈਣੇ ਨੇ ਫਲਾਨੇ ਘਰ ਦੀ ਚਾਬੀ ਮੈਨੂੰ ਟੋੜੋ ਨੇ ਦੇ ਦੇਣੀ ਹੈ ਅਤੇ ਬਸ ਮੈਂ ਫਲਾਨਾ ਇੱਦਾਂ ਕਰ ਦੇਣਾ ਗੱਡੀ ਜਿਹੜੀ 80,000 ਦੀ ਸੁਪਨੇ 'ਚ ਲੈ ਲੈਂਦੇ ਨੇ ਇੱਦਾਂ ਦੀ ਫੀਲਿੰਗ ਲੈ ਰਹੇ ਨੇ ਜਿੱਥੇ ਤੱਕ ਮੈਨੂੰ ਲੱਗਦਾ ਜਿਹਨਾਂ ਨੂੰ ਥੋੜ੍ਹਾ ਪਤਾ ਹੋਵੇ ਤਾਂ ਬੰਦੇ 'ਚ ਨਿਮਰਤਾ ਅਤੇ ਤੁਰਨ ਦੇ ਤਰੀਕੇ ਤੋਂ ਬੰਦਾ ਜੱਜ ਕਰ ਲੈਂਦਾ ਬੱਚੇ ਐਜੂਕੇਟ ਨਹੀਂ ਕਰਦੇ ਵੀ ਕੈਨੇਡਾ ਕਿਵੇਂ ਇੱਥੇ ਸਰਵਾਈਵ ਕਰਦੇ ਨੇ ਲੋਕ ਬਿਲਕੁਲ ਸਹੀ ਕਿਹਾ ਜੀ ਤੁਸੀਂ ਬੱਚੇ ਅੱਜ ਕਦੇ ਮੇਰੇ ਵਰਗੇ ਅਵੇਅਰ ਨਹੀਂ ਹੈਗੇ ਵੀ ਉੱਥੇ ਜਾ ਕੇ ਅਸੀਂ ਕੰਮ ਕੀ ਕਰਨਾ ਕਿੱਦਾਂ ਕਰਨਾ ਜੇ ਹੱਥ 'ਚ ਕੋਈ ਸਕਿੱਲ ਲੈ ਲਓ ਜਾਂ ਸਟੱਡੀ ਵੀ ਇੱਦਾਂ ਦੀ ਕਰ ਲਓ ਇੱਥੇ ਆ ਕੇ ਬੱਚੇ ਮੈਜੋਰਟੀ ਇਨਕਲੂਡਿੰਗ ਵੀ ਮੈਂ ਆਪਦੇ ਆਪ ਨੂੰ ਵਿੱਚ ਸ਼ਾਮਿਲ ਕਰਦਾ ਹੁੰਦਾ ਇਸ ਗੱਲ ਦੇ ਪੜ੍ਹਾਈ ਦਾ ਤਾਂ ਬੋਝ ਕੀ ਨਹੀਂ ਆਉਂਦੇ ਇਹ ਤਾਂ ਕਦੇ ਕਿਸੇ ਨੇ ਮੇਰੇ ਵਰਗਾ ਸੋਚਦੇ ਨਹੀਂ ਕੋਈ 100-1-2 ਹੁੰਦੇ ਜਿਹੜਾ ਕੋਈ ਆਈਟੀ ਫੀਲਡ ਫੜ ਲੈਂਦਾ ਆਪਣੇ ਵਾਲੇ ਬੱਚਿਆਂ 'ਚੋਂ ਦੇਖ ਲਏ ਕੋਈ ਅਵਲੀ ਲੱਖ ਮਗਰ ਇੱਕ ਅੱਧਾ ਨਿਕਲੂਗਾ ਜਿਹੜਾ ਮੈਂ ਤੂੰ ਮੈਂ ਆਈਟੀ ਲਈ ਆ ਰਿਹਾ ਕਿ ਕਿਸੇ ਸਮਾਂ
खड़ा ते अपने लत दे नाल इक बैग सीगा वीर ओहदे कोले लत दे नाल बैग लाई जावे तां मैं वेख्या मैं क्या भी ये लत ना बैग ला रहा है टेढ़ा नहीं होण दे रहा इहदे विच कट पक्का एक चार दा डब्बा होवेगा नाल पिन्नियां होणगियां बिस्कुट होवेगा मां ने पूरे लाडा दित्तियां भी कितने कमजोर ना पै जाई ते इत्थे आ के मैं क्या कोई नहीं सो बड़े शौक जिहे दे नाल बैग चुक रहा सी बड़ा वधिया लगा भी बच्चे आए ने साडे ते पर उहनां दे पता लग रहा सीगा भी उहनां नूं इदां महसूस हो रहा सीगा भी बस टोडो साहब बाहर खड़े ने ते उन्होंने सानू लिमो च बिठा के लै जाना ते पूरी साड़ी सेवा होवेगी ते बाहर जदों निकलणगे फिर उदों पता लगेगा दूजे तीजे दिन तां बड़ा पता लग जांदा महीने के बाद बड़ा पता लगता छे एक महीनों बाद उदू भी ज़्यादा पता लग जाता फिर हौली हौली सीखता ह्यूमन लाइफ है हाँ जी इतने भी जो मेरे भाई मेरे मौजूदा रह रहे हैं उन्होंने आपके छोटे भाई समझ के एक तरह बेनती मान लो भावे सलाह मान लो उन्होंने यह है भी जो काम करता करता ना उदो घट्टो घट्ट को छे महीने का खर्चा पानी हो बट को नहीं होंगे कारण की है तुम वो चीज से लग्जरीज गड्डिया टू सीटर गड्डिया लेके बह जाने वोटे तो फिर गड्डी चुके रह जाने गड्डी चुके ही काम करते हो आपका बस किराया ज ग्रोसरी थोड़े कहीं औखा हो जाता है ਤੁਹਾਡੀ ਗੱਡੀ ਵਿਕਾਈ ਜਾਂਦੀ ਰਹਿੰਦੀ ਹੈ ਇਸ ਤੋਂ ਬੈਟਰ ਹੈ ਤੁਸੀਂ ਉਹਨੂੰ ਮਾੜਾ ਮੋਟਾ ਸੇਵਿੰਗ ਅਕਾਊਂਟ 'ਚ ਪਾ ਲਓ ਫਸਟ ਹੋਮ ਸੇਵਿੰਗ ਅਕਾਊਂਟ ਹੁੰਦਾ ਗਾ ਉਹ 'ਚ ਪਾ ਲਓ ਜਾਂ ਆਪਣੇ ਕੋਈ ਹੋਰ ਇਨਵੈਸਟਮੈਂਟ ਸਿੱਖ ਲਓ ਹੌਲੀ ਹੌਲੀ ਕਰਕੇ ਉਹ 'ਚ ਪਾ ਲਓ ਤੁਹਾਡਾ ਜਦੋਂ ਪਰਿਵਾਰ ਆਉਂਦਾ ਪਿੱਛੋਂ ਤੁਹਾਡੇ ਕੋਲ ਉਹਨੂੰ ਰੱਖਣ ਜੋਗਾ ਉਦੋਂ ਜੇਬ 'ਚ ਖਰਚਾ ਨਹੀਂ ਹੁੰਦਾ ਉਦੋਂ ਤੁਸੀਂ ਫੁਕਰੀ ਫੁਕਰੀ 'ਚ ਬੁਲਾ ਤਾਂ ਲੈਂਦੇ ਹੋ ਵੀ ਆਪਦੇ ਹਾਂ ਮੈਂ ਆਪਦੇ ਫਾਦਰ ਸਾਹਿਬ ਨੂੰ ਜਾਂ ਆਪਦੀ ਮਾਦਰ ਨੂੰ ਪੂਰੇ ਬੁਲਾਉਣਾ ਕਮਾਉਣਾ ਬਟ ਉਹਨਾਂ ਨੂੰ ਰੱਖਣ ਜੋਗਾ ਤੁਹਾਡੇ ਤੋਂ ਇੱਥੇ ਕਈ ਵਾਰ ਅਫੋਰਡ ਨਹੀਂ ਹੋ ਰਿਹਾ ਹੁੰਦਾ ਤੇ ਗੱਡੀ ਤੁਸੀਂ ਲੈ ਜਾਂਦੇ ਹੋ 2 ਸੀਟਰ ਤੁਹਾਡੇ ਪੇਰੇ ਦੋਨੋਂ ਗੱਡੀ ਆ ਗਏ ਤੁਸੀਂ ਉਹਨਾਂ ਦੀਆਂ 2 ਬੈਗ ਗੱਡੀ 'ਚ ਰੱਖ ਕੇ ਉਹਨਾਂ ਨੂੰ ਨਾਲ ਬਿਠਾ ਕੇ ਲਿਆ ਨਹੀਂ ਸਕਦੇ ਉਸ ਗੱਡੀ 'ਚ ਘੱਟੋ ਘੱਟ ਆਪਦਾ ਇੰਨੀ ਕੁ ਮਤ ਰੱਖੋ ਵੀ ਜੇ ਤੁਸੀਂ ਸਾਧਨ ਲਿਆ ਕੰਮ ਤੇ ਆਉਣ ਜਾਣ ਨੂੰ ਲਿਆ ਬਟ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜਾ ਹਾਲ ਗੱਡੀਆਂ ਥੋੜੀਆਂ ਜ਼ਿਆਦਾ ਆਵਾਜ਼ ਕਰਦੀਆਂ ਨੇ ਮੁੰਡੇ ਕਿਉਂ ਲੈਂਦੇ ਨੇ ਮੈਂ ਵਿਚਰੀ ਗੱਲ ਨਹੀਂ ਕਰੂੰਗਾ ਸਾਰੇ ਸਿਆਣੇ ਆ ਵੀ ਕਿਉਂ ਲੈਂਦੇ ਆ ਤੇ ਆਸ਼ਕੀ ਪੱਟੇ ਨੇ ਹਾਂ ਜੀ ਤੁਸੀਂ ਸਿਆਣੇ ਹੋ ਸਮਝਦਾਰ ਹੋ ਤੇ ਬਟ ਤੁਸੀਂ ਇੰਨਾ ਜੀ ਸਾਧ ਕੇ ਕਰੋ ਰੱਬ ਤੁਹਾਨੂੰ ਤਰੱਕੀ ਬਖਸ਼ੇ ਗੱਡੀਆਂ ਵੱਡੀਆਂ ਲਓ ਬਟ ਉਹਦੇ ਨਾਲ ਨਾਲ ਤੁਸੀਂ ਘੱਟੋ ਘੱਟ ਇੰਨਾ ਕੁ ਰੱਖੋ ਰੱਬ ਨਾ ਕਰੇ ਤੁਹਾਡੇ ਤੇ ਕੋਈ ਭੀੜ ਪੈਂਦੀ ਆ ਕੋਈ ਕੰਮ ਛੋੜਦਾ ਤੁਹਾਡੇ ਰੱਬ ਨਾ ਕਰੇ ਤੁਸੀਂ ਢਿੱਲ ਮੱਠ ਆਉਂਦੀ ਆ ਤਾਂ ਤੁਸੀਂ ਜੇ 6 ਮਹੀਨੇ ਘਰੇ ਵੀ ਰਹਿ ਗਏ ਨਾ ਔਖੇ ਨਾ ਹੋਵੋ ਮਾਲਕ ਦੀ ਕਿਰਪਾ ਨਾਲ ਅੱਜ ਦੀ ਘੜੀ ਮੈਂ 6 ਮਹੀਨੇ ਦਾ ਖਰਚਾ ਆਪਦੇ ਕੋਲੇ ਜੋੜ ਰੱਖਿਆ ਹਾਲਾਂਕਿ ਮੇਰੇ ਕੋਲੇ ਗੱਡੀ ਨਹੀਂ ਆ ਵੈਰੀ ਗੁੱਡ ਯੂ ਆਰ ਦ ਬੈਸਟ ਥੈਂਕ ਯੂ ਵੀਰੇ ਧੰਨਵਾਦ ਹੈ ਥੈਂਕ ਯੂ ਲਵ ਯੂ ਬਹੁਤ ਵਧੀਆ ਗੱਲਬਾਤ ਸੋ ਦੇਖੋ 6 ਮਹੀਨਿਆਂ ਦਾ ਖਰਚਾ ਇਹਨੂੰ ਕਹਿੰਦੇ ਨੇ ਸਮਾਰਟ ਜਦੋਂ ਤੁਹਾਡੇ ਕੋਲ ਸੇਵਿੰਗ ਨਾ ਹੋਵੇ ਮੈਂ ਇੱਥੇ ਮੈਸੇਜ ਦੇਖ ਰਿਹਾ ਸੀ ਸਾਡੇ ਵੀਰ ਕਹਿੰਦੇ ਤਿੰਨ ਤਿੰਨ ਚਾਰ ਚਾਰ ਬੈਗ ਤੁਸੀਂ ਕਹਿ ਰਹੇ ਹੋ ਵੀ 2-3 ਟਰਾਲੀਆਂ ਜਿਹੜੀਆਂ ਬੈਗਾਂ ਦੀਆਂ ਸੀ ਉਹ 'ਚ ਹੋਵੇਗਾ ਕੀ ਆਈ ਡੋਨਟ ਨੋ ਕੀ ਹੋਵੇਗਾ ਇੱਕ ਕੁੜਤਾ ਹੋਵੇਗਾ ਇੱਕ ਪਜਾਮਾ ਹੋਵੇਗਾ ਤਿੱਲੇ ਵਾਲੀ ਜੁੱਤੀ ਹੋਵੇਗੀ ਕਿਤੇ ਕਿਤੇ ਚਾਦਰਾ ਵੀ ਲਾ ਲੈਂਦੇ ਨੇ ਮੁੰਡੇ ਉਹ ਲੈਣ ਦਾ ਹੋਵੇਗਾ ਸ਼ੌਂਕ ਵਾਲੀਆਂ ਚੀਜ਼ਾਂ ਹੋਣਗੀਆਂ 1-2 ਹੋਣਗੀਆਂ ਕੀ ਚੇਨ ਕਿਉਂਕਿ ਗੱਡੀ ਦੀ ਫਿਰ ਚੇਨ 'ਚ ਉਹ ਪਾਉਣੀ ਹੈ 1-2 ਕਾਲੀਆਂ ਐਨਕਾਂ ਵੀ ਹੋ ਸਕਦੀਆਂ ਨੇ ਇੱਦਾਂ ਦਾ ਸਮਾਨ ਹੋਵੇਗਾ ਅਤੇ ਜਿਹੜਾ ਬੈਗ ਸੀਗਾ ਮੈਨੂੰ ਲੱਗਦਾ ਉਹ 'ਚ ਪੱਕਾ ਅਚਾਰ ਹੋਵੇਗਾ ਪਿੰਨੀਆਂ ਹੋਣਗੀਆਂ ਬਿਸਕੁਟ ਹੋ ਸਕਦੇ ਨੇ ਇੱਦਾਂ ਦਾ ਸਮਾਨ ਆਉਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਹੈ ਪਰ ਸੁਪਨੇ ਬਹੁਤ ਹੈ ਪਰ ਉਹ ਥੋੜ੍ਹਾ ਸਮਾਂ ਲੱਗਦਾ ਅਤੇ ਮੁੜ ਕੇ ਇੱਥੇ ਬਰਗਰ ਜਿਵੇਂ ਲੀਰ ਜੀ ਲਪੇਟੀ ਫਿਰਦੇ ਨੇ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਸੋ ਕਈ ਵਾਰੀ ਹਾਸਾ ਵੀ ਆਉਂਦਾ ਕੋਈ ਗੱਲ ਨਹੀਂ ਇਹ ਜ਼ਿੰਦਗੀ ਆ ਸਾਡੀ ਵੀ ਇੱਦਾਂ ਹੀ ਜ਼ਿੰਦਗੀ ਸੀ ਮੈਂ ਨਾ ਇੱਕ ਵਾਰੀ ਇੱਥੇ ਡਿਕਸੀ ਗੁਰੂ ਘਰ ਗਿਆ ਮੈਨੂੰ ਯਾਦ ਹੈ ਨਵਾਂ ਆਇਆ ਤਾਂ ਮੈਂ ਨਾ ਕੋਟੀ ਆਪਣੀ ਜੀਨ ਦੀ ਪੈਂਟ 'ਚ ਦੇ ਲਈ ਮੈਨੂੰ ਨਾ ਇੱਕ ਸਾਡਾ ਰਿਸ਼ਤੇਦਾਰ ਸੀ ਕਹਿੰਦਾ ਇੱਥੇ ਕੋਟੀ ਜੀਨ ਵਿੱਚ ਨਹੀਂ ਦੇਈਦੀ ਪੈਂਟ 'ਤੇ ਅਤੇ ਮੈਂ ਕਿਹਾ ਓਕੇ ਜੀ ਮੈਂ ਕੱਢ ਲਈ ਉਹ ਦਿਨ ਤੋਂ ਮੈਂ ਕੋਟੀ ਨਹੀਂ ਜੀਨ 'ਚ ਦਿੱਤੀ ਫਿਰ ਇੱਕ ਵਾਰ ਰਨਿੰਗ ਸ਼ੂ ਪਾਏ ਸੀਗੇ ਕਿਸੇ ਬੰਦੇ ਨੇ ਉਹ ਮੈਂ ਨਹੀਂ ਸੀ ਅਸੀਂ 2-3 ਜਾਣੇ ਸੀ ਉਹਨੇ ਡਰੈਸ ਪੈਂਟ ਨਾਲ ਰਨਿੰਗ ਸ਼ੂ ਪਾਏ ਸੀ ਅਤੇ ਉਹ ਕਹਿੰਦਾ ਵੀ ਰਨਿੰਗ ਸ਼ੂ ਨਹੀਂ ਪਾਈਦੇ ਕੁਛ ਲੋਕ ਇਹ ਚੀਜ਼ਾਂ ਆਵਾਜ਼ ਕਰਦੇ ਨੇ ਵੀ ਡਰੈਸ ਪੈਂਟ ਦੇ ਨਾਲ ਰਨਿੰਗ ਸ਼ੂ ਨਹੀਂ ਪਾਈਦੇ ਤਾਂ ਹੁਣ ਮੈਂ ਕਈ ਵਾਰੀ ਵੇਖਦਾ ਇੱਥੇ ਬੈਂਕਟ ਹਾਲਾਂ ਦੇ ਵਿੱਚ ਸੂਟਾਂ ਦੇ ਨਾਲ ਟੋਪੀ ਲਈ ਹੁੰਦੀ ਹੈ ਤਾਂ ਥੱਲੇ ਰਨਿੰਗ ਸ਼ੂ ਪਾਏ ਹੁੰਦੇ ਨੇ ਸਾਡੇ ਜਿਹੜੇ 50-50 ਸਾਲ ਤੋਂ ਇਹ ਕੰਟਰੀ 'ਚ ਰਹਿੰਦੇ ਨੇ ਅਤੇ ਰਨਿੰਗ ਸ਼ੂ ਪਤਾ ਕਿਹੜੇ ਪਾਏ ਹੁੰਦੇ ਨੇ ਉਹ ਜਿਹੜੇ ਲਾਈਟਾਂ ਵਾਲੇ ਜਿਹੜੇ ਚਮਕਦੀਆਂ ਨਹੀਂ ਛੋਟੇ ਛੋਟੇ ਬੱਚੇ ਜਦੋਂ ਟਪੂਸੀਆਂ ਜਾਂ ਮਾਰਦੇ ਬੱਤੀਆਂ ਵਾਲੇ ਉਹ ਵੀ ਪਾ ਲੈਂਦੇ ਨੇ ਕਈ ਲੋਕ ਸੋ ਕੋਈ ਗੱਲ ਨਹੀਂ ਹੈ ਪਰ ਮੈਂ ਕਹਾਂਗਾ ਮਿਹਨਤ ਕਰੋ ਇਸ ਮੁਲਕ ਦੇ ਵਿੱਚ ਆਣ ਕੇ ਅਤੇ ਜਦੋਂ ਆਉਣਾ ਅਤੇ ਪਤਾ ਹੋਵੇ ਨੌਲੇਜ ਹੋਵੇ ਵੀ ਇਹ ਇੱਥੇ ਹੈ ਕੀ ਆ ਇਹ ਨਾ ਫੀਲਿੰਗ ਲਓ ਵੀ ਟੋਡੋ ਸਾਹਿਬ ਬਾਹਰ ਖੜ੍ਹੇ ਨੇ ਤੁਹਾਡੇ ਹਾਰ ਪਾਉਣ ਦੇ ਲਈ ਅਤੇ ਗਨਮੈਨ ਆ ਜਾਣੇ ਨੇ ਗੱਡੀ ਚੁੱਕ ਕੇ ਤੁਹਾਨੂੰ ਲੈ ਜਾਣਾ
ਵੀ ਪਤਾ ਨਹੀਂ ਕੀ ਕੁਛ ਹੋਣਾ, ਇਹ ਫੀਲਿੰਗ ਨਾ ਲਓ। ਇੱਥੇ ਬੜਾ ਨੀਵੇਂ ਹੋ ਕੇ ਰਹਿਣਾ ਪੈਂਦਾ, ਬਦਮਾਸ਼ੀ ਬਦਮੁਸ਼ੀ ਸਭ ਚਲੇ ਜਾਂਦੀ ਹੈ, ਟੌਰਾਂ ਟੂਰਾਂ ਜਿਹੜੀਆਂ ਨੇ ਮੁੱਛ ਖੜੀ ਡਿੱਗ ਪੈਂਦੀ ਹੈ, ਬੜੇ ਬੁਰੇ ਜਿਹਾ ਹਾਲ ਹੋ ਜਾਂਦੇ ਨੇ। ਮੇਰੇ ਚਾਚੇ ਦਾ ਮੁੰਡਾ ਆਇਆ ਅਤੇ ਉਹ ਕਿਤੇ ਬੀ ਸੀ ਆਇਆ ਸੀਗਾ, ਉਹ ਕਿਤੇ ਕੰਮ ਕਰਨ ਲੱਗ ਪਿਆ ਕਿਤੇ ਆਪਣੇ ਜਿਹੜੇ ਬਿਲਡਰ ਨਾਲ, ਅਤੇ ਉਹ ਉਹਦੇ ਮਾਸਕ ਪਾਉਣ ਲਾਉਣ ਲੱਗ ਪਿਆ। ਪਹਿਲੇ ਦਿਨ ਹੀ ਆਇਆ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ, ਮੇਰਾ ਸੀਡੀ ਕਹਿੰਦਾ ਮੂੰਹ 'ਚ ਪਈ ਗਿਆ, ਕਹਿੰਦਾ ਮੈਂ ਬਾਅਦ 'ਚ ਲਾ ਕੇ ਵੇਖਿਆ ਵੀ ਇਹ ਤਾਂ ਕੰਮ ਖਰਾਬ ਹੈ, ਕਹਿੰਦੇ ਉਹ ਕਹਿੰਦੇ ਲਾਉਣਾ ਹੀ ਪੈਣਾ ਤੈਨੂੰ, ਕਹਿੰਦਾ ਉਹ ਗਰਮ ਜਿਹਾ ਇੰਨਾ ਕੁ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ। ਬਾਅਦ 'ਚ ਫਿਰ ਕਹਿੰਦਾ ਹੱਥ ਲਾ 10 ਮਿੰਟਾਂ ਬਾਅਦ ਵੇਖਿਆ ਵੀ ਕਿਤੇ ਮੁੜ ਕੇ ਫਿਰ ਦੁਬਾਰਾ ਸੀਡ ਮੂੰਹ 'ਚ ਨਾ ਪੈ ਜਾਵੇ। ਸੋ ਇਹ ਹਾਲਾਤ ਹੈ ਕੈਨੇਡਾ ਦੇ, ਇੱਥੇ ਮਿਹਨਤ ਕਰਨੀ ਪੈਂਦੀ ਹੈ। ਲਓ ਜੀ ਆਪਾਂ ਅਗਲੀ ਕਾਲ 'ਤੇ ਚੱਲਦੇ ਹਾਂ। ਬਾਈ ਜੀ ਸਵਾਗਤ ਹੈ, 62-68 ਵੈਲਕਮ ਵੀਰੇ, ਆ ਜਾਓ। ਥੋੜਾ ਬਹੁਤਾ ਜਾਗਰਤ ਕਰਨਾ ਚਾਹੀਦਾ। ਨਵਾਂ ਆਇਆ ਬਾਈ ਜੀ ਬੰਦਾ, ਕਿਤੇ ਬਾਰਡਰ ਤੇ ਫੜ ਲਿਆ ਉੱਥੇ ਪੁਲਿਸ ਵਾਲਿਆਂ ਨੇ, ਉਹਨਾਂ ਨੂੰ ਮੁੰਡੇ ਤੁਹਾਨੂੰ ਪਤਾ ਇੰਗਲਿਸ਼ ਕਿਤੇ ਕਿੰਨੀ ਕੁ ਆਉਂਦੀ ਹੈ, ਤੇ ਉਹ ਕਿਤੇ ਮੋਟਾ ਹੋ ਗਿਆ ਇੱਥੇ ਆਣ ਕੇ, ਬਾਰਡਰ ਵਾਲੇ ਕਹਿੰਦੇ ਤੇਰੀ ਫੋਟੋ ਨਹੀਂ ਲੱਗਦੀ ਪਾਸਪੋਰਟ ਤੇ, ਉਹਨੂੰ ਸਕਿੰਨੀ ਭੁੱਲ ਗਿਆ ਉੱਥੇ, ਕਹੇ ਕਹਿੰਦਾ ਆਵਰ ਸਟਿੰਕੀ ਬਿਫੋਰ ਆਵਰ ਸਟਿੰਕੀ ਬਿਫੋਰ। ਉਹ ਪੁਲਿਸ ਵਾਲਾ ਬੜਾ ਲੁੱਚਾ ਸੀ, ਉਹ ਚੱਕ ਕੇ ਬਾਹੋਂ ਫੜ ਕੇ ਆਫਿਸ ਦੇ ਅੰਦਰ ਲੈ ਗਿਆ, ਉੱਥੇ ਬੀਬੀਆਂ ਸੀ 15-16, ਕਹਿੰਦਾ ਇਹਦੀ ਗੱਲ ਸੁਣੋ, ਕਹਿੰਦਾ ਵੀ ਆਹ ਦੇਖੋ ਇਹਦੀ ਫੋਟੋ ਮੈਚ ਕਰਦੀ ਪਾਸਪੋਰਟ ਨਾਲ, ਉਹ ਕਹਿੰਦੀਆਂ ਨਹੀਂ, ਕਹਿੰਦਾ ਇਹਨੂੰ ਪੁੱਛੋ, ਉਹ ਕਹਿੰਦਾ ਆਵਰ ਸਟਿੰਕੀ ਬਿਫੋਰ। ਉਹ ਫਿਰ ਮੁੜ ਕੇ ਬਾਅਦ 'ਚ ਉਹਨੂੰ ਪਤਾ ਲੱਗਾ ਵੀ ਸਕਿੰਨੀ ਕਹਿਣਾ ਸੀ ਸਟਿੰਕੀ ਕਹਿ ਗਿਆ, ਇੱਦਾਂ ਵੀ ਹੋ ਜਾਂਦੀ ਬੱਚਿਆਂ ਨਾਲ ਕਈ ਵਾਰੀ। ਹਾਂਜੀ ਬਾਕੀ ਸਿੱਖ ਜਾਂਦੇ ਭਾਜੀ, ਇੱਕ ਗੱਲ ਛੋਟੀ ਜੀ ਕਰਨੀ ਸੀਗੀ ਮੈਂ, ਹੋ ਸਕਦਾ ਵੀ ਇਹਦਾ ਜਾਣਕਾਰੀ ਵੱਧਦੀ ਆ। ਜਿੱਦਾਂ ਮੈਨੂੰ ਇੱਥੇ ਕੈਨੇਡਾ ਆਏ ਨੂੰ ਕਹਿੰਦਾ 2-2.5 ਹੋ ਗਏ ਆ, ਜਦੋਂ ਮੈਂ ਇੰਡੀਆ ਤੇ ਇੱਥੇ ਦੀ ਸਿਸਟਮ ਨੂੰ ਕੰਪੇਅਰ ਕਰਦਾ ਆ, ਮੈਂ ਦੇਖਦਾ ਇੰਡੀਆ ਦਾ ਚਲੋ ਉਹ ਟੈਕਸ ਵੀ ਲੈਂਦੇ ਆ ਜੋ ਵੀ ਕੁਛ ਕਰਦੇ ਹਨਾ, ਉਹਨਾਂ ਦਾ ਸਿਸਟਮ ਇਕੋਨੋਮਿਕਲੀ ਜਿੱਦਾਂ ਵੀ ਹੋਊਗਾ, ਮੈਂ ਦੇਖਦਾ ਉੱਥੇ ਚਲੋ ਕਿਤੇ ਨਾ ਕਿਤੇ ਕੋਈ ਨਾ ਕੋਈ ਯੋਜਨਾ ਲੈ ਕੇ ਆਉਂਦੇ, ਕੁਛ ਲਿਆਉਂਦੇ ਆ, ਸੜਕ ਟੁੱਟ ਗਈ ਸੜਕ ਨਵੀਂ ਬਣਾ ਦਿੱਤੀ ਦੋਸਤੋ, ਸਾਡਾ ਨੂੰ ਕੁਛ ਕਰਦੇ ਆ ਵੀ ਇੱਦਾਂ ਡਿਵਲਪਮੈਂਟ ਪ੍ਰੋਜੈਕਟ ਲਿਆਉਂਦੇ ਰਹਿੰਦੇ ਆ ਪਬਲਿਕ ਨੂੰ ਦਿਖਾ ਲੈਣ ਲਈ ਕਿ ਵੀ ਅਸੀਂ ਤੁਹਾਡੇ ਟੈਕਸ ਦਾ ਇੱਦਾਂ ਯੂਜ਼ ਕਰ ਰਹੇ ਹਾਂ ਜਾਂ ਕੁਛ ਆ, ਉਹ ਅਲੱਗ ਗੱਲ ਵੀ ਕਰਪਸ਼ਨ ਦੇ ਨਾਲ ਕੀ ਸੜਕ ਇੱਕ ਵਾਰ ਵਧੀਆ ਬਣਾਈ ਹੋਵੇ ਤਾਂ ਟੁੱਟਣੀ ਨੀ ਚਾਹੀਦੀ ਹਨਾ, ਉਹ 1-2 ਟੁੱਟ ਜਾਂਦੀ ਫੇਰ ਬਣਾਉਣ ਲੱਗ ਪੈਂਦੇ ਆ ਵੀ ਹਾਂ ਤੁਹਾਡਾ ਪੈਸਾ ਯੂਜ਼ ਕਰ ਰਹਾ। ਪਰ ਜਦੋਂ ਮੈਂ ਜਦੋਂ ਇੱਥੇ ਕੈਨੇਡਾ 'ਚ ਆ ਕੇ ਦੇਖਿਆ, ਮੈਂ ਕਿਹਾ ਸੜਕ ਇੱਕ ਵਾਰ ਬਣਾਈ ਹੋਈ ਇਹਨਾਂ ਨੂੰ ਲੋੜ ਨੀ ਪੈਂਦੀ ਦੁਬਾਰਾ ਬਣਾਉਣ ਦੀ ਹਨਾ, ਤਾਂ ਇੱਦਾਂ ਦੇ ਕਈ ਚੀਜ਼ਾਂ ਜਿਹੜੀਆਂ ਇਹਨਾਂ ਨੇ ਸੈਟਅਪ ਕੀਤੀਆਂ ਹੋਈਆਂ ਉਹਨਾਂ ਨੂੰ ਛੇੜਨ ਦੀ ਲੋੜ ਹੀ ਨੀ ਪੈਂਦੀ, ਤਾਂ ਟੈਕਸ ਕੰਟੀਨਿਊਸ ਲਈ ਜਾਂਦੇ ਆ ਪਬਲਿਕ ਤੋਂ। ਇਹ ਦੇਖੋ ਇਹਨਾਂ ਨੇ ਇਹਨਾਂ ਦਾ ਸਿਸਟਮ ਥੋੜ੍ਹਾ ਜਿਹਾ ਗਲਤ ਹੈ, ਜਿਹੜਾ ਹੈਲਥ ਸਿਸਟਮ ਹੈ ਨਾ, ਇੱਕ ਤਾਂ ਉਹ ਬੈਟਰ ਕਰਨਾ ਚਾਹੀਦਾ, ਇੱਕ ਰਿਫਿਊਜੀ ਸਿਸਟਮ, ਅਤੇ ਇੱਕ ਜਿਹੜੇ ਵਿਹਲੇ ਲੋਕ ਬੈਠੇ ਨੇ ਉਹ ਸਿਸਟਮ। ਬਾਈ ਜੀ ਮੈਂ ਨਾ ਏਅਰਪੋਰਟ 'ਤੇ ਇੱਕ ਪਰਿਵਾਰ ਨੂੰ ਮਿਲਿਆ, ਮੀਆਂ ਬੀਬੀ ਸੀਗੇ ਅਤੇ ਨਾਲ ਉਹਦੇ 2 ਮੁੰਡੇ ਇੱਕ ਕੁੜੀ, ਉਹਨਾਂ ਦੇ ਹਸਬੈਂਡ ਸਾਰੇ, ਉਹ ਕਿਤੇ ਨਵੇਂ ਆਏ ਸੀਗੇ, ਤਾਂ ਮੈਨੂੰ ਲੱਗਾ ਵੀ ਉਹ ਆਪਣੇ ਫਰਾਂਸ ਤੋਂ ਫ੍ਰੈਂਚ ਲੋਕ ਹੈ, ਅਤੇ ਉਹ ਬੰਦੇ ਗੱਲਾਂ ਗੁੱਲਾਂ ਕਰਦੇ ਰਹੇ, ਤਾਂ ਮੈਂ ਉਹਨਾਂ ਗੱਲ ਤੋਰ ਕੇ ਬਹਿ ਗਿਆ, ਮੈਂ ਕਿਹਾ ਇੱਥੇ ਯਾਰ ਕਈ ਕੰਟਰੀਆਂ ਤੋਂ ਲੋਕ ਆਏ ਆ ਕੰਮ ਹੀ ਨਹੀਂ ਕਰਦੇ, ਅਤੇ ਉਹ ਲਾਲਜਾ ਹੋ ਗਿਆ ਬੰਦਾ ਮੇਰੇ ਮੂਹਰੇ ਬੈਠਾ, ਮੈਨੂੰ ਸ਼ੱਕ ਪੈ ਗਈ ਵੀ ਬੇਬੀ ਵਿਹਲਾ ਰੱਖਦਾ, ਅਤੇ ਉਹਦੇ ਮੁੱਛਾਂ ਰੱਖੀਆਂ, ਸਿਰ ਤੋਂ ਬਾਲਡ ਸੀਗਾ ਉਹਨੇ ਕੀਤੀ, ਸ਼ੇਵ ਕੀਤੀ ਸੀ, ਮੈਂ ਕਿਹਾ ਇੱਥੇ ਕੰਮ ਨਹੀਂ ਕਰਦੇ, ਤਾਂ ਮੈਂ ਮੁੜ ਕੇ ਨਾ ਉਹਨੂੰ ਪੁੱਛਣ ਲੱਗ ਪਿਆ, ਮੈਂ ਕਿਹਾ ਤੂੰ ਕੀ ਕਰਦਾ, ਉਹਨੂੰ ਕੋਈ ਗੱਲ ਨਾ ਆਵੇ, ਕਹਿੰਦਾ ਮੈਂ ਤਾਂ ਹੁਣ ਫ੍ਰੀ ਹਾਂ, ਮੈਂ ਆਪਦੀ ਡਾਟਰ ਕੋਲ ਅਮੈਰੀਕਾ ਚੱਲ ਜਾਣਾ, ਇੱਥੇ ਚੱਲ ਜਾਣਾ, ਮੈਂ ਕਿਹਾ ਤੇਰੀ ਵਾਈਫ ਕੀ ਕਰਦੀ, ਕਹਿੰਦਾ ਉਹ ਵੀ ਮੈਨੂੰ ਲੱਗਦਾ ਕੰਮ ਨਹੀਂ ਸੀ ਕਰਦੀ, ਝੂਠੀ ਬੋਲ ਗਿਆ ਮੁੜ ਕੇ, ਕਹਿੰਦਾ ਪਾਰਟ ਟਾਈਮ ਕੰਮ ਕਰਦੀ ਆ 3 ਘੰਟੇ, ਤਾਂ ਮੈਂ ਕਿਹਾ ਤੂੰ ਸਰਵਾਈਵ ਕਿਵੇਂ ਕਰਦਾ, ਕਹਿੰਦਾ ਵੀ ਜਿਹੜੇ ਮੇਰੇ ਮੁੰਡੇ ਆ ਉਹਨਾਂ ਦੇ ਬੱਚਿਆਂ ਦੀ ਸਾਨੂੰ ਪੈਸੇ ਆ ਜਾਂਦੇ ਨੇ, ਕਹਿੰਦਾ ਲੜ, ਮੈਂ ਉੱਥੋਂ ਦੀਆਂ ਗੱਲਾਂ ਉਹ ਦੱਸ ਨਹੀਂ ਸੀ ਸਕਦਾ ਨਾ ਦੱਸ ਰਿਹਾ ਸੀ, ਪਰ ਮੈਂ ਜੱਜ ਕੀਤਾ ਵੀ ਇਹ ਘੱਟੋ ਘੱਟ ਇੱਕ ਫੈਮਿਲੀ ਦੇ ਵਿੱਚ ਇਹਦੇ 2 ਮੁੰਡੇ ਨੇ, ਕੁੜੀ ਇਹਦੀ ਅਮੈਰੀਕਾ ਵਿਆਹੀ ਹੈ, ਮੁੰਡੇ ਜਿਹੜੇ ਨੇ ਉਹਦੇ 5-5, 4-4 ਬੱਚੇ ਨੇ, ਇਹ 10 ਬੱਚਿਆਂ ਦੇ ਪੈਸੇ ਆਉਂਦੇ ਨੇ, ਅਤੇ ਲੀਗਲੀ ਇਹ ਮੈਰਿਡ ਨਹੀਂ ਹੈ ਕਿਉਂਕਿ ਇਹਨਾਂ ਨੇ ਆਟਵਾ 'ਚ ਰਜਿਸਟਰ ਨਹੀਂ ਕਰਾਇਆ, ਜਿਹੜੀ ਸਿੰਗਲ ਮੰਮ ਹੈ ਉਹਨੂੰ ਡਬਲ ਪੈਸੇ ਆਉਂਦੇ ਨੇ, ਉਹ ਪੈਸੇ ਕਰਕੇ ਡਾਲਰ 12 ਨਹੀਂ ਤਾਂ 13,000 ਦਾ ਚੈੱਕ ਆਉਂਦਾ। ਬਾਈ ਜੀ ਆਪਾਂ ਰੀਅਸਟੇਟ ਕਰਦੇ ਹਾਂ, ਕਈ ਵਾਰੀ ਸਾਡੀਆਂ ਪ੍ਰੋਪਰਟੀਆਂ ਅਸੀਂ ਰੈਂਟ 'ਤੇ ਲਾਉਂਦੇ ਹਾਂ, ਸਾਡੇ ਕੋਲ ਕੋਈ ਅਫਰੀਕਾ ਤੋਂ ਕੋਈ ਕਿਤੇ ਕੋਈ ਕਿਤੇ ਆਇਆ, ਇਹ ਜੀ ਇਹਨੂੰ ਇਨਕਮ ਕੀ ਆ, ਦਿਓ ਡਾਕੂਮੈਂਟ, ਕਿੱਥੋਂ ਤੁਸੀਂ ਰੈਂਟ ਪੇ ਕਰੋਗੇ, ਸਿੱਧਾ ਗੌਰਮੈਂਟ ਦਾ ਡਾਕੂਮੈਂਟ ਦਿੰਦੇ ਨੇ, $4,500 ਰੈਂਟ ਪੇ ਕਰ ਰਹੇ ਨੇ, ਅਤੇ ਕਦੀ ਸਾਡਾ ਰੈਂਟ ਲੇਟ ਨਹੀਂ ਹੁੰਦਾ, ਗੌਰਮੈਂਟ ਦਾ ਚੈੱਕ 30 ਤਰੀਕ ਨੂੰ ਠਾਹ ਕਰਕੇ ਆਉਂਦਾ, ਨਾ ਉਹ ਕੰਮ ਕਰਨਾ ਉਹਨਾਂ ਨੇ ਨਾ ਉਹ ਕਰਦੇ ਨੇ, ਰਿਫਿਊਜੀ ਵੀ ਇੱਦਾਂ ਹੀ ਹੈ। ਸੋ ਇਹ ਜਿਹੜਾ ਪੈਸਾ ਮਿਸਯੂਜ਼ ਹੋ ਰਿਹਾ, ਲੋਕਾਂ ਨੂੰ ਸਹੀ ਮੈਨੇਜ ਉਹ ਪੈਸੇ ਬਾਰੇ ਪਤਾ ਹੀ ਨਹੀਂ ਵੀ ਇਹ ਕਿੰਨਾ ਕੁ ਪੈਸਾ, ਇਹ ਬਿਲੀਅਨਸ ਡਾਲਰ ਜਿਹੜਾ ਵੇਸਟ ਹੋ ਰਿਹਾ,
कोई सरकार कोई विरोधी तेरे मुद्दा नहीं चुक रही, क्योंकि वो जिहड़े वेले आ ना गौरमेंट ते बैठे ये वोटर है पक्का 100% लोग वोट पाउण जांदे ने। जिहड़ा बंदा ट्रक ते चढ़ गया इन्हां दे विचों 20% बंदे वोट पाउंदे ने, 80% नहीं पाउंदे, रौला सब तो ज़्यादा ये पाउंदे ने क्योंकि इन्हां दा पैसा वेस्ट हो रहा, पर ये वोट पाउण नहीं जांदे। उन्हां नूं सारा पता, उन्हां ने कल्ला कल्ला काम करन वाला व्यक्ति ये जिहड़ा बंदा काम 40-45 काम घंटे काम करदा वो कित्थे वोट पाउण जांदा, मारिया हुंदा काम दा, जिहड़ा वेला वो एंटरटेन इंजॉय करन दे लई जांदा वोटिंग पोल ते उत्ते वोट पा के आउंदा, वह बंदे इन्हां ने 30-35% रखे ने, उन्हां नूं ना टच करना इन्हां ने ना कदी करदे ने, वह वोटां पक्कियां इन्हां दीआं, तुसीं देख लो वह पाउंदे ने उन्हां वोट, ਉਹਨਾਂ ਦਾ ਪੈਸਾ ਬਹੁਤ ਵੇਸਟ ਹੁੰਦਾ ਉੱਥੇ। ਹਾਂਜੀ ਥੋੜੀ ਤੁਹਾਡੀ ਗੱਲ ਮੈਨੂੰ ਸਮਝ ਲੱਗੀ ਆਪਦਾ, ਤੇ ਇੱਕ ਚੀਜ਼ ਹੋਰ ਇਹਨਾਂ ਨੂੰ ਕੁਐਸਚਨਿੰਗ ਤਾਂ ਇੱਥੇ ਦੀ ਪਬਲਿਕ ਹੀ ਕਰ ਸਕਦੀ ਆ ਤੇ ਉਹਦੇ ਕੋਲ ਟਾਈਮ ਹੈ ਨਹੀਂ, ਹਨਾ ਰਾਈਟ। ਤੇ ਇਹਦਾ ਮਤਲਬ ਫਿਰ ਇਹਨਾਂ ਨੂੰ ਜੇ ਆਪਣਾ ਆਪਣਾ ਜਿਹੜਾ ਪੈਸਾ ਮਿਸਯੂਜ਼ ਹੋਣ ਤੋਂ ਬਚਾਉਣਾ ਆ, ਇਹਦਾ ਮਤਲਬ ਵੱਧ ਚੜ ਕੇ ਇਹਨਾਂ ਨੂੰ ਵੋਟ ਪਾਉਣ ਜਾਣਾ ਚਾਹੀਦਾ ਨੀ। ਹਾਂ ਜਿਹੜਾ ਬੰਦਾ ਕੰਮ ਕਰਦਾ, ਪਹਿਲੀ ਗੱਲ ਇਹ ਤੁਕ ਤੱਕ ਤੱਕ ਲਓ ਵੀ ਹੁਣ ਜਿਹੜਾ ਬੰਦਾ ਕੰਮ ਕਰਦਾ, ਪਰ ਪਾਈਏ ਕਿਹਨੂੰ ਸਾਰੇ ਇੱਕੋ ਜਿਹਾ, ਇੱਥੇ ਸਵਾਲ ਖੜਾ ਹੋ ਜਾਂਦਾ। ਪਰ ਫਿਰ ਵੀ ਜਿਹੜੇ ਹਾਲਾਤ ਬਣੇ ਨੇ, ਇਹ ਵਿਹਲੜ ਬੰਦਿਆਂ ਕੋਲੋਂ ਪਾਵਰ ਖੋਣੀ ਚਾਹੁੰਦੇ ਹੋ ਤਾਂ ਤੁਸੀਂ ਵੋਟ ਸਾਰੇ ਬੰਦੇ ਪਾਉਣ ਜਾਓ। ਕੰਮ ਕਰਨ ਵਾਲਾ ਬੰਦਾ ਵੋਟ 20% ਪਾਉਣ ਜਾਂਦਾ, 80% ਨਹੀਂ ਜਾਂਦਾ। ਜਿੰਨੇ 30% ਦੁਨੀਆ 'ਤੇ ਇਹ ਧਰਤੀ 'ਤੇ ਕੈਨੇਡਾ ਦੀ 'ਤੇ ਰਹਿੰਦੇ ਨੇ ਜਿਹੜੇ ਕੰਮ ਨਹੀਂ ਕਰਦੇ, ਸਾਰੇ ਵੋਟ ਪਾਉਣ ਜਾਂਦੇ ਨੇ, ਉਹ ਪੱਕੇ ਲਾਈਨ 'ਚ ਲੱਗੇ ਨੇ, ਅਤੇ ਜਾਂ ਜਿਹੜੇ ਸੀਨੀਅਰ ਨੇ ਜਿਹੜੇ ਓਵਰ, ਕਿਉਂਕਿ ਜਿਹੜੇ ਬੰਦੇ ਕੋਲ ਕੰਮ ਹੈ ਨਹੀਂ ਉਹ ਐਂਟਰਟੇਨ ਭਾਲਦਾ, ਇੰਜੋਏ ਭਾਲਦਾ, ਉਹ ਬਹਾਨਾ ਹੀ ਲੱਭਦਾ ਵੀ ਸਾਨੂੰ ਕੋਈ ਰੋਟੀ 'ਤੇ ਸੱਦ ਲਵੇ, ਜਾਂ ਕੋਈ ਸਾਨੂੰ ਮੌਲ ਲੈ ਜਾਵੇ ਜਾਂ ਗਰੋਸਰੀ ਕਰ ਲਈਏ ਕਿਤੇ ਕਿਸੇ ਦੁਕਾਨ 'ਚ ਵੜ ਜਾਈਏ ਜਾ ਕੇ, ਉਹ ਬਹਾਨਾ ਹੀ ਲੱਭਦਾ ਫਿਰਦਾ। ਵੋਟਾਂ ਦੇ ਸਮੇਂ ਉਹਨਾਂ ਨੂੰ ਖੁਸ਼ੀ ਚੜ੍ਹ ਜਾਂਦੀ ਵੀ ਇੱਕ ਦਿਨ ਸਾਡਾ ਲੰਘ ਜਾਵੇਗਾ, ਉੱਥੇ ਵੋਟ ਵਾਟ ਪਾਵਾਂਗੇ। ਹਾਂਜੀ ਹਾਂਜੀ ਬਿਲਕੁਲ ਤੁਹਾਡੀ ਸਹੀ ਗੱਲ, ਇਹਦਾ ਮਤਲਬ ਵੱਧ ਚੜ੍ਹ ਕੇ ਜਿਹੜੇ ਜਿਹਨਾਂ ਕੋਲ ਵੋਟਿੰਗ ਰਾਈਟਸ ਹੈਗੇ ਆ ਉਹ ਆਪਣੇ ਵੱਧ ਚੜ੍ਹ ਕੇ ਵੋਟ ਪਾਉਣ ਜਾਣ, ਆਪਣੇ ਫਿਊਚਰ ਲਈ ਆਪਣੀ ਮਨੀ ਸੇਵ ਕਰ ਲਈ ਬਸ। ਹੁਣ ਤੁਸੀਂ ਦੇਖੋ ਵੀਰ, ਜੇ ਤੁਸੀਂ ਆਹ ਸਰਕਾਰਾਂ ਦਾ ਦੇਖਦੇ, ਇਹਨਾਂ ਨੇ ਗੋਰਿਆਂ ਨੂੰ ਬੁਲਾਉਣਾ ਹੀ ਛੱਡਤਾ। ਇਹ ਕਹਿੰਦੇ ਜਿੱਥੇ ਗੋਰਿਆਂ ਦੀਆਂ ਵੋਟਾਂ ਉੱਥੇ ਜਾਣ ਦੀ ਲੋੜ ਨਹੀਂ, ਤਾਂ ਗੋਰਿਆਂ ਨੂੰ ਬੁਲਾਉਣਾ ਛੱਡ ਦਿਓ। ਜਿਹੜਾ ਇਮੀਗ੍ਰੈਂਟ ਆ ਉਹਨੂੰ ਟਾਰਗੇਟ ਕਰੋ, ਕੋਈ ਮੁਸਲਮਾਨ ਉਹਨੂੰ ਟਾਰਗੇਟ ਕਰੋ, ਸਿੱਖ ਨੂੰ ਕਰੋ, ਹਿੰਦੂ ਨੂੰ ਕਰੋ, ਜਿਹੜੇ ਗੋਰੇ ਸਹਾਈ ਹੈ ਇਹਨਾਂ ਨੂੰ ਟਾਰਗੇਟ ਨਹੀਂ ਕਰਦੇ। ਤੁਸੀਂ ਦੇਖੋ ਆਟਵਾ 'ਚ ਆਇਆ ਗੋਰਿਆਂ ਦਾ ਕੀ ਹਾਲਾਤ ਇਹਨਾਂ ਨੇ ਕੀਤਾ, ਕੀ ਸਾਡੇ ਲੀਡਰ ਨੂੰ ਮਿਲਣਾ ਨਹੀਂ ਸੀ ਚਾਹੀਦਾ। ਜਦੋਂ ਬੰਦੇ ਛੋਟੇ ਛੋਟੇ ਬੱਚੇ ਲੈ ਕੇ ਆ ਗਏ, ਗਲਤ ਹੈ ਸਹੀ ਹੈ ਡਜ਼ਨਟ ਮੈਟਰ, ਕੀ ਉਹ ਸਾਡੇ ਕੈਨੇਡੀਅਨ ਸਿਟੀਜ਼ਨ ਨਹੀਂ ਹੈ, ਉਹ ਬਿਲਕੁਲ ਸਿਟੀਜ਼ਨ ਨੇ। ਜਦੋਂ ਛੋਟੇ ਛੋਟੇ ਬੱਚੇ ਲੈ ਕੇ ਉੱਥੇ ਆ ਕੇ ਬੈਠੇ ਨੇ ਆਟਵਾ ਦੇ ਵਿੱਚ, ਕੀ ਸਾਡੇ ਲੀਡਰ ਦਾ ਫਰਜ਼ ਨਹੀਂ ਸੀ ਬਣਦਾ ਉਹਨਾਂ ਨੂੰ ਮਿਲਣਾ? ਪਰ ਨਹੀਂ, ਉਹਨਾਂ ਨੂੰ ਟਾਰਗੇਟ ਨਹੀਂ ਕਰਦੇ, ਉਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ। ਇਹ ਕਹਿੰਦੇ ਇਹਨਾਂ ਨੂੰ ਪਰੇ ਮਾਰੋ, ਚੁੱਕੇ ਜਿਹੜਾ ਬੰਦਾ ਬਾਹਰਲਾ, ਜਿਹੜੇ ਬੰਦੇ ਸਵਾਲ ਨਹੀਂ ਕਰਦੇ, ਫੋਟੋ ਖਿਚਾਉਣੀਆਂ ਚਾਹੁੰਦੇ ਨੇ, ਚਾਪਲੂਸੀ ਕਰਨਾ ਚਾਹੁੰਦੇ ਨੇ, ਨਾ ਇਹਨਾਂ ਨੂੰ ਕੋਈ ਸਵਾਲ ਪਤਾ ਹੁੰਦਾ, ਨਾ ਇਹਨਾਂ ਨੇ ਕੋਈ ਕਰਨਾ ਹੀ ਹੈ, ਫੋਟੋ ਖਿਚਾ ਕੇ ਵੋਟ ਪਾਉਣੀ, ਉਹ ਕਹਿੰਦੇ ਉਹ ਬੰਦੇ ਵਧੀਆ। ਗੋਰਿਆਂ ਦੀ ਟਾਊਨ ਹਾਲ ਮੀਟਿੰਗ ਦੇ ਵਿੱਚ ਜਸਟਿਨ ਟੋਡੋ ਜਾਂਦੇ ਨੇ ਤਾਂ ਗੋਰੇ ਧੂੰਆਂ ਕੱਢ ਦਿੰਦੇ ਨੇ। ਇਹਨਾਂ ਨੇ 2015 'ਚ ਵਾਅਦਾ ਕੀਤਾ, ਜਿਹੜੇ ਮਿਲਟਰੀ ਨੇ ਉਹਨਾਂ ਦੀਆਂ ਫੰਡਿੰਗ ਪੈਨਸ਼ਨਾਂ ਸਾਰੀਆਂ ਵਾਪਸ ਦਿੰਦੇ ਨਹੀਂ ਹੈ, ਉਹ ਹਰ ਜਗ੍ਹਾ 'ਤੇ ਘੇਰ ਕੇ ਖੜ੍ਹ ਜਾਂਦੇ ਨੇ। ਜਿੰਨੇ ਫੌਜੀ ਨੇ ਉਹ ਕਹਿੰਦੇ ਅਸੀਂ ਲੜ ਲੜ ਕੇ ਅਫਗਾਨਿਸਤਾਨ 'ਚ ਮਰ ਗਏ, ਹਰ ਜਗ੍ਹਾ 'ਤੇ ਮਰ ਗਏ, ਅਸੀਂ ਖੜ੍ਹੇ ਕੰਟਰੀ ਲਈ ਸਾਡੀਆਂ ਪੈਨਸ਼ਨਾਂ ਨਹੀਂ ਪੂਰੀਆਂ ਦਿੰਦੇ। ਉਹ ਰੌਲਾ ਪਾਉਂਦੇ ਨੇ ਜਾਂ ਗੋਰੇ ਆਪਣੇ ਮੁੱਦੇ ਚੁੱਕਦੇ ਨੇ, ਇਕੋਨਮੀ ਦਾ ਮੁੱਦਾ ਚੁੱਕ ਲੈਂਦੇ ਨੇ, ਹੁਣ ਉੱਥੋਂ ਇਹਨਾਂ ਨੇ ਜਾਣਾ ਇਗਨੋਰ ਕਰਤਾ। ਇਹਦੇ 'ਚ ਮੈਂ ਕਹਾਂਗਾ ਸਭ ਤੋਂ ਜ਼ਿਆਦਾ ਇਗਨੋਰ ਕੀਤਾ ਜਸਟਿਨ ਟੋਡੋ ਨੇ ਅਤੇ ਜਗਮੀਤ ਨੇ, ਉਹ ਦੂਜੇ ਹਲੇ ਫਿਰ ਵੀ ਤੁਰੇ ਤਰੇ ਫਿਰਦੇ ਨੇ, ਕਿਉਂ ਉਹਨਾਂ ਤੋਂ ਕੋਈ ਸਵਾਲ ਕੀ ਕੋਈ ਪੁੱਛੇਗਾ, ਉਹਨਾਂ ਕੋਲ ਪਾਵਰ ਨਹੀਂ ਹੈ। ਹਾਂਜੀ ਹਾਂਜੀ, ਤੇ ਇਹੀ ਆ ਕਿ ਵੀ ਆਪਣਾ ਇਹਦਾ ਮਤਲਬ ਇਹ ਵੀ ਬਿਲਕੁਲ ਉਹ ਆਪਣੇ ਇੰਡੀਅਨ ਪੋਲੀਟੀਸ਼ੀਅਨ ਵਰਗੇ ਹੀ ਆ ਵੀ ਬਸ ਕਰਪਸ਼ਨ ਆ, ਆਪਣਾ ਪੈਸੇ ਬਣਾਈ ਜਾਂਦੇ ਆ ਤਾਂ ਬਸ ਆਪਣੀ ਪਾਵਰ 'ਚ ਰਹਿਣਾ ਚਾਹੁੰਦੇ ਆ ਬਸ। ਹਾਂ ਦੇਖੋ ਪੱਕਾ, ਹੁਣ ਤੁਸੀਂ ਦੇਖੋ ਜਸਟਿਨ ਟੋਡੋ ਸਾਹਿਬ ਦੀਆਂ ਪਾਲਿਸੀਜ਼, ਕੈਨੇਡਾ ਦੀ ਹਿਸਟਰੀ 'ਚ ਪਾਲ ਮਾਰਟਿਨ, ਜੀਨ ਕ੍ਰਿਸਚਨ ਕਿੰਨੇ ਆਏ ਸਾਡੇ ਜਿਹੜੇ ਲਿਬਰਲ ਦੇ ਆਏ ਨੇ, ਆਏ ਹੈ ਨਾ, ਹਰ ਇੱਕ ਨੇ ਵੇਖਿਆ। ਜਿੱਦਣ 70 ਸੀਟਾਂ ਤੋਂ ਇਹਨਾਂ ਦੀਆਂ 68 ਸੀਟਾਂ ਰਹਿ ਗਈਆਂ, ਅਸਤੀਫਾ ਦੇ ਕੇ ਪਰੇ ਹੋ ਗਿਆ, ਕਹਿੰਦੇ ਅਸੀਂ ਸਾਡੇ ਕੋਲ ਡਾਊਨਫਾਲ ਆ। ਜਿੱਦਣ ਇਕੋਨਮੀ ਥੱਲੇ ਡਿੱਗੀ, ਅਸਤੀਫਾ ਦੇ ਕੇ ਚਲੇ ਗਿਆ। ਜਸਟਿਨ ਟੋਡੋ ਦੇ ਫਾਦਰ ਸਾਹਿਬ ਪੀਅਰ ਟੋਡੋ ਜਦੋਂ ਰਾਜ ਕਰਦੇ ਸੀ, ਲੋਕਾਂ ਨੇ ਵਿਰੋਧ ਕੀਤਾ, ਉਹਨਾਂ ਦੀ ਪ੍ਰੋਬਲਮ ਵੀ ਆ ਇਮੀਗ੍ਰੇਸ਼ਨ ਹੀ ਸੀ। ਉਸ ਵੇਲੇ ਕੰਜ਼ਰਵੇਟਿਵ ਸਰਕਾਰ ਸੀਗੀ, ਪਹਿਲਾਂ ਉਹਨਾਂ ਨੇ ਇਮੀਗ੍ਰੇਸ਼ਨ ਓਪਨ ਕੀਤੀ, ਜਿੰਨਾ ਯੂਰਪ ਦੇ ਲੋਕਾਂ ਨੂੰ ਮੰਗਵਾਉਣਾ ਸ਼ੁਰੂ ਕੀਤਾ, ਇਹਨਾਂ ਦੇ ਫਾਦਰ ਸਾਹਿਬ ਨੇ ਜਿੰਨੀਆਂ ਥਰਡ ਕਲਾਸ ਕੰਟਰੀ ਸੀ ਉਹਨਾਂ ਤੋਂ ਮੰਗਵਾਉਣਾ ਸ਼ੁਰੂ ਕੀਤਾ। ਲੋਕ ਅਪਸੈਟ ਹੋ ਗਿਆ ਕਿਉਂਕਿ ਥਰਡ ਕਲਾਸ ਬੰਦਾ ਆਉਣਾ ਚਾਹੀਦਾ, ਪਰ ਉਹ ਬੰਦੇ ਚੇਂਜ ਨਹੀਂ ਹੁੰਦੇ, ਉਹ ਆਪਣਾ ਸਿਸਟਮ ਉਹ ਹੀ ਰੱਖਦੇ ਨੇ ਜਿਹਨਾਂ ਤੁਹਾਡੀਆਂ ਮੋਰਲ ਵੈਲਿਊ ਥੱਲੇ ਚਲੇ ਜਾਂਦੀਆਂ। ਫਿਰ ਉਹਦਾ ਵਿਰੋਧ ਹੋਇਆ, ਉਹਨੇ 28 ਨੂੰ ਅਸਤੀਫਾ ਦੇ ਦਿੱਤਾ ਪੀਅਰ ਟੋਡੋ ਨੇ, ਉਹ ਕਹਿੰਦਾ ਵੀ ਜੇ ਤੁਸੀਂ ਮੈਨੂੰ ਨਹੀਂ ਪਸੰਦ ਕਰਦੇ ਆਮ ਲੀਵਿੰਗ। ਹੁਣ ਜਸਟਿਨ ਟੋਡੋ ਨੂੰ ਵੀ ਉਹ ਸਿਮਲਰ ਕਿਹਾ ਵੀ ਦੇਖੋ ਤੁਸੀਂ ਕੰਟਰੀ ਦੇ ਹਾਲਾਤ ਬਹੁਤ ਮਾੜੇ ਬਣਾਤੇ, ਉਹ ਕਹਿੰਦਾ ਨਹੀਂ ਨਹੀਂ ਨਹੀਂ
ਜੇ ਮਾੜੇ ਹਾਲਾਤ ਮੈਂ ਭੱਜਾਂਗਾ ਥੋੜ੍ਹਾ, ਹੁਣ ਤਾਂ ਮੈਂ ਫਿਕਸ ਕਰਨ ਦਾ ਮੇਰੇ ਕੋਲ ਸਮਾਂ ਮਿਲੇਗਾ ਮੈਨੂੰ, ਮੈਂ ਹੁਣ ਤਾਂ ਫਿਕਸ ਕਰਾਂਗਾ ਇਹ ਪ੍ਰੋਬਲਮ। ਸੋ ਇਹ ਸਟੈਂਪ ਲਾਤੀ ਜੀ, ਜਿਵੇਂ ਇੰਡੀਆ ਚਲਾਉਂਦੇ ਨੇ ਵੀ 90 ਸਾਲ ਤੱਕ, ਮੈਨੂੰ ਲੱਗਦਾ ਵੀ ਜਸਟਿਨ ਟਰੂਡੋ ਸਾਹਿਬ ਲਿਬਰਲ ਦੇ 6-7 ਬੰਦਿਆਂ ਨੇ ਪਾਰਟੀ ਰਨ ਕਰਨੀ ਹੈ, ਉਹ ਬੰਦੇ ਪੱਕੇ ਹੀ ਰਹਿਣਗੇ, ਅਤੇ ਦੂਜੇ ਪਾਸੇ ਕੋਈ ਜਿੱਤ ਗਿਆ ਹਰ ਗਿਆ ਪੀਅਰ ਇੱਕ ਵਾਰ ਜਿੱਤ ਜਾਵੇਗੇ ਲਿਬਰਲ ਫੇਰ ਆ ਜਾਣਗੇ, ਫੇਰ ਪੀਅਰ ਜਿੱਤ ਜਾ ਕੇ ਲਿਬਰਲ ਫੇਰ 2-3 ਸਾਲ ਕੱਢਣਗੇ। ਇੱਦਾਂ ਜਸਟਿਨ ਟਰੂਡੋ ਸਾਹਿਬ ਨੇ ਪੱਕੀ ਉਹ ਕੰਮ ਕਰਨਾ। ਅਮੈਰੀਕਾ ਦਾ ਕੌਂਸਟੀਟਿਊਸ਼ਨ ਵਧੀਆ, ਅਮੈਰੀਕਾ 'ਚ 2 ਟਰਮ ਤੋਂ ਛੁੱਟ ਤੁਸੀਂ ਗਾਂਹ ਫਾਈਟ ਨਹੀਂ ਕਰ ਸਕਦੇ। ਹੁਣ ਟਰੰਪ ਦੀ ਇੱਕ ਜਿਹੜੀ ਟਰਮ ਹੈ ਚਲੇ ਗਈ, ਉਹਨੇ ਇੱਕ ਵਾਰ ਹੋਰ ਫਾਈਟ ਕਰਨੀ ਸੀ, ਮੁੜ ਕੇ ਉਹ ਕਾਨੂੰਨ ਹੀ ਨਹੀਂ ਹੈ ਵੀ ਇਲੈਕਸ਼ਨ ਲੜੇ। ਇੱਦਾਂ ਦਾ ਕਾਨੂੰਨ ਸਾਡੇ ਕੈਨੇਡਾ ਵਿੱਚ ਵੀ ਚਾਹੀਦਾ, ਪਰ ਪਹਿਲਾਂ ਕਾਨੂੰਨ ਨਹੀਂ ਸੀਗਾ। ਲੋਕਾਂ ਦੇ ਵਿੱਚ 2 ਟਰਮ ਜਦੋਂ ਡਾਊਨਫਾਲ ਆਉਂਦਾ ਸੀ ਛੱਡ ਜਾਂਦੇ ਸੀ, ਨਵਾਂ ਲੀਡਰ ਪਾਰਟੀ ਚੁੱਕਦੀ ਸੀ, ਪਰ ਜਸਟਿਨ ਟਰੂਡੋ ਸਾਹਿਬ ਕਹਿੰਦੇ ਨਾ 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 ਨਾ, ਮੈਂ ਤਾਂ 90 ਸਾਲ ਤੱਕ ਪੋਲੀਟਿਕਸ ਕਰਾਂਗਾ, ਹੁਣ ਹੁਣ ਆਪ ਬਣ ਗਿਆ ਲਿਬਰਲ ਦਾ ਤਾਂ ਇੱਦਾਂ ਰਵਾਂਗਾ। ਪਰਿਵਾਰ ਵੀ ਕੀ ਕਰੇਗਾ ਜਦੋਂ ਪਰਿਵਾਰ ਦੀ ਵੀ ਮੰਨਣੀ ਨਹੀਂ ਹੈ, ਪਰਿਵਾਰ ਥੋੜ੍ਹਾ ਜਿਹਾ ਵੱਖਰੀ ਸੋਚਦੇ ਹੁੰਦੇ ਨੇ, ਉਹ ਕਹਿੰਦੇ ਜਿਵੇਂ ਬਾਕੀ ਦੁਨੀਆ ਚੱਲਦੀ ਆਪਾਂ ਨੂੰ ਇੱਦਾਂ ਚੱਲਣਾ ਚਾਹੀਦਾ, ਨਹੀਂ ਤਾਂ ਲੋਕ ਵਾਲਾ ਪਸੰਦ ਨਹੀਂ ਕਰਨਗੇ। ਫਿਰ ਜਦੋਂ ਲੋਕਾਂ ਨੇ ਬਿਲਕੁਲ ਹੀ ਇਗਨੋਰ ਕਰਤਾ, ਪਰ ਉਹਨੂੰ ਪਤਾ ਟਰੂਡੋ ਨੂੰ ਵੀ ਜਿਹੜੇ ਬੰਦਿਆਂ ਨੇ ਇਗਨੋਰ ਕਰਨਾ ਉਹਦੀ ਵੈਲਿਊ ਨਹੀਂ ਉਹਦੇ ਕੋਲ। ਉਹ ਕਹਿੰਦਾ ਜਿਹੜੇ ਬੰਦੇ ਮਹਾਤੜ ਮੈਂ ਟਾਰਗੇਟ ਕਰਨੇ ਆ, ਕਿਉਂਕਿ ਮੈਂ ਇੰਨੇ ਮਹਾਤੜ ਲੈ ਆਉਂਦੇ ਇਸ ਕੰਟਰੀ ਵਿੱਚ ਹੈਗੇ ਨੇ ਜਿਨ੍ਹਾਂ ਦੀਆਂ ਵੋਟਾਂ ਕਰਕੇ ਮੇਰੀ ਡੀਸੈਂਟ ਪਾਪੂਲਰਿਟੀ ਰਹਿਣੀ ਹੈ, ਸੋ ਉਹਨੇ ਉਹ ਚੀਜ਼ਾਂ ਟਾਰਗੇਟ ਕਰਨ ਦੇ ਲਈ ਹੁਣ ਗਾਂਹ ਵੀ ਇੱਦਾਂ ਦੇ ਲੈ ਕੇ ਆ ਰਿਹਾ ਵੀ ਮੇਰੀ ਪਾਪੂਲਰਿਟੀ ਜਿਹੜੀ ਬਰਕਰਾਰ ਹੀ ਰਹੇ। ਗਾਂਹ ਮੁੰਡਾ ਲੈ ਆਵੇਗਾ ਆਪਣਾ ਬਸ। ਰੈਫਰੀਜਰੇਟਰ ਵਿਦ ਸਮੂਥ ਟੋਪ ਇਲੈਕਟ੍ਰਿਕ ਰੇਂਜ ਨਾਲ ਵਾਸ਼ਰ ਐਂਡ ਡਰਾਇਰ $2699 $26.99 ਚ ਬੇਸਮੈਂਟ ਲਈ ਫਰਿੱਜ ਸਟੋਵ ਵਾਸ਼ਰ ਅਤੇ ਡਰਾਇਰ 4 ਦੇ 4 ਅਪਲਾਈਸਿਸ ਤੁਸੀਂ ਜਿਹੜੇ ਲਾ ਸਕਦੇ ਹੋ। ਜਿਹੜੇ ਕਸਟਮਰ ਵਾਸ਼ਰ ਐਂਡ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਜੀ, ਤਾਂ ਇਸ ਵੀਕਐਂਡ ਸਪੈਸ਼ਲ 'ਤੇ ਅਵੇਲੇਬਲ ਹੈ ਸੈਮਸੰਗ ਬ੍ਰਾਂਡ ਦਾ ਇਹ ਵਾਸ਼ਰ ਐਂਡ ਡਰਾਇਰ ਦਾ ਸੈੱਟ ਹੈ, ਜਿਹਦੇ ਵਿੱਚ ਫਰੰਟ ਲੋਡ ਦਾ 5.2 ਕਿਊਬਿਕ ਫੀਟ ਦਾ ਵਾਸ਼ਰ ਹੈ ਅਤੇ 7.5 ਕਿਊਬਿਕ ਫੀਟ ਦਾ ਡਰਾਇਰ ਹੈ। ਦੋਨੋਂ ਵਾਸ਼ਰ ਐਂਡ ਡਰਾਇਰ ਐਨਰਜੀ ਸਟਾਰ ਮਾਡਲ ਨੇ, ਦੋਨੋਂ ਸਟੇਨਲੈਸ ਸਟੀਲ ਕਲਰ ਦੇ ਵਿੱਚ ਨੇ। ਜੇ ਜਗ੍ਹਾ ਦੀ ਘਾਟ ਹੈ ਤਾਂ ਵਾਸ਼ਰ ਦੇ ਉੱਪਰ ਡਰਾਇਰ ਨੂੰ ਰੱਖ ਕੇ ਸਟੈਕ ਕਰ ਲਓ, ਬੇਸ਼ੱਕ ਵਾਸ਼ਰ ਅਤੇ ਡਰਾਇਰ ਨੂੰ ਸੈਪਰੇਟ ਰੱਖ ਲਓ। ਰੈਗੂਲਰ ਪ੍ਰਾਈਸ $2200 ਦੀ ਵੈਲਿਊ ਦਾ ਪੇਅਰ ਹੈ, ਜਿਹੜਾ ਕਿ ਸਿਰਫ $1599 $15.99 ਐਕਸਕਲੂਸਿਵ ਤੁਸੀਂ ਇਸ ਵੀਕਐਂਡ ਲਾ ਸਕਦੇ ਹਾਂ। ਸੁਬੈਰਲ ਇਹ ਡੀਲ ਆ, ਜਾਂ ਅਪਲਾਈਸਿਸ ਸੈਕਸ਼ਨ 'ਚ ਕੋਈ ਵੀ ਡੀਲ ਤੁਸੀਂ ਦੇਖ ਰਹੇ ਹਾਂ, ਨੰਬਰ 1-1 ਟੂ ਕਾਲ ਹੈ ਜੀ 9054500054, ਅਤੇ ਵਿਜ਼ਿਟ ਕਰੋ ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਲਾਗੇ ਰਿਵਰ ਮੌਂਟ ਪਲਾਜ਼ਾ ਦੇ ਅੰਦਰ ਅਪਲਾਇੰਸ ਜੰਕਸ਼ਨ 'ਤੇ। ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ। ਹਫ਼ਤੇ ਦੇ 7 ਦਿਨ ਤੁਸੀਂ 6 ਮੰਥ ਪੇਮੈਂਟ ਕਰ ਸਕਦੇ ਹੋ, ਡਿਲੀਵਰੀ ਬਿਲਕੁਲ ਫ੍ਰੀ ਹੈ। 9054500054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ। ਥੈਂਕ ਯੂ, ਧੰਨਵਾਦ ਮਨਜੀਤ। ਲਓ ਜੀ, ਸੋ ਹੁਣ ਆਪਾਂ ਅਗਲੀ ਕਾਲ 'ਤੇ ਚੱਲਦੇ ਹਾਂ। ਅੱਜ ਵਿਸ਼ਾ ਬਿਲਕੁਲ ਓਪਨ ਹੈ, ਕਿਸੇ ਵਿਸ਼ੇ ਨੂੰ ਵੀ ਟੱਚ ਕੀਤਾ ਜਾ ਸਕਦਾ। ਆਪਾਂ ਗੱਲਬਾਤ ਅੱਜ ਕਰ ਰਹੇ ਸੀਗੇ ਵੀ 2023 ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਨਹੀਂ ਵਧੀਆ ਲੱਗ ਰਹੀਆਂ, ਵੀ ਜਿਹੜੀਆਂ ਹੋਈਆਂ ਉਹ ਬੈਟਰ ਹੋਣੀਆਂ ਚਾਹੀਦੀਆਂ ਸੀ, ਅਤੇ 2024 ਤੁਹਾਡਾ ਟਾਰਗੇਟ ਕੀ ਹੈ, ਕੀ ਤੁਸੀਂ ਵਧੀਆ ਕਰਨਾ ਚਾਹੁੰਦੇ ਹੋ, ਕੀ ਤੁਸੀਂ ਪੰਜਾਬ ਵਾਪਸ ਜਾਣਾ ਚਾਹੁੰਦੇ ਹੋ, ਇੱਥੇ ਤੁਹਾਨੂੰ ਵਧੀਆ ਨਹੀਂ ਲੱਗ ਰਿਹਾ, ਤੁਹਾਡੀ ਇਹ ਸੋਚ ਹੈ, ਜਾਂ ਤੁਸੀਂ ਪੰਜਾਬ 'ਚੋਂ ਆਪਣੀ ਫੈਮਿਲੀ ਮੰਗਵਾ ਰਹੇ ਹੋ, ਤੁਹਾਨੂੰ ਵਧੀਆ ਲੱਗ ਰਿਹਾ, ਕੀ ਕੁਛ ਲੱਗ ਰਿਹਾ ਦੁਨੀਆ ਭਰ ਦੇ ਵਿੱਚ, ਸੋ ਆਪਾਂ ਇਹ ਅੱਜ ਮੁੱਦੇ ਨੂੰ ਟੱਚ ਕੀਤਾ। ਲੈਟ ਮੀ ਟੇਕ ਵਟਸਐਪ 'ਤੇ ਕਾਲ ਹੈ, ਬਾਈ ਜੀ ਸਵਾਗਤ ਹੈ, ਵੈਲਕਮ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਦੇਖੋ ਜੀ, ਮੇਰਾ ਤਾਂ ਵੈਸੇ ਵਿਚਾਰ ਇਹੀ ਨੇ ਵੀ ਮੈਂ ਤਾਂ USA ਮੂਵ ਹੋਣਾ ਚਾਹੁੰਦਾ, ਟੂ ਬੀ ਆਨੈਸਟ। ਗੁੱਡ ਚੋਇਸ। ਹਾਂਜੀ, ਕਿਉਂਕਿ ਜੀ ਮੈਂ ਵੀ ਸਟੂਡੈਂਟ ਹੀ ਆਇਆ ਸੀਗਾ 2017 'ਚ, ਤੇ ਕਹਿ ਲਓ ਉਦੋਂ ਹਲੇ ਟਾਈਮ ਫੇਰ ਵੀ ਠੀਕ ਸੀਗਾ, ਗਰੋਸਰੀ ਰੈਂਟ ਹੋ ਗਿਆ, ਕਹਿ ਲਓ ਘਰ ਘਰ ਪ੍ਰਾਈਸ ਠੀਕ ਸੀਗੇ, ਤੇ ਹੁਣ ਕਹਿ ਲਓ ਮਹਿੰਗਾਈ ਜੀ ਕਾਫੀ ਹੋਈ ਪਈ ਆ। ਹੁਣ ਤਾਂ ਕਹਿ ਲਓ ਜਿਹੜੇ ਵਿਚਾਰੇ ਸਟੂਡੈਂਟ ਆਏ ਆ, ਮੇਰੀ ਹੁੰਦੀ ਸੀ ਗੱਲ 6-6 ਮਹੀਨੇ ਹੋ ਗਏ ਵਿਚਾਰੇ ਵਿਹਲੇ ਬੈਠੇ ਨੇ, ਤੇ ਖਰਚਾ ਪਾਣੀ ਫੀਸਾਂ ਫੂਸਾਂ ਸਾਰਾ ਪਿੱਛੋਂ ਹੀ ਆ ਰਿਹਾ ਪੰਜਾਬ ਤੋਂ। ਤੇ ਮੇਰਾ ਹੈਗਾ ਛੋਟਾ ਭਰਾ, ਮੈਂ ਵੀ ਉਹਨੂੰ ਆਈ ਸਲਾਹ ਦਿੱਤੀ, ਮੈਂ ਕਿਹਾ ਤੈਨੂੰ ਆਪਾਂ ਕੈਨੇਡਾ ਨੀ ਆਉਣ ਦੇਣਾ ਹੈਗਾ, ਤੂੰ ਭਾਵੇਂ ਆਸਟ੍ਰੇਲੀਆ ਚਲੇ ਜਾ, ਉਹ ਵੀ ਮਗਰ ਪਿਆ ਹੋਇਆ ਸੀਗਾ। ਨਹੀਂ ਦੇਖੋ ਫਿਰ ਜਿਹੜੇ ਕੈਨੇਡਾ ਦੇ ਹਾਲਾਤ ਹੈ ਨਾ, ਕੈਨੇਡਾ ਦੇ ਹਾਲਾਤ ਇਹ ਲੰਮਾ ਸਮਾਂ ਇਸ ਤਰ੍ਹਾਂ ਨਹੀਂ ਰਹਿਣੇ ਹੈਗੇ, ਤਾਂ ਇੰਨੇ ਮਾੜੇ ਵੀ ਨਹੀਂ ਹੈ ਵੀ ਜਿੰਨੇ ਕਹਿ ਰਹੇ, ਕਿਉਂਕਿ ਸਾਡੀ ਪੂਅਰ ਲੀਡਰਸ਼ਿਪ ਹੈਗੀ ਆ, ਸਾਡੀ ਲੀਡਰਸ਼ਿਪ ਕਮਜ਼ੋਰ ਹੈ, ਸੋ ਉਹਨਾਂ ਨੇ ਇੱਕਦਮ ਇਮੀਗ੍ਰੇਸ਼ਨ ਜਾਂ ਆਪਣੇ ਆਪ ਦਾ ਲਾਲਚ, ਪ੍ਰਧਾਨਗੀ 'ਚੋਂ ਦੇ ਲਾਲਚਾ ਕਰਕੇ ਸਾਰਾ ਕੁਛ ਹੋਇਆ, ਪਰ ਇਹ ਲੰਮਾ ਸਮਾਂ ਨਹੀਂ ਰਹਿਣੇ, 6 ਮਹੀਨਿਆਂ ਵਿੱਚ ਹਾਲਾਤ ਸਹੀ ਹੋ ਜਾਣੇ। ਅੱਜ TD Bank ਦੀ ਮੈਂ ਰਿਪੋਰਟ ਪੜ੍ਹ ਰਿਹਾ ਸੀ, ਉਹ ਕਹਿੰਦੇ 2.75% ਤੱਕ ਇੰਟਰਸਟ ਰਹਿ ਜਾਣਾ,
एंड ऑफ नैक्सट ईयर तक जे इत तक रह जाएगा तो तुम वेखना इतों दॉबा किमें पैदा आदियां ने एकदम इकोनमी खुल जाएगी सारा कुछ ठीक हो जाएगा पर जे तुम अमेरिका मूव होना चाहते हो वह बैटर है कैनेडा नालों ईवन टैक्सस जे टैक्सस के देखो उ टैक्स नहीं है लोग उत्थे नहीं देंदे कोई होर ऐसे सूबे है जिहड़े मैं कह सकदा अमेरिका दे जिथे टैक्स बड़ा घट हैगा तो वधिया उत्थे सरवाइव लोग करदे ने घर भी डीसेंट प्राइस च मिल जांदा ते अमेरिका मूव होना कोई माड़ी गल नहीं कई बंदे डुअल सिटीजन रखदे ने कईआं को हैगी है हाँ जी क्योंकि देखो जी स्टूडेंट भी जिहड़ा इन्होंने बनाया ना प्रोग्राम इह करो भी गवर्नमेंट लोटन सपोर्ट कर दिंदी है बाद चो बात नहीं पुछदी हैगी ते इक वारी हुण स्टडी दा जी काहदी हुंदी है बस टाइम पास ही हुंदा इक डिप्लोमा कह लो बाद चो फिर वर्क परमिट हो गया हुण तुसीं देखो पीआर हो ही नहीं रही पर मुंडिआं दी हुण ड्रॉ इन्ना उत्ते जा रहा ना हुण इन्हां नूं परमिट वधाउणे आ मुंडे काफी स्ट्रेस च हैगे आ हुण तुसीं वी कह लो ते अज कल कनेडा आउण दा इन्ना कोई वी देखो कैनेडा नूं पहलों एक पिक्चर देनी चाहीदी सी वी भाई असी सिर्फ पैसा बनाउण नूं काम कराउण नूं तुहानूं सद रहे हां क्योंकि लोकां नूं पिक्चर क्लीयर नहीं होई वड्डी प्रॉब्लम इह होई इन्हां ने इह पिक्चर दित्ती वी असीं तुहानूं इत्थे आ गए तो पी आर कर लवांगे दिस दैट है पी आर दे चक्करां विच मुंडे इत्थे मंगवा लै हुण एल एम आई दे थले करोंगे पक्के तां हो जाओगे पर थोड़ा जा चाहिदा सीगा इन्हां नूं भी पिक्चर क्लीयर कर देंदे भी लोकां नूं भी की असी करना की चाहुंदे आ जदों वीज़ा देंदे सीगे जां जदों उत्थे अपने बैंड बंदे ने उन्हां उत्थे एजुकेशन देंदे भी इत्थे रीज़न की कारण है किवें तुसीं उत्थे तरक्की कर सकदे हो की कुछ होवेगा फिर है पर हुण इत्थे आण के जे आउंदे साल नूं इन्हां ने वर्क परमिट एक्सटेंड नहीं करने तो फिर उत्थे की होवेगा रिफ्यूजी अपलाई जिहड़ा करना उहदी कोई सेंस नहीं बनदी क्योंकि तुसी तीन साल इत्थे स्टडी लई रह रहे हो उदू बाद कह रहे हो सानू इंडिया कंट्री मार रही है उत्थे सानू उन्होंने मार देना वापस गया नूं तो फिर उहदी कोई सेंस नहीं बनदी नाले हुण वैसे भी जिहड़ी इंडिया आ उह सेफ कंट्रियां विचों मन्नी जा रही है पहलो एक समां सीगा हुण इंग्लैंड ने तो बिल्कुल कर दिता भी इह कंट्री सेफ आ उत्थों दा कोई बंदा इत्थे कह ही नहीं सकदा सानू इंडिया च मारिया जा रहा तो असीं उहनूं शरण दे देंगे सो इदां दा हले सिस्टम है पर बच्चों थोड़ी जी चाहिए सी भी पिक्चर क्लीयर कर दे हुण बच्चों के हालात की होणगे फड़ फड़ के चढ़ाई जाणगे हुण इन्हां ने कहा हैगा भी असी 34-35 बंदे एवरी डे डिपोर्ट करते हैं सो साल दे ला लो किन्ने हज़ारां लोग बन जाते हैं जिहड़े डिपोर्ट करते हैं तो फिर आने वाले समय च यह मेरा ख्याल घट्टो घट्ट एक दिन का 300-300 दा बंदा डिपोर्ट कराया करनगे फिर इदां दे हालात बना लेंगे हाँ जी भाजी मैं तो आप जी रिग्रैट कर रहा जी इधर कनेडा उधर आस्ट्रेलिया चले जाते पहले फिर भी हालात ठीक ने उधर भीड़ भड़का है नहीं नहीं आस्ट्रेलिया नालों मैनू नहीं लगता है कैनेडा माड़ा रहेगा इन्ना क मैं कह सकदा क्योंकि इन्हां दी पापूलेशन 40 मिलियन दी तां मिसमैनेजमेंट है होर कुछ नहीं कैनेडा बहुत वधिया कंट्री है वीर ते इन्हां दा कंट्री चलदी सिर्फ टैक्स दे उपर ही जिद्दण इन्हां ने कुछ ना कुछ अपनियां कारां कुछ बनाउणियां शुरू कर दित्तियां तो फिर ठीक हो जाएगा कोई ना कोई तो चलो माई दा लाल चंगा लीडर साढ़े को आएगा पर कोई लीडर इदा आते हैं भी जिमें 4 साल सानू पता ही राज करना 8 साल राज करना हू केयर्स जो करते करी चलो अपना देखो टौ टप्पा तुरे फिरो इदा दिया सोचा वाले बंदे आते हैं कोई चंगा कोई ट्रंप वर्गा बंदा कैनेडा की धरती पर आए वह हालात जोड़े बदल सकता होर कुछ नहीं मिसमैनेजमेंट है केयरलैस है अपना लालच है वोटों का अपनी पावर का लालच है बस यदा करके जोड़ा आम नागरिक है वह दुखी होया पाया पर कारण की आ लोग फिर नहीं हटते तुम वेख लेना लोगों ने फिर धड़ाधड़ वोटा इधर ही पैनिया सारा कुछ ये कुछ ही करना हटना ही नहीं लोगों ने लोग आप भी थोड़ा जा जिम्मेवार है जी भाई थैंक यू धन्यवाद है जी लो जी आप अगली कॉल से चलते हैं वन बाय वन कॉल ऑन एयर करते जाना मैं जिक्र करांगा प्लैनेट फाइनैंशियल तो गौर कुमार ने पट्टिया जमोरिया करने वाले सूबे तो लैके प्राइवेट जेट तक तुम फाइनैंस करा सकते हो 647-409-7500 एक नंबर है 647-409-7500 एक नंबर है देखो जदों असी आए हैं ना उदो मिनिमम वेजिस इन्हों $6.5 घंटे की होंगी सी $6.5 घंटे की होंगी सी तो जिहड़ा बंदा कोई 40 घंटे काम करता सी मेरा ख्याल उन्होंने $500 दो वीकां का मिलता सी $1000 एक महीने का बनाते सी तो उस वेले जो तुम ग्रोसरी कर जाते $20 दे विच तुसी दो बग्गियां भर लैंदे सी ग्रोसरी दियां $20 च जिहड़ी चीज़ चुकदे सी 5 सेंट 9 सेंट 13 सेंट सेंटां दियां चीज़ां मिलदियां सी अज तुहाडी ग्रोसरी दी बग्गी जे भरनी तां $600 च भरदी है कित्थे $20 च कित्थे 600 च $25 नूं 25 सेंट नूं लीटर तेल 20 सेंट नूं लीटर तेल मैं गड्डी च पाउंदा रहा इन्ना तुहाडे कोल पैसे घट बणदे सी पर तुहाडा खर्चा नहीं सी हुंदा
ਬੜੀ ਸੇਵਿੰਗ ਹੁੰਦੀ ਸੀ ਤੇ ਘਰ ਤੁਹਾਨੂੰ ਮਿਲ ਜਾਂਦਾ ਸੀਗਾ 2 ਲੱਖ ਦਾ ਘਰ ਟੌਪ ਦਾ 4 ਬੈਡ ਦਾ ਬੈਡਰੂਮ ਦਾ ਮਿਲਦਾ ਸੀ ਟੌਪ ਦਾ ਘਰ ਜਿਹੜਾ 2 ਲੱਖ ਦਾ ਮਿਲ ਜਾਂਦਾ ਸੀ ਆਮ 1,20,000 ਦਾ ਲੱਖ 2 ਲੱਖ ਦੇ ਬਿਟਵੀਨ 75,000 ਦਾ ਵੀ ਘਰ ਆਉਂਦਾ ਰਿਹਾ ਸਾਡੇ ਲੋਕਾਂ ਨੇ ਉਦੋਂ ਲਏ ਸੀ 5 ਲੈਵਲ ਘਰ ਵਾਲੇ ਉਹ ਮਾਰਟਨ ਬਣੇ ਆ ਜਾਂ ਬਣੇ ਨੇ ਵਿਲੀਅਮ ਪਾਰਕਵੇ ਅਤੇ ਤਾਂ ਰਦਰਫੋਰਡ ਉੱਧਰਲੇ ਪਾਸੇ ਇਹ 2 ਲੱਖ ਆ ਸਾਡੇ ਲੋਕ ਬਹੁਤ ਸੀ 5 ਲੈਵਲ ਘਰ ਸੀਗੇ ਉਹਨਾਂ ਦੀ ਬਣਤਰ ਇੱਦਾਂ ਦੀ ਸੀ ਜਦੋਂ ਐਂਟਰ ਹੁੰਦੇ ਸੀ ਮੋਰੇ ਕਿਚਨ ਸੱਜੇ ਪਾਸੇ ਰੂਮ ਫਿਰ ਪੌੜੀਆਂ ਜਾ ਕੇ ਥੱਲੇ ਲਿਵਿੰਗ ਰੂਮ ਇੱਦਾਂ ਦਾ ਕੁਛ ਹੁੰਦਾ ਸੀ ਅਤੇ ਉਹ ਫਿਰ ਕਈ ਵਾਰ ਰੈਂਟ ਰੂੰਟ 'ਤੇ ਦੇਣ ਨੂੰ ਬੜੇ ਵਧੀਆ ਲੱਗਦੇ ਸੀਗੇ ਅਤੇ ਉਹ ਲੋਕਾਂ ਦਾ ਸ਼ੌਂਕ ਹੁੰਦਾ ਸੀਗਾ ਉਹ ਲੈ ਲੋਕਾਂ ਨੇ 1,50,000 ਦਾ 60,000 ਦਾ ਅਤੇ ਝੱਟ ਪੇਡ ਆਫ ਕਰ ਦਿੱਤੇ ਬੜਾ ਪੈਸਾ ਬਣਿਆ ਹੁਣ ਜਿਹੜਾ ਬੰਦਾ ਉਸ ਵੇਲੇ ਟਰੱਕ ਚਲਾਉਂਦਾ ਸੀਗਾ 2 ਲੱਖ ਉਹਨੇ ਬਣਾਇਆ ਅਤੇ ਉਹ ਟਰੱਕ ਤੋਂ ਆਪਦੇ 'ਚੋਂ $4,000 ਕੱਟ ਕਟਾ ਕੇ ਮਹੀਨੇ ਦਾ ਲਿਆਉਂਦਾ ਸੀ ਉਹਦਾ ਖਰਚਾ ਕੋਈ ਨਹੀਂ ਸੀ 1.5 ਸਾਲ ਚਗਲਾ ਘਰ ਪੇਡ ਆਫ ਕਰਕੇ ਉਹ ਮਾਰਿਆ ਉਹਨੇ $5,000 ਬ੍ਰੋਕਰ ਲਿਆਉਂਦਾ ਸੀ $2,500-3,000 ਡਰਾਈਵਰ ਲਿਆਉਂਦਾ ਰਿਹਾ ਉਸ ਵੇਲੇ ਜਿਹੜਾ ਡਰਾਈਵਰ ਸੀਗਾ ਟਰੱਕ ਦਾ $12 ਦੀ ਜੋਬ ਸੀ ਅਤੇ ਅੱਜ 17 ਦੀ ਹੋਵੇਗੀ ਅਤੇ ਬ੍ਰੋਕਰ ਜਿਹੜਾ ਮੈਨੂੰ ਹੁਣ ਪਤਾ ਨਹੀਂ ਕੀ ਹੋਵੇਗਾ ਕੀ ਉਹ ਕਰਦੇ ਸੀਗੇ ਮੇਰਾ ਖਿਆਲ ਜੇ ਬ੍ਰੋਕਰ ਹੈ ਆ ਇਹਨਾਂ ਨੇ $1 ਕੁ ਰੱਖਿਆ ਸੀਗਾ ਉਦੋਂ ਵੀ ਮੇਰਾ ਖਿਆਲ 96% ਦਿੰਦੇ ਸੀਗੇ ਪਰ ਮਾਇਲ ਕਿਹੜੇ ਕੰਪਨੀ ਵਾਲੇ 96 ਜਾਂ ਮੇਰਾ ਖਿਆਲ ਹੋਣਗੇ $1 ਹੋਵੇਗਾ ਅਤੇ ਹੁਣ ਤੁਹਾਨੂੰ 1.5 ਦਿੰਦੇ ਨੇ ਫਿਊਲ ਕਿੰਨਾ ਮਹਿੰਗਾ ਹਰ ਚੀਜ਼ ਮਹਿੰਗੀ ਹੋਈ ਪਈ ਆ ਕੀ ਹਾਲਾਤ ਹੈ ਸੋ ਪੈਸਾ ਘੱਟ ਬਣਨਾ ਸ਼ੁਰੂ ਹੋ ਗਿਆ ਅਤੇ ਜਿਹੜਾ ਖਰਚਾ ਬਹੁਤ ਵੱਧ ਗਿਆ ਇਨਸਾਨ ਦਾ ਉਦੋਂ ਪੈਸੇ ਘੱਟ ਸੀ ਤਾਂ ਖਰਚਾ ਤਾਂ ਹੈ ਹੀ ਨਹੀਂ ਸੀ ਲੋਕਾਂ ਦਾ ਕੋਈ ਖਰਚਾ ਨਹੀਂ ਸੀ ਟੀ ਵੀ ਮੇਰਾ ਖਿਆਲ ਜਿਹੜੇ ਆ ਉਦੋਂ ਆਉਂਦੇ ਸੀ ਸ਼ਾਰਪ ਦੇ ਇੱਕ ਟੀ ਵੀ ਬੜੇ ਮਹਿੰਗੇ ਆ 52,100 ਦਾ ਆਉਂਦਾ ਸੀ ਇਹ ਬੜਾ ਸ਼ੌਂਕ ਸੀ ਲੋਕਾਂ ਦਾ ਕੰਧ 'ਤੇ ਲਾਉਣਾ ਟੀ ਵੀ ਉਦੋਂ ਦੂਜੇ ਡੱਬੇ ਜਿਹਾ ਹੁੰਦੇ ਸੀ ਇਹ ਸ਼ਾਰਪ ਨੇ ਪਹਿਲਾਂ ਕੱਢੇ ਫਿਰ ਬਾਅਦ 'ਚ ਹੋਰ ਕਈਆਂ ਨੇ ਕੱਢੇ ਉਹ 5-52,100 ਦਾ 4,500 ਦਾ ਆਉਂਦਾ ਵਧੀਆ ਉਹ ਜਿਹੜੀਆਂ ਪ੍ਰਾਈਸਾਂ ਘੱਟੀਆਂ ਟੀ ਵੀ ਦੀਆਂ ਹੁਣ ਇਸ ਵੇਲੇ ਉਹ ਘੱਟ ਗਏ ਨੇ ਸੋ ਇੱਕ VCR ਹੁੰਦਾ ਸੀ ਜਿਹੜਾ VCR ਹੈ ਜੇ ਤੁਸੀਂ 90 ਦੀ ਗੱਲ ਕਰਦੇ ਹੋ ਤਾਂ ਇੱਥੇ ਮੇਰਾ ਖਿਆਲ ਘੱਟੋ ਘੱਟ $17,000-18,000 ਦਾ ਹੋਣਾ ਉਦੋਂ ਜੇ 3 ਲੱਖ ਰੁਪਈਏ ਦਾ ਇੰਡੀਆ ਵਿਕਦਾ ਸੀਗਾ ਤਾਂ ਉਹਦੇ ਹਿਸਾਬ ਨਾਲ ਲਾ ਲਓ ਬਈ ਮੇਰਾ ਖਿਆਲ $10,000 ਦਾ VCR ਵੀ ਹੋ ਸਕਦਾ ਕਈ ਚੀਜ਼ਾਂ ਦੀਆਂ ਪ੍ਰਾਈਸਾਂ ਘੱਟੀਆਂ ਪਰ ਕੁਛ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਹੁਤ ਜਿਹੜਾ ਆਮ ਲੋਕਾਂ ਨੂੰ ਲੋੜ ਹੈ ਮਹਿੰਗਾ ਬਹੁਤ ਹੋ ਗਿਆ ਉਹ ਟਾਇਰਾਂ ਦੀ ਪ੍ਰਾਈਸ ਵੀ ਘਟੀ ਹੈ ਜਿਹੜੇ ਚਾਈਨੀਜ਼ ਟਾਇਰ ਆਉਣ ਲੱਗੇ ਨੇ ਹੁਣ ਮੈਨੂੰ ਪਤਾ ਨਹੀਂ ਕਿੰਨਾ ਟਾਇਰ ਪੈ ਸਕਦਾ ਜੇ ਦੂਜੇ ਪਹਿਲਾਂ ਇੱਥੇ ਪਾਉਂਦੇ ਮਿਚਲਨ ਤੁਸੀਂ ਅਤੇ ਉਹ ਵੀ ਸਸਤੇ ਹੁਣ ਥੋੜ੍ਹੇ ਟਾਇਰਾਂ ਦੀ ਪ੍ਰਾਈਸ ਵੀ ਘੱਟ ਹੈਗੀ ਆ ਕਈ ਕੁਛ ਘਟੇ ਨੇ ਪਰ ਜਿਹੜੀਆਂ ਰੋਜ਼ਾਨਾ ਚੀਜ਼ ਯੂਜ਼ ਕਰਨ ਵਾਲੀਆਂ ਉਹਨਾਂ ਦੀ ਪ੍ਰਾਈਸ ਬਹੁਤ ਮਹਿੰਗੀ ਹੋ ਗਈ ਲਾਈਫ ਬੜੀ ਟਫ ਹੋ ਗਈ ਹਾਰਡ ਹੋ ਗਈ ਘਰਾਂ ਦੀਆਂ ਮੌਰਗੇਜ ਹੀ ਨਹੀਂ ਲੋਕਾਂ ਕੋਲ ਸੈੱਟ ਆ ਰਹੀਆਂ ਅਤੇ ਹਾਲੇ ਤੁਸੀਂ ਵੇਖਣਾ ਇਹਨਾਂ ਕੋਲ ਪਲਾਨ ਕੋਈ ਨਹੀਂ ਹੈ ਜਿਹੜਾ ਅੱਜ ਘਰ 2 ਮਿਲੀਅਨ ਦਾ ਨਾ ਮਾਰਕੀਟ ਵਿੱਚ ਹੈ 3 ਮਿਲੀਅਨ ਦਾ ਤੁਸੀਂ ਆਉਣ ਵਾਲੇ 3-4 ਸਾਲਾਂ 'ਚ ਨਾ ਦੇਖਿਆ ਤਾਂ ਮੈਨੂੰ ਫੜ ਲਿਓ ਕੋਈ ਪਲਾਨ ਨਹੀਂ ਗਵਰਨਮੈਂਟ ਕੋਲ ਨਾ ਇਹਨਾਂ ਨੂੰ ਕੋਈ ਕੇਅਰ ਹੈ ਬਸ ਇਹਨਾਂ ਨੂੰ ਇਹ ਆ ਵੀ ਮਰਿਆ ਸੱਪ ਗੱਲ ਲਾ ਕੇ ਅਗਲੀ ਸਰਕਾਰ ਦੇ ਪਾ ਦਿਓ ਅਗਲੇ ਫਿਰ ਪੁਰਾਣਿਆਂ ਨੂੰ ਰੋੜੀ ਗਾਲਾਂ ਕੱਢੀ ਜਾਂਦੇ ਨੇ ਵੀ ਇਹਨਾਂ ਨੇ ਕਰਤਾ ਇਹਨਾਂ ਨੇ ਕਰਤਾ ਮੁੜ ਕੇ ਅਗਲੀ ਸਰਕਾਰ ਫਿਰ ਬਦਲ ਜਾਂਦੀ ਹੈ ਇੱਦਾਂ ਦੇ ਹਾਲਾਤ ਹੈ ਸੋ ਲਓ ਜੀ ਅਗਲੀ ਕਾਲ ਹੈ ਬਾਈ ਜੀ ਸਵਾਗਤ ਹੈ 6780 ਵੈਲਕਮ ਚੜ੍ਹਦੀ ਕਲਾ ਵੀਰੇ ਥੈਂਕ ਯੂ ਅੱਛਾ ਭਾਜੀ ਗੱਲ ਕਰਦੇ ਸੀ ਵੀ ਜਿਹੜੇ ਬੱਚੇ ਵਗੈਰਾ ਇੰਡੀਆ ਤੋਂ ਆ ਰਹੇ ਆ ਨਾ ਇੱਧਰ ਵੀ ਬਹੁਤ ਜ਼ਿਆਦਾ ਹਾਂਜੀ ਤੇ ਉਹ ਆਉਣੇ ਚਾਹੀਦੇ ਨਹੀਂ ਆਉਣੇ ਜੋ ਹਾਲਾਤ ਅੱਜ ਦੀ ਡੇਟ 'ਚ ਬਣੇ ਹੋਏ ਕੈਨੇਡਾ ਦੇ ਹਨਾ ਤੇ ਮੈਂ ਇਹ ਗੱਲ ਭਾਜੀ ਪੰਜਾਬ 'ਚ ਵੀ ਬਹੁਤ ਲੋਕੀ ਆਪਸ ਕਰਦੇ ਵੀ ਬੱਚਿਆਂ ਨੂੰ ਭੇਜੀਏ ਕਿ ਨਾ ਭੇਜੀਏ ਮੇਰੇ ਖਿਆਲ ਨਾਲ ਜਿਸ ਬੱਚੇ ਦਾ ਭਾਜੀ ਉੱਥੇ ਸਰਦਾ ਜਾਂ ਜਿਹਦੀ ਸਟੱਡੀ ਉੱਥੇ ਵਧੀਆ ਨਾ ਜਿਹਦੇ ਜਿਹਦੀ ਪੈਲੀ ਬੰਨਾ ਹੈਗਾ ਕੋਈ 20 ਕਿੱਲੇ ਪੈਲੀ ਹੈਗੀ 15 ਕਿੱਲੇ ਪੈਲੀ ਹੈਗੀ ਆ ਨਾਲ ਜੋ ਹਨਾ ਮਿਲ ਸਕਦੀ ਆ ਉਸ ਬੰਦੇ ਨੂੰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇੱਥੇ ਬੱਚਿਆਂ ਦੇ ਹਾਲਾਤ ਦੇਖੋ ਵੀ ਸਿਰ ਤੋਂ ਵਾਲ ਝੜ ਰਹੇ ਨੇ ਪ੍ਰੋਟੀਨ ਵਗੈਰਾ ਪੂਰਾ ਨਹੀਂ ਹੋ ਰਿਹਾ ਨਿਊਟ੍ਰੀਸ਼ਨ ਪੂਰਾ ਨਹੀਂ ਖੁਰਾਕ 0 ਖੁਰਾਕ ਹੋਈ ਪਈ ਉਹਨਾਂ ਦੀ ਹਨਾ ਉਹਨਾਂ ਨੂੰ ਇੱਥੇ ਆਉਣ ਦਾ ਮੇਰੇ ਖਿਆਲ ਨਾਲ ਕੋਈ ਫਾਇਦਾ ਨਹੀਂ ਹੈਗਾ ਵੈਸੇ ਪਰ ਜਿਹਦੇ ਬੰਦੇ ਦਾ ਨਹੀਂ ਸਰਦਾ ਉੱਥੇ ਜਿਹਦੇ ਕੋਈ ਆਪਸ਼ਨ ਨਹੀਂ ਹੈਗੀ ਉੱਥੇ ਤੇ ਜਿੱਦਾਂ ਕੋਈ ਜੋਬ ਨਹੀਂ ਆ ਪਹਿਲੀ ਬੰਦਾ ਵੀ ਨਹੀਂ ਹੈਗਾ ਚਲੋ ਉਹ ਬੰਦਾ ਇੱਥੇ ਆਉਂਦਾ ਠੀਕ ਹੈ ਉਹ ਫਿਰ ਵੀ ਲੱਖ ਡੇਢ ਲੱਖ ਬੰਦਾ ਜੋੜਦਾ ਹਨਾ ਚਲੋ ਲੱਖ ਰੁਪਏ ਦਾ ਸੇਵਿੰਗ ਬੰਦਾ ਕਰਦਾ ਵਾ ਤੇ ਪੰਜਾਬ ਦੇ ਵਿੱਚ ਬੰਦਾ ਜਿੱਥੇ ਖੜਾ ਉੱਥੇ ਖੜਾ ਰਹੇਗਾ ਪਰ ਇਹ ਕੰਟਰੀ ਵਿੱਚ ਤੁਸੀਂ ਗਰੋ ਹੋ ਸਕਦੇ ਹੋ ਅੱਜ ਠੀਕ ਹੈ ਆਪਣਾ ਮੁੰਡਾ ਕੋਈ ਕੈਨੇਡਾ ਕੁੜੀ ਆ ਗਈ ਹੈ ਬੜਾ ਟਫ ਲੱਗਦਾ 6-7 ਸਾਲ ਨਰਕ ਹੈ ਜ਼ਿੰਦਗੀ ਮੈਂ ਕਹਾਂਗਾ ਨਰਕ ਹੈ ਪਰ ਐਟਲੀਸਟ ਤੁਹਾਡਾ ਕੋਈ ਨਾ ਕੋਈ ਗਾਂ ਫਿਊਚਰ ਹੈ ਹੁਣ ਤੁਸੀਂ ਵੇਖਦੇ ਹੋ ਈਵਨ ਚਾਈਨਾ ਦੀ ਇਕਾਨਮੀ 19.5 ਟ੍ਰਿਲੀਅਨ ਦੀ ਹੈ
ਚਾਈਨਾ ਵੀ ਜਾ ਕੇ ਜਹਾਜ਼ ਖੜ੍ਹਾ ਕਰਦੇ ਹੋ, ਲੋਕ ਭੱਜੇ ਆਉਂਦੇ ਨੇ ਆਹ ਮੁਲਕਾਂ ਦੇ ਵਿੱਚ, ਕਿਉਂਕਿ ਇੱਥੇ ਪੁਲਿਸ ਦਾ ਸਿਸਟਮ, ਕਾਨੂੰਨ, ਕਾਇਦੇ, ਸੜਕਾਂ, ਇੱਕ ਤੁਹਾਨੂੰ ਜ਼ਿੰਦਗੀ ਜਿਉਣ ਦਾ ਸਿਸਟਮ, ਉਹ ਕਿਤੇ ਬੈਟਰ ਹੈਗਾ। ਇਕੱਲਾ ਇੱਕ ਪੈਸਾ ਨਹੀਂ, ਜੇ ਵੀਰ ਆਪਾਂ ਹੋਰ ਵੀ ਚੀਜ਼ਾਂ ਦੇਖੀਏ, ਮੈਨੂੰ ਲੱਗਦਾ ਬੜਾ ਕੁਛ ਹੈ। ਜਿਵੇਂ ਹੁਣ ਤੁਹਾਡੇ ਹੀਟ ਸਿਸਟਮ ਚੱਲਦਾ, ਗੱਡੀਆਂ 'ਚ ਹੀਟ ਹੈ, ਗੱਡੀਆਂ ਪਾਵਰਫੁੱਲ ਹੈ, ਬਦਾ ਇੱਕ ਨਹੀਂ ਬੜਾ ਕੁਛ ਹੈ ਜਿਹੜਾ ਆਪਾਂ ਐਡ ਲਾਈਫ ਦੇ ਲਈ ਕਰ ਸਕਦੇ ਹਾਂ, ਵੀ ਹੋਰ ਚੀਜ਼ਾਂ ਬੜੀਆਂ ਆਪਾਂ ਨੂੰ ਸਹੂਲਤਾਂ ਮਿਲਦੀਆਂ ਦੇ ਨਾਲ। ਭਾਜੀ ਪਤਾ ਗੱਲ ਕੀ ਹੈ, ਚੱਕਰ ਇਹ ਆ ਵੀ ਆਪਾਂ ਇਕੱਲੇ ਮਟੀਰੀਅਲਿਸਟਿਕ ਲਾਈਫ ਨਹੀਂ ਨਾ ਵੇਚ ਸਕਦੇ, ਆਪਾਂ ਵੀ ਦੇਖਣਾ ਵੀ ਬੰਦੇ ਦਾ ਸਕੂਨ ਕਿੱਥੇ ਆ। ਜਿਹੜਾ ਇੰਡੀਆ ਦੇ ਵਿੱਚ ਜਿਹੜੀ ਕੁਆਲਿਟੀ ਲਾਈਫ ਹੈਗੀ ਹੈ ਨਾ, ਉਹ ਜਿਹਨਾਂ ਦਾ ਸਿਸਟਮ ਚੱਲਦਾ ਵਾ ਵਧੀਆ ਵਾ, ਘਰ ਦਾ ਸਿਸਟਮ ਚੱਲਦਾ ਬੜਾ ਵਧੀਆ, ਉਹਨਾਂ ਦੀ ਲਾਈਫ 'ਚ ਸਕੂਨ ਬਹੁਤ ਆ ਭਾਜੀ ਇੱਥੇ, ਕਿਉਂਕਿ ਇਹਦੇ ਜੀ ਬੜੇ ਆ। ਇੱਥੇ ਡਿਪਰੈਸ਼ਨ ਕਿੰਨਾ ਹਾਈ ਲੈਵਲ ਤੇ, ਦੱਸੋ ਕਿਹੜਾ ਬੰਦਾ ਜਿਹਨੂੰ ਡਿਪਰੈਸ਼ਨ ਨਹੀਂ ਹੈਗਾ, ਹਰ ਬੰਦੇ ਨੂੰ ਡਿਪਰੈਸ਼ਨ ਆ। ਦੇਖੋ ਜੇ ਹੀਟ ਲਾ ਕੇ ਵੀ ਸਾਨੂੰ ਡਿਪਰੈਸ਼ਨ ਹੋਇਆ ਪਿਆ, ਉੱਥੇ ਫਿਰ ਉਹ ਮੱਛਰਦਾਨੀ ਚੰਗੀ ਨੀ ਵੀ ਉੱਥੇ ਆਪਾਂ ਰਹਿੰਦੇ ਹਾਂ, ਸਹੀ ਆ। ਇਸ ਕਰਕੇ ਜੇ ਆਪਾਂ ਕੁਆਲਿਟੀ ਲਾਈਫ ਕਹੀਏ ਨਾ, ਵੀ ਆਪਾਂ ਕਹਿ ਦਈਏ ਵੀ ਸਾਰੇ ਇੱਥੇ ਆਪਾਂ ਆ ਜਾਈਏ, ਕੈਨੇਡਾ ਆ ਜਾਈਏ, ਇਹ ਸਹੀ ਆਪਸ਼ਨ ਹੀ ਆ। ਜਿਹੜਾ ਬੰਦੇ ਦਾ ਨਹੀਂ ਸਰਦਾ, ਉਸ ਬੰਦੇ ਨੂੰ ਜ਼ਰੂਰ ਆਉਣਾ ਚਾਹੀਦਾ ਵਾ, ਪਰ ਜਿਹੜਾ ਬੰਦੇ ਦਾ ਫਿਰ ਵੀ ਸਰਦਾ, ਮਤਲਬ ਵੀ ਕੋਈ 50,000-60,000 ਸੇਵਿੰਗ ਹੈਗੀ ਹੈ ਬੰਦੇ ਦੀ ਮਹੀਨੇ ਦੀ ਉੱਥੇ, ਹਨਾ, ਖਰਚੇ ਵਗੈਰਾ ਕੱਢ ਕੇ, ਤੇ ਮੇਰੇ ਖਿਆਲ ਨਾਲ ਬੰਦੇ ਨੂੰ ਉੱਥੇ ਰਹਿਣਾ ਚਾਹੀਦਾ ਵਾ। ਮੇਰਾ ਤੇ ਖੁਦ ਭਤੀਜੇ ਨੇ ਆਉਣਾ ਸੀਗਾ, ਉਹਦੇ ਆਈਲੈਂਡ ਵਗੈਰਾ ਕਰ ਲਈ, ਤੇ ਕਹਿੰਦਾ ਮੈਂ ਚਾਚਾ ਆਉਣਾ ਇੱਧਰ ਕੈਨੇਡਾ, ਮੈਂ ਕਿਹਾ ਕੈਨੇਡਾ ਨਹੀਂ ਆਉਣਾ, ਜੇ ਜਾਣਾ ਤਾਂ ਅਮਰੀਕਾ ਚੱਲ ਜਾ, ਇੱਥੇ ਨਹੀਂ ਆਉਣਾ, ਕਿਉਂਕਿ ਇੱਥੇ ਆਲਰੇਡੀ ਮੇਰਾ ਭਨੇਵਾ ਵੀ ਆਇਆ ਹੋਇਆ ਪਹਿਲਾਂ ਉੱਥੇ, ਤੇ ਮੈਂ ਉਹਨੂੰ ਮਿਲਣ ਗਿਆ ਸੀਗਾ ਪਿਛਲੇ ਮਹੀਨੇ ਮਿਲਣ ਗਿਆ, ਤੇ ਉਹ ਮੈਂ ਉਹਨੂੰ ਵੇਖਿਆ ਤੇ ਉਹ ਬੜਾ ਖੁਸ਼ ਤੇ ਰਹਿੰਦਾ ਰਿਹਾ, ਉਹ ਬੱਚਾ ਬੁੰਦ ਲਿਆ ਪਿਆ, ਉਹ ਮੈਨੂੰ ਵੇਖਿਆ, ਮੈਨੂੰ ਬੜਾ ਫੀਲ ਹੋਇਆ, ਮੈਂ ਕਿਹਾ ਯਾਰ ਮੈਂ ਟੈਨਸ਼ਨ ਲਿਆ ਕਰ, ਮੈਂ ਕੋਈ ਲੋੜ ਦੱਸ ਦੀ, ਨਹੀਂ ਮਾਮਾ ਜੀ ਠੀਕ ਹੈ, ਕਹਿੰਦਾ। ਪਰ ਕਹਿਣ ਦਾ ਮਤਲਬ ਇਹ ਆ ਵੀ ਕਿਉਂਕਿ ਉਹਨੇ ਉੱਥੇ ਵਧੀਆ ਲਾਈਫ ਦੇਖੀ ਸੀ, ਕੱਲਾ ਪੁੱਤ ਸੀ, ਉੱਥੇ ਹਰ ਚੀਜ਼ ਮੰਜੇ ਤੇ ਮਿਲਣੀ, ਹਨਾ, ਰੋਟੀ ਪਾਣੀ ਚੰਗਾ ਮਿਲਣਾ, ਲਾਗੇ ਚਾਚੇ ਤਾਏ ਸਾਰੇ ਹੈਗੇ, ਹਨਾ, ਇੱਕ ਸਪੋਰਟ ਮਿਲਦੀ ਆਪਣੇ ਬੰਦੇ ਨੂੰ, ਉਹ ਇੱਥੇ ਲੋਨਲੀ ਫੀਲ ਕਰਦਾ, ਉਹਨੇ ਲੋਨਲੀ ਫੀਲ ਕੀਤਾ, ਉਹਨੇ ਵੇਖਿਆ ਵੀ ਇੱਥੇ ਆਪ ਸਰਵਾਈਵ ਕਰਨੇ ਪੈਣਾ, ਮੈਂ ਕੰਮ ਕਰੂੰਗਾ ਤੇ ਮੈਂ ਖਾਊਂਗਾ ਤੇ ਮੈਂ ਰੈਂਟ ਵੀ ਪੇ ਕਰਨਾ, ਉਹਦੇ ਦਿਮਾਗ 'ਚ ਬੱਚੇ ਦੇ ਕਿਸ਼ਤਾਂ ਹੀ ਚੱਲਦੀ ਰਹਿੰਦੀ ਵੀ ਮੈਂ ਆਪਣੇ ਰੈਂਟ ਪੇ ਕਰਨਾ। ਹਾਂ ਦੇਖੋ ਇਹਦਾ ਕਾਰਨ ਕੀ ਬਣਿਆ, ਜਿਹੜਾ ਬੱਚਾ ਨਾ ਮਾਂ ਬਾਪ ਨੇ ਬੜਾ ਸੌਫਟ ਪਾਲਿਆ, ਜਿਹੜਾ ਇੱਥੇ ਦਾ ਮਾਂ ਬਾਪ ਹੈ ਉਹਨੇ ਬੱਚਾ ਵੀ ਆਪਣਾ ਬੜਾ ਸੌਫਟ ਪਾਲਿਆ, ਇਹ ਬੱਚੇ ਇਹ ਬਾਹਰ ਜਾ ਕੇ ਡਰ ਜਾਂਦੇ ਨੇ, ਇਹਨਾਂ ਦੇ ਦਿਮਾਗ ਹੁਣ ਜਿਵੇਂ ਜਿਹੜਾ ਸਾਡਾ ਸਰਕਲ ਪਲਿਆ, ਅਸੀਂ ਲੋਕ ਮਾਂ ਬਾਪ ਨੇ ਕੁੱਟਿਆ ਬਹੁਤ ਸਾਨੂੰ, ਮੇਰੇ ਬਾਪ ਨੇ ਐਵੇਂ ਚੱਕ ਕੇ ਦੋ ਉੱਧਰ ਛੱਡਤੀਆਂ, ਮਾੜਾ ਜਿਹਾ ਕੋਈ ਐਲਤ ਕੀਤੀ ਤਾਂ ਕੁੱਟਤਾ ਜਾਂ ਕੁਛ ਕਰ ਦਿੱਤਾ, ਇਹ ਚੀਜ਼ਾਂ ਦੇ ਨਾਲ ਬੰਦਾ ਕਿਤੇ ਨਾ ਕਿਤੇ ਸਟਰੋਂਗ ਬਣਦਾ, ਫਿਰ ਰਾਤਾਂ ਨੂੰ ਤੁਰੇ ਫਿਰਨਾ, ਫਿਰ ਆਪਣੇ ਰਾਤਾਂ ਨੂੰ ਨੱਕੇ ਮੋੜੀ ਜਾਣੇ ਜਾਂ ਕਿਤੇ ਤੁਸੀਂ ਇੱਕ ਮੋਟਰ ਚਲਾਉਣ ਚੱਲ ਗਏ, ਸੱਪਾਂ ਦੀਆਂ ਸਿਰੀਆਂ ਮਿੱਧੀ ਜਾਣੀਆਂ, ਬੱਚੇ ਕੋਈ ਇੱਦਾਂ ਦਾ ਕੰਮ ਕਰਾਉਂਦੇ ਸੀ ਮਾਂ ਬਾਪ, ਉਹਦੇ ਹਾਲਾਤ ਮੇਰੇ ਵੀ ਉਹ ਸਿਮਿਲਰ ਸੀ। ਜਿਹੜਾ ਅੱਜ ਇੱਕ ਬੱਚਾ 20 ਸਾਲ ਦਾ ਆਇਆ, ਮੈਂ ਇਹਨਾਂ ਨਾਲੋਂ ਅੰਡਰ ਯੰਗ ਸੀਗਾ ਜਦੋਂ ਮੈਂ ਆਇਆ, ਇਹ ਤਾਂ 20-20 ਸਾਲ ਦੇ ਹੋਏ ਪਏ ਨੇ ਜਦੋਂ, ਪਰ ਮੈਂ ਡੋਲਿਆ ਨਹੀਂ, ਮੈਨੂੰ ਅਸੀਂ ਸਟਰੋਂਗ ਸੀਗੇ। ਜਿੰਨੇ ਕੁ ਮੇਰੀ ਉਮਰ ਦੇ ਲੋਕ ਅੱਜ ਜਾਂ ਮੇਰੇ ਤੋਂ 10 ਸਾਲ ਛੋਟੇ ਵੀ ਲਾ ਲਓ, ਇਹਨਾਂ ਦਾ ਇੱਕ ਪਰਵਰਿਸ਼ ਵੱਖਰੀ ਹੋਈ ਹੈ, ਇਹਨਾਂ ਦੇ ਮਾਂ ਬਾਪ ਨੇ ਐਵੇਂ ਫੜ ਕੇ ਕੁੱਟ ਦੇਣਾ, ਥੋੜ੍ਹਾ ਜਿਹਾ ਸਟਰੋਂਗ ਬਣਾਤਾ, ਸਖਤ ਬਣਾਤਾ ਬੱਚਿਆਂ ਨੂੰ, ਅਤੇ ਹੁਣ ਜਿਹੜਾ ਨਵਾਂ ਬੱਚਾ ਆ ਰਿਹਾ ਇਹ ਬੜਾ ਇੱਕ ਭੋਲਾ ਬਣਾਤਾ, ਉਹਨੇ ਦੁਨੀਆਦਾਰੀ ਨਹੀਂ ਦੇਖਣ ਦਿੱਤੀ, ਰੋਟੀ ਵੀ ਟੇਬਲ 'ਤੇ, ਚਾਹ ਵੀ ਟੇਬਲ 'ਤੇ, ਇੱਦਾਂ ਦਾ ਕੰਮ ਕਰਾਉਂਦਾ ਰਿਹਾ, ਤਾਂ ਉਹਦਾ ਕਰਕੇ ਬੱਚਾ ਅੱਜ ਡਿਪਰੈਸ਼ਨ 'ਚ ਜਾ ਰਿਹਾ। ਪਰ ਜ਼ਿੰਦਗੀ ਜਿਹੜੀ ਆ ਨਾ, ਕਦੀ ਵੀ ਤੁਸੀਂ ਆਪਣੇ ਮਾਂ ਬਾਪ ਦੇ ਸਿਰ 'ਤੇ ਜ਼ਿੰਦਗੀ ਨਹੀਂ ਕੱਢ ਸਕਦੇ। ਜਿਹੜਾ ਬੰਦਾ ਸੋਚੇਗਾ ਵੀ ਮੈਂ ਪਿਓ ਦੀ ਜਾਇਦਾਦ 'ਤੇ ਜ਼ਿੰਦਗੀ ਕੱਢਣੀ, ਉਹ ਫੇਲ ਹੈ ਵਿਅਕਤੀ, ਤੁਹਾਨੂੰ ਆਪਣੇ ਬਲਬੂਤੇ 'ਤੇ ਖੜ੍ਹੇ ਹੋਣਾ ਪੈਣਾ। ਕੈਨੇਡਾ ਤੁਹਾਨੂੰ ਬਲਬੂਤਾ ਸਿਖਾਉਂਦੀ ਹੈ। ਬਿਹਾਰ ਦੇ ਵਿੱਚ ਗਰੀਬੀ, ਹਰ ਇੱਕ ਬਿਹਾਰੀ ਲੋਕ ਜਿਹੜੇ ਪੰਜਾਬ ਵੱਲੋਂ ਤੁਰੇ, ਝੁੱਗੀਆਂ ਕੁੱਲੀਆਂ ਤੋਂ ਸਟਾਰਟ ਕਰਕੇ ਅੱਜ ਜਗ੍ਹਾ 'ਤੇ ਕੋਠੀਆਂ ਉਹ ਲੋਕ ਪਾ ਕੇ ਬੈਠੇ ਨੇ, ਮਿਹਨਤ ਕਰਨ ਵਾਲੇ ਜਿਹੜੇ ਨੇ ਇਸਕੇ ਨਾ, ਪਰ ਪੰਜਾਬ ਦੇ ਵਿੱਚ ਸਾਡੀ ਇੱਕ ਪਰਵਰਿਸ਼ ਵੱਖਰੀ ਆ, ਉਹਦਾ ਕਰਕੇ ਜਿਹੜਾ ਬੱਚਾ ਇੱਥੇ ਆਇਆ ਡਰਿਆ ਪਿਆ, ਡੋਲੀ ਜਾਂਦਾ, ਬੱਚਿਆਂ ਨੂੰ ਇੱਕ ਦੁਨੀਆਦਾਰੀ ਬਾਰੇ ਨਹੀਂ ਪਤਾ, ਇੱਕ ਆਪਣੇ ਆਪ ਨੂੰ ਗਾਂਹ ਕਿਵੇਂ ਲੈ ਕੇ ਜਾਣਾ ਉਹਦੇ ਬਾਰੇ ਨਹੀਂ ਪਤਾ, ਕਿਸੇ ਨਾਲ ਗੱਲ ਕਰਕੇ ਤੁਸੀਂ ਆਪਣਾ ਭਾਰ ਹੌਲਾ ਕਰਨਾ ਉਹਦੇ ਬਾਰੇ ਨਹੀਂ ਨੌਲੇਜ ਹੈਗੀ। ਸੋ ਬੱਚਾ ਐਵੇਂ ਥੋੜ੍ਹੇ ਜਿਹਾ ਇੱਕ ਪੋਰਸ਼ਨ 'ਚ ਯੂਟਿਊਬ 'ਤੇ ਗਾਉਣ ਵਾਲੇ ਮਾਂ ਬਾਪ ਨਾਲ ਗੱਲ ਕਰ ਲਈ, ਇਹ ਪੋਰਸ਼ਨ 'ਚ ਪਲਦਾ ਪਲਦਾ ਡਿਪਰੈਸ਼ਨ ਜਾ ਰਿਹਾ। ਸਾਡੀ ਉਮਰ ਦੇ ਬੰਦੇ ਡਿਪਰੈਸ਼ਨ 'ਚ ਨਹੀਂ ਗਏ ਵੀਰ, ਬੜੇ ਰਿਫਿਊਜੀ ਆਏ ਇੱਥੇ ਜਿਨ੍ਹਾਂ ਦਾ ਕੋਈ ਨਹੀਂ ਸੀ ਨਾ, ਉਹ ਬੰਦੇ ਦੇਖੋ ਕਿੱਦਾਂ ਧੱਕੜਨ ਤਰੱਕੀ ਕਰਕੇ ਬਹਿ ਗਏ, ਅੱਜ ਘਰ ਲੈ ਕੇ ਬੈਠੇ ਨੇ, ਬੜੇ ਉਦੋਂ ਵੀ ਆਉਂਦੇ ਸੀ ਇਕੱਲੇ ਇਕੱਲੇ ਲੋਕ, ਪਰ ਅੱਜ ਦਾ ਬੱਚਾ ਡਿਪਰੈਸ਼ਨ ਜਾ ਰਿਹਾ, ਇਹਦਾ ਕਾਰਨ ਇਹ ਸੌਫਟ ਪਲੇ ਨੇ, ਥੋੜ੍ਹਾ ਜਿਹਾ ਸਖਤ ਚਾਹੀਦੇ ਸੀ, ਫਿਰ ਨਹੀਂ ਡਿਪਰੈਸ਼ਨ ਜਾਣਗੇ ਬੱਚੇ। ਹਾਂਜੀ ਹਾਂਜੀ ਭਾਅ ਜੀ, ਆਪਾਂ ਆਪ ਨਹੀਂ ਕਦੀ ਝਾਲੀ ਝਲਾ ਵੇਖੀ, ਆਪਾਂ 4 ਸਾਲ ਪਹਿਲਾਂ ਮੈਂ ਰਿਹਾ ਨਿਊਜ਼ੀਲੈਂਡ, ਰਿਹਾ 3 ਸਾਲ, ਫਿਰ 4 ਸਾਲ ਡੁਬਈ ਵੀ ਕੱਟੇ ਆ ਜੀ, ਫਿਰ ਆਪਾਂ ਇੱਧਰ ਨੂੰ ਆਏ ਹਾਂ, ਤੇ ਕੋਈ ਆਪਾਂ ਕਹੀਦਾ ਵੀ ਰਹਿਣਾ ਚੜ੍ਹਦੀ ਗੱਲ ਆ, ਵੀ ਰੋਟੀ ਪਾਣੀ ਮਿਲਣ ਦਿਆ ਠੀਕ ਹੈ, ਰੋਟੀ ਪਾਣੀ ਜਦੋਂ ਨਹੀਂ ਮਿਲਦਾ ਪਤਾ ਫਿਰ ਹੁੰਦਾ ਵੀ ਯਾਰ ਕੀ ਕਰਾਂਗੇ, ਹਨਾ।
ਹਾਂ ਦੇਖੋ ਲਾਸਟ ਤਾਂ ਬੰਦਾ ਹੁੰਦਾ ਬੱਚੇ ਨੂੰ ਰਾੜਨਾ ਚਾਹੀਦਾ ਵਾ ਹੁਣ ਆਪਾਂ ਪੱਠੇ ਪਾਉਂਦੇ ਨੇ ਇੰਡੀਆ ਚਰੀ ਚਰੀ ਵੜਦੇ ਨੇ ਸਾਨੂੰ ਪਰਵਾਹ ਕੋਈ ਨਹੀਂ ਸਾਨੂੰ 100 ਰੁਪਏ ਮਿਲ ਜਾਣਾ ਆਪਾਂ ਕਹਿੰਦਾ ਬੱਲੇ ਬੱਲੇ ਬੜੀ ਕੋਈ ਗੱਲ ਹੀ ਨਹੀਂ ਚਲੋ ਇੱਕ ਗੱਲ ਭਾਜੀ ਇਹ ਕਰਦਾ ਮੈਂ ਇੱਕ ਗੱਲ ਮੈਂ ਤੁਹਾਡਾ ਹੋਰ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਅਕਾਲੀ ਸਰਕਾਰ ਵੀ ਦੇਖੀ ਪਹਿਲਾਂ ਹਨਾ ਕਾਂਗਰਸ ਸਰਕਾਰ ਆਪਣੀ ਸਰਕਾਰ ਵੀ ਦੇਖੀ ਆ ਚਲੋ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਆ ਨਾ ਆਪਾਂ ਇੱਕ ਤੇ ਆਪਣੇ ਪੰਜਾਬੀ ਨੂੰ ਆਦਤ ਆ ਵੀ ਜਿਹੜੀ ਸਰਕਾਰ ਹੁੰਦੀ ਆ ਨਾ ਉਹਨੂੰ ਆਪਾਂ ਥੋੜਾ ਟਾਈਮ ਦੇ ਕੇ ਬਾਹਰ ਨੂੰ ਗਾਲਾਂ ਕੱਢਣੀ ਸ਼ੁਰੂ ਕਰ ਦਿੰਦੇ ਠੀਕ ਹੈ ਜੀ ਮੈਂ ਖੁਦ ਭਾਜੀ ਆਪਾਂ ਖੁਦ ਕਾਂਗਰਸ ਨੂੰ ਬਿਲੋਂਗ ਕਰਦੇ ਰਹੇ ਹਾਂ ਪਹਿਲਾਂ ਆਪਾਂ ਅਕਾਲੀ ਸੀਗੇ ਫਿਰ ਕਾਂਗਰਸ ਨੂੰ ਬਿਲੋਂਗ ਕੀਤਾ ਵਾ ਹਾਲੇ ਵੀ ਤਾਂ ਆਪਾਂ ਕਾਂਗਰਸ ਸੀ ਪਰ ਮੈਂ ਇੱਕ ਆਪਣੀ ਜ਼ਿੰਦਗੀ ਚ ਜਿਹੜਾ ਆਪਣਾ ਐਕਸਪੀਰੀਅੰਸ ਦੇਖਿਆ ਨਾ ਮੈਂ ਕਹਿੰਦਾ ਵੀ ਇੱਕ ਪਹਿਲੀ ਵਾਰੀ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਮਿਲਿਆ ਵਾ ਉਹਦੀ ਪਰਸਨਲ ਲਾਈਫ ਦੇ ਲੋਕੀ ਕਮੈਂਟ ਕਰ ਰਹੇ ਆ ਜੇ ਕਿੱਦਾਂ ਕਰ ਰਹੇ ਹਨਾ ਜੇ ਸਹੀ ਮਾਇਨੇ ਦੇਖੇ ਜਾਏ ਅੱਜ ਦੀ ਡੇਟ ਚ ਭਾਜੀ ਜੇਕਰ ਆਪਾਂ ਇਹਨਾਂ ਦੀ ਪੁਰਾਣੀ ਹਿਸਟਰੀ ਦੇਖੀਏ ਨਾ ਜਿਹੜੇ ਬਾਕੀ ਸੀਗੇ ਆਪਣੇ ਅਕਾਲੀ ਹੀ ਜਾਂ ਕਾਂਗਰਸ ਇਹਨਾਂ ਦੇ ਆਪਾਂ ਵਿੱਚ ਵਿਚਰਦੇ ਆ ਨਾ ਇਹਨਾਂ ਲੋਕਾਂ ਨੇ ਕਿੰਨਾ ਕਿੰਨਾ ਪੈਸਾ ਖਾਧਾ ਤੇ ਇਹਨਾਂ ਦੀ ਸੋਚ ਕੀ ਹੁੰਦੀ ਰਹੀ ਆ ਉਹ ਸ਼ਾਇਦ ਤੁਹਾਨੂੰ ਵੀ ਸ਼ਾਇਦ ਪਤਾ ਹੋਊਗਾ ਠੀਕ ਹੈ ਜੀ 20-20 ਹਜ਼ਾਰ ਰੁਪਏ ਚ ਭਾਜੀ ਨਜਾਇਜ਼ ਪਰਚੇ 26 ਦੇ ਪੈਂਦੇ ਰਹੇ 20-20 ਹਜ਼ਾਰ ਰੁਪਇਆ ਦੇਖ ਨਾ ਡਾਕਟਰ ਨੂੰ ਜਿਹਦੇ ਸੱਟ ਲੱਗੀ ਆ ਉਹਦਾ ਤੇ ਪੈਂਦਾ 26 ਦਾ ਪਰਚਾ ਦੂਜਿਆਂ ਦੇ ਉੱਪਰ 26 ਦਾ ਪਰਚਾ ਨਜਾਇਜ਼ ਪਾ ਕੇ ਪਰਚੇ ਕ੍ਰੋਸ ਹੁੰਦੇ ਰਹੇ ਆ ਇਹ ਇਹਨਾਂ ਦੀ ਸ਼ਾਸਤ ਹੁੰਦੀ ਰਹੀ ਬੜੀ ਕੁੱਤੀ ਸ਼ਾਸਤ ਪਰ ਜੇਕਰ ਕੋਈ ਉਹਨਾਂ ਨਾਲ ਉਹ ਚੰਗਾ ਮਿਲਿਆ ਨਾ ਉਹ ਭਗਵੰਤ ਮਾਨ ਹੈਗਾ ਵਾ ਮੈਂ ਖੁਦ ਕਾਂਗਰਸ ਨੂੰ ਵੋਟ ਪਾਈ ਆ ਮੈਂ ਫੇਰ ਕਹਿ ਰਿਹਾ ਆਪਾਂ ਪਿੰਡ ਦੇ MC ਆ ਆਪਣੀ ਕਾਂਗਰਸ ਦੇ ਜੀ ਜੀ ਪਰ ਮੈਂ ਇੰਨੀ ਗੱਲ ਦੱਸ ਦਿੰਦਾ ਵੀ ਜੇਕਰ ਇਸ ਬੰਦੇ ਨੂੰ ਥੋੜਾ ਟਾਈਮ ਦਿੱਤਾ ਜਾਏ ਨਾ ਇਹ ਬੰਦਾ ਪੀਟ ਰੱਖਦਾ ਪੰਜਾਬ ਵਾਸਤੇ ਪਰ ਜਿਹੜੇ ਬਾਕੀ ਆ ਉਹਨੂੰ ਚੱਲਣ ਨਹੀਂ ਦੇਣਦੇ ਸਿਸਟਮ ਦੇਖੋ ਫਿਰ ਦੇਖੋ ਕਾਰਨ ਕੀ ਜਿਹੜਾ ਚੱਡਾ ਆਇਆ ਉਹ ਇੱਕ ਅਕਾਊਂਟੈਂਟ ਹੈ ਅਕਾਊਂਟੈਂਟ ਕੀ ਉਹਦੀ ਜੋਬ ਹੈ ਕਿੰਨਾ ਕੁ ਪੈਸਾ ਸੀਗਾ ਅੱਜ ਉਹ ਐਕਟਰਨੀ ਨੇ ਉਹਨਾਂ ਵਿਆਹ ਕਰਾ ਲਿਆ ਕਿਉਂਕਿ ਉਹਨੂੰ ਪਤਾ ਇਹਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਪਤਾ ਨਹੀਂ ਕਿੰਨੇ ਕਰੋੜ ਦੀ ਕੋਠੀ ਲੈ ਕੇ ਬੈਠਾ ਹੋਣ 100 ਕਰੋੜ ਦੀ ਖਰੇ 100 ਓਵਰ 100 ਕਰੋੜ ਤੋਂ ਵੀ ਵੱਧ ਹੀ ਇੱਦਾਂ ਹੀ ਜਿਹੜੇ ਬੰਦੇ ਬੈਠੇ ਨੇ ਮੇਰਾ ਖਿਆਲ ਭਗਵੰਤ ਮਾਨ ਜੇ ਕਹੀਏ ਨਾ ਚਲੋ ਠੀਕ ਹੈ ਬਾਦਲ ਆਏ ਕੈਪਟਨ ਆਏ ਕੁਛ ਵੀ ਕੋਈ ਫਰਕ ਨਹੀਂ ਹੈ ਅਤੇ ਜੇ ਆਪਾਂ ਕਹੀਏ ਵੀ ਗਾਂਹ ਆਉਣ ਵਾਲੇ ਸਮੇਂ 'ਚ ਬਦਲਾ ਕਰ ਦੇਗਾ ਕੀ ਬਦਲ ਕਰੇਗਾ ਜਿਹਦੇ ਕੋਲ ਹੁਣ ਨਹੀਂ ਕੁਛ ਵੀ ਹੋਇਆ ਮੈਂ ਅੱਜ ਵੀ ਕਹਿੰਦਾ ਇਹਦੀ ਮੈਨੂੰ ਇੱਕ ਪ੍ਰਾਪਤੀ ਦੱਸ ਦਿਓ ਵੀ ਇਹਨੇ ਪ੍ਰਾਪਤੀ ਇਹਦੀ ਕੀ ਆ ਪੰਜਾਬ ਦੇ ਲਈ ਫਰੀ ਦੇਣਾ ਸੀ ਉਹ ਵਾਅਦਾ ਕੀਤਾ ਸੀ ਉਹ ਸਰਕਾਰ ਦੇ ਪੈਸਿਆਂ 'ਚੋਂ ਬੀਟਰ ਫਰੀ ਲਵਾ ਤੇ ਹੋਰ ਇਹਨੇ ਕੀ ਕੀਤਾ ਕੋਈ ਦਿਖਾਓ ਕੋਈ ਇੰਡਸਟਰੀ ਆਈ ਹੈ ਇਹਨਾਂ ਨੇ ਕਿਹਾ ਅਸੀਂ ਤੁਹਾਨੂੰ ਸ਼ਰਾਬ ਤੋਂ ਬਗੈਰ ਸੂਬਾ ਚਲਾ ਕੇ ਦਿਖਾਵਾਂਗੇ ਇਹ ਵਾਅਦੇ ਕਰਦੇ ਰਹੇ ਸ਼ਰਾਬ ਤੋਂ ਬਗੈਰ ਤੁਹਾਡਾ ਸੂਬਾ ਕਦੀ ਚੱਲ ਹੀ ਨਹੀਂ ਸਕਦਾ ਤੁਸੀਂ ਤਾਂ ਭੁੱਖੇ ਮਰ ਜਾਓਗੇ ਜੇ ਸ਼ਰਾਬ ਬੰਦ ਹੋ ਗਈ ਗੁਜਰਾਤ ਸ਼ਰਾਬ ਤੋਂ ਬਗੈਰ ਸੂਬਾ ਚੱਲ ਰਿਹਾ ਦੇਖੋ ਉੱਥੇ ਸ਼ਰਾਬ ਨਹੀਂ ਹੈ ਉਹਦਾ ਕੋਈ ਟੈਕਸ ਨਹੀਂ ਕੱਖ ਨਹੀਂ ਇਹ ਸ਼ਰਾਬ ਤੋਂ ਪੈਦਾ ਫਿਰ ਕਹਿੰਦੇ ਜਿਹੜੀ ਮਾਈਨਿੰਗ ਹੋ ਰਹੀ ਅਸੀਂ ਉਹ ਕੰਟਰੋਲ 'ਚ ਕਰ ਲੈਣੀ ਆ ਉਹ ਇਹਨਾਂ ਨੇ ਮਹਿੰਗੀ ਕਰਾਤੀ ਕੋਈ ਮਸਲਾ ਹਾਲੇ ਤੱਕ ਕੋਈ ਇੰਡਸਟਰੀ ਕੋਈ ਆਫਿਸ ਕੋਈ ਯੂਨਿਟ ਇੰਡਸਟਰੀ ਸਗੋਂ ਮੂਵ ਕਰਾਈ ਆ ਜਦੋਂ ਦਾ ਕਿਸਾਨ ਆਏ ਨੇ ਆ ਕਿਸਾਨਾਂ ਨੇ ਅੰਬਾਨੀ ਡਾਨੀ ਦੇ 3-4 ਪਲਾਂਟ ਮੂਵ ਕਰਵਾਤੇ ਉੱਥੋਂ ਨਹੀਂ ਤਾਂ ਉੱਥੇ ਕੋਈ ਬੰਦਾ 1000-1500 ਕਿਤੇ ਕੰਮ ਕਰਦਾ ਸੀ ਕੋਈ ਕਹਿੰਦਾ ਬਾਹਰੋਂ ਆ ਕੇ ਕਰੀ ਜਾਂਦੇ ਫਲਾਨੇ ਕਰੀ ਜਾਂਦੇ ਉਹ ਤੁਹਾਨੂੰ ਕੋਈ ਨਾ ਕੋਈ ਕੌਨਸਟੀਟਿਊਸ਼ਨ 'ਚ ਆਪਦੇ ਤਬਦੀਲੀ ਲਿਆਓ ਪੰਜਾਬ ਦੇ ਵਿੱਚ ਵੀ ਅਸੀਂ ਬਾਹਰੋਂ ਕੋਈ ਵਰਕਰ ਨਹੀਂ ਆਉਣ ਦੇਣਾ ਅਸੀਂ ਆਪਣੇ ਪੰਜਾਬੀਆਂ ਨੂੰ ਜੋ ਮਰਜ਼ੀ ਕਰ ਲਓ ਕਰ ਸਕਦੇ ਹੋ ਪਰ ਮੈਨੂੰ ਨਹੀਂ ਲੱਗਦਾ ਵੀਰ ਕੋਈ ਵੀ ਕੋਈ ਪ੍ਰਾਪਤੀ ਜੇ ਤੁਹਾਨੂੰ ਲੱਗਦਾ ਤਾਂ ਫਿਰ ਸ਼ੇਅਰ ਕਰ ਦਿਓ ਵੀ ਜੇ ਕਰਜ਼ਾ ਲਾਹ ਤਾਂ ਕਰਜ਼ਾ ਵੀ ਜ਼ਿਆਦਾ ਹੋ ਗਿਆ ਚਲੋ ਭਾਜੀ ਜਿਹੜਾ ਪਹਿਲਾਂ ਹੀ ਪੰਜਾਬ 'ਤੇ ਇੰਨਾ ਕਰਜ਼ਾ ਚੜਿਆ ਪਿਆ ਹਨਾ ਜੋ ਗੋਲਕੀ ਖਾਲੀ ਪਈ ਆ ਉੱਚੀ ਪਾਉਣਾ ਚਲੋ ਇੱਕ ਸਿਸਟਮ ਚੱਲ ਰਿਹਾ ਵਾ ਬੜੀ ਨਿੱਕੀ ਨਿੱਕੀ ਚੀਜ਼ਾਂ ਚੱਲ ਰਹੀਆਂ ਵਾ ਆਪਾਂ ਨਹੀਂ ਕਹਿ ਰਹੇ ਨਹੀਂ ਚੱਲ ਰਹੀਆਂ ਪਰ ਚੱਕਰ ਕੀ ਹੈ ਵੀ ਆਪਾਂ ਖੁਦ ਕਹਿੰਦੇ ਹਾਂ ਵੀ ਪਹਿਲੇ ਨੰਬਰ 'ਤੇ ਜਿਹੜੀ ਮੇਨ ਚੀਜ਼ ਵਾ ਪੰਜਾਬ ਦੇ ਵਿੱਚ ਉਹ ਹੈਗਾ ਨਸ਼ਾ ਭਾਜੀ ਨਸ਼ਾ ਜਿਹੜਾ ਵਾ ਉਹ ਇਸ ਇੰਨੇ ਕੁ ਹੱਦ ਤੱਕ ਪੈ ਚੁੱਕਾ ਪੰਜਾਬ ਦੇ ਵਿੱਚ ਵੀ ਜਿਹੜੀ ਸਾਡੀ ਜਿਹੜੇ ਸਾਡੇ ਯੰਗਸਟਰ ਆ ਉਹ ਵੀ ਨਹੀਂ ਰਹਿਣ ਦੇ ਜਿਹੜੀ ਸਾਡੀ ਗਾਂਹ ਪਨੀਰੀ ਆ ਥਾਂ ਥਾਂ ਪਈਆਂ ਉੱਥੇ ਵੇਖੋ ਤੁਸੀਂ ਚੱਲਣ ਕੀ ਦਿਆ ਵਾ ਪੰਜਾਬੀ ਬੰਦਾ ਬੱਚਾ ਨਹੀਂ ਪੈਦਾ ਕਰ ਸਕਦਾ ਆਪਣੇ ਆਪਣੇ ਅੱਜ ਦੀ ਡੇਟ 'ਚ ਉਹਦਾ ਸਪਰਮ ਕਾਊਂਟ ਕਿੰਨਾ ਘਟਿਆ ਪਿਆ ਵਾ ਥਾਂ ਥਾਂ ਦੇ ਉਹ ਥਾਂ ਉਹ ਖੁੱਲੇ ਆ ਡਾਕਟਰ ਖੁੱਲੇ ਆ ਇੱਥੇ ਜਾ ਕੇ ਉਹ ਆਪਣੇ ਭਈਆਂ ਦਾ ਸਪਰਮ ਲੈ ਕੇ ਅਗਲੇ ਆਪਣੇ ਬੱਚਾ ਪੈਦਾ ਕਰਦੇ ਆ ਮਤਲਬ ਵੀ ਇਸ ਹੱਦ ਤੱਕ ਇਹ ਚੀਜ਼ ਜਿਹੜੀ ਆ ਇਹ ਇਹਨਾਂ ਦੇ ਨਸਲਕੁਸ਼ੀ ਏਦਾਂ ਹੀ ਹੁੰਦੀ ਆ ਜੇਕਰ ਇਹਨਾਂ ਨੂੰ ਓਦਾਂ ਨਹੀਂ ਆਪਾਂ ਮਾਰ ਸਕਦੇ ਨਾ ਇਹਨਾਂ ਨੂੰ ਏਦਾਂ ਕਰੀਏ ਪਰ ਆਪਾਂ ਤਾਂ ਖੁਦ ਕਹਿੰਦੇ ਆ ਕਿ ਜਿਹੜਾ ਨਸ਼ਾ ਵਾ ਉਹਦੇ ਵੱਲ ਭਗਵੰਤ ਮਾਨ ਸਿੱਧਾ ਹੋ ਜਾਏ ਕਦੀ ਵੀ ਨਸ਼ਾ ਕੱਢ ਦੇ ਬਾਕੀ ਜਿਹੜੀ ਸੁੱਕੀ ਆਪਣੇ ਸੁੱਕੀ ਰੋਟੀ ਆ ਉਹ ਹੌਲੀ ਹੌਲੀ ਚੋਪੜੀ ਵੀ ਹੋ ਜੂਗੀ ਦੇਖੋ ਵੀਰ ਲੱਗਦਾ ਹੀ ਆ ਪੱਲੇ ਹੈ ਨੀ ਕੱਖ ਵੀ ਮੈਂ ਦੇਖਿਆ ਭਗਵੰਤ ਮਾਨ ਦੇ ਨਾਂ ਇਹ ਕੁਛ ਕਰ ਸਕਦਾ ਗੱਲਾਂ ਜ਼ਰੂਰ ਵਧੀਆ ਕਰੀ ਜਾ ਰਿਹਾ ਲੋਕਾਂ ਨਾਲੋਂ ਵੀ ਮੈਂ ਆਹ ਕਰਦਾਗਾ ਮੈਂ ਤੇ ਫਲਾਨਿਆਂ ਨਾਲ ਮੁਕਾਬਲਾ ਕਰਨ ਦੇ ਲਈ ਅਸੀਂ ਮੁਕਾਬਲੇ ਕਿਉਂ ਲੈਣਾ ਲੋਕਾਂ ਨੇ ਕਾਂਗਰਸ ਅਕਾਲੀ ਨੂੰ ਵੋਟ ਨਹੀਂ ਪਾਈ ਕਿਉਂਕਿ ਉਹਨਾਂ ਨਾਲ ਤੇਰਾ ਮੁਕਾਬਲਾ ਕੋਈ ਨਹੀਂ ਸੀ ਤੂੰ ਬੈਟਰ ਸੀਗਾ ਤੂੰ ਲੋਕਾਂ ਨੂੰ ਕਿਹਾ ਤੁਹਾਡਾ ਕਰਜ਼ਾ ਲਾ ਦਿਆਂਗੇ ਤੁਹਾਨੂੰ ਖੁਸ਼ਹਾਲ ਬਣਾ ਦਿਆਂਗੇ ਬੋਝ 'ਚ 4% ਪਾ ਦਿਆਂਗੇ ਜੋਬਾਂ ਪੈਦਾ ਕਰ ਦਿਆਂਗੇ ਵੱਡਾ ਤੁਸੀਂ ਝੂਠ ਬੋਲ ਰਹੇ ਹੋ ਕਿ MSP ਅਸੀਂ ਹਰ ਫਸਲ 'ਤੇ ਦੇਵਾਂਗੇ ਉਹ ਬੀਬਾ ਬੋਲ ਗਈ ਫਿਰ ਭਗਵੰਤ ਮਾਨ ਕਹਿੰਦਾ ਬਾਹਰੋਂ ਬੱਚੇ ਇੱਥੇ ਆਉਣਗੇ ਇੱਥੋਂ ਦੇ ਸਿਸਟਮ ਤੋਂ ਦੁਖੀ ਹੋ ਕੇ
ਸਰਕਾਰੀ ਸਕੂਲ ਜੀ ਉਹ ਗੱਲ ਉਹ ਤੁਹਾਡੀ ਗੱਲ ਆਪਾਂ ਮੰਨਦੇ ਵੀ ਜਿੰਨੇ ਵਾਅਦੇ ਵੱਡੇ ਕੀਤੇ ਸੀ ਨਾ ਉਹ ਵਾਅਦਿਆਂ ਦੇ ਪੂਰੇ ਨਹੀਂ ਆਏ ਪਰ ਭੱਟਾ ਸਾਹਿਬ ਤੁਸੀਂ ਚਲੋ ਵੱਡੇ ਹੋ ਤੁਸੀਂ ਜਰਾ ਹਾਂਜੀ ਵੈਸੇ ਮੈਂ ਉਹੀ ਆਪਾਂ ਬਾਈ ਜੀ ਉਹੀ ਗੱਲ ਕਰਦੇ ਵੀ ਦੱਸੋ ਸੀ ਵੀ ਤੁਹਾਡੇ ਖਿਆਲ ਨਾਲ ਕੀ ਹੱਲ ਹੋ ਸਕਦਾ ਮਤਲਬ ਵੀ ਕਿੱਦਾਂ ਕੀ ਹੱਲ ਹੁਣ 5 ਸਾਲ ਦੇ ਇਹਨਾਂ ਦੇ ਮੈਂ 3 ਸਾਲ ਹੋ ਰਹਿ ਗਏ ਦੋ 2.5 ਸਾਲ ਰਹਿ ਗਏ ਹੋਰ ਉਹਨਾਂ ਦੇ ਉਸ ਤੋਂ ਬਾਅਦ ਵੀ ਆਪਾਂ ਕੀ ਕਰਾਂਗੇ ਦੱਸੋ ਕਿਹੜੇ ਪਾਸੇ ਜਾਈਏ ਜਦੋਂ ਨਾ ਤੁਹਾਡਾ ਸੈਂਟਰ ਨਾਲ ਲਿੰਕ ਹੈ ਤੁਸੀਂ ਵਰਕਾ ਪਾੜਦੇ ਹੋ ਤੁਹਾਡਾ ਕੱਖ ਨਹੀਂ ਹੋਣਾ ਇਹਦਾ ਸੈਂਟਰ ਨਾਲ ਲਿੰਕ ਆ ਦਿੱਲੀ 'ਚ ਆ ਉਹਨੇ 5-4 ਸੂਬਿਆਂ 'ਚ ਇਲੈਕਸ਼ਨ ਲੜੀ ਜਿੱਥੋਂ ਕੁੱਟ ਖਾ ਕੇ ਆਏ ਆਮ ਆਦਮੀ ਪਾਰਟੀ ਵਾਲੇ ਸਾਰਾ ਪੈਸਾ ਪੰਜਾਬ ਦਾ ਲੱਗਾ ਆ ਜਿਹੜਾ 50 ਕਰੋੜ ਦੀ ਮੈਂ ਗੱਲ ਕਰਦਾ 50,000 ਕਰੋੜ ਇਹਨਾਂ ਨੇ ਕਰਜ਼ਾ ਚੁੱਕਿਆ ਇਹ ਕਿੱਥੇ ਗਿਆ ਇਹਨਾਂ ਨੇ ਝੂਠ ਬੋਲਿਆ ਕਹਿੰਦੇ ਅਸੀਂ ਜਿਹੜਾ 3 ਲੱਖ ਕਰੋੜ ਦਾ ਕਰਜ਼ੇ ਦੀ ਅਸੀਂ ਪੇਮੈਂਟ ਦਿੱਤੀ ਆ ਅਤੇ ਜਿਹੜੀ ਤੁਹਾਡੇ ਕੋਲ ਇਨਕਮ ਆ ਪੰਜਾਬ ਦੀ ਉਹ ਕਿੱਥੇ ਗਈ ਆ ਉਹ ਦੱਸੋ ਕਿੱਥੇ ਗਈ ਆ ਲੋਕ ਕਹਿੰਦੇ ਜੀ ਕਿਸ ਤਰ੍ਹਾਂ ਲੋਕਾਂ ਨੂੰ ਦੇਖੋ ਕਿੱਦਾਂ ਗੁੰਮਰਾਹ ਕੀਤਾ ਗਿਆ ਜਿਹੜੀ ਇਨਕਮ ਆ ਉਹ ਚੱਕ ਕੇ ਸਾਰੀ ਲੈ ਗਿਆ ਬਾਕੀ ਸੂਬਿਆਂ 'ਚ ਇਲੈਕਸ਼ਨ ਲੜਨ ਦੇ ਲਈ ਸਾਰਾ ਪੈਸਾ ਵੇਸਟ ਆ ਹੁਣ ਭਗਵੰਤ ਮਾਨ ਚਲੋ ਇੰਨਾ ਇੱਕ ਇਨਾਸੈਂਟ ਇੱਕ ਡੀਸੈਂਟ ਬੰਦਾ ਬਣ ਕੇ ਰਹਿ ਲਵੇ ਮੇਰਾ ਖਿਆਲ ਸੁਖਬੀਰ ਬਾਦਲ ਨਾਲੋਂ ਤਾਂ ਕੈਪਟਨ ਨਾਲੋਂ ਜ਼ਿਆਦਾ ਗਨਮੈਨ ਇਹ ਲਈ ਫਿਰਦਾ ਉਹਦੀ ਵਾਈਫ ਜਿਹੜੀ ਪੋਲੀਟੀਸ਼ੀਅਨ ਆ ਸੁਖਬੀਰ ਦੀ ਸਾਡੀ ਭੈਣ ਉਹ ਪੋਲੀਟੀਸ਼ੀਅਨ ਹੈ ਉਹਨੇ ਗਨਮੈਨ ਲੈਣੇ ਹੀ ਹੈ ਕਿਉਂਕਿ ਉਹ ਐਮ ਪੀ ਹੈ ਦੂਜਾ ਜਿਹੜਾ ਕੈਪਟਨ ਦੇ ਆ ਉਹ ਉਹਨਾਂ ਦੇ ਉਹ ਸਾਡੀ ਭੈਣ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਵੀ ਇਲੈਕਸ਼ਨ ਲੜਦੀ ਹੈ ਐਮ ਐਲ ਏ ਆ ਹੁਣ ਤੁਸੀਂ ਦੇਖੋ ਉਹਨਾਂ ਕੋਲ ਗਨਮੈਨ ਹੋਣੇ ਆ ਨਾਲੇ ਉਹ ਇੱਕ ਵੱਡੇ ਲੈਵਲ ਤੱਕ ਦੇ ਸੀਗੇ ਇਹਦੀ ਵਾਈਫ ਗਨਮੈਨ ਵੀ ਲਈ ਫਿਰਦੀ ਉਹ ਕੀ ਐਮ ਪੀ ਆ ਕਾ ਕੀ ਆ ਕੱਖ ਵੀ ਨਹੀਂ ਐਵੇਂ ਫਲਾਨੇ 'ਚ ਆ ਕੇ ਹੱਥ ਜੋੜ ਕੇ ਖੜ ਗਈ ਸਤਿ ਸ਼੍ਰੀ ਅਕਾਲ ਜੀ ਮੈਂ ਫਲਾਨੇ ਨੂੰ ਰੁਮਾਲ ਦੇ ਦੇਣਾ ਮੈਂ ਫਲਾਨੇ ਨੂੰ ਸਰੋਪਾ ਆਹ ਗੱਲਾਂ ਜਿਹੜੀਆਂ ਅਤੇ ਹੁਣ ਤੁਸੀਂ ਦੇਖੋ ਕਿੱਥੋਂ ਕੋਈ ਫਰਕ ਤਾਂ ਦਿਸੇ ਬੰਦੇ ਨੂੰ ਵੀ ਹਾਂ ਇਹਨਾਂ 'ਚ ਆਹ 21 ਨੇ ਇੱਕ ਚੀਜ਼ ਵੀ ਮੈਨੂੰ ਦੱਸ ਦਿਓ ਜਿਹੜੀ ਬੈਟਰ ਦੈਨ ਦੂਜਾ ਨਾਲੋਂ ਆ ਇੱਕ ਇਹ ਹੈ ਇਹ ਡਿਬੇਟ ਲਈ ਸੱਦ ਕੇ ਬਹਿ ਗਿਆ ਮੇਰੇ ਨਾਲ ਡਿਬੇਟ ਕਰੋ ਕਿਉਂਕਿ ਉਹਨਾਂ ਨੇ ਰਾਜ ਭਾਅ ਕੀਤਾ ਮੈਂ ਇਹਦੇ ਨੂੰ ਡਿਬੇਟ ਕਰ ਲਈ ਮੈਂ ਸਾਦਾ ਮੇਰੇ ਨਾਲ ਡਿਬੇਟ ਕਰੇ ਮੈਨੂੰ ਦੱਸੇ ਪੰਜਾਬ ਦੇ ਕੀਤਾ ਕਿ ਪਰੂਫ ਦੇਵੇ ਗੱਲਾਂ ਨਹੀਂ ਪਰੂਫ ਦੇ ਦਿਓ ਪੰਜਾਬ ਲਈ ਕੁਛ ਨਹੀਂ ਹੋਇਆ ਇਹਦੇ ਕੋਲੋਂ ਉਲਟ ਇਹਨੇ ਸਿੱਖ ਸਾਡੇ ਬੰਦਿਆਂ ਨਾਲ ਧੱਕਾ ਕੀਤਾ ਭਾਈ ਅਮਰਪਾਲ ਸਿੰਘ ਇਹਨੇ ਉਲਟ ਅੰਦਰ ਡੱਕਿਆ ਹੁਣ ਇਹਦੇ ਕਹਿ 'ਤੇ ਝਲਕੀ ਵੀ ਨਹੀਂ ਲੈ ਕੇ ਗਿਆ ਝਲਕੀਆਂ 3 ਇਹਨਾਂ ਨੇ ਪੇਸ਼ ਕੀਤੀਆਂ ਇੱਕ ਮਾਈ ਭਾਗੋ ਦੀ ਇੱਕ ਉਤੋਂ ਕਲਚਰ ਦੀ ਅਤੇ ਇੱਕ ਮਿਲਟਰੀ ਦੀ ਸੀ 3 ਸੀ ਉਹਨਾਂ ਨੇ 3 ਡਿਗ ਉਤੋਂ ਮਾਰੀਆਂ ਚੁੱਕੇ ਇਹਦੇ ਲਿੰਕ ਸਿੱਧੇ ਫੈਡਰਲ ਤੱਕ ਆ ਉਹਨਾਂ ਲਈ ਇੰਨਾ ਖੜਾ ਹੋਇਆ ਅਤੇ ਕੀ ਇਹਦੇ ਕਹਿ 'ਤੇ ਉਹ ਝਲਕੀ ਨਹੀਂ 26 ਜਨਵਰੀ ਨੂੰ ਪੇਸ਼ ਕਰ ਸਕਦੇ ਇਹਦੀ ਫੇਨੀ ਵੀ ਭੁਗਤਣੀ ਹੈ ਸੋ ਇਹ ਮੈਨੂੰ ਨਹੀਂ ਲੱਗਦਾ ਕੁਛ ਵੀ ਨਹੀਂ ਕਰ ਪਾਏ ਇਹ ਹੋਇਆ ਕੱਖ ਨਹੀਂ ਇਹਨਾਂ ਕੋਲ ਵੀ ਹਾਂਜੀ ਇੱਕ ਨਾ ਮੈਂ ਇੱਕ ਦਿਨ ਵੀਡੀਓ ਦੇਖ ਰਿਹਾ ਸੀਗਾ ਉਹ ਡਾਕਟਰ ਸਾਹਿਬ ਨੇ ਮੈਨੂੰ ਨਾਂ ਨਹੀਂ ਉਹਨਾਂ ਦਾ ਚੇਤਾ ਹੁਣ ਐਸ ਓ ਐਲ ਦੇ ਉੱਪਰ ਨਾ ਦੱਸਣ ਦੇ ਉਹਨਾਂ ਨੇ ਬੁੱਕ ਵੀ ਲਿਖੀ ਐਸ ਓ ਐਲ ਦੇ ਉੱਪਰ ਪੂਰੀ ਉਹਦੇ ਵਿੱਚ ਜੇਕਰ ਮੈਂ ਕਹਿੰਦਾ ਸਾਰੇ ਪੰਜਾਬੀ ਆਪਣੀ ਜੇ ਪੜ੍ਹਨਗੇ ਨਾ ਤੇ ਆਪਾਂ ਇਹ ਦੇਖਣਾ ਵੀ ਸਾਡੇ ਹੱਥ ਕੱਖ ਨਹੀਂ ਹੈਗਾ ਜੋ ਜੇ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਇੰਡੀਆ ਜਿਹੜਾ ਹੈਗਾ ਸੰਵਿਧਾਨ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤੇ ਉਹ ਪਾਣੀ ਦੇਣਾ ਨਹੀਂ ਬਣਦਾ ਪਰ ਆਪਣੇ ਲੀਡਰਾਂ ਨੇ ਇਦਾਂ ਦੇ ਸੈਨ ਘੁੱਗੀਆਂ ਮਾਰ ਛੜੇ ਨੇ ਨਾ ਜਿਹੜਾ ਸਿਸਟਮ 'ਚ ਕਰ ਛੜਿਆ ਵਾ ਵੀ ਆਪਾਂ ਚਾਹ ਕੇ ਵੀ ਉਹ ਪਾਣੀ ਕੱਲ੍ਹ ਰੋਣ ਸਿੱਧੇ ਸਾਨੂੰ ਉਹੀ ਆ ਵੀ ਸ਼ਹੀਦੀਆਂ ਹੀ ਪਾਉਣੀ ਪੈਣੀਆਂ ਉੱਥੇ ਜਦੋਂ ਕੰਮ ਹੋਇਆ ਨਾ ਦੇਖੋ ਵੀਰੋ ਪਾਣੀ ਨਹੀਂ ਜਾਣਾ ਹਰਿਆਣਾ ਵਰਕਾ ਪਾੜ ਦੇਵੇ ਪੰਜਾਬ ਉਹਨੂੰ ਪਾਣੀ ਨਹੀਂ ਮਿਲਣਾ ਪਰ ਜੇ ਤੁਸੀਂ ਸਹੀ ਮੰਨਦੇ ਹੋ ਤਾਂ ਉਹਨਾਂ ਦਾ ਪਾਣੀ ਬਣਦਾ ਕਿਉਂਕਿ ਜਦੋਂ ਤੁਸੀਂ ਰਾਜਸਥਾਨ ਨੂੰ ਦੇ ਰਹੇ ਹੋ ਇਹਦੇ ਦਿੱਲੀ ਵਾਲੂ ਉਹ ਗਲਤ ਹੈ ਜਿਹੜੇ 1956 ਸਮਝੌਤੇ ਹੋਏ ਉਹ ਟੋਟਲੀ ਗਲਤ ਹੋਏ ਨੇ ਜਦੋਂ ਤੁਹਾਡੇ ਕੋਲ ਤੁਸੀਂ 51% ਪਾਣੀ ਰੱਖ ਲੈਂਦੇ ਹੋ 49 ਤੁਸੀਂ ਦੇ ਦਿੰਦੇ ਹੋ 56 'ਚ ਜਦੋਂ ਤੁਸੀਂ 51 ਰੱਖ ਲੈਂਦੇ ਹੋ 1966 ਦੇ ਵਿੱਚ ਤੁਹਾਡੇ ਸੂਬੇ ਤੋਂ ਅਲੱਗ ਕਰ ਦਿੰਦੇ ਨੇ ਅਤੇ ਜਦੋਂ ਪੰਜਾਬ ਦਾ ਪਾਣੀ ਬਣਦਾ ਤਾਂ ਉਹਦਾ ਬਣਦਾ ਜੇ ਦੋ ਭਰਾ ਅੱਜ ਇੱਕ ਯੂਨਿਟ ਦੇ ਮਾਲਕ ਨੇ ਇੱਕ ਯੂਨਿਟ $1,000,000 ਦਾ ਉਹ ਅੱਡ ਹੋ ਜਾਂਦਾ ਤਾਂ $500,000 ਦੀ ਉਹਦੀ ਮਾਲਕੀ ਵਿੱਚ ਆਉਂਦੀ ਆ ਸਹੀ ਮੈਨੇਜ ਬਣਦਾ ਪਰ ਪਾਣੀ ਉਹਨਾਂ ਨੂੰ ਦਿੱਤਾ ਨਹੀਂ ਜਾਵੇਗਾ ਕਿਉਂਕਿ ਜੇ ਤੁਸੀਂ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ ਦੁਨੀਆ ਦੇ ਹਿਸਾਬ ਨਾਲ ਵੇਖਦੇ ਹੋ ਵੀ ਕਿੱਦਾਂ ਚੱਲਣਾ ਚਾਹੀਦਾ ਸਿਸਟਮ ਜਿਹੜੇ ਸਮਝੌਤੇ ਨੇ ਅਤੇ ਪਾਣੀ 'ਤੇ ਰੋਕ ਲਾਈ ਜਾ ਸਕਦੀ ਹੈ ਪਰ ਉਹਨਾਂ ਦਾ ਬਣਦਾ ਜ਼ਰੂਰ ਹੈ ਬਿਲਕੁਲ ਬਣਦਾ ਪਰ ਉਹ 'ਤੇ ਰੋਕ ਲਾਈ ਜਾ ਸਕਦੀ ਹੈ ਕਿਉਂਕਿ ਇਹ ਦੁਨੀਆ ਦੇ ਥੱਲੇ ਪਾਣੀ ਆਉਂਦੇ ਨੇ ਇਹ ਕੰਟਰੀ ਦੇ ਥੱਲੇ ਨਹੀਂ ਆਉਂਦੇ ਉਹ ਤਰੀਕੇ ਨਾਲ ਪਰ ਉਹ 'ਤੇ ਕੋਈ ਗੱਲ ਨਹੀਂ ਕਰੇਗਾ ਕਿਉਂਕਿ ਇਹਨਾਂ ਨੇ ਤਾਂ ਹਰਿਆਣੇ 'ਚ ਸਰਕਾਰ ਬਣਾਉਣੀ ਆਮ ਆਦਮੀ ਪਾਰਟੀ ਨੇ ਹਰਿਆਣੇ ਜਾ ਕੇ ਕਹਿੰਦੇ ਪਾਣੀ ਮਿਲਣਾ ਚਾਹੀਦਾ ਇੱਥੇ ਆਣ ਕੇ ਕਹਿੰਦੇ ਨਹੀਂ ਮਿਲਣਾ ਚਾਹੀਦਾ ਸੋ ਵੈਸੇ ਪਾਣੀ ਨਹੀਂ ਹਰਿਆਣੇ ਨੂੰ ਮਿਲੇਗਾ ਵਰਕਾ ਪਾੜਦੇ ਤਾਂ ਨਹਿਰ ਵੀ ਪਹਿਲੋਂ ਕੈਪਟਨ ਨੇ ਪਟੀਸ਼ਨ ਰੱਦ ਕੀਤੀ ਮੇਰਾ ਖਿਆਲ ਕੁਛ ਫਿਰ ਉਸ ਤੋਂ ਬਾਅਦ ਇਹ ਅਕਾਲੀਆਂ ਨੇ ਤਾਂ ਨਹਿਰ ਜਿਹੜੀ ਸੀ ਲੋਕਾਂ ਨੇ ਬਾਲੀ ਉਹ ਨਹਿਰ ਨੂਰ ਹੁਣ ਨਹੀਂ ਬਣਨੀ ਉਹ ਖਤਮ ਹੈ ਉਹ ਪਤਾ ਹੈਗਾ ਰੌਲਾ ਰੱਪਾ ਬਹੁਤ ਵੱਡਾ ਪੈ ਜਾਵੇਗਾ ਇਹ ਮਸਲਾ ਆਉਣ ਵਾਲੇ 25-30 ਸਾਲ ਹੀ ਦਾ ਲਮਕਿਆ ਰਹਿਣਾ ਬਸ ਅੱਛਾ ਭੱਟਾ ਸਾਹਿਬ ਚਲੋ ਉਹਦੇ ਚਲੋ ਛੱਡੋ ਐਸ ਓ ਐਲ ਦੀ ਗੱਲ ਹੋ ਗਈ ਆ ਹੁਣ ਕੈਨੇਡਾ ਦੀ ਗੱਲ ਕਰੋ ਤੁਸੀਂ ਸੂਝਵਾਨ ਹੋ ਤੁਸੀਂ ਜਾਣਦੇ ਹੋ ਨਾ ਸਿਸਟਮ ਕਿੱਦਾਂ ਚੱਲ ਰਿਹਾ ਤੁਹਾਡੇ ਖਿਆਲ ਭੱਟਾ ਸਾਹਿਬ ਕਿਤੇ ਆਊ ਚੰਗਾ ਸਮਾਂ ਹੁਣ ਕੈਨੇਡਾ ਦੇ ਵਿੱਚ ਕਿਤੇ ਪਹਿਲੇ ਵਰਗੀਆਂ ਬਹਾਰਾਂ ਆਉਣਗੀਆਂ ਕਿ ਜਾਂ ਕੀ ਸਿਸਟਮ ਆ ਦੇਖੋ ਜਿਹੜਾ ਬੰਦਾ ਤਾਂ 10 ਸਾਲ ਪਹਿਲੋਂ ਆਇਆ ਜਿਹਨੇ ਤਰੀਕੇ ਨਾਲ ਚੱਲਿਆ ਉਹਦੇ ਨੂੰ ਕੋਈ ਮਾੜਾ ਟਾਈਮ ਨਹੀਂ ਹੈ ਜੇ ਮੈਨੂੰ ਤੁਸੀਂ ਪੁੱਛਦੇ ਹੋ ਮੈਨੂੰ ਮਾੜਾ ਟਾਈਮ ਨਹੀਂ ਹੈ ਕਿਉਂਕਿ ਮੈਂ ਤਰੀਕੇ ਨਾਲ ਚੱਲਿਆ ਜਿਹੜਾ ਮੇਰੇ
ਹੁਣ ਜਿਹੜੇ ਬੰਦਿਆਂ ਨੇ ਤਰੀਕੇ ਨਾਲ ਨਹੀਂ ਚੱਲੇ ਉਹਨਾਂ ਦਾ ਖਰਚਾ 50 ਸੀਗਾ ਉਹ 50 ਹੀ ਬਣਾਉਂਦੇ ਸੀ ਉਹਨਾਂ ਲਈ 60 ਹੋ ਗਿਆ ਉਹ ਰੋਈ ਪਿੱਟੀ ਜਾਂਦੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਨਾ ਕਿਤੇ ਨਾ ਕਿਤੇ ਪੈਸਾ ਬਣਾਉਣ ਦਾ ਤਰੀਕਾ ਸਿੱਖ ਲਓ ਪੈਸਾ ਬਣਾਓ ਬਿਲਕੁਲ ਤੁਹਾਡੇ ਕੋਲ ਇਹ ਕਿਉਂਕਿ ਇਹ ਤਾਂ 80% ਜਿਹੜਾ ਦੁਨੀਆ 'ਤੇ ਲੋਕ ਆ ਮਾਤੜ ਬੈਠੇ ਨੇ 20% ਛਾਤਰ ਨੇ 80% ਨੇ ਤੁਹਾਡੇ 20% ਦੀ ਪੇਸ਼ ਨਹੀਂ ਜਾਣ ਦੇਣੀ ਆਪਣੇ ਤਰੀਕੇ ਨਾਲ ਮਾਇਆ ਬਣਾਓ ਤੁਹਾਡਾ ਖਰਚਾ $50 ਹੋਵੇਗਾ ਤੁਹਾਡੇ ਕੋਲ $70 ਹੋਣੇ ਚਾਹੀਦੇ ਨੇ ਨਹੀਂ ਤਾਂ ਲੋਕਾਂ ਦਾ ਖਰਚਾ 50 ਹੈ ਤਾਂ ਇਹਨਾਂ ਕੋਲ 47, 45, 52 ਹੋ ਗਿਆ 51 ਹੋਵੇ ਇਹਨਾਂ ਨੇ ਇੱਦਾਂ ਹੀ ਰਹਿਣਾ ਸਾਰੀ ਜ਼ਿੰਦਗੀ ਸੋ ਆਪਣੇ ਆਪ ਤਰੀਕੇ ਨਾਲ ਕਰੋ ਜੋ ਕਰ ਸਕਦੇ ਹੋ ਆਪਣੀ ਦੇਖੋ ਤਰੀਕੇ ਨਾਲ ਕਿਵੇਂ ਪੈਸਾ ਰੀਅਸਟੇਟ 'ਚ ਮੈਂ ਤੁਸੀਂ ਵੇਖੋ ਇੱਥੇ ਕਿੰਨੇ ਲੋਕਾਂ ਹੁਣ ਠੀਕ ਆ ਮਾੜਾ ਸਮਾਂ ਸੀ ਲੋਕ ਡਰੇ ਫਿਰਦੇ ਸੀ ਇਸ ਓਕੇ ਮੈਂ ਕਿਹਾ ਡਰਨ ਦਿਓ ਇਹਨਾਂ ਨੂੰ ਕੋਈ ਗੱਲ ਨਹੀਂ ਹੈ ਪਰ ਜਿੱਦਣ ਇੱਕ ਦਿਨ ਇਹਨਾਂ ਦਾ ਰਿਜ਼ਲਟ ਨਿਕਲੇਗਾ ਇਹ ਫਸਟ ਡਿਵੀਜ਼ਨ 'ਚ ਆਉਣੇ ਨੇ ਲੋਕ ਇਹਨਾਂ ਲੋਕਾਂ ਨੇ ਮਿਲੀਅਨ ਦੀ ਪ੍ਰੋਪਰਟੀ ਲਈ ਆ $5-5 ਲੱਖ ਬੋਝੇ 'ਚ ਪਾ ਕੇ ਜਿਣਗੇ ਲੱਖ ਟੈਕਸ ਵੀ ਲੈ ਜਾਵੇਗਾ ਤਾਂ 4 ਲੱਖ ਬੋਝੇ 'ਚ ਪਵੇਗਾ ਇੱਦਾਂ ਪੈਸੇ ਮੈਂ ਵੀ ਖੁਦ ਇੱਦਾਂ ਬਣਾਏ ਨੇ ਸੋ ਇਹ ਸਿਰਫ ਜਿਹੜੇ ਨਵੇਂ ਆ ਗਏ ਬੱਚੇ ਜਾਂ ਲੋਕ ਉਹਨਾਂ ਦੇ ਲਈ ਟਰਬਲ ਬਣੀ ਆ ਜਿਹੜੇ ਕੋਈ ਪੁਰਾਣੇ 8-10 ਸਾਲਾਂ 'ਚ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਉਹ ਬੰਦੇ ਖੁਸ਼ ਹੈ ਉਹ ਠੀਕ ਹੈ ਨਹੀਂ ਬੜਾ ਸਾਹਿਬ ਮੈਂ ਉਹ ਗੱਲ ਤੁਹਾਨੂੰ ਸੁਣਿਆ ਵੀ ਜਿੱਦਾਂ ਪਹਿਲਾਂ 10-15 ਸਾਲ ਪਹਿਲਾਂ ਇੱਕ ਬੰਦਾ 2 ਨੰਬਰ 'ਚ ਆ ਗਏ ਕੈਨੇਡਾ ਦੇ ਵਿੱਚ ਖੇਤਾਂ 'ਚ ਕੰਮ ਕਰਕੇ ਅਗਲਾ ਘਰੇ ਪੈਸੇ ਪਾ ਲੈਂਦਾ ਤੇ ਆਪਣੀ ਚਾਹ ਪੂਰੀ ਕਰ ਲੈਂਦਾ ਉਹ ਸਮਾਂ ਕਿਤੇ ਆਊਗਾ ਹਾਂ ਦੇਖੋ ਸਮਾਂ ਤਾਂ ਹੁਣ ਵੀ ਆ ਜਿਹੜੇ ਬੰਦੇ ਨੇ ਮਿਹਨਤ ਕਰਨੀ ਹੈ ਹੁਣ ਤੁਸੀਂ ਟਰੱਕ ਚਲਾਉਂਦੇ ਹੋ ਕੰਪਨੀ ਦਾ ਟਰੱਕ ਚਲਾਉਂਦੇ ਹੋ ਤੁਹਾਨੂੰ $5,000 ਦਾ ਚੈੱਕ ਆਉਂਦਾ ਤੁਸੀਂ $500 ਇੱਕ ਬੱਚਾ ਰੈਂਟ ਪੇ ਕਰਦਾ $500-700 ਦੀ ਗਰੋਸਰੀ $1,000 ਦੀ ਆਉਂਦੀ ਡਾਲਰ $3,000 ਬੋਝੇ 'ਚ ਪੈਂਦਾ ਬਾਹਰੋਂ 30-36 ਹਜ਼ਾਰ ਡਾਲਰ ਤੁਹਾਡਾ ਬਚਦਾ ਤੁਸੀਂ 15,000 ਪਾਓ ਉੱਥੇ ਇੰਡੀਆ ਨੂੰ ਆਪੇ ਬੱਲੇ ਬੱਲੇ ਹੋ ਜਾਣੀ ਹੈ ਥੈਂਕ ਯੂ ਕਾਰਨ ਕੀ ਆ ਨਵਾਂ ਜਿਹੜਾ ਕਰਾਊਡ ਹੈ ਪਿਛਲੇ 5-6 ਸਾਲਾਂ 'ਚ ਬਹੁਤ ਆਇਆ ਜਿਹੜਾ ਨਵਾਂ ਕਰਾਊਡ 5-6 ਸਾਲਾਂ 'ਚ ਆਇਆ ਉਹ ਸੋਸ਼ਲ ਨੈਟਵਰਕ 'ਤੇ ਅਗਰੈਸਿਵ ਬਹੁਤ ਹੈ ਹਰ ਇੱਕ ਬੀਬੀ ਹਰ ਇੱਕ ਬੰਦਾ ਟਿਕਟੋਕ 'ਤੇ ਫੇਸਬੁੱਕ 'ਤੇ ਬੈਠਾ ਉਹਨਾਂ ਲੋਕਾਂ ਨੇ ਇੰਨਾ ਕੁ ਰੌਲਾ ਪਾਇਆ ਮਾਰੇ ਗਏ ਲੁੱਟ ਗਏ ਫਲਾਨਾ ਹੋ ਗਿਆ ਆਹ ਹੋ ਗਿਆ ਫਲਾਨਾ ਮੈਂ ਕਹਾਂ ਜਾਂ ਮੈਂ ਆਪਣੇ ਜਿਹੜੇ 3-4 ਰਿਸ਼ਤੇਦਾਰ ਸਰਕਲ ਦੇ ਦੇਖਾਂ ਦੇ ਡੋਂਟ ਕੇਅਰ ਉਹਨਾਂ ਨੂੰ ਕੋਈ ਕੇਅਰ ਨਹੀਂ ਹੈ ਉਹਨਾਂ ਨੇ ਜਦੋਂ ਇੱਥੇ ਕੋਵਿਡ-19 ਆਇਆ ਉਹ ਇੰਟਰਸਟ ਰੇਟ ਡਰੋਪ ਸੀਗਾ ਉਹਨਾਂ ਨੇ ਕਿਸ਼ਤਾਂ ਜਿਹੜੀਆਂ ਨਹੀਂ ਦਿੱਤੀਆਂ ਤੁਹਾਡਾ ਕੋਈ ਕਿਸ਼ਤ 10,000 ਬਣਦੀ ਸੀ ਉਸ ਵੇਲੇ ਉਹ 5,000 ਦੇਈ ਗਏ ਕਿਉਂਕਿ ਕਰੋਨੇ ਦੇ ਥੱਲੇ ਸੀਗੇ ਉਹ 5,000 ਉਹਨਾਂ ਨੇ ਬਾਹਰੋਂ 50-60 ਹਜ਼ਾਰ ਡਾਲਰ ਬਚਾ ਲਿਆ ਅਤੇ ਜਦੋਂ ਮਾੜਾ ਟਾਈਮ ਆ 60,000 ਡਾਲਰ ਉਹਨਾਂ ਨੇ ਉੱਥੇ ਡੰਪ ਕਰਤਾ ਹੋਰ 50,000 ਪਾਤਾ ਹੋਗਾ ਜਿਹੜੇ ਬੰਦੇ ਕੋਲ $1,00,000 ਪਿਆ ਉਹ ਬੰਦੇ ਨੂੰ $25,000 ਨਾਲ ਘੱਟੇ ਨਾਲ ਕੋਈ ਫਰਕ ਨਹੀਂ ਪੈਂਦਾ ਕਾਰਨ ਕੀ ਆ ਨਵਾਂ ਕਰਾਊਡ ਆ ਕੇ ਉਹ ਜਿੱਦਾਂ ਪੈਨ ਕ੍ਰੀਏਟ ਕਰਦਾ ਉਹਨਾਂ ਵਿਚਾਰਿਆਂ ਦੇ ਸੈੱਟ ਨਹੀਂ ਆ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਰਨਾ ਕੀ ਹੈ ਉਹਨਾਂ ਕਰਕੇ ਪ੍ਰੋਬਲਮ ਆ ਰਹੀ ਆ ਹੁਣ ਬੱਚੇ ਆਏ ਨੇ ਆ ਜਿਹੜੇ 6 ਸਾਲ ਤੋਂ ਆਏ ਨੇ ਮੈਂ ਮੁੰਡਾ ਇੱਕ ਕੱਲ੍ਹ ਮੇਰੇ ਕੋਲ ਗਿਆ ਟਰੱਕ ਚਲਾਉਂਦਾ ਕਹਿੰਦਾ ਮੈਂ ਟਰੱਕ ਚਲਾਉਣਾ PR ਮੈਨੂੰ ਮਿਲ ਗਈ ਹੈ ਅਤੇ ਕਹਿੰਦਾ ਮੈਂ ਚੰਗੇ ਪੈਸੇ ਬਣਾਈ ਜਾਂਦਾ ਪਰ ਉਹ ਜਿਹੜੇ ਹੁਣ ਨਵੇਂ ਜਿੱਦਾਂ ਸਟੂਡੈਂਟ ਆ ਉਹ ਘੱਟੋ ਘੱਟ ਮਿਲੀਅਨਸ ਦੇ ਹਿਸਾਬ ਨਾਲ ਬੈਠੇ ਨਾ ਉਹਨਾਂ ਕੋਈ ਜੋਬ ਹੈ ਨਾ ਉਹਨਾਂ ਨੇ ਕੋਈ ਲੋਇਲਟੀ ਦਿਖਾਈ ਹੈ ਕਾਰਨ ਕੀ ਬਣੇ ਇਹਨਾਂ ਨੇ ਲੋਇਲਟੀ ਨਹੀਂ ਦਿਖਾਈ ਬਿਜ਼ਨਸਮੈਨ ਨਾਲ ਫਰੈਂਡ ਨਹੀਂ ਬਣੇ ਉਹਦੀ ਫੇਵਰ ਨਹੀਂ ਕੀਤੀ ਮਦਦ ਨਹੀਂ ਕੀਤੀ ਉਲਟ ਉਹਨਾਂ ਲੜ ਕੇ ਨਿਕਲ ਗਏ ਜਾਂ ਉਹਨੂੰ ਵਰਤਿਆ ਪਰੇ ਹੋ ਗਿਆ ਉਹਦਾ ਕਰਕੇ ਹੁਣ ਹਰ ਇੱਕ ਬੰਦਾ ਕਹਿੰਦਾ ਵੀ ਜਿਹੜਾ ਸਟੂਡੈਂਟ ਹੈ ਇਹਨੂੰ ਪਰੇ ਕਰ ਦਿਓ ਉਹ ਬੱਚੇ ਵਿਚਾਰੇ ਹੁਣ ਟਿਕਟੋਕ ਫੇਸਬੁੱਕਾਂ ਦੇ ਬੈਠੇ ਰੌਲਾ ਪਾ ਰਹੇ ਨੇ ਜਾਂ ਨਵੇਂ ਲੋਕ ਆਏ ਉਹ ਰੌਲਾ ਪਾ ਰਹੇ ਨੇ ਪੁਰਾਣੇ ਨੂੰ ਕੋਈ ਫਰਕ ਨਹੀਂ ਤੁਸੀਂ ਕਦੀ ਕਿਸੇ ਰੇਡੀਓ 'ਤੇ ਕਦੀ ਕੋਈ ਇਨਵੈਸਟਰ ਨੂੰ ਸੁਣਿਆ ਵੀ ਉਹ ਕਹਿ ਰਿਹਾ ਵੀ ਪ੍ਰੋਪਰਟੀਆਂ ਥੱਲੇ ਹੋ ਗਈਆਂ ਇੰਟਰਸਟਿਡ ਹੋ ਗਿਆ ਸਾਡੀ ਜੀ ਅਪਰੇਜ਼ਲ 1.5 ਲੱਖ ਘੱਟ ਆ ਗਈ ਮੈਂ ਮਾਰਾਂਗਾ ਲੁੱਟਿਆ ਕਦੀ ਕੋਈ ਬੰਦਾ ਸੁਣਿਆ ਤੁਸੀਂ ਇਨਵੈਸਟਰ ਸੁਣਿਆ ਨਹੀਂ ਜਿਹਦਾ ਕੋਈ ਲੈਣ ਦੇਣੀ ਨਹੀਂ ਉਹ ਰੌਲਾ ਪਾਈ ਜਾਂਦੇ ਨੇ ਜਾਂ ਜਿਹੜੇ ਰੇਡੀਓ ਵਾਲੇ ਆਪ ਟੁੱਟੇ ਪਏ ਨੇ ਜਿਹਨਾਂ ਦਾ ਕੋਈ ਫਿਊਚਰ ਨਹੀਂ ਆ ਨਾ ਉਹਨਾਂ ਨੂੰ ਕੋਈ ਰੋਟੀ ਮਿਲਦੀ ਹੈ ਨਾ ਉਹਨਾਂ ਕੋਲ ਘਰ ਬਾਹਰ ਲੈ ਆਉਣੇ ਨੇ ਉਹ ਰੌਲਾ ਪਾਈ ਜਾਂਦੇ ਨੇ ਉਹੀ ਰੌਲਾ ਪਾ ਰਿਹਾ ਜਿਹੜੇ ਪੁਰਾਣੇ ਲੋਕ ਉਹ ਬਿਲਕੁਲ ਸੈੱਟ ਹੈ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈ ਉਹ ਮਾੜਾ ਮੋਟਾ ਕੰਮ ਸਲੋ ਹੋਇਆ ਜਦੋਂ ਕੰਮ ਸਲੋ ਜਦੋਂ ਤੁਸੀਂ $7,000 ਬਣਾਉਂਦੇ ਹੋ ਤੁਹਾਡਾ $6,500 ਬਣ ਲੱਗ ਪਵੇ ਬੰਦਾ ਫੀਲ ਕਰਦਾ 3 ਮਹੀਨੇ ਫੀਲ ਕਰਦਾ ਉਦੋਂ ਬਾਅਦ ਉਹ 6,500 ਤੋਂ ਯੂਜ਼ ਟੂ ਹੋ ਜਾਂਦਾ ਫਿਰ ਇੱਦਾਂ ਹਾਲਾਤ ਹੁੰਦੇ ਨੇ ਪੁਰਾਣਿਆਂ ਨੂੰ ਕੋਈ ਨਹੀਂ ਹੈ ਨਵਿਆਂ ਨੂੰ ਪ੍ਰੋਬਲਮ ਹੈ ਅਤੇ ਬਾਕੀ ਮਹਿੰਗਾਈ ਸਾਰੀ ਦੁਨੀਆ 'ਤੇ ਹੈ ਵੀਰ ਕੀ ਕਰਾਂਗੇ ਹਲੋ ਜੀ ਤੁਸੀਂ ਆ ਜਾਓ ਬਾਈ ਜੀ ਅਗਲੀ 68-25 ਵੈਲਕਮ ਹਾਂਜੀ ਭਾਜੀ ਹਾਂਜੀ ਸਰ ਵੈਲਕਮ ਸਤਿ ਸ਼੍ਰੀ ਅਕਾਲ ਮਿਸਟਰ ਸਿੰਘ ਵੀ ਜਦੋਂ ਬੋਲਦਾ ਜੀ ਪਰਮਿੰਦਰ ਹਾਂਜੀ ਪਰਮਿੰਦਰ ਸਾਹਿਬ ਆ ਜਾਓ ਸਵਾਗਤ ਹੈ ਵੀਰੇ ਵੈਲਕਮ ਸਵਾਗਤ ਧੰਨਵਾਦ ਜੀ ਧੰਨਵਾਦ ਆਪਾਂ ਇਹੀ ਕਹਿਣਾ ਜੀ ਆਪਾਂ ਮਿਸਟਰ ਸਿੰਘ ਪੀਜ਼ਾ ਸਪੈਸ਼ਲ ਲੈ ਕੇ ਆਏ ਨੋ ਟੈਕਸ ਡੀਲ ਉਦੋਂ ਐਕਸਟਰਾਜ਼ ਪੀਜ਼ਾ ਚਾਰ ਟੌਪਿੰਗਾਂ ਚਾਰ ਡਿਪਿੰਗ ਸਾਸ ਚਾਰ ਹੀ ਪੌਪ ਸਿਰਫ $34 ਦੇ ਵਿੱਚ ਤੇ ਆਪਾਂ ਸਵੇਰ ਦੇ ਪੱਡਾ ਸਾਹਿਬ 6 ਵਜੇ ਤੱਕ ਖੁੱਲੇ ਹੁੰਦੇ ਆ ਹੁਣ ਜੀ ਵੀਕਐਂਡ ਤੇ ਠੀਕ ਹੈ ਸਵੇਰ ਦੇ 6 ਵਜੇ ਤੱਕ ਖੁੱਲੇ ਹੁੰਦੇ ਆਪਾਂ ਫਰਾਈਡੇ ਸੈਟਰਡੇ ਸੰਡੇ ਤੇ ਆਪਾਂ 1 ਤਰੀਕ ਨੂੰ ਵੀ ਸਵੇਰ ਦੇ 6 ਵਜੇ ਤੱਕ ਖੁੱਲੇ ਹੋਵਾਂਗੇ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਜੇ ਹਜੇ ਤੱਕ ਸਾਡਾ ਪੀਜ਼ਾ ਹਜੇ ਕਿਸੇ ਨੇ ਨਹੀਂ ਟਰਾਈ ਕੀਤਾ ਪਿਓਰ 100% ਵੈਜੀਟੇਰੀਅਨ ਸਟੋਰ ਹੈ ਜੀ ਆਪਣਾ
ਆਪਣੇ ਕੋਲ ਤੰਦੂਰੀ ਚਾਂਪ ਚਾਰੀ ਚਾਂਪ ਆਪਣੇ ਪੁੱਡਾ ਸਾਹਿਬ ਤਿਆਰ ਕਰਾ ਲਈਏ ਜੀ ਹੁਣ ਆਪਾਂ ਤੇ ਉਹਦਾ ਵੀ ਆਪਾਂ ਨੂੰ ਸੇਵਾ ਦਾ ਮੌਕਾ ਦੇਵੇ। ਹਾਂ ਬਿਲਕੁਲ, ਮੈਂ ਬੇਨਤੀ ਕਰਾਂਗਾ, ਤਿੰਨ ਲੋਕੇਸ਼ਨ ਤੋਂ ਹੈ, ਤੜਕੇ 6 ਵਜੇ ਤੱਕ ਓਪਨ ਹੈ, ਕਈ ਵਾਰੀ 4-5 ਵਜੇ ਭੁੱਖ ਲੱਗ ਜਾਵੇ ਤੜਕੇ ਉੱਠ ਕੇ ਅਤੇ ਤੁਸੀਂ ਪੀਜ਼ਾ ਔਡਰ ਕਰ ਸਕਦੇ ਹੋ, ਨੰਬਰ ਇੱਕੋ ਹੀ ਹੈ ਸਾਰੇ ਸਟੋਰਾਂ ਦਾ। ਜੇ ਤੁਸੀਂ ਬ੍ਰੈਂਪਟਨ ਮਾਲਟਨ ਮਿਸਾਗਾ 'ਚ ਔਡਰ ਕਰਨਾ ਚਾਹੁੰਦੇ ਹੋ ਤਾਂ 905-5500 ਨੱਪਣਾ, ਜੀਰੋਆਂ ਬਹੁਤ ਹੈ ਜੀ ਵਿੱਚ, ਪਹਿਲਾਂ 905 ਲਾ ਦੇਣਾ, ਫਿਰ 500 ਲਾ ਦੇਣਾ, ਫਿਰ 4 ਦੇ ਨਾਲ 3 ਜੀਰੋਆਂ ਫਿਰ ਲਾ ਦੇਣੀਆਂ, 905-5500 4000 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਥੈਂਕ ਯੂ ਬਾਈ ਜੀ, ਧੰਨਵਾਦ। ਮੈਨੂੰ ਕਹਿੰਦੀ ਬਾਈ ਤੁਸੀਂ ਰੁਕ ਜਾਓ ਹਜੇ, ਕਹਿੰਦੀ ਵੀ ਐਕਸਟੈਂਸ਼ਨ 1 ਸਾਲ ਦੀ ਮਿਲ ਸਕਦੀ ਹੈ, ਕਹਿੰਦੀ ਵੀ 25 ਤੋਂ ਲੈ ਕੇ 30 ਦਸੰਬਰ ਦੇ ਵਿੱਚ ਵਿੱਚ ਇਹਦਾ ਆਉਣਾ ਫੈਸਲਾ, ਤੇ ਬਾਈ ਜੀ ਉਹ ਵੀ ਫੈਸਲਾ ਤਾਂ ਕੋਈ ਆਇਆ ਨੀ ਗਾ ਬਾਈ, ਮੈਂ ਥੋੜੇ ਤੋਂ ਪੁੱਛਣਾ ਚਾਹੁੰਦਾ ਬਾਈ ਕਿ ਐਕਸਟੈਂਸ਼ਨ ਮਿਲੂਗੀ 1 ਸਾਲ ਦੀ ਹੋਰ ਜਿਹੜੀ ਲੋਨ ਫੋਰਗਿਵਨੈਸ ਦੀ ਹੈ ਜਿਹੜੀ। ਹਾਂ ਦੇਖੋ, ਮਿਲਣੀ ਚਾਹੀਦੀ ਆ, ਇੱਥੇ ਕੈਨੇਡਾ 'ਚ ਸੰਸਥਾਵਾਂ ਨੇ ਜਿਹੜੀਆਂ ਬਿਜ਼ਨਸਮੈਨ ਨੂੰ ਪ੍ਰੋਟੈਕਟ ਕਰਦੀਆਂ ਨੇ, ਉਹ ਸੰਸਥਾਵਾਂ ਨੇ ਇਹ ਮੁੱਦਾ ਫੈਡਰਲ ਵਿੱਚ ਲੈ ਗਿਆ ਵੀ ਜਿਹੜਾ $60,000 ਲੋਕਾਂ ਨੇ ਲਿਆ, $40,000 ਤੁਸੀਂ ਵਾਪਸ ਮੰਗ ਰਹੇ ਹੋ, ਲੋਕਾਂ ਕੋਲ $40,000 ਵਾਪਸ ਦੇਣ ਦੇ ਲਈ ਨਹੀਂ ਹੈ, ਅਤੇ ਤੁਸੀਂ ਬਗੈਰ ਵਿਆਜ ਤੋਂ 1 ਸਾਲ ਦੇ ਲਈ ਐਕਸਟੈਂਡ ਕਰੋ। ਮੈਨੂੰ 99% ਉਮੀਦ ਸੀਗੀ ਵੀ ਇਹਨਾਂ ਨੇ ਐਕਸਟੈਂਡ ਕਰ ਦੇਣਾ, ਪਰ ਹਾਲੇ ਤੱਕ ਕੋਈ ਖਬਰ ਨਹੀਂ ਆਈ, ਪਰ ਤੁਹਾਡੇ ਲਈ ਵੀ ਬੈਟਰ ਆ, ਤੁਸੀਂ ਹੋਲਡ ਕਰ ਲਓ, ਜੇ 1 ਮਹੀਨੇ ਦਾ ਆਪਾਂ ਨੂੰ ਵਿਆਜ ਵੀ ਪੈ ਜਾਵੇਗਾ $20-50 ਤਾਂ ਕੋਈ ਗੱਲ ਨਹੀਂ ਹੈ, ਸੋ ਵੇਟ ਕਰ ਲਓ, ਜੇ ਬੈਂਕ ਨੇ ਤੁਹਾਨੂੰ ਕਿਹਾ ਵੇਟ ਕਰਨ ਦੇ ਲਈ ਕਰੋ, ਆਮ ਪੀਰੀ ਸ਼ੋਰ ਕੋਈ ਨਾ ਕੋਈ 1-2 ਤਰੀਕ ਨੂੰ ਸ਼ਾਇਦ ਕੁਛ ਨਾ ਕੁਛ ਕੱਢ ਦੇਣਾ। ਨਹੀਂ ਗਾਹ ਕਰ, ਉਹ January 25 ਤੱਕ ਤੁਸੀਂ ਵੇਟ ਕਰੋ, ਕੋਈ ਨਾ ਕੋਈ ਫੈਸਲਾ ਆਵੇਗਾ। ਕਾਰਨ ਕੀ ਹੈ, ਜਸਟਿਨ ਟਰੂਡੋ ਥੋੜ੍ਹਾ ਜਿਹਾ ਅਪਸੈਟ ਹੋ ਗਿਆ, ਮਜੋਰਟੀ ਗਵਰਨਮੈਂਟ ਭਾਲਦਾ ਸੀ, ਨਹੀਂ ਤਾਂ ਇਹਨਾਂ ਦੇ ਚਾਹੇ ਹੋਰ ਮਾਫ਼ ਕਰ ਦੇਣੇ ਸੀ, ਪਰ ਮਜੋਰਟੀ ਉਹਦੀ ਗਵਰਨਮੈਂਟ ਨਹੀਂ ਬਣੀ, ਮਨਿਓਰਟੀ ਬਣ ਗਈ, ਉਹਦਾ ਕਰਕੇ ਉਹ ਕਹਿੰਦਾ ਹੁਣ ਮੈਂ ਪੈਸੇ ਵਾਪਸ ਹੀ ਲੈਣੇ ਆ। ਇਲੈਕਸ਼ਨਾਂ ਦੇ ਨੇੜੇ ਤੱਕ ਜੇ ਖਿੱਚ ਖੁੱਚ ਕੇ ਲੈ ਗਿਆ ਕੋਈ ਪਤਾ ਨਹੀਂ, ਮਾਫ਼ ਹੀ ਕਰ ਦੇਣ, ਪਰ ਫਿਲਹਾਲ ਹਾਲੇ ਤੁਸੀਂ ਵੇਟ ਕਰੋ, ਮੈਂ ਕਹਾਂਗਾ ਨਹੀਂ ਦੇਣਾ ਚਾਹੀਦਾ ਨਾ ਭਾਈ ਰਾਈਟ ਨਾਓ। ਹਾਂ ਰਾਈਟ ਨਾਓ ਹਾਲੇ ਵੇਟ ਕਰੋ, 10-15 ਦੇਖੋ ਕੀ ਕੁਛ ਹੋ ਰਿਹਾ, ਹਾਲੇ ਉਡੀਕ ਕਰੋ, ਵੇਟ ਕਰ ਲਓ ਜੀ। ਧੰਨਵਾਦ ਹੈ, ਕਿਉਂਕਿ ਸੰਸਥਾਵਾਂ ਮਗਰ ਲੱਗੀਆਂ ਨੇ, ਜਿਹੜੀਆਂ ਸੰਸਥਾਵਾਂ ਨੇ ਬਿਜ਼ਨਸਮੈਨ ਨੂੰ ਪ੍ਰੋਟੈਕਟ ਕਰਦੀਆਂ ਨੇ, ਉਹ ਕਹਿ ਰਹੀਆਂ ਨੇ ਉਹਨਾਂ ਨੇ ਮੁੱਦਾ ਚੁੱਕਿਆ ਸੀ, ਪਰ ਮੈਂ ਵੀ ਸ਼ੌਕ ਹੋ ਗਿਆ ਵੀ ਹਲੇ ਤੁਸੀਂ ਬੋਲ ਕਿਉਂ ਨਹੀਂ ਰਹੀ ਸਰਕਾਰ, ਚੁੱਪ ਕਿਉਂ ਇਹ ਮੁੱਦੇ ਦੇ ਉੱਪਰ। ਸੋ ਹੁਣ ਤੱਕ ਇਹਨਾਂ ਨੂੰ ਕਰਨਾ ਚਾਹੀਦਾ ਸੀ ਐਕਸਟੈਂਡ, ਮੈਨੂੰ 99% ਲੱਗਦਾ ਇਹਨਾਂ ਨੇ ਕਰ ਦੇਣਾ ਹੈਗਾ, ਪਰ ਅੱਗੇ ਪਤਾ ਕੋਈ ਨਹੀਂ ਹੈ। ਲਓ ਜੀ ਅਗਲੀ ਕਾਲ ਆਪਾਂ ਜੰਪ ਕਰਦੇ ਨੇ, ਬਾਈ ਜੀ ਤੁਸੀਂ ਆ ਜਾਓ, 93 ਬਾਈ ਸਵਾਗਤ ਹੈ, ਵੈਲਕਮ। ਉੱਥੇ ਹੁਣ ਤੁਸੀਂ ਜਿਹੜੀ ਗੱਲ ਕਹੀ ਆ ਵੀ ਹਾਂ ਅੱਜ ਤੁਸੀਂ ਕਿਹਾ ਸੀ ਉਹ ਜੀ ਵੀ ਹਾਂ ਆਪਣੇ ਪੰਜਾਬ ਤੇ ਹਰਿਆਣੇ ਚ ਮੁੰਡੇ ਭਰਤੀ ਕਰ ਲੈਂਦੇ ਆ, ਉੱਥੇ ਅਸੀਂ ਭਰਤੀ ਹੋ ਗਏ, ਹਾਂ ਮੈਂ ਖੋਜ ਰਿਹਾ ਤੇ ਜਿਹੜੇ ਸਾਡੇ ਤੇ ਕਮਾਂਡ ਕਰਦੇ ਉਹ ਪੰਜਾਬੀ ਥੋੜਾ ਨਾ ਜੀ, ਉਹ ਤਾਂ ਇੰਡੀਅਨ ਗਵਰਨਮੈਂਟ ਦੇ ਬੰਦੇ ਆ ਗਏ, ਮੈਂ ਹੁਣ ਸਿੱਖ ਰੈਜੀਮੈਂਟ ਦੇ ਸੀਗਾ ਜੀ, ਤੁਸੀਂ ਆਪਣਾ ਇੱਕ ਪੰਜਾਬੀਆਂ ਦਾ ਗਾਣਾ ਜੀ ਆਪਾਂ ਸਿੰਘਾਂ ਦਾ ਗਾਣਾ ਜਿਵੇਂ ਆਪਾਂ ਕਹਿੰਦੇ ਹਾਂ, ਕਹਿੰਦੇ AK-47 ਵਾਲੇ ਖਾਲੀ ਸਾਲ ਬਣਾ ਗਏ, ਉਹ ਆਪਣੀ ਸਿੱਖ ਰੈਜੀਮੈਂਟ ਦੇ ਵਿੱਚ ਹੀ ਗਾਣਾ ਬੈਨ ਕੀਤਾ ਹੋਇਆ, ਬੰਦੇ ਨੂੰ ਸਜ਼ਾ ਮਿਲਦੀ ਵੀ ਤੂੰ ਆਹ ਗਾਣਾ ਕਿੱਦਾਂ ਪਾ ਸਕਦਾ, ਸਾਨੂੰ ਉਹ ਗਾਣਾ ਬੈਕ ਨਹੀਂ ਪਾਉਣ ਦਿੰਦੇ ਉੱਥੇ, ਜਿੰਨੀ ਉੱਥੇ ਸਿੱਖ ਦੀ ਇੱਕ ਹੋਰ ਨੂੰ ਮੈਂ ਦੱਸਦਾ ਹੀ ਹਾਂ ਜੀ, ਟ੍ਰੇਨਿੰਗ ਹੁੰਦੀ ਸੀ ਨਾ ਉੱਥੇ, ਟ੍ਰੇਨਿੰਗ ਜਦੋਂ ਸਾਡੇ ਕੁੜਤ ਪੈਂਦੀ ਸੀ ਉਹ ਤੋਂ ਸਾਨੂੰ ਕੀ ਕਿਹਾ ਜਾਂਦਾ, ਜਿੰਨਾ ਚੱਕ ਇਹ ਬੰਦੇ ਦੀ ਪੱਗ ਨਹੀਂ ਲੈਂਦੀ ਉਹਨੂੰ ਕੁੱਤੋਂ ਨਹੀਂ ਕੱਟਣਾ, ਜਿਹੜਾ ਮਰਜ਼ੀ ਇੱਥੇ ਫੌਜੀ ਆ ਕੇ ਮੈਂ ਝੂਠ ਨਹੀਂ ਬੋਲਦਾ, ਜਿੰਨਿਆਂ ਨੇ ਟ੍ਰੇਨਿੰਗ ਕੀਤੀ, ਜੇ ਕੋਈ ਇੰਡੀਆ ਤੋਂ ਵੀ ਸ਼ੋਅ ਸਕਦਾ, ਸਿੱਖ ਰੈਜੀਮੈਂਟ ਹੀ ਸਿੱਖਾਂ ਦੀ, ਉੱਥੇ 300 ਮੁੰਡਾ ਪਰੇਡ ਕਰਦਾ, ਉਹ 200 ਦੀ ਪੱਗ ਗਰਾਉਂਡ ਤੇ ਥੱਲੇ ਪਈ ਹੁੰਦੀ ਆ, ਪੱਗ ਜੂੜਿਆਂ ਤੋਂ ਫੜ ਫੜ ਕੁੱਟਦੇ ਆ ਜੀ ਉਹ। ਅੱਛਾ
अपने लोग बड़े दोगले जी मुद्दा बहुत सॉलिड एक लैके आंदा वी जदों ट्रेनिंग कराउंदे ने मुंडियां दीआं दस्तारां लै जांदियां ने ते उहनां दे बालां केसां दे बेअदबी करके ते कुट कुटदे ने। सो ये मुद्दा तो बिल्कुल भखण वाला हैगा। इत्थे हले मैं पहली बार ये गल सुनी है जे इन्ने लैवल तक इंडिया गिर गया हैगा तो फिर मेरा ख्याल इन्हां नूं सोचण दी लोड़ है किते ना किते बैटर करन। फिर दूजे पासे कहिंदे सी सिखां नूं गल डाउणा, जे इस तरह का तुसीं करोगे तो सिख तुहाडे गल किवें लगेगा। आगा पहली बार मैं सुना भी कमाल होगी भी जदों तुसीं ट्रेनिंग दिंदे हो तो दस्तार देख दिंदे हो तो उस तो बाद उहदे केस पढ़ के कुटदे हो, कोई होर तरह की पनिशमेंट भी चाहीदी है। सो आई डोंट नो, हुण देखो जिहड़ा बाकी है खालिस्तान की तुसीं गल करदे हो ना, जिहड़ा एक मिलटरी विच है, यह मिलटरी जिहड़ी आ इह राज भाग लै लैंदियां ने, इस करके कई मुल्कां दी मिलटरी बागी होगी। ये उतो डरते ने भी कितने सिख रेजीमेंट जिहड़ियां कितने बागी ना हो जाने साडे तो, असला भी इन्हां दे कोले आ सारा कुछ, बागी हो गया तंग करनगे सानू। सो इतों मैनूं लगता डरते तुहाडे दिमाग च ही नहीं पाउणा चाहुंदे भी खालिस्तान का कोई इंडिया का मुद्दा भी हैगा। मैं तो कहांगा भी यह किसी ने ठेका लिया, किसी के प्यो की धरती है, मोदी के प्यो की है, ये कांग्रेस के प्यो की है, किहदी धरती है, ये धरती हैगी है। पहलों हर एक बंदे ने राज कीता, मुगलों ने कीता, किसी ने कीता, तो जे किसी का बनता लैंड दे दिओ। आ साडे कबैक इत्थे हैगा, उन्होंने दो बार रेफेंडम हो गया, वो कहिंदे सी अड होना, जिन्हों का कनेडा ना लैन देन कोई नहीं है, जिहड़े बाहरों आए ने जिन्हों का कोई लैन देन नहीं, फ्रेंच लोगों का, इत्थे आ ब्रिटिश लोगों का कोई लैन देन नहीं है। इत्थे आए फर्स्ट नेशन के लोग जिन्हों इंडियंस कहा जाता, फर्स्ट नेशन के लोग इत्थे आए, उन्होंने धरती लभी, उन्होंने ब्रिटिश लोगों तो फ्रेंच में थोड़ा बहुत कहता भी तुम ये बिल्ड करनी इनू कर लो, साढ़े को नहीं तरक्की हैगी, कर लो। ये आन के इतने बैठ के इन्होंने डिवेलप कर ली कंट्री, नाल इंडियन भी आए अपने भारत के हर एक बंदे ने डिवेलप की है। हुण कबैक वालों का कोई लैन देन ही नहीं है कंट्री नाल, वो कबैक वाले कहिंदे नहीं साडी पापूलेशन बहुत है तो असी अड होना, कैनेडा वाले कहिंदे कर लो रेफेंडम, रेफेंडम होया हर गया, वो कहिंदे फिर करना सी, वो फिर हर गया। तो जे रेफेंडम पास कर लेंदे तो कबैक बखरी कंट्री होनी सी कैनेडा कैनेडा नालों, तो इंडिया नूं पता नहीं की मौत पै रही है भी जे कोई मंगदा दे दिओ, सिखां नूं पुछ लो उत्थे रेफेंडम करा दिओ भी जिन्ने लोग रहिंदे हो भी जे तुसीं अड होना चाहुंदे हो तुहानूं लगदा ते, पर जे तुसीं धर्मां दे नाम ते कहोगे तो मैनूं कुछ, मैं उत्ते टिप्पणी नहीं करांगा भी बनना चाहिए नहीं बनना चाहिए, जे इकट्ठे भी रहिंदे हो हिंदू सिखां दा बहुत प्यार है तो रखना भी चाहिए, पर जे तुसीं इकोनमी पक्खी वेखते हो तो इंडिया नाल रह के तुहाडे हालात नहीं सुधर सकते, इंडिया ना रह के किसी के हालात नहीं सुधर सकते। उसका कारण कि इंडिया की पापूलेशन बहुत है, तो पापूलेशन कभी कंट्रोल च नहीं आएगी, पापूलेशन प्रॉब्लम बनी पई है। जे तुसी पंजाब की पापूलेशन तो हरियाणे की पापूलेशन मिलाते हो तो नाल चंडीगढ़ की पापूलेशन 70 मिलियन की पापूलेशन है, इस बेस्ट पापूलेशन तुसी डिवेलप होण दे लई, इंडिया की पापूलेशन नहीं ना को कंट्रोल आएगी। कल आप गल करते ट्रिलियन डालर ला दो, इन्नी दुनिया को कितने रोटी देवे, तुम की करोगे, भुखे मरणगे कला कला बंदा ना भाई, कोई फायदा नहीं। सही गल है, जेड़ा बाहर आ रहा सब तो वधिया, हुण जे मैं 15 साल ड्यूटी करके आता, मैं आपके घर दे ही चीज समझाई भी मेरे जवाक जी करनगे, मैं तो 15 साल आपके कढ गया जिंदगी दे, अज भाजी मैं पूरा सून वधिया, मैं पैसा कमा रहा स्टूडेंट, कोई नहीं ट्रक का भी बन जाऊगी कर जाएंगे भाई, कोई चक्कर नहीं गा, भरोसे नहीं बदल देंगे। हम जो अपने किसानी मोर्चा होया जो अभी छुट्टी होना होंगे साढ़े तो पहला सैन कराए जाते भी जे थोड़ा दिल्ली मोर्चे से देख लिया तो उसे सजा मिलूगी, छुट्टी कट्टी जाऊ, पेमेंट कट्टी जाऊ, इतों तक कर देंगे गवर्नमेंट के ऑर्डर आएगी सामू कि तुम दिल्ली मोर्चे से नहीं जाना, जमा ही नहीं बदल देंगे जी किसी, जो इतने अपने स्टूडेंट्स होंगे सारे वधिया ही प्रवास मनुख शुरू तो करता आ रहा वा, जिसे मनुख में वधिया लगता हरेक प्रजाति ने पहला शुरू की प्रवास आप करते आ रहे हैं, कोई चक्कर नहीं, अपने पंजाबी इधर आ रहे हो कोई वड्डी डील नहीं है, दबाबा पहलों आया। जे तुसी वेखते हो जिहड़े गरीबी दावे वाले, साढ़े बाप को थोड़े बहुते 4 छिल्लड़ सीगे तो इहदे साढ़े बाप ने सोचा नहीं, आ जिवें अज नहीं साढ़े बंदे कहिंदे जिहदे को जमीन जाओ ना, नहीं साढ़े बाप ने सोचा नहीं भी असी तो इत्थे ठीक हाँ, इन्हां को तो जमीना नहीं है, बेचारियां को 1.5-1.5 किले मालक है। सो साडा बाप मुड़ के 90 च भज आया,
ਫਾਦਰ ਸਾਹਿਬ ਉਹ 90 ਚ ਆ ਗਿਆ ਫਿਰ ਉਹੀ ਗੱਲ ਹੈ ਵੀ ਜੇ ਜਿਹੜਾ ਅੱਜ ਬੱਚਾ ਰਹੇਗਾ ਉੱਥੇ ਕਹਿ ਰਿਹਾ ਵੀ ਤੁਸੀਂ ਰਹਿ ਲਾ ਇਹ 15 ਸਾਲਾਂ ਬਾਅਦ ਇਹਦਾ ਬੱਚਾ ਫਿਰ ਬਾਹਰ ਨੂੰ ਭੱਜੇਗਾ ਸੋ ਇਹਦਾ ਮਤਲਬ ਪਹਿਲਾਂ ਹੀ ਤੁਸੀਂ ਆਪਣੇ ਪੈਰੀ ਹੋ ਜਾਓ ਕਿਉਂਕਿ ਉੱਥੇ ਫਿਊਚਰ ਨਹੀਂ ਆ ਨਹੀਂ ਹੈਗਾ ਕੋਈ ਹਾਲਾਤ ਨਹੀਂ ਫਿਰ ਜੋਬ ਨਹੀਂ ਮਿਲਦੀ ਫਿਰ ਕੌਨਸਟੀਟਿਊਸ਼ਨ ਇੰਨਾ ਕੀ ਖਰਾਬ ਹੋਇਆ ਜਾਤੀ ਪਾਤੀ ਦੇ ਅਧੀਨ ਲਿਆ ਕੇ ਇੰਡੀਆ ਦਾ ਜੱਖਣਾ ਪੱਟੀ ਪਈ ਹੈ ਹੁਣ ਜਿਹੜੀ ਜਾਤੀ ਪਾਤੀ ਦੇ ਅਧੀਨ ਜੋਬ ਮਿਲਦੀ ਆ 74% ਜਿਹੜੀ ਜੋਬ ਆ ਇੰਡੀਆ ਦੇ ਵਿੱਚ ਉਹ ਵੱਡੀ ਜਾਤੀ ਨੂੰ ਨਹੀਂ ਮਿਲਦੀ ਤੁਹਾਡੇ ਕੋਲ 24% ਜੋਬ ਪੈਂਦੀ ਆ ਜਿਹੜੇ ਵੱਡੀ ਜਾਤੀ ਦੇ ਮੰਨੇ ਹੈਗਾ ਹਿਊਮਨ ਆ ਹਰ ਇੱਕ ਬੰਦਾ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਹੁਣ 74% ਜਿਹੜੀ ਇੰਡੀਆ ਦੀ ਜੋਬ ਆ ਉਹ ਜਾਤੀ ਪਾਤੀ ਦੇ ਅਧੀਨ ਆਉਂਦੀ ਆ 24% ਜੋਬ ਜਿਹੜੀ ਹੈ ਉਹ ਵੱਡੇ ਲੋਕਾਂ ਨੂੰ ਮਿਲਦੀ ਹੈ ਜਿਹੜੇ ਅਮੀਰ ਦੀ ਵੱਡੀ ਜਾਤੀ ਦੇ ਮੰਨੇ ਜਾ ਰਹੇ ਨੇ ਪਰ ਜਦੋਂ ਜੋਬ ਅਵੇਲੇਬਲ ਹੁੰਦੀ ਆ ਜਿਹੜੇ 74% ਲੋਕ ਕੰਮ ਕਰਦੇ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਉਡਾ ਲੈਂਦੇ ਨੇ ਅਤੇ 24% ਵੀ ਜੋਬ ਜਿਹੜੀ ਆ ਤੁਹਾਨੂੰ ਨਹੀਂ ਮਿਲਦੀ ਮੈਨੂੰ ਦੱਸੋ ਵੀ ਜਿਹੜਾ ਕੋਈ ਸ਼ਰਮਾ ਹੋਵੇ ਕੋਈ ਪੱਡਾ ਹੋਵੇ ਕੋਈ ਗਿੱਲ ਹੋਵੇ ਕੋਈ ਗਰੇਵਾਲ ਹੋਵੇ ਕੋਈ ਬਰਾੜ ਹੋਵੇ ਮੈਨੂੰ ਦੱਸੋ ਕਿੱਥੇ ਤੁਸੀਂ ਤਹਿਸੀਲਦਾਰ ਦੇਖਿਆ ਕਿੱਥੇ ਕਚਹਿਰੀਆਂ 'ਚ ਲੱਗਾ ਵੇਖਿਆ ਤੁਸੀਂ ਦੱਸੋ ਪੁਲਿਸ ਦੇ ਵਿੱਚ ਕਿੱਥੇ ਉਹ ਬੰਦਾ ਵੇਖਿਆ ਪੁਰਾਣੇ ਸਮੇਂ 'ਚ ਹੁੰਦੇ ਸੀ ਹੁਣ ਨਹੀਂ ਹੈਗੇ ਉਹ ਸਾਰੇ ਉਹ ਸਭ ਉਹਨਾਂ ਨੂੰ ਜੋਬ ਹੀ ਨਹੀਂ ਮਿਲਦੀ ਕੋਈ ਦਿੰਦਾ ਹੀ ਨਹੀਂ ਹੈ ਸੋ ਆਹ ਕੌਨਸਟੀਟਿਊਸ਼ਨ ਵੀ ਖਰਾਬ ਹੋਇਆ ਪਿਆ ਬੜਾ ਕੁਛ ਹੈ ਇਸ ਕਰਕੇ ਉੱਥੋਂ ਨਿਕਲ ਜਾਣਾ ਮਾੜੀ ਗੱਲ ਨਹੀਂ ਹੈ ਚਾਈਨਾ ਦੇ ਲੋਕ ਨਿਕਲ ਰਹੇ ਨੇ ਦੇਖੋ ਉਹਨਾਂ ਦੀ ਇਕਾਨਮੀ ਬੜੀ ਤਕੜੀ ਹੈ ਸਾਰੇ ਨਿਕਲੇ ਆਉਂਦੇ ਨੇ ਉੱਥੋਂ ਆਹ ਮੁਲਕ ਚੰਗੇ ਨੇ ਫਿਰ ਵੀ ਜਾਓ ਨਾ ਬਸ ਹਾਂ ਮੈਂ ਇਹ ਕਹੂੰ ਥੈਂਕ ਯੂ ਵੀਰੇ ਧੰਨਵਾਦ ਬਸ ਮੈਂ ਇਹ ਬੇਨਤੀ ਰਿਜ਼ਿਊ ਕਰਾਂਗਾ ਕਿਸੇ ਨੇ ਵੀ ਜਾਣਾ ਨਹੀਂ ਹੈ ਬਸ ਇੱਥੇ ਰਹੋ ਆਹ ਬਹੁਤ ਵਧੀਆ ਕੰਟਰੀ ਹੈ ਇੱਥੇ ਤੁਹਾਡਾ ਫਿਊਚਰ ਹੈ ਜਿਵੇਂ ਮੈਂ ਜ਼ਿਕਰ ਕੀਤਾ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਮੈਂ ਫਿਊਚਰ ਆਪਣਾ ਇੱਥੇ ਬਣਾਵਾਂਗਾ ਅਤੇ ਮੇਰੇ ਫਾਦਰ ਸਾਹਿਬ ਕੋਲ ਬਣਿਆ ਨਹੀਂ ਫਿਊਚਰ ਐਟ ਦੀ ਐਂਡ ਸਾਨੂੰ ਆਉਣਾ ਪਿਆ ਜਿਹੜਾ ਬੱਚਾ ਕਹਿ ਰਿਹਾ ਵੀ ਮੈਂ ਅੱਜ ਪੰਜਾਬ 'ਚ ਬੈਠ ਕੇ ਫਿਊਚਰ ਬਣਾਵਾਂਗਾ ਉਹ ਨਹੀਂ ਬਣਾ ਸਕਦਾ 15 ਸਾਲਾਂ ਬਾਅਦ ਉਹਦਾ ਬੱਚਾ ਫਿਰ ਇੱਥੇ ਆਵੇਗਾ ਉਹ ਕਹੇਗਾ ਮੈਂ ਨਹੀਂ ਇੱਥੇ ਰਹਿਣਾ ਕਿਉਂਕਿ ਸੈੱਟ ਹੀ ਨਹੀਂ ਆ ਰਿਹਾ ਕਿਸੇ ਪਾਸੇ ਵੀ ਜਿਹੜੇ ਹਿਸਾਬ ਨਾਲ ਪਾਪੂਲੇਸ਼ਨ ਹੈ ਜੇ ਤੁਸੀਂ ਬੰਦੇ ਦੀ ਵੇਖਦੇ ਹੋ ਤਾਂ ਕੋਈ ਮੇਰਾ ਖਿਆਲ ਜਿੰਨੀ ਪਾਪੂਲੇਸ਼ਨ ਨਾ ਉੱਥੇ ਆਪਾਂ ਡਾਟਾ ਪੜ੍ਹ ਰਹੇ ਸੀ ਪਿਛਲੇ ਮਹੀਨੇ ਮੈਂ ਟਾਕ ਸ਼ੋਅ 'ਤੇ ਕੀਤਾ ਸੀ ਪਰ ਪਰਸਨ ਤੁਹਾਡੀ ਮੇਰਾ ਖਿਆਲ ਵੀ ਘੱਟੋ ਘੱਟ $1500 ਦੇ ਹਿਸਾਬ ਨਾਲ ਤੁਹਾਡੀ ਇਨਕਮ ਬਣਦੀ ਹੈ ਸਾਲ ਦੀ 1800 ਹੋਵੇਗੀ ਇੰਨੀ ਬਣਦੀ ਹੈ ਜੇ ਤੁਸੀਂ ਕੈਨੇਡਾ ਵਿੱਚ ਹੋ ਤੁਹਾਡੀ 50,000 ਦੇ ਕਰੀਬ ਬਣਦੀ ਹੈ ਅਮੈਰੀਕਾ ਦੀ 58-60 ਦੇ ਉੱਪਰ ਹੈਗੀ ਹੈ ਸੋ ਇਨਕਮ ਬਣਦੀ 70-75 ਤੱਕ ਵੀ ਬਣਦੀ ਈਵਨ ਚਾਈਨਾ ਵਿੱਚ ਵੀ ਬਹੁਤ ਜਿਹੜੀ ਇਨਕਮ ਬਣਦੀ ਜੇ ਇਕੱਲੇ ਇਕੱਲੇ ਬੰਦੇ ਦਾ ਤੁਸੀਂ ਵੇਖਦੇ ਹੋ ਵੀ ਇਹਦੀ ਇਨਕਮ ਕੀ ਬਣਦੀ ਹੁਣ ਜਿਹੜੇ ਬੰਦੇ ਦੀ ਇੱਕ ਸਾਲ ਦੀ ਇਨਕਮ $1800-1900 ਅਮੈਰੀਕਨ ਡਾਲਰ ਬਣਦੀ ਹੈ ਕੀ ਉਹ ਇੰਡੀਆ ਸਰਵਾਈਵ ਕਰੇਗਾ ਇਹ ਪ੍ਰੋਬਲਮ ਆਉਂਦੀ ਹੈ ਕਿਉਂਕਿ ਜੇ ਤੁਸੀਂ ਸਾਰੀ ਪਾਪੂਲੇਸ਼ਨ ਦਾ ਡਾਟਾ ਕਾਊਂਟ ਕਰਦੇ ਹੋ ਪਾਪੇ ਇਨਕਮ ਤੁਹਾਡੀ ਬਣਦੀ ਕੁਛ ਨਹੀਂ ਹੈ ਸਪੈਸ਼ਲੀ ਜ਼ਿਮੀਂਦਾਰੇ ਦੇ ਵਿੱਚ ਤਾਂ ਵਰਕਾ ਪਾੜ ਦਿਓ ਜਿਹੜਾ ਖੇਤੀ ਤੋਂ ਪੈਸਾ ਬਣਾਉਣ ਨੂੰ ਫਿਰਦਾ ਉਹ ਛੱਡ ਦਿਓ ਖੇਤੀ ਤੋਂ ਪੈਸਾ ਕਿਤੇ ਦੁਨੀਆ 'ਤੇ ਨਹੀਂ ਬਣਦਾ ਨਾ ਪੰਜਾਬ 'ਚ ਬਣਨਾ ਹੈਗਾ ਕੁਛ ਨਹੀਂ ਬਣਨਾ ਸੋ ਖੇਤੀ ਦੇ ਨਾਲ ਕੋਈ ਕੁਛ ਨਾ ਕੁਛ ਤੁਹਾਨੂੰ ਆਪਣੀ ਧਰਤੀ ਦੇ ਵਿੱਚੋਂ ਕੋਈ ਚੀਜ਼ ਪੈਦਾ ਕਰਨੀ ਪਵੇਗੀ ਜਿਹੜੀ ਕੋਈ ਡਿਜੀਟਲ ਹੋਵੇ ਉਹ ਹੁਣ ਧਰਤੀ 'ਚੋਂ ਕਿਵੇਂ ਪੈਦਾ ਹੋਣੀ ਆ ਆਈ ਡੋਂਟ ਨੋ ਕਿਵੇਂ ਕਰੋਗੇ ਹੁਣ ਜਿਹੜਾ ਇੱਕ ਕੰਟਰੀ ਹੈ ਉੱਥੇ ਗੰਨੇ ਦੀ ਮੈਲ ਜਿਹੜੀ ਆ ਉਹ ਤੋਂ ਕਾਰਾਂ ਚਲਾਉਂਦੀ ਉਹ ਹੁਣ ਜੇ ਆਪਾਂ ਇੱਧਰ ਨੂੰ ਪਾਸੇ ਨੂੰ ਤੁਰ ਪਾਓ ਹੁਣ ਕਈਆਂ ਬੰਦਿਆਂ ਨੇ ਪਸ਼ੂ ਰੱਖ ਕੇ ਉਹਨਾਂ ਦਾ ਦੁੱਧ ਪਾਉਣਾ ਸ਼ੁਰੂ ਕਰਤਾ ਪਾਣੀ ਦੀ ਬਾਟਲ ਮਹਿੰਗੀ ਮਿਲਦੀ ਦੁੱਧ ਸਸਤਾ ਮਿਲ ਰਿਹਾ ਉੱਥੇ ਫਿਰ ਤੁਸੀਂ ਦੁੱਧ ਕੀ ਕਰੋਗੇ ਫਿਰ ਕਈਆਂ ਨੇ ਮੱਛੀ ਫਾਰਮ ਬਣਾ ਲਿਆ ਕਈਆਂ ਨੇ ਸੂਰਾਂ ਦੇ ਫਾਰਮ ਬਣਾ ਲਿਆ ਇਹ ਸਾਰੇ ਐਵੇਂ ਟੱਕਰਾਂ ਨੇ ਇਹ ਟੱਕਰਾਂ ਨੇ 3-3 ਫਸਲਾਂ ਕੱਢਣੀਆਂ ਟੱਕਰਾਂ ਨੇ ਝੋਨਾ ਲਾਉਣਾ ਸਭ ਤੋਂ ਵੱਡੀ ਟੱਕਰ ਹੈ ਇਹ ਇੱਕ ਕੋਈ ਸੈੱਟ ਨਹੀਂ ਆ ਹੁਣ ਇੱਥੇ ਆ ਗਿਆ ਅਸੀਂ 12 ਸਾਲ ਨਰਕ ਭੋਗ ਲਿਆ ਨਾ ਹੁਣ ਇੱਦੋਂ ਗਾਂ ਸਾਡਾ ਜਿਹੜਾ ਗਾਂ ਜਨਰੇਸ਼ਨ ਹੈ ਉਹ ਆਪਣੇ ਆਪ ਪੈਰੀ ਹੋਈ ਜਾਊਗੀ ਬੱਚੇ ਪੈਰੀ ਕਰਤੇ ਗਾਂ ਇਹਨਾਂ ਦੀ ਜੋਬ ਆਪੇ ਕਰਨਗੇ ਅਤੇ ਬੱਚਾ ਗਾਂ ਦੀ ਗਾਂ ਠੀਕ ਹੋ ਜਾਵੇਗਾ ਹੈ ਨਾ ਕਿਉਂਕਿ ਜਦੋਂ ਇੱਕਦਮ 0 ਤੋਂ ਤੁਸੀਂ ਸਟਾਰਟ ਹੁੰਦੇ ਹੋ ਉਹ ਨਰਕ ਹੈ ਹੁਣ ਜਿਹੜੇ ਬੱਚੇ ਉਹਨਾਂ ਦੀ ਜ਼ਿੰਦਗੀ ਨਰਕ ਹੈ 10-12 ਸਾਲ ਤੁਸੀਂ ਨਰਕ ਇੱਦਾਂ ਹੀ ਭੋਗਣਾ ਫਿਰ ਆਪਣੇ ਆਪ ਹੀ ਸੈੱਟ ਹੋਣਾ ਲਓ ਜੀ ਅਗਲੀ ਕਾਲ 'ਤੇ ਚੱਲਦੇ ਆਪਾਂ ਬਾਈ ਜੀ ਤੁਸੀਂ ਆ ਜਾਓ ਵਟਸਐਪ 'ਤੇ ਆ ਲਖਵੀਰ ਸ਼ਾਹੀ ਧੰਨਵਾਦ ਸਾਹਿਬ ਹਾਂਜੀ ਬਾਈ ਜੀ ਬੋਲੋ ਤੁਸੀਂ ਪਤਾ ਨੀ ਸੁਣ ਕੀ ਰਹੇ ਹੋ ਪਲੀਜ਼ ਹੌਲੀ ਆਵਾਜ਼ ਕਰ ਲਓ ਸੁਰ ਕਰੋ ਗੱਲ ਹਾਂਜੀ ਪੱਡਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧਰੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਪੱਡਾ ਸਾਹਿਬ ਤੁਹਾਨੂੰ ਸੁਣਦਿਆਂ ਨੂੰ ਸਾਲਕ ਹੋ ਗਿਆ ਮੈਨੂੰ ਤੇ ਅੱਜ ਥੈਂਕ ਯੂ ਵੀਰ ਆਵਾਜ਼ ਨਹੀਂ ਆ ਰਹੀ ਤੁਹਾਡੇ ਮੇਰਾ ਖਿਆਲ ਨੈੱਟ 'ਚ ਕੋਈ ਪ੍ਰੋਬਲਮ ਹੈਗੀ ਹੈ
ਪਤਾ ਨੀ ਕੀ ਰੀਜਨ ਹੈ, ਮੈਂ ਤੁਹਾਡਾ ਅੱਜ ਗੂਗਲ ਤੇ ਸਰਚ ਕਰਕੇ ਨੰਬਰ ਕੱਢਿਆ, ਵਟਸਐਪ ਦਾ ਤੇ ਕਾਲ ਲਾਈ ਹੈ। ਹਾਂਜੀ ਤੁਸੀਂ ਕਰੋ ਗੱਲ ਸਰ, ਕਰ ਲਓ ਗੱਲ, ਨੋ ਪ੍ਰੋਬਲਮ, ਥੈਂਕ ਯੂ। ਤੇ ਮੈਂ ਤੁਹਾਨੂੰ ਸਾਲ ਕੁ ਹੋ ਗਿਆ ਤੁਹਾਨੂੰ ਸੁਣਦੇ ਹਾਂ, ਤੁਹਾਡਾ ਪ੍ਰੋਗਰਾਮ ਸੁਣੀਦਾ, ਬਹੁਤ ਅੱਛਾ ਸੁਣੀਦਾ ਹੈ, ਬਹੁਤ ਅੱਛਾ ਤੁਸੀਂ ਬੋਲਦੇ ਹਾਂ। ਠੀਕ ਹੈ ਵੀਰ, ਤੇ ਅੱਜ ਪਹਿਲੀ ਵਾਰ ਮੈਂ ਸੋਚਿਆ, ਮੈਂ ਕਿਹਾ ਚਲੋ ਵੀ ਪਟਾ ਸਾਹਿਬ ਨੂੰ ਕਾਲ ਲਾਉਂਦੇ ਹਾਂ। ਥੈਂਕ ਯੂ ਵੀਰ। ਤੇ ਪਹਿਲੋਂ ਮੈਂ ਦੁਬਈ ਸੀਗਾ, ਮੈਂ ਟਰੱਕ ਡਰਾਈਵਰ ਸੀਗਾ ਉੱਥੇ, ਤੇ ਹੁਣ ਮੈਂ ਇੱਧਰ ਮੂਵ ਹੋ ਗਿਆ ਆ ਯੂਰਪ ਵਿੱਚ। ਠੀਕ ਹੈ, ਯੂਰਪ ਚ ਕਿੱਥੇ ਆ ਗਏ ਹੋ? ਇਸ ਟਾਈਮ ਮੈਂ ਜਰਮਨੀ ਦੇ ਵਿੱਚ ਆ, ਵੈਸੇ ਜ਼ਿਆਦਾਤਰ ਪੂਰਾ ਯੂਰਪ ਦੇ ਵਿੱਚ ਆਉਣ ਜਾਣਾ ਹੁੰਦਾ ਆ, ਵੈਸੇ ਜ਼ਿਆਦਾਤਰ ਮੈਂ ਜਰਮਨ ਚ ਹੁੰਦਾ ਆ। ਜਰਮਨ ਚ? ਠੀਕ ਹੈ। ਜਰਮਨ ਦੇ ਦੱਸੋ, ਤੁਹਾਡੇ ਜਰਮਨ ਦੇ ਵਿੱਚ ਜਿਹੜੀ ਇਸਲਾਮਿਕ ਕਨਸਟੀਟਿਊਸ਼ਨ ਕਦੋਂ ਲਾਗੂ ਹੋ ਰਿਹਾ? ਨਹੀਂ ਪੰਡਤ ਸਾਹਿਬ, ਇਸ ਬਾਰੇ ਮੈਨੂੰ 4-5 ਮਹੀਨੇ ਹੋਏ ਇੱਥੇ, ਹਜੇ ਆਇਆ ਨੂੰ, ਇੰਨੀ ਹਜੇ ਇੱਥੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਸਾਡੇ ਕੋਲ ਹੈਗੀ। ਤੁਹਾਡੀ ਜਿਹੜੀ ਇੱਥੇ ਪਾਰਟੀ, ਇਸਲਾਮਿਕ ਪਾਰਟੀ ਕਦੋਂ ਅਗਰੈਸਿਵ, ਕਿੰਨੀ ਕੁ ਅਗਰੈਸਿਵ ਹੈ ਤੁਹਾਡੀ ਜਿਹੜੀ ਇੱਥੇ ਇਸਲਾਮਿਕ ਪਾਰਟੀ ਹੈ? ਤੁਹਾਡੀ ਪਾਰਟੀ ਜਿਹੜੀ ਆ ਤੁਹਾਡੇ, ਹੈਲੋ ਸੋਰੀ ਪੰਡਤ ਸਾਹਿਬ, ਮੈਨੂੰ ਇੱਥੋਂ ਆਏ ਨੂੰ 5 ਮਹੀਨੇ ਹਜੇ ਹੋਏ ਆ ਯੂਰਪ ਦੇ ਬਾਰੇ, ਇੱਥੇ ਹਜੇ ਪੂਰੀ ਮਤਲਬ ਇੱਥੇ ਜਾਣਕਾਰੀਆਂ, ਪੂਰੀ ਇਨਫੋਰਮੇਸ਼ਨ ਹਜੇ ਨਹੀਂ ਕਲੈਕਟ ਹੋਏ ਪਾਈਆਂ ਹੈਗੀਆਂ। ਹਾਂ ਠੀਕ ਹੈ, ਵੈਸੇ ਥੋੜੇ ਬਹੁਤਾ ਚਲੋ ਗੱਲਬਾਤ, ਜਿਹੜੀ ਤੁਹਾਡੇ ਇੱਥੇ 4-5 million ਦੀ ਇਮੀਗ੍ਰੇਸ਼ਨ ਹੋਈ ਹੈ, ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਹੈ, ਕੋਈ ਪੇਪਰ ਵਰਕ ਨਹੀਂ ਹੈ ਜਰਮਨ ਦੇ ਵਿੱਚ, ਸੋ ਉਹ ਉਹਨਾਂ ਬਾਰੇ ਕੀ ਲੋਕੀ ਗੱਲਾਂ ਬਾਤਾਂ ਕਰ ਰਹੇ ਨੇ, ਵੀ ਕੀ ਮਾਹੌਲ ਬਣਾ ਦਿੱਤਾ ਤੁਹਾਡੇ ਜਰਮਨ ਦਾ ਇਹਨਾਂ ਨੇ, ਕੋਈ ਹੈ ਕੁਛ ਇਸ ਬਾਰੇ ਅਪਡੇਟ? ਦੇਖੋ ਪੰਡਤ ਸਾਹਿਬ, ਜਦ ਵੀ ਜਲ ਮਤਲਬ ਕਿਤੇ ਪੋਪੂਲੇਸ਼ਨ ਵੱਧਦੀ ਆ, ਲੀਗਲ ਮਤਲਬ ਜਿਹੜੀ ਆ ਪੋਪੂਲੇਸ਼ਨ ਵੱਧਦੀ ਆ, ਤੇ ਮਤਲਬ ਪੁਰਾਣੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ, ਜਿੱਦਾਂ ਮਤਲਬ ਕੈਨੇਡਾ ਦੇ ਵਿੱਚ ਵੀ ਲੋਕ ਕਹਿੰਦੇ ਆ ਕਿ ਨਵੇਂ ਸਟੂਡੈਂਟ ਆ ਗਏ ਆ, ਕੰਮ ਦੀ ਕਮੀ ਪੈ ਗਈ ਆ, ਸਭ ਕੁਛ ਹੁੰਦਾ ਆ, ਆਪਾਂ ਨੂੰ ਮਹਿਸੂਸ ਹੁੰਦਾ ਇਸ ਚੀਜ਼ ਦੇ ਬਾਰੇ। ਨਹੀਂ ਮੈਂ ਗੱਲ ਕਰ ਰਿਹਾ ਸੀਗਾ ਵੀ ਜਦੋਂ ਤੁਸੀਂ ਲੋਕਾਂ ਦੇ ਵਿੱਚ ਤੁਸੀਂ ਮਤਲਬ ਕਾਫੀ ਸਪੋਰਟ ਕਰਦੇ ਆ, ਇਹ ਬਹੁਤ ਅੱਛਾ ਲੱਗਦਾ ਦੇਖ ਕੇ। ਜੀ ਜੀ, ਤੇ ਕਿਉਂ ਮਤਲਬ ਕਿੱਦਾਂ ਕਈ ਲੋਕ ਕਹਿ ਦਿੰਦੇ ਆ ਬੱਚੇ ਇੱਦਾਂ ਕਰਦੇ ਆ, ਬੱਚੇ ਇੱਦਾਂ ਕਰਦੇ ਆ, ਜੇ ਦੇਖੋ ਆਪਾਂ ਇੱਕ ਚੀਜ਼ ਨਾਲ ਦੇਖੀਏ ਕਿ ਇਹ ਬੱਚੇ ਆ, ਇਹ 12 ਪੜ੍ਹ ਕੇ ਆਏ ਆ, ਇਹਨਾਂ ਦੀ 18-19-20 ਏਜ ਆ, ਆਪਾਂ 20 ਦੀ ਏਜ ਦੇ ਵਿੱਚ ਆਪਾਂ ਲੋਕ ਕੀ ਕਰਦੇ ਸੀਗੇ, ਆਪਾਂ ਲੋਕ ਵੀ ਇਹੀ ਕੁਛ ਕਰਦੇ ਸੀਗੇ? ਨਹੀਂ ਦੇਖੋ, ਸਾਨੂੰ 20 ਦੇ ਵਿੱਚ ਇੰਨੀ ਨੌਲੇਜ ਨਹੀਂ ਸੀਗੀ, ਪਰ ਅਸੀਂ ਕਮਲ ਨਹੀਂ ਕੁੱਟਿਆ, ਅਸੀਂ ਜਲੂਸ ਨਹੀਂ ਕੱਢਿਆ, ਅਸੀਂ ਆਪਣੇ ਆਪ ਨੂੰ ਮਾਡਰਨ ਨਹੀਂ ਖਵਾਇਆ, ਅਸੀਂ ਡਾਊਨ ਟਾਊਨ 'ਚ ਗਿੱਧੇ ਭੰਗੜੇ ਨਹੀਂ ਪਾਏ, ਅਸੀਂ ਹੈਲੋਵੀਨ ਨਹੀਂ ਮਨਾਈ, ਅਸੀਂ ਵੈਲੰਟਾਈਨਸ ਨਹੀਂ ਮਨਾਏ, ਅਸੀਂ ਇੱਧਰ ਅਸੀਂ ਉਹ ਕੰਧਾਂ ਜੀਆਂ 'ਚ ਨਹੀਂ ਵੱਜੇ, ਅਸੀਂ ਜੇ ਸਾਨੂੰ ਨਹੀਂ ਪਤਾ ਸੀ, ਨਹੀਂ ਪਤਾ ਵੀ ਬੈਠੇ ਆ ਸ਼ਾਂਤੀ ਨਾਲ, ਲੋਕਾਂ ਦੀਆਂ ਅੱਖਾਂ 'ਚ ਨਹੀਂ ਆਏ, ਲੋਕਾਂ ਦੇ ਮੋਹਰੇ ਨਹੀਂ ਅਸੀਂ ਭੜਕਦੇ ਫਿਰਦੇ ਰਹੇ ਗਲਤ ਕੰਮ ਕਰ ਕਰਕੇ, ਨਾ ਅਸੀਂ ਗੱਡੀਆਂ 'ਤੇ ਪੈਸਾ ਵੇਸਟ ਕੀਤਾ, ਨਾ ਅਸੀਂ ਬੜੇ ਬੜੇ ਰੈਸਟੋਰੈਂਟਾਂ 'ਚ ਟਿਕਟੋਕ ਬਣਾਉਣ ਦੇ ਲਈ ਪੈ ਇੱਦਾਂ ਫੁਕਰੇਬਾਜ਼ੀ ਮਾਰੀਆਂ, ਇਹ ਕਿਤੇ ਨਾ ਕਿਤੇ ਰਿਹਾ ਹੈਗਾ। ਹੁਣ ਜਿਹੜਾ ਬੱਚੇ, ਮੈਂ ਸਭ ਦੀ ਗੱਲ ਨਹੀਂ ਕਰ ਰਿਹਾ, ਪਰ ਕੁਛ ਕੁ ਬੱਚੇ ਜਿਹੜੇ ਉਹ ਚੀਜ਼ ਕਰਕੇ ਮੋਹਰੇ ਆ ਗਿਆ ਲੋਕਾਂ ਦੀਆਂ ਅੱਖਾਂ ਦੇ ਸੀਗਾ, ਤਾਂ ਅਸੀਂ ਵੀ ਇੰਨੀ ਨੌਲੇਜ ਨਹੀਂ ਸੀਗੀ ਰੱਖਦੇ, ਪਰ ਫਿਰ ਵੀ ਸਾਨੂੰ ਰਹਿਣ ਦਾ ਤਰੀਕਾ ਥੋੜ੍ਹਾ ਬਹੁਤਾ ਸੀਗਾ ਵੀ ਜੇ ਕੰਟਰੀ 'ਚ ਗਏ ਹਾਂ ਤਾਂ ਇੱਥੇ ਕਿੱਦਾਂ ਲੋਕ ਰਹਿੰਦੇ ਨੇ, ਇਹਨਾਂ ਨੂੰ ਵੇਖੋ, ਜੇ ਇਹਨਾਂ ਵਾਂਗੂ ਨਹੀਂ ਰਹਿਣਾ ਆਉਂਦਾ ਤਾਂ ਚੁੱਪ ਕਰ ਜਾਓ। ਹਾਂਜੀ ਪੰਡਤ ਸਾਹਿਬ, ਆਪਣੀ ਟਾਈਮ ਦੀ ਗੱਲ ਹੋਰ ਸੀਗੀ, ਇਹਨਾਂ ਨੂੰ ਮਤਲਬ ਇਹ ਇੱਦਾਂ ਦੇ ਇੱਕ ਮਾਹੌਲ ਦੇ ਵਿੱਚ ਪੈਦਾ ਹੋਏ ਆ, ਇਹਨਾਂ ਦੀ ਮਤਲਬ ਇਹਨਾਂ ਨੇ ਹਜੇ ਬੜਾ ਦੁਨੀਆਂ ਦੇਖੀ ਨਹੀਂ ਹੈਗੀ, ਇਸ ਕਰਕੇ ਆਪਣਾ ਵੱਡਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਨੂੰ ਦੁਨੀਆਦਾਰੀ ਇਹਨਾਂ ਨੂੰ ਸਿਖਾ ਲਈਏ, ਆਪਾਂ ਨੂੰ ਹੈਂਡਲ ਕਰੀਏ ਇਹਨਾਂ ਨੂੰ। ਠੀਕ ਹੈ, ਤੁਹਾਡੇ ਨਾ ਪ੍ਰੋਬਲਮ ਆ ਰਹੀ ਆ ਫੋਨ ਦੇ ਵਿੱਚ, ਦੁਬਾਰਾ ਨਾ ਕੱਟ ਕੇ ਮੇਰਾ ਵੀਰ ਕਰੋ ਤਾਂ ਫਿਰ ਥੋੜਾ ਠੀਕ ਹੋ ਜਾਵੇਗਾ। ਅਗਲੀ ਕਾਲ ਹੈ ਜੀ 331, ਤੁਸੀਂ ਏਅਰ ਤੇ ਸਰ, ਵੈਲਕਮ। ਹਾਂਜੀ ਪੰਡਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ, ਤੁਸੀਂ ਕਿੱਥੋਂ ਕਾਲ ਕਰ ਰਹੇ ਹੋ? ਮੈਂ ਪੰਡਾ ਸਾਹਿਬ ਆਸਟ੍ਰੇਲੀਆ ਤੋਂ ਗੱਲ ਕਰ ਰਿਹਾ। ਠੀਕ ਹੈ ਵੀਰ। ਹਾਂਜੀ ਹਾਂਜੀ ਭਾਜੀ, ਬਸ ਮੈਂ ਉਹੀ ਤੁਹਾਡਾ ਸ਼ੋਅ ਵੇਖਣ ਡਿਆ ਸੀ ਇੱਥੇ, ਤੇ ਉਹੀ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਸੀ ਬਾਈ, ਜਿੱਦਾਂ ਗੱਲ ਕਰਦੇ ਸੀ ਆਪਾਂ ਇੰਡੀਆ ਦੀ, ਪੰਜਾਬ ਦੀ, ਮੈਂ ਮੇਰਾ ਪਰਸਨਲ ਐਕਸਪੀਰੀਅੰਸ ਤੁਹਾਡੇ ਅੱਗੇ ਸ਼ੇਅਰ ਕਰਨਾ ਚਾਹੁੰਦਾ, ਹਨਾ ਵੀ ਜਿਹਦੇ ਕਰਕੇ ਕਈ ਲੋਕ ਸੁਣਦੇ ਨੇ ਤੁਹਾਡੇ, ਹਨਾ ਵਧੀਆ ਇੱਥੇ ਬੰਦੇ ਬਹਿੰਦੇ ਨੇ। ਹਾਂਜੀ। ਤੇ ਮੈਂ ਪੰਡਾ ਸਾਹਿਬ ਆਸਟ੍ਰੇਲੀਆ ਤੋਂ 6 ਪਹਿਲਾਂ ਇੱਥੇ ਆਇਆ ਸੀ, ਤੇ ਤੁਸੀਂ ਲਾ ਲਓ ਵੀ ਮੈਂ ਘਰੇ ਪੈਸਾ ਨੀ ਭੇਜਿਆ ਕੋਈ, ਠੀਕ ਹੈ, ਘਰ ਦੇ ਪਿੱਛੋਂ ਚੰਗੇ ਸੀਗੇ, ਨਾ ਉਹਨਾਂ ਨੇ ਮੰਗਿਆ ਮੇਰੇ ਤੋਂ, ਉਹ ਆਂਦੇ ਆਪਣਾ ਜੋੜ ਤੋਂ ਕਰ ਜਿਹੜਾ ਕੁਛ ਕਰਨਾ, ਹਨਾ। ਤੇ ਮੈਂ ਇੱਥੇ ਉਦਾਂ ਹੀ, ਨਾ ਮੈਂ ਕੋਈ ਗੱਡੀ ਤੇ ਇਨਵੈਸਟਮੈਂਟ ਕੀਤੀ, ਕੁਛ ਨੀ ਕੀਤਾ, ਹਨਾ, ਵਧਿਆ ਮਤਲਬ ਆਪਣਾ ਪੈਸਾ ਜੋੜਿਆ,
ਮੈਂ ਪੱਡਾ ਸਾਹਿਬ 2-2.5 ਲੱਖ ਡਾਲਰ ਜੋੜ ਲਿਆ ਸੀ ਇੱਥੇ ਤੇ ਉੱਥੇ ਮੈਂ ਕੀ ਕੀਤਾ ਪੱਡਾ ਸਾਹਿਬ ਮੈਂ ਆਪਣੀ ਖੁਦ ਦੀ ਕੋਈ ਗੱਲ ਦੱਸਦਾ ਵੀ ਪੰਜਾਬ 'ਚ ਬਾਈ ਮੈਂ ਪੈਲਸ ਉੱਥੇ ਬਣਾਇਆ ਸਾਡੇ ਉੱਥੇ ਹਨਾ ਸੰਗਰੂਰ ਦਾ ਬਾਈ ਮੈਂ ਠੀਕ ਹੈ ਵੀਰ ਤੇ ਉੱਥੇ ਦੀ ਪੈਲਸ ਬਣਾਇਆ ਬਾਈ ਜੀ ਤੇ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਮੈਂ ਹਾਲੇ ਵੀ ਬਾਹਰ ਹਾਂ ਤੇ ਮੈਂ ਉਹ ਪੈਲਸ ਠੇਕੇ ਤੇ ਚਾੜਿਆ ਹੋਇਆ ਉੱਥੇ 60-50 ਲੱਖ ਰੁਪਇਆ ਮੈਨੂੰ ਸਾਲ ਦਾ ਮਿਲਦਾ ਫੁੱਲੀ ਏ ਸੀ ਬਣਾਇਆ ਮੈਂ ਉੱਥੇ ਹਨਾ ਮਤਲਬ ਕਈ ਏਦਾਂ ਦੇ ਬਿਜ਼ਨਸ ਨੇ ਪੱਡਾ ਸਾਹਿਬ ਬੰਦਾ ਦਿਮਾਗ ਲਾਵੇ ਨਾ ਮੈਂ ਹੁਣ ਉੱਥੇ ਰਵਾਂ ਭਾਵੇਂ ਇੱਥੇ ਰਵਾਂ ਮੇਰੇ ਕੋਲ PR ਆਈ ਆ ਉੱਥੇ ਰਵਾਂ ਭਾਵੇਂ ਇੱਥੇ ਰਵਾਂ ਹਨਾ ਮੈਨੂੰ ਦੋਨੋਂ ਪਾਸੇ ਮੈਨੂੰ ਸਵਰਗ ਆ ਮੈਂ ਮਾੜਾ ਨੀ ਕਹਿੰਦਾ ਪੰਜਾਬ ਨੂੰ ਵੀ ਮਾੜਾ ਨੀ ਕਹਿੰਦਾ ਬਾਹਰਲੇ ਮੁਲਕ ਨੂੰ ਕਿਉਂਕਿ ਇੱਥੋਂ ਮੈਂ ਕਮਾ ਕੇ ਉੱਥੇ ਇਨਵੈਸਟਮੈਂਟ ਕਰਤੀ ਹਨਾ ਕੱਲ ਨੂੰ ਵੇਚਣਾ ਬਟ ਉਹ ਜ਼ਮੀਨ ਤਾਂ ਤੁਹਾਨੂੰ ਪਤਾ ਪੱਡਾ ਸਾਹਿਬ ਸੋਹਣਾ ਹੀ ਹੁੰਦਾ ਹਨਾ ਅੱਜ ਦੇ ਟਾਈਮ ਚ ਬਿਲਕੁਲ ਤੇ ਉਹੀ ਚੀਜ਼ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਆਪਣੇ ਲੋਕੀ ਨਾ ਕੁਲਚੇ ਦੀ ਰੇਹੜੀਆਂ ਲਾਲੀਆਂ ਉਹ ਕਰ ਲਿਆ ਮਤਲਬ ਛੋਟੀ ਚੀਜ਼ਾਂ ਦੇ ਫਸੇ ਹੋਏ ਨੇ ਤੁਸੀਂ ਵੇਟ ਕਰੋ ਪੈਸਾ ਇੰਨਾ ਕੁ ਜੋੜੋ ਵੀ ਤੁਸੀਂ ਮੋਟੀ ਇਨਵੈਸਟਮੈਂਟ ਕਰੋ ਵੀ ਕੱਲ ਨੂੰ ਤੁਸੀਂ ਵਿਹਲੇ ਬਹਿ ਕੇ ਵੀ ਖਾ ਸਕੋ ਰੀਅਲ ਸਟੇਟ ਦਾ ਵੀ ਮੈਨੂੰ ਐਂਦੀ ਜੇ ਮੈਂ ਬਾਹਰਲੇ ਮੁਲਕ ਚ ਪੈਸੇ ਲਾਉਂਦਾ ਤੇ ਉਹ ਮੈਨੂੰ ਘੱਟੋ ਘੱਟ ਇੱਥੇ ਆਸਟ੍ਰੇਲੀਆ ਸਾਡੇ 7-8 ਲੱਖ ਡਾਲਰ ਨੂੰ ਘਰ ਪੈਂਦਾ ਉਹ ਵੀ ਤੁਸੀਂ ਲਾ ਲਓ ਛੋਟਾ ਜਿਹਾ 4 ਬੈਡਰੂਮ ਪੈਂਦਾ ਬਿਲਕੁਲ ਹਨਾ ਜਿਹਦਾ ਗੇਟ ਵੀ ਸਾਡਾ ਭੀੜਾ ਜਾਂਦਾ ਵੀ ਸੋਹਾ ਵਾੜਨ ਲੱਗੇ ਵੀ ਬੰਦਾ ਕੰਧ ਭੰਨ ਲੈਂਦਾ ਤੇ ਮੈਂ ਉਹੀ ਸੋਚਿਆ ਵੀ 6 ਲੱਖ ਡਾਲਰ ਇੱਥੇ ਲਾਉਣ ਨਾਲੋ ਮੈਂ ਉੱਥੇ ਪੱਡਾ ਸਾਹਿਬ 2-2.5 ਲੱਖ ਲਾਇਆ ਮੈਨੂੰ ਪਤਾ ਮੈਂ 5 ਸਾਲਾਂ 'ਚ ਪੈਸੇ ਰਿਕਵਰ ਕਰ ਲੂੰਗਾ ਉਹ ਵਾਲੇ ਨਾਲੇ ਮੈਂ ਇੱਥੇ ਭਾਵੇਂ ਮੈਂ ਬਾਹਰ ਵੀ ਚੱਲ ਜਾਂ ਕਿੱਥੇ ਚੱਲ ਜਾਵਾਂ ਮੈਨੂੰ ਘਰੇ ਬੈਠੇ ਇਨਕਮ ਆਉਣੀ ਆ ਮੇਰਾ 70-80 ਹਜ਼ਾਰ ਡਾਲਰ ਘਰੇ ਬੈਠੇ ਬਣਦਾ ਅੱਜ ਸਾਲ ਦਾ ਜਿਹੜਾ ਕਿ ਮੈਨੂੰ ਉੱਥੋਂ ਠੇਕਾ ਆਉਂਦਾ ਹਨਾ ਉੱਥੇ ਮੈਂ ਇੱਕ ਸਿਰਫ ਭਈਆ ਰੱਖਿਆ ਹੋਇਆ ਉਹ ਪਾਰਕ ਦੀ ਟੇਕ ਕੇਅਰ ਸਾਰਾ ਕੁਛ ਕਰਦਾ ਉਹੀ ਦੱਸਣਾ ਚਾਹੁੰਦਾ ਵੀ ਇੱਕ ਨਾ ਜਰੀਆ ਮੈਨੂੰ ਗਾਈਡ ਕੀਤਾ ਕਿਸੇ ਨੇ ਸਾਡੇ ਵੱਡੇ ਸੀਗੇ ਤੇ ਏਦਾਂ ਕਰਕੇ ਵੀ ਇਹ ਚੀਜ਼ਾਂ ਤੁਸੀਂ ਵੀ ਗਾਈਡ ਕਰੋ ਹਨਾ ਤੁਸੀਂ ਵੀ ਪ੍ਰੋਪਰਟੀ 'ਚ ਹੈਗੇ ਹੋ ਵੀ ਲੋਕਾਂ ਨੂੰ ਕਹੋ ਵੀ ਆਹ ਜਿਹੜੇ ਗੱਡੀਆਂ ਗੁੱਡੀਆਂ ਲੈਂਦੇ ਨੇ ਹਨਾ ਉੱਥੇ ਜਵਾਕ ਜਿਹੇ ਨਿਆਣੇ ਜਿਹੇ ਤੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਆਪਣਾ ਰੀਅਲ ਸਟੇਟ ਵੱਲ ਜਾਣ ਤੇ ਆਪਣੀ ਇਨਵੈਸਟਮੈਂਟ ਕਰਨ ਹਨਾ ਇਹ ਪਰ ਜੇ ਹੁਣ ਬਾਈ ਜੀ ਜਿਹੜਾ ਤੁਹਾਡਾ ਹਾਲ ਹੈਗਾ ਤੁਸੀਂ ਉਹ ਲੀਜ਼ 'ਤੇ ਦਿੱਤਾ ਹੈਗਾ ਤੇ ਕੱਲ ਨੂੰ ਤੁਹਾਨੂੰ ਲੱਗਦਾ ਵੀ ਤੁਸੀਂ ਇੰਨੀ ਪਾਵਰ ਉੱਥੇ ਰੱਖਦੇ ਹੋ ਵੀ ਕੋਈ ਜਿਹੜਾ ਬੰਦਾ ਹੁਣ ਤੁਹਾਨੂੰ 50-60 ਲੱਖ ਰੁਪਇਆ ਸਾਲ ਦਾ ਰੈਂਟ ਦੇ ਰਿਹਾ ਉਹ ਬੰਦਾ ਵੈਲ ਆਫ ਹੋਵੇਗਾ ਬੰਦੇ ਦੇ ਲਿੰਕ ਹੋਣਗੇ ਕਨੈਕਸ਼ਨ ਹੋਣਗੇ ਕੀ ਤੁਸੀਂ ਇੰਨਾ ਤੁਹਾਨੂੰ ਹੈਗਾ ਵੀ 100% ਤੁਹਾਡਾ ਛੱਡ ਦੇਵੇਗਾ ਤੁਹਾਡੇ ਕਹਿਣ 'ਤੇ ਪਰੇ ਹੋ ਜਾਵੇਗਾ ਨਹੀਂ ਬਿਲਕੁਲ ਛੱਡੂਗਾ ਪੱਡਾ ਸਾਹਿਬ ਇਹ ਜਿਹੜੇ ਜਾਂ ਆਪਾਂ ਕਿਸੇ ਨੂੰ ਐਗਰੀਮੈਂਟ ਵੀ ਦਿੰਦੇ ਹਾਂ ਨਾ ਆਪਾਂ ਇੱਦਾਂ ਨੇ ਵੀ ਮੂੰਹ ਚੱਕ ਕੇ ਕਿਸੇ ਨੂੰ ਵੀ ਦੇਤਾ ਉਹ ਕਿਉਂਕਿ ਹੁਣ ਸਪੋਜ਼ ਕਰੋ ਤੁਸੀਂ ਜਿਵੇਂ ਕਰ ਵੀ ਕਬਜ਼ਾ ਕਰ ਲਿਆ ਏਦਾਂ ਨਹੀਂ ਕੁਛ ਨਹੀਂ ਹੁੰਦਾ ਹੁੰਦਾ ਏਦਾਂ ਹਨਾ ਹੁਣ ਥੋੜ੍ਹਾ ਜਿਹਾ ਉੱਥੇ ਮਾਹੌਲ ਹੋਰ ਤਰ੍ਹਾਂ ਦਾ ਜਿਹੜਾ ਬੰਦਾ ਨਾ ਪੱਡਾ ਸਾਹਿਬ ਇਹਦੇ 'ਚ ਵਿਚਰਦਾ ਉਹ ਉਹਦੇ 'ਚ ਮਤਲਬ ਹੋਰ ਸੱਚ ਹੁੰਦਾ ਦਿਖਾਇਆ ਹੋਰ ਜਾਂਦਾ ਜਿਹੜੇ ਅੱਜ ਵੀ ਕਈ ਉਹਦੇ ਤੁਸੀਂ ਲਾ ਲਓ ਜਿਹੜੇ ਮੈਰਿਜ ਰਿਜ਼ੋਰਟ ਹੈਗੇ ਨੇ ਹੋਰ ਛੋਟੇ ਮੋਟੇ ਹੈਗੇ ਨੇ ਈਵਨ ਕਿ ਜਿਹੜੇ ਉੱਥੇ ਹੋਟਲ ਨੇ ਜਿਹੜੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਤੁਸੀਂ ਉੱਥੇ ਇਨਵੈਸਟਮੈਂਟ ਕਰਦੇ ਚੰਗਾ ਪੈਸਾ ਲੱਗਦਾ ਰੈਦਰ ਦੈਨ ਤੁਸੀਂ 6-6 ਲੱਖ ਦੇ ਉੱਤੇ ਘਰ ਲੈਂਦੇ ਹੋ ਗੱਡੀਆਂ ਲੈਂਦੇ ਹੋ ਹਨਾ ਤੇ ਉਹ ਪਹਿਲਾਂ ਤੁਸੀਂ ਇੰਨਾ ਕੁ ਵੀ ਕਰੋ ਤੁਹਾਡੇ ਕੋਲ ਵੀ ਪਿੱਛੇ ਘਰੇ ਬਹਿਣ ਨੂੰ ਬਹਿ ਕੇ ਬੈਠੇ ਬਿਠਾਏ ਪੈਸੇ ਆਉਣ ਕਿਉਂਕਿ ਉੱਥੇ ਨਾ ਮੈਂ ਜਿਹੜੇ ਕਾਫੀ ਬੰਦੇ ਨੇ ਪੱਡਾ ਸਾਹਿਬ ਉੱਥੇ ਬੰਦੇ ਏਦਾਂ ਦੇ ਨੇ ਉਹ ਇਨਵੈਸਟਮੈਂਟ ਨਹੀਂ ਕਰਦੇ ਹੈਗੇ ਉਹ ਕੀ ਕਰਦੇ ਨੇ ਜਿਵੇਂ ਠੇਕੇ ਤੇ ਲੈਂਦੇ ਨੇ 60 ਲੱਖ ਨੂੰ 50 ਲੱਖ ਨੂੰ 40 ਲੱਖ ਨੂੰ ਡਿਪੈਂਡ ਕਰਦਾ ਏਰੀਏ ਦੇ ਹਿਸਾਬ ਨਾਲ ਤੇ ਕਿਉਂਕਿ ਆਪਾਂ ਜੇ ਵਿਆਹ ਕਰਦੇ ਹਾਂ ਪੱਡਾ ਸਾਹਿਬ 4 ਲੱਖ ਨੂੰ 3 ਲੱਖ ਨੂੰ ਪੈਲਸ ਬੁੱਕ ਹੁੰਦਾ ਹਨਾ ਠੀਕ ਹੈ 2 ਲੱਖ ਨੂੰ ਤਾਂ ਕੋਈ ਮੈਂ ਕਹਿੰਦਾ ਮਾੜੇ ਤੋਂ ਮਾੜਾ ਕੋਈ ਧਰਮਸ਼ਾਲਾ ਉਹ ਵੀ 1-1.5 ਲੱਖ ਲੈ ਜਾਂਦੀ ਆ ਤੇ ਤੁਸੀਂ ਵਧੀਆ ਪੈਲਸ ਪਾਇਆ ਹੋਵੇ ਪੱਡਾ ਸਾਹਿਬ 4-4 ਲੱਖ ਨੂੰ ਜਨਤਾ ਦਿੰਦੀ ਆ ਖੁੱਲੇ ਹਾਲ ਹੁੰਦੇ ਨੇ ਤੁਹਾਨੂੰ ਪਤਾ ਵਿਆਹ ਉੱਥੇ ਵਧੀਆ ਸ਼ੌਂਕ ਨਾਲ ਕਰਦੇ ਨੇ ਆਪਣੇ ਜੱਟਾਂ ਨਹੀਂ ਉਹੀ ਮੈਂ ਉਹ ਗੱਲ ਕਰ ਰਿਹਾ ਸੀਗਾ ਦੇਖੋ ਜਿਹੜਾ ਉੱਥੇ ਖਤਰਾ ਕੀ ਪਾਇਆ ਜਾ ਰਿਹਾ ਹੁਣ ਜਿਹੜਾ ਇੱਕ ਭਰਾ ਇੰਡੀਆ ਜਾ ਕੇ ਆਪਣੇ ਭਰਾ ਕੋਲੋਂ ਅੱਧੀ ਜ਼ਮੀਨ ਮੰਗਦਾ ਉਹਨੂੰ ਕਿਸੇ ਨੂੰ ਨਹੀਂ ਮਿਲਦੀ 99% ਨੂੰ ਨਹੀਂ ਮਿਲਦੀ 99% ਕੀ 100% ਨੂੰ ਨਹੀਂ ਮਿਲਦੀ ਜਿਹਦੀ ਭੈਣ ਬੈਠੀ ਉਹ ਦੱਬ ਕੇ ਬੈਠੀ ਆ ਜਿਹਦੀ ਕੋਈ ਕੋਠੀ ਆ ਪਰਸੋਂ ਕਾਲ ਆਈ ਹੈ ਉਹ ਕਹਿੰਦਾ ਮੇਰਾ ਭਤੀਜਾ ਮੈਨੂੰ ਉੱਥੇ ਭਜਾਤਾ ਉਹਨੇ ਕਹਿੰਦਾ ਮੈਂ ਹੁਣ ਕੀ ਕਰਾਂ ਕਹਿੰਦਾ ਉਹਨੇ ਗਿਆ ਕਹਿੰਦਾ ਗੋਲੀਆਂ ਗਾਲੀਆਂ ਚਲਾਤੀਆਂ ਉੱਥੇ ਭਤੀਜੇ ਮੇਰੇ ਨੇ ਕਹਿੰਦਾ ਕੋਠੀ ਵੀ ਦੱਬ ਗਿਆ ਸਾਰੀ ਜ਼ਮੀਨ ਦੱਬ ਗਿਆ ਮੈਂ ਤਾਂ ਇਹ ਕਹਿ ਰਿਹਾ ਸੀਗਾ ਵੀ ਜਿਹੜਾ ਵਿਅਕਤੀ ਤੁਹਾਡਾ ਭਤੀਜਾ ਤੁਹਾਡਾ ਭਰਾ ਤੁਹਾਡੇ ਨਾਲ ਠੱਗੀਆਂ ਕਰੀ ਜਾਂਦਾ ਅਤੇ ਜੇ ਤੁਹਾਡਾ ਬੈਂਕਰ ਹਾਲ 'ਤੇ ਕਿਸੇ ਬੰਦੇ ਦਾ 6 ਮਹੀਨੇ ਸਾਲ ਦਾ ਕਬਜ਼ਾ ਹੈਗਾ ਵੀ ਤੁਸੀਂ ਉੱਥੋਂ ਛਡਵਾ ਸਕਦੇ ਹੋ ਇਹ ਬਹੁਤ ਵੱਡਾ ਸਵਾਲ ਹੈ ਜਿੱਥੇ ਸੇਫ ਤੁਸੀਂ ਮੰਨ ਰਹੇ ਹੋ ਠੀਕ ਹਾਂਜੀ ਇਹਦੇ 'ਚ ਵੱਡਾ ਸਮਾਂ ਵੀ ਚੀਜ਼ ਦੱਸਦਾ ਤੁਹਾਨੂੰ ਇਹ ਸਾਲ ਸਾਲ ਦਾ ਐਗਰੀਮੈਂਟ ਹੁੰਦਾ ਹੁੰਦੇ ਸਾਲ ਦਾ ਕਰ ਲਿਆ 2 ਸਾਲ ਦਾ ਕਰ ਲਿਆ ਹੈ ਨਾ ਜੀ ਮਿਨੀਮਮ ਐਗਰੀਮੈਂਟ ਸਾਲ ਦਾ ਬੰਦਾ ਉਹਦੇ 'ਚ ਕੀਤਾ ਜਿਵੇਂ ਉਹਦੇ 'ਚ ਕੀ ਹੁੰਦਾ ਹੁੰਦਾ ਪੱਡਾ ਸਾਹਿਬ ਬੰਦਾ ਜੇ ਬਾਹਰਲੇ ਮੁਲਕ ਰਹਿੰਦਾ ਨਾ ਉੱਥੇ ਆਪਣੀ ਹਾਜ਼ਰੀ ਨਹੀਂ ਦਿੰਦਾ ਹੈਗਾ ਉਹ ਬੰਦਾ ਉੱਥੇ ਮਾਰ ਖਾਂਦਾ ਜਿਹੜੇ ਬੰਦੇ ਨੇ 6-6-7-7 ਸਾਲ ਜਾਣਾ ਨਹੀਂ ਉਹ ਫਿਰ ਜਿਹੜਾ ਆਪਾਂ ਕਹਿੰਦਾ ਸੀਰੀ ਨੂੰ ਨਾਲ ਬਿਠਾ ਕੇ ਪੈਗ ਲਵਾਉਂਦੇ ਹਾਂ ਸੀਰੀ ਸਾਂ ਤਾਂ ਮੈਂ ਹੀ ਮਾਲਕ ਆ ਜ਼ਮੀਨ ਦਾ ਹਾਂ ਨਹੀਂ ਇੱਕ ਮੈਂ ਹਾਂਜੀ ਵੀਰ ਜਿਵੇਂ ਨਹੀਂ ਦੇਖੋ ਬਿਜ਼ਨਸ ਲਈ ਵਧੀਆ ਚੀਜ਼ ਆ ਜਦੋਂ ਤੋਂ ਤੁਸੀਂ ਬਣਾਇਆ ਜਦੋਂ ਤੋਂ
ਕਿੰਨੇ ਬੰਦੇ ਉੱਤੇ ਸ਼ਿਫਟ ਕਰ ਚੁੱਕੇ ਹੋ? ਪਹਿਲਾਂ ਇੱਕ ਸਾਲ ਲਈ ਇਹਨੂੰ ਦੇਤਾ, ਦੋ ਸਾਲ ਲਈ ਉਹਨੂੰ ਦੇਤਾ, ਕਿੰਨੇ ਬੰਦੇ ਜਿਹੜੇ ਤੁਸੀਂ ਫਲਿੱਪ ਕਰ ਚੁੱਕੇ ਹੋ ਉਹਦੇ ਵਿੱਚ? ਦੋ ਬੰਦੇ ਫਲਿੱਪ ਕੀਤੇ ਆ ਜੀ, ਤੇ ਉਹ ਮਤਲਬ ਉੱਥੇ ਕੰਪੀਟੀਟਰ ਜਾਂ ਕੁਛ ਏਦਾਂ ਹੈਗਾ, ਤੇ ਉਹ ਮਤਲਬ ਹਰ ਸਾਲ ਨਵੀਂ ਆਫਰ ਆਉਂਦੀ ਹੈ ਤੇ ਮੈਂ ਉਹ ਨੋਟਿਸ ਦੇ ਕੇ ਏਦਾਂ ਕਰਕੇ ਮਤਲਬ ਕਰ ਦਿੰਦੇ। ਠੀਕ ਹੈ, ਚੰਗੇ ਬੰਦੇ ਮਿਲਦੇ ਨੇ ਜਿਹੜੇ ਜਿਹੜੇ ਬਿਜ਼ਨਸਮੈਨ ਨੇ, ਜਿੱਦਾਂ ਕੋਈ ਬੰਦਾ ਬਿਜ਼ਨਸ ਕਰਦਾ, ਜਿਵੇਂ ਹੁਣ ਤੁਸੀਂ ਸਪੋਜ਼ ਕਰੋ ਤੁਹਾਨੂੰ ਪਤਾ ਵੀ ਆਹ ਮਾਰਕੀਟ 'ਚ ਪੈਲਸ ਚੱਲਦਾ, ਉਹ ਅੱਜ ਕੱਲ੍ਹ ਕੀ ਕਰਦੇ ਨੇ ਵੀ ਉਹਦੇ 'ਚ ਪੂਰੀ ਡੀਲ ਦਿੰਦੇ ਨੇ ਵੀ ਤੁਸੀਂ ਪੈਲਸ ਬੁੱਕ ਕਰੋ, ਸਾਰਾ ਕੁਛ ਕੈਟਰਿੰਗ ਕੁਟਰਿੰਗ ਬੜਾ ਕੁਛ ਹੈਗਾ, ਮਤਲਬ ਖੱਜਲ ਖੁਆਰੀ ਵਾਲਾ। ਤੁਸੀਂ ਨਹੀਂ ਜਾਣਾ ਚਾਹੁੰਦੇ, ਤੁਸੀਂ ਸਿੱਧਾ ਠੇਕੇ 'ਤੇ ਚਾੜੋ, ਆਪਣਾ ਰਿਲੈਕਸ ਕਰੋ, ਉਹ ਆਪੇ ਵਧੀਆ ਪੈਸੇ ਬਣਾਉਂਦੇ ਨੇ। ਅਤੇ ਉਹਦੇ 'ਚ ਇੱਦਾਂ ਹੁੰਦਾ ਵੀ ਤੁਸੀਂ ਸਪੋਜ਼ ਕਰੋ 40 ਨੂੰ ਚਾੜਿਆ, 45 ਨੂੰ ਚਾੜਿਆ, ਅਗਲੇ ਵਾਰੀ ਬੰਦਾ ਕਹਿੰਦਾ ਵੀ 50 ਲੱਖ ਦਿੰਦਾ ਮੈਂ, ਹੈ ਨਾ, ਉਹ ਤੁਸੀਂ ਨੋਟਿਸ ਦੇ ਕੇ ਇੱਦਾਂ ਕਰਕੇ ਮਤਲਬ ਇੱਦਾਂ ਹੁੰਦਾ ਹੁੰਦਾ ਸਿਸਟਮ। ਮਤਲਬ ਤੁਹਾਡੀ ਕਿੰਨੀ ਲਾਗਤ ਵੈਸੇ ਕਿੰਨੀ ਆਈ ਆ, ਕਿੱਡਾ ਕਿੱਡਾ ਹਾਲ ਹੈ, ਕਿੰਨੇ ਲੋਕ ਇਹ 'ਚ ਫਿੱਟ ਆ ਜਾਂਦੇ ਨੇ? ਇਹ ਪੱਡਾ ਸਾਹਿਬ ਵਧੀਆ ਬਣਿਆ, 1.5 ਕਿੱਲੇ 'ਚ ਬਣਾਇਆ। ਅੱਛਾ, 1.5 ਕਿੱਲੇ 'ਚ ਹੀ ਬਣ ਗਿਆ, ਠੀਕ ਹੈ। ਹਾਂਜੀ, ਤੇ ਉਹੀ ਸੀਗਾ ਇਨਵੈਸਟਮੈਂਟ ਦੇ ਹਿਸਾਬ ਨਾਲ, ਤੇ ਉੱਤੇ 2 ਕਰੋੜ ਦੀ ਇਨਵੈਸਟਮੈਂਟ ਸੀਗੀ। ਠੀਕ ਹੈ, ਠੀਕ ਹੈ, ਠੀਕ ਹੈ ਪੱਡਾ ਸਾਹਿਬ, ਤੇ ਮੈਂ ਉਹੀ ਮਤਲਬ ਵਧੀਆ, ਠੀਕ ਹੈ, ਸਵਾ ਕੁ ਦੋ ਲੱਖ ਡਾਲਰ ਮੇਰੇ ਕੋਲ ਹੈਗਾ ਸੀ, ਲੱਖ, ਹੈ ਨਾ ਜੀ, ਤੇ ਬਾਕੀ ਮੈਂ ਲੋਨ ਚੱਕਾ ਕੇ ਮਤਲਬ ਉਹ ਕੰਪਲੀਟ ਕੀਤਾ ਸਾਰਾ। ਉਹ ਮਤਲਬ ਵਧੀਆ, ਏਦਾਂ ਦੱਬ ਨਹੀਂ ਸਕਦਾ ਹੈਗਾ, ਕਿਉਂਕਿ ਬੈਂਕ ਇਨਵੋਲਵ ਹੈ ਵਿੱਚ, ਹੈ ਨਾ, ਬਾਹਲੀ ਚੀਜ਼ਾਂ ਨੇ, ਤੇ ਏਦਾਂ ਨਹੀਂ ਦੱਬ ਸਕਦਾ। ਥੋੜਾ ਜਿਹਾ ਵੀ ਮੈਂ ਪ੍ਰੋਪਰ ਕੈਸ਼ ਵੀ ਨਹੀਂ ਕਰ ਵੀ ਸਕਦਾ, ਹੈ ਨਾ, ਵੀ ਬੈਂਕ ਇਨਵੋਲਵ ਆ, ਗੌਰਮੈਂਟ ਦੇ ਹੋਰ ਵਾਹਵਾ ਕੁਛ ਆਉਂਦਾ ਹੁੰਦਾ, ਮਤਲਬ ਏਦਾਂ ਨਹੀਂ ਕਰ ਸਕਦਾ। ਬਾਕੀ ਜਿਹੜੇ ਘਰ ਨੇ ਆਹ ਛੋਟੇ ਮੋਟੇ ਨੇ ਚੀਜ਼ਾਂ ਨੇ, ਇਹਦੇ 'ਤੇ ਬੰਦੇ ਉੱਦਾਂ ਹੀ 4-5 ਬੰਦੇ ਇਕੱਠੇ ਹੋ ਜਾਂਦੇ ਨੇ, ਪਰ ਇਹਦੇ 'ਚ ਫਿਰ ਤੁਸੀਂ ਫੋਰਸ ਚੱਕ ਸਕਦੇ, ਪੁਲਿਸ ਫੋਰਸ ਤੁਹਾਡੇ ਕੋਲ ਹੈਗੀ ਆ, ਬੈਂਕ ਹੈਗਾ ਇਨਵੋਲ, ਕਿਉਂਕਿ ਬੈਂਕ ਦੀ ਆਪਣੀ ਪ੍ਰੋਪਰਟੀ ਨੂੰ ਦੱਬਣ ਦਿੰਦਾ। ਵੈਰੀ ਗੁੱਡ, ਠੀਕ ਹੈ, ਠੀਕ ਹੈ, ਥੈਂਕ ਯੂ। ਮਤਲਬ ਵੀ ਆਪਣਾ ਜਰੀਆ ਉੱਦਾਂ ਦਾ ਬਣਾਓ ਵੀ ਤੁਸੀਂ ਵਧੀਆ ਬਹਿ ਕੇ ਖਾ ਸਕੋ, ਹੈ ਨਾ। ਉਹ ਹੁਣ ਅੱਜ ਲੈਣ ਨੂੰ ਮੈਂ, ਹੈ ਨਾ, ਕਿਹੜੀ ਮਰਜ਼ੀ ਗੱਡੀ ਚੱਕਣ ਨੂੰ ਚੱਕ ਲਾਂ, ਹੈ ਨਾ, ਮੈਂ ਅੱਜ ਵੀ ਨੋਰਮਲ ਗੱਡੀ ਰੱਖੀ ਹੋਈ ਆ, ਮਤਲਬ ਵਧੀਆ, ਨਾ ਦਿਖਾਵਾ ਕਰੀਦਾ, ਨਾ ਆਪਾਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਪਾਈਦਾ ਵੀ ਆਪਾਂ ਆਹ ਤਰੱਕੀ ਕਰ ਲਈ, ਆਹ ਕਰ ਲਿਆ, ਉਹ ਬੰਦਾ ਇੱਥੋਂ ਮਾਰ ਖਾਂਦਾ ਵੱਡਾ ਸਾਹਿਬ ਸਾਰੀ। ਵੈਰੀ ਗੁੱਡ, ਹਾਂ, ਦੇਖੋ ਵੀਰ, ਥੈਂਕ ਯੂ, ਬਹੁਤ ਸੋਹਣੀ ਗੱਲਬਾਤ ਕੀਤੀ, ਵਧੀਆ ਲੱਗਾ। ਹਾਂ, ਦੇਖੋ, ਜਦੋਂ ਤੁਸੀਂ ਇੱਕ ਵਾਰੀ ਨਾ ਪੈਰੀ ਹੋ ਜਾਂਦੇ ਹੋ ਫਿਰ ਗੱਡੀਆਂ ਚਲਾਓ, ਪਰ ਜੇ ਤੁਸੀਂ ਪੈਰੀ ਨਹੀਂ ਹੋ ਤਾਂ ਉਹ ਗੱਲਾਂ, ਇੱਥੇ ਇੱਕ ਮੈਂ ਵੇਖ ਰਿਹਾ ਸੀਗਾ, ਵੀਡੀਓ ਵਾਇਰਲ ਹੋ ਰਹੀ ਸੀ ਕਿਸੇ ਬੰਦੇ ਦੀ, ਉਹ ਕੋਈ ਇੰਟਰਵਿਊ ਕਰ ਰਿਹਾ ਵੀ ਤੂੰ ਗੱਡੀ ਲਈ ਹੈ, ਕਹਿੰਦਾ ਮੇਰੇ ਤੋਂ ਲੋਕ ਸੜਦੇ ਬਹੁਤ ਹੈ, ਪੁਰਾਣੇ ਆਏ, ਮੈਂ ਗੱਡੀ ਲਈ ਹੈ। ਉਹ ਕਹਿੰਦੇ ਤੇਰਾ ਪਿਓ ਤਾਂ ਅਖੇ ਸਪਰੇਅ ਪੀ ਕੇ ਮਰ ਗਿਆ ਸੀ, ਮਾਂ ਤੇਰੀ ਕੱਪੜੇ ਸੀਂਦੀ ਮਰ ਗਈ ਹੈ, ਕਹਿੰਦਾ ਉਹ ਤਾਂ ਮੇਰਾ ਪਰਸਨਲ ਪਰਿਵਾਰ ਹੈ, ਉਹਦੀਆਂ ਕੋਈ ਗੱਲਾਂ ਕਰਦੇ ਨੇ। ਸੋ ਹੁਣ ਤੁਸੀਂ ਦੇਖੋ ਬੰਦੇ ਦੀ ਸੋਚ ਵੇਖੋ, ਹੁਣ ਪਿਓ ਭੁੱਖ ਨਾ ਵਿਚਾਰਾ, ਉਹਦੇ ਕੋਲ ਕਰਜ਼ਾ ਨਹੀਂ ਪੇ ਹੋਇਆ, ਤੋ ਚੱਕ ਕੇ ਸਪਰੇਅ ਪੈ ਕੇ ਮਰ ਗਿਆ, ਮਾਂ ਉਹਦੀ ਕੱਪੜੇ ਸਿਉਂ ਰਹੀ ਹੈ, ਅਤੇ ਉਹਨੇ ਗੱਡੀ ਲੈ ਲਈ ਇੱਥੇ ਕਰਜ਼ੇ ਆਣ ਕੇ, ਅਤੇ ਫਿਰ ਉਹ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਮੇਰੇ ਤੋਂ ਗੱਲ। ਦੇਖੋ, ਕਿਸੇ ਦਾ ਕੋਈ ਕੇਅਰ ਨਹੀਂ ਹੈ, ਜੇ ਤੁਸੀਂ ਟਿਕਟੋਕ 'ਤੇ ਵੀਡੀਓ ਪਾ ਕੇ ਲੋਕਾਂ ਨੂੰ ਦਿਖਾ ਰਹੇ ਹੋ ਮੈਂ ਗੱਡੀ ਲਈ ਆ, ਫਿਰ ਲੋਕਾਂ ਨੇ, ਪੇਂਡੂਆਂ ਨੇ ਸਵਾਲ ਕਰਨੇ ਨੇ, ਕਹਿਣਾ ਵੀ ਤੂੰ ਇੱਥੇ ਫੁਕਰੀਆਂ ਮਾਰੀ ਜਾਂਦਾ, ਸ਼ੋਅ ਕਰੀ ਜਾਂਦਾ, ਪਰ ਤੇਰੇ ਹਾਲਾਤ ਵੇਖ ਕੀ ਹੈ, ਪਿਓ ਤੇਰਾ ਸਪਰੀ ਪੀ ਕੇ ਮਰ ਗਿਆ, ਮਾਂ ਤੇਰੀ ਕੱਪੜੇ ਸਿਉਂ ਕੇ ਆਪਣਾ ਡੰਗ ਸਾੜਦੀ ਹੈ, ਸਾੜਦੀ, ਤੂੰ ਗਾਂਹ ਫਿਊਚਰ ਲਈ ਕੀ ਸੋਚ ਰਿਹਾ, ਅਤੇ ਤੂੰ ਫਿਊਚਰ ਤੇਰਾ ਕੀ ਆ, ਆ ਜੰਗਲਾਂ 'ਚ ਟੈਂਟ, ਫਿਰ ਤੂੰ 2 ਸਾਲਾਂ ਬਾਅਦ ਮਿਹਨਤਾਂ ਕਰਦੇ ਫਿਰਨਾ। ਸੋ ਇਹੀ ਤਰੀਕਾ ਹੈਗਾ, ਸੇਵਿੰਗ ਮਸਟ ਹੈ, ਸੇਵਿੰਗ ਜ਼ਰੂਰ ਕਰੋ, ਥੋੜ੍ਹੇ ਬਹੁਤੇ ਪੈਸੇ ਆਪਦੇ ਕੋਲ ਸੇਵ ਰੱਖੋ, ਮਾੜੇ ਸਮੇਂ ਦੇ ਲਈ ਤੁਹਾਨੂੰ ਕਿਤੇ ਜੋ ਲੋੜ ਪੈਂਦੀ ਆ ਤੁਸੀਂ ਵਰਤ ਸਕੋ। ਪਰ ਜਿਹੜਾ ਤੁਸੀਂ ਬਿਜ਼ਨਸ ਕਰ ਰਹੇ ਹੋ ਠੀਕ ਹੈ, ਵਧੀਆ, ਜੇ ਕਿਸੇ ਹੋਰ ਵੀ ਕੋਈ ਬੰਦੇ ਦੇ ਕੋਈ ਲਿੰਕ ਹੈਗੇ ਨੇ ਕਿਸੇ ਤਰੀਕੇ ਨਾਲ ਕਰ ਸਕਦਾ ਕਰੋ, ਪਰ ਮੈਂ ਪੰਜਾਬ 'ਤੇ ਟਰੱਸਟ ਨਹੀਂ ਕਰਦਾ ਹੈਗਾ, ਕਿਉਂਕਿ ਮੈਨੂੰ ਪਤਾ ਨਹੀਂ ਉੱਥੇ ਜਿੰਨੇ ਕੁ ਮੈਨੂੰ ਜਾਣਦੇ ਕੋਈ ਕਿਸੇ ਦੀ ਦੱਬ ਲੈਂਦਾ। ਹੁਣ ਤੁਸੀਂ ਕਿੰਨਾ ਸਮਾਂ ਜਾ ਕੇ ਉੱਥੇ ਫਾਈਟ ਕਰੋਗੇ, ਕਿੰਨਾ ਸਮਾਂ ਰਵੋਂਗੇ ਜਾ ਕੇ? ਹੁਣ ਸਾਡੇ ਬੰਦੇ 3 ਮਹੀਨੇ ਰਹਿੰਦੇ ਮੁੜ ਕੇ ਇੱਥੇ ਆਉਂਦੇ, ਕਿਸੇ ਦੀ ਕੋਠੀ ਲੈ ਕੇ ਬੈਠੇ ਉਹ ਦੱਬ ਕੇ ਬਹਿ ਗਿਆ, ਕੋਈ ਕਿਸੇ ਦੀ ਦੁਕਾਨ ਹੈ ਉਹ ਦੱਬੀ ਪਈ ਹੈ, ਕੋਈ ਹੈ ਐਸਾ ਜਿਹਦਾ ਰੌਲਾ ਨਹੀਂ ਚੱਲਦਾ ਹੋਵੇ? 99% ਲੋਕਾਂ ਦਾ ਰੌਲਾ ਆ। ਹੁਣ ਨਵੇਂ ਮੁੰਡੇ ਆਏ ਨੇ, ਹੁਣ ਜਿਹੜੇ ਇਹਨਾਂ ਕੋਲ 5 ਕਿੱਲੇ ਵੀ ਹੋਣ, ਇਹਨਾਂ ਦਾ ਭਰਾ ਉੱਥੇ ਹੋਵੇ, ਉਹ ਵਾਹੁੰਦਾ, ਉਹਨੇ ਬੜੀ ਸੇਵਾ ਕਰਨੀ 2-3 ਸਾਲ, 5-6 ਸਾਲਾਂ ਬਾਅਦ ਇਹ ਜਾ ਕੇ ਕਹਿਣ ਵੀ 2.5 ਕਿੱਲੇ ਮੈਨੂੰ ਦੇ ਦੇ, ਇਹਨਾਂ ਨੂੰ ਦੇ ਦਿੱਤੇ ਤਾਂ ਮੈਨੂੰ ਫੜ ਦਿਓ, ਉਹਨੇ ਕਹਿਣਾ ਨਹੀਂ ਤੇਰਾ ਇੱਥੇ ਲੈਣ ਦੇਣੀ ਕੋਈ ਨਹੀਂ, ਵਗ ਜਾ ਇੱਥੋਂ, ਇਹ ਜ਼ਮੀਨ ਮੇਰੀ ਹੈ। ਸੋ ਇਹ ਖੂਨ 'ਚ ਹੀ ਇੱਦਾਂ ਦਾ ਸਿਸਟਮ ਹੋ ਗਿਆ, ਪਰ ਉੱਥੇ ਆਹ ਪ੍ਰੋਬਲਮ ਹੈ, ਇਹਦਾ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਹੈ। ਹੋਰ ਲਓ ਜੀ, ਆਪਾਂ ਅਗਲੀ ਕਾਲ ਚੱਲਦੇ ਹਾਂ। ਬਾਈ ਜੀ, ਤੁਸੀਂ ਆ ਜਾਓ, 5-5-6 ਵੈਲਕਮ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬ੍ਰੋ, ਕੀ ਹਾਲ ਚਾਲ? ਵਧੀਆ ਵੀਰੇ, ਵਧੀਆ, ਤੁਸੀਂ ਸੁਣਾਓ? ਹੋਰ ਵੀ ਚੜ੍ਹਦੀ ਕਲਾ। ਹਾਂ, ਚੜ੍ਹਦੀ ਕਲਾ। ਅੱਛਾ ਅੱਛਾ ਬਾਈ ਜੀ, ਤੁਹਾਡੇ ਜਿਹੜੇ ਟਿਕਟੋਕ ਤੇ ਕਲਿੱਪਸ ਪਾਏ ਹੁੰਦੇ ਆ, ਉਹ ਤੁਹਾਡੀ ਸੋਸ਼ਲ ਮੀਡੀਆ ਟੀਮ ਪਾਉਂਦੀ ਹੈ ਕਿ ਉਹ ਪਬਲਿਕ ਪਾ ਦਿੰਦੇ ਪਿਆਰ ਕਰਨ ਵਾਲੇ? ਪਿਆਰ ਕਰਨ ਵਾਲੇ ਆ, ਸਾਡੇ ਨਹੀਂ ਹੈਗਾ ਕੋਈ। ਓਕੇ ਸਰ, ਠੀਕ ਹੈ ਜੀ। ਆ ਜਿਹੜਾ ਅਕਾਊਂਟ ਤੇ ਆਪਾਂ
फिर तीन मेरे इन्होंने बंद कराते तो फिर मैं अकाउंट वन टू थ्री करते मैं कहा कराई चलो बंद तो मैं चली जाना फिर आह जो अकाउंट मेरा अड़ गया हूँ ये अकाउंट नहीं बंद हो सकता इतने मैं थोड़ा जा होर भी लाइसेंस दे के पासपोर्ट दे के बड़े तरीके जहाँ किया है। बिल्कुल 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 ठीक है ब्रो। तो मैं चाहता जी ब्रो जी मैं थोड़े गलबात करनी चाहना ना कि वह एक याद च रहे क्लिप के तौर चे जी कोई दोस्त करता है ठीक है जी। मेरा एक सवाल सर कि थानू ना कुछ टाइम पहले एक फोन आया सीगा एक बंदे ने फोन किया सीगा कि भगवंत सिंह मान सारा दिन की करता है तो तुसी उहदा बड़ा लिमिटेड जिहा जवाब दिता सीगा एक जदों कि मैनूं लगदा है कि जां जानकारी अधूरी आ ते जां फिर तुसी अधूरा जवाब दिता उह क्योंकि मान साहब की पूरी शख्सियत को तुम इस तरह डिस्क्राइब किया वो मैं सहमत नहीं तो मैं चर्चा कर सकता थोड़े इस विषय से जो तुम करनी चाहो तो होनी हाँ करो की दस जी दसो हाँ जी तुम दसो जी की लगता है तो मान साहब की मैं तो दस किन्ने बजे उन्होंने जीवन शुरू होंगे सुबह किन्ने बजे उठते हो। देखो उठने का मैं तो इकॉनमी की गल की है तुम भीर जी करनी है तुम मैसेज दो तो फोन कट्टो। हाँ जी नहीं भीर पता गल की हैगी देखो मैं तुहाडे नाल ना इस प्राउड नाल ते इस प्यार नाल गल करदा क्योंकि नहीं पता तुसी आ के चैनल ना देखो नहीं सुनो मेरी गल सुन लो प्लीज बेनती है कि देखो बाकी चैनलों ते ना बाकी जेड़े हैगे आ टिकटॉक वाले देखो मैनूं उन्होंने पुछया भी भगवंत मान मैं उन्हूं दसदा भी इत्थे इकॉनमी खड़ी आ कुछ है तुहानूं वधिया लगा तुसी दस दिओ फोन करो तुहाडी खासियत दसणी चाहुंदा वीरे कि बाकियां ते ना पंज जणे बैठे इक दे रहे हुंदे बयान ते जिहड़ा शेवा जांदा उहनूं ढक्कण दी कोशिश करदे दबाउण दी तुहाडे मैं सामणे गल कर सकदा मैनूं पता है कि तुसी तर्क नाल जवाब दिओगे ठीक है ना जी मैं ता करके गल कर रहा जे हुण अपोजिट विचार ही ना होगा तो फिर किवें गल निकलूगी विचों ठीक है ना कि देखो जी भगवंत सिंह मान जिहड़ा हुण भगवंत सिंह मान ने स्टैंड लिया है तुसीं उहदे बारे च किन्ने क मान साहब दे नाल हो किहड़ा स्टैंड लिया जी पंजाब दी झाकी बाहर रखण दी गल कीती गई है ते उन्होंने आवाज़ चुकी है नहीं आवाज़ च चुकणी चलो थैंक यू वीरे धन्नवाद लो जी अगली कॉल ते चलदे भाई स्वागत है वेलकम भाई जी सत श्री अकाल सत श्री अकाल वीर सत श्री अकाल तुसीं हरते हो अपना हमेशा भी जिवे रियल स्टेट नू काफी ज्यादा उत्साहित करदे हो ना जी जी तो थोड़े चैनल ने चल एक दा फायदा करता मेरा एवें कहदा मेरा कोई रियल स्टेट नाल वाला वाह नहीं हुंदा पर ਜਿਵੇਂ ਹੁਣ ਲੋਕਾਂ ਨੂੰ ਰਾਇ ਦੇ ਕੇ ਜਾਨੀ ਭਲਾ ਮਿਲਣ ਲੱਗ ਗਈਆਂ ਦਾ ਹੋ ਗਿਆ ਉਹਦੇ ਨਾਲ ਹਾਂ ਨਹੀਂ ਦੇਖੋ ਰੀਅਲ ਸਟੇਟ ਚ ਵੀਰ ਪੈਸਾ ਜਿੰਨਾ ਬੰਦੇ ਮਿਲੀਅਨ ਏਅਰ ਬਣੇ ਨੇ ਰੀਅਲ ਸਟੇਟ ਤੋਂ ਬਣੇ ਨੇ ਹੁਣ ਤੁਸੀਂ ਇੱਕ ਟਰੰਪ ਹੈ ਉਹਦੇ ਕਿਹੜੇ
ਕਿੱਦਾਂ ਜੇ ਕਰੀ ਜਾਣ ਤੇ ਮੈਂ ਤੁਹਾਡੀਆਂ ਗੱਲਾਂ ਸੁਣਦਾ ਹੁੰਦਾ ਸੀ ਤੇ ਚੱਲ ਮੈਂ ਸੁਣ ਕੇ ਛੱਡ ਦਿੰਦਾ ਹੁੰਦਾ ਕਿਉਂਕਿ ਹੁਣ ਮੈਨੂੰ ਸੀ ਰੀਅਲ ਸਟੇਟ ਨਾਲ ਮੇਰਾ ਕੋਈ ਵਾਹ ਨਹੀਂ। ਹਾਂਜੀ ਮੈਂ ਕਿਹਾ ਯਾਰ ਬਣਦਾ ਕਿਉਂ ਨਹੀਂ ਕਹੋ ਵੀ ਕਿ ਚੱਕਰ ਕੀ ਪੈ ਰਿਹਾ, ਕਹਿੰਦੇ ਯਾਰ ਪੈਸਾ ਹੀ ਨਹੀਂ ਬਣਦਾ, ਚੱਕਰ ਤਾਂ ਇਹ ਪੈ ਰਿਹਾ ਵੀ ਇਨਵੈਸਟ ਤਾਂ ਹੀ ਕਰੀਏ ਨਾ ਜੇ ਪੈਸਾ ਬਣੇ। ਮੈਂ ਕਿਹਾ ਯਾਰ ਵੀ ਇਉਂ ਕਰੋ ਵੀ ਕਿੰਨੇ ਬੰਦੇ ਆ ਤੁਸੀਂ ਜਿਹੜੇ ਆਨੇ ਵੀ ਪੈਸਾ ਨਹੀਂ ਬਣਦਾ, ਕਹਿੰਦਾ ਯਾਰ ਮੈਂ ਤਾਂ ਜਿੰਨੇ ਕਹਿੰਦੇ ਬੰਦੇ ਇਕੱਠੇ ਕਰ ਦੂੰ। ਮੈਂ ਤੁਸੀਂ ਇਉਂ ਕਰੋ ਅਗਲੇ ਵੀਕ ਨਾ ਇਸ ਦਿਨ ਆ ਜਾਓ ਵੀ ਚੱਲ ਉਦੇ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਆ ਤੇ ਤੂੰ ਬੰਦੇ ਲੈ ਕੇ ਆਈ ਸਾਰੇ ਜਿਹਨਾਂ ਨੂੰ ਨਹੀਂ ਪੈਸਾ ਬਣਨਾ। ਉਹ ਜੀ 10-12 ਮੁੰਡੇ ਆ ਗਏ, ਕਹਿੰਦੇ ਜੀ ਸਾਨੂੰ ਸਾਰਿਆਂ ਨੂੰ ਪੈਸਾ ਨਹੀਂ ਬਣਦਾ, ਅਸੀਂ ਜੀ ਅਸੀਂ ਆਹ ਕੰਮ ਕਰਦੇ ਆ, ਅਸੀਂ ਆਹ ਕੰਮ ਕਰਦੇ ਹਾਂ, ਅਸੀਂ ਆਹ ਕੰਮ ਕਰਦੇ। ਮੈਂ ਕਿਹਾ ਠੀਕ ਆ, ਮੈਂ ਚੱਲ ਤੁਸੀਂ 10,000 ਇੱਕ ਜਾਣੇ ਬੰਦੇ ਕੋਲ ਹੋ ਸਕਦਾ, ਕਹਿੰਦੇ ਹਾਂ 10,000 ਤਾਂ ਹੋ ਸਕਦਾ। ਮੈਂ ਕਿਹਾ ਤੁਸੀਂ ਸਾਰੇ ਜਾਣੇ 10,000 ਇਕੱਠਾ ਕਰੋ ਤੇ ਮੈਂ ਤੁਹਾਨੂੰ ਕਿਸੇ ਬੰਦੇ ਕੋਲ ਲੈ ਕੇ ਚੱਲਦਾ ਤੇ ਰੀਅਲ ਸਟੇਟ ਦੀ ਪ੍ਰੋਪਰਟੀ ਜਿਹਦੇ ਨਾਲ $1,00,000 ਡਾਊਨ ਦੇ ਕੇ ਤੂੰ ਸਾਨੂੰ ਮਿਲ ਸਕਦੀ ਆ ਉਹ ਦਵਾ ਦਿੰਦੇ ਹਾਂ, ਪਰ ਉਹ ਤੁਹਾਡੀ ਐਕਸਟਰਾ ਹੋਊਗੀ, ਉਹ ਤੋਂ ਤੁਸੀਂ ਇਨਕਮ ਕੋਈ ਨਹੀਂ ਭਾਲਣੀ ਜੀ। ਕਹਿੰਦੇ ਠੀਕ ਆ। ਉਹਨਾਂ ਨੂੰ ਭਾਅ ਜੀ ਚਲੋ ਉਹ ਇੱਕ ਦਵਾਤੀ, ਉਦੋਂ ਕਿਤੇ ਥੋੜ੍ਹਾ ਜਿਹਾ ਮੇਰੇ ਖਿਲਾਫ਼ ਬੂਮ ਜ਼ਿਆਦਾ ਜੇ ਚੱਲਿਆ ਸੀ ਤੇ ਉਹ ਸਾਲ ਕੁ ਬਾਅਦ ਕਿਤੇ ਉਹਨਾਂ ਨੂੰ ਥੋੜ੍ਹੀ ਔਫਰ ਜ਼ਿਆਦਾ ਮਿਲੀ, ਉਹਨਾਂ ਨੇ ਵੇਚਤੀ ਲੱਖ ਆਪਦਾ ਕੱਢਿਆ ਤੇ ਜਿਹੜੇ ਹੋਰ ਪੈਸੇ ਸੀ ਉੱਤੋਂ ਨਿਕਲੇ ਉਹ ਕੱਢੇ ਤੇ ਉਹਨਾਂ ਨੇ ਨਾਲ ਹੀ ਅੱਖ ਹੋਰ ਲੈ ਲਈ। ਬਾਈ ਜੀ ਹੁਣ ਜਦੋਂ ਬੰਦੇ ਮਿਲਦੇ ਆ ਨਾ, ਮੈਂ ਇੰਨਾ ਬੜਾ ਵੱਡਾ ਨਹੀਂ, ਮੈਂ 40 ਸਾਲ ਦੇ ਨੇੜੇ ਹਾਂ ਤੇ ਪੈਰੀਆਂ ਥਲਾਉਣ ਤੱਕ ਆਉਂਦੇ ਆ। ਹਾਂ ਦੇਖੋ ਬਈ ਯਾਰ ਤੂੰ ਸਾਨੂੰ ਬਚਾ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਉੱਤੋਂ ਮਾੜਾ ਮੋਟਾ ਰੈਂਟ ਵੀ ਆਉਂਦਾ, ਕਹਿੰਦੇ ਆਉਂਦਾ, ਮਗਰ ਤੁਹਾਨੂੰ ਸਿਰਫ ਸਲਾਹ ਦੀ ਲੋੜ ਸੀ, ਕੰਮ ਤੁਸੀਂ ਕਰਦੇ ਸੀ, ਜਰਵਾਣੇ ਸੀ, ਸਾਰਾ ਕੁਛ ਸਹੀ ਸੀ, ਪਰ ਤੁਹਾਨੂੰ ਗਾਈਡ ਨਹੀਂ ਕੋਈ ਕਰ ਰਿਹਾ ਸੀ।
ਮੈਂ ਸਿਰਫ ਕੁਛ ਨਹੀਂ ਕੀਤਾ, ਤੁਹਾਨੂੰ ਗਾਈਡ ਹੀ ਕਰਤਾ। ਹਾਂ ਦੇਖ ਵੀਰ, ਜਿਹੜਾ ਇੱਥੇ ਨਾ ਸਿਸਟਮ ਕੀ ਚੱਲਿਆ, ਹੁਣ ਜੇ ਕੋਈ ਬੰਦਾ ਜਿਹੜੇ ਬੰਦੇ ਦਾ ਜਿਹੜਾ ਕੋਈ ਬਿਜ਼ਨਸ ਨਾਲ ਲਿੰਕ ਦੇਣ ਦੀ, ਉਹ ਦੂਜੇ ਬੰਦੇ ਨੂੰ ਡਾਊਨ ਕਰਕੇ ਆਪਣੇ ਆਪ ਨੂੰ ਸਹੀ ਦੱਸੀ ਜਾਂਦਾ। ਜੇ ਕੋਈ ਬੰਦਾ ਗਾਜਰਾਂ ਵੇਚਦਾ, ਉਹ ਕਹਿੰਦਾ ਜੀ ਮੈਨੂੰ 3 ਡੁਪਲੀਕੇਟ ਗਾਜਰਾਂ ਆ ਗਈਆਂ, ਮੈਂ ਗਾਂ ਫਿਰ ਮਾਰਕੀਟ 'ਚ ਵੇਚੀਆਂ ਹੀ ਨਹੀਂ। ਮੈਂ ਕਿਹਾ ਨਹੀਂ, ਆਹ ਗੱਲ ਗਲਤ ਹੈ, ਇੱਦਾਂ ਨਹੀਂ ਹੋ ਸਕਦੀ। ਆਪਣੇ ਆਪ ਨੂੰ ਹਰ ਇੱਕ ਕਿਤੇ ਰੇਡੀਓ ਟੀ ਵੀ 'ਤੇ ਬੈਠੇ ਮੈਂ ਤਾਂ ਕਹਿੰਦਾ ਵੀ ਤੁਸੀਂ ਆਪਣੀ ਰੀਅਲ ਸਟੇਟ 'ਤੇ ਜਿਹੜੀ ਆ ਆਪਣੀ ਰੀਸਰਚ ਕਰੋ, ਆਪਣੇ ਆਪ ਵੇਖੋ। ਇੱਥੇ ਕਈ ਬੰਦਿਆਂ ਨੇ ਡੇਢ ਲੱਖ ਡਾਲਰ ਦੀ ਵੀਰ ਪ੍ਰੋਪਰਟੀ ਲਈ, ਅੱਜ 2 ਮਿਲੀਅਨ ਦੀ ਹੋ ਗਈ। ਕੀ ਇੱਕ ਬੰਦੇ ਨੇ 2 ਲੱਖ ਦੀ ਪ੍ਰੋਪਰਟੀ ਲਈ ਉਹ 2 ਮਿਲੀਅਨ ਡਾਲਰ ਦੀ ਅੱਜ ਹੋਈ ਫਿਰਦੀ? ਕੀ 18 ਲੱਖ ਡਾਲਰ ਬੰਦਾ ਸਾਰੀ ਜੰਮਣ ਤੋਂ ਲੈ ਕੇ ਮਰਨ ਤੱਕ ਸੇਵ ਕਰ ਸਕਦਾ ਕਦੀ ਅਕਾਊਂਟ ਦੇ ਵਿੱਚ? ਕਦੀ ਨਹੀਂ ਹੋ ਸਕਦਾ। ਇਹ ਰੀਅਲ ਸਟੇਟ 'ਚ ਹੁੰਦੇ ਨੇ, ਰੀਅਲ ਸਟੇਟ ਵਧੀਆ ਚੀਜ਼ ਹੈ, ਇਹ 'ਚ ਪੈਸਾ ਲਾਉਣਾ। ਹੁਣ ਕੀ ਹੋਇਆ, ਇੰਟਰਸਟ ਰੇਟ ਜਦੋਂ ਚੁੱਕਤੇ, ਲੋਕਾਂ ਨੂੰ ਬਹਾਨਾ ਮਿਲ ਜਾਂਦਾ। ਲੋਕਾਂ ਨੇ ਇਹਨਾਂ ਨੇ ਪਿਕਚਰ ਇੱਦਾਂ ਪੇਸ਼ ਕਰਤੀ ਵੀਰ ਵੀ ਖਰੇ ਲੋਕਾਂ ਨੇ ਘਰਾਂ ਦੀਆਂ ਚਾਬੀਆਂ ਸੁੱਟ ਕੇ ਚੱਲ ਜਾਣਾ, ਘਰੇ ਆਹ ਸੁੱਟ ਕੇ ਚੱਲ ਜਾਣਾ, ਪਤਾ ਨਹੀਂ ਪ੍ਰੋਪਰਟੀਆਂ ਕੀ ਹੋ ਗਿਆ, ਫ੍ਰੀ ਦੀਆਂ ਮਿਲਣ ਲੱਗ ਪੈਣੀਆਂ, ਇੱਦਾਂ ਦਾ ਮੀਡੀਆ ਨੇ, ਇਹ ਸਾਡੇ ਇਹ ਜੈਲਸੀ ਲੋਕਾਂ ਨੇ, ਈਰਖਾ ਵਾਲੇ ਲੋਕਾਂ ਨੇ, ਇਹਨਾਂ ਨੇ ਲੋਕਾਂ ਨੂੰ ਬੜਾ ਪੈਨਿਕ ਕੀਤਾ। ਹੁਣ ਸਭ ਦੇ ਸਾਹਮਣੇ ਆ ਗਿਆ ਵੀ ਜਿਹੜਾ ਮਾੜਾ ਸਮਾਂ ਸੀ ਉਹ ਲੰਘ ਗਿਆ, ਹੁਣ ਤੁਸੀਂ ਦੇਖੋ ਕੀ ਆ, ਹੁਣ ਚੰਗਾ ਸਮਾਂ ਆਉਣ ਲੱਗਾ। ਕੀ ਕਿਸੇ ਨੂੰ ਕੋਈ ਫਰਕ ਪਿਆ? ਕੀ ਕੋਈ ਚਾਬੀ ਛੱਡ ਕੇ ਭੱਜਿਆ? ਕੋਈ ਬੈਂਕ ਨੇ ਸੇਲ 'ਤੇ ਲਾਇਆ? ਕੀ ਲੋਕ ਡੈਮੇਜ ਹੋ ਗਿਆ? ਠੀਕ ਆ, ਟਫ ਟਾਈਮ ਥੋੜ੍ਹਾ ਜਿਹਾ ਆ, ਪਰ ਇੱਦਾਂ ਥੋੜ੍ਹੋ, ਪਰ ਇਹਨਾਂ ਨੇ ਜਾਣ ਕੇ ਵੀ ਇਹਨਾਂ ਨੂੰ ਮੌਕਾ ਮਿਲ ਜਾਂਦਾ ਲੋਕਾਂ ਨੂੰ ਬੋਲਣ ਦਾ ਪਹਿਲਾਂ, ਕਿਉਂਕਿ ਇਹਨਾਂ ਦੀ ਬੁਕਤ ਨਹੀਂ ਹੁੰਦੀ। ਫਿਰ ਇਹਨਾਂ ਨੂੰ 3 ਕੁ ਮਹੀਨੇ ਮਿਲਦੇ ਨੇ ਜਦੋਂ ਮਾਰਕੀਟ ਮਾੜੀ ਜਿਹੀ ਬਿੰਗੀ ਟੇਢੀ ਹੁੰਦੀ ਹੈ, ਫਿਰ ਉਦੋਂ ਬੋਲ ਬੋਲ ਕੇ ਆਪਣੇ ਆਪ ਦੇ ਨੰਬਰ ਬਣਾਉਣੇ। ਮੈਂ ਤੁਹਾਨੂੰ ਕਹਿੰਦਾ ਸੀ, ਮੈਂ ਤੁਹਾਨੂੰ ਕਿਹਾ ਸੀ ਵੀ ਮੈਨੂੰ ਬਹੁਤ ਪਤਾ ਗਾਂ ਤੋਂ, ਮੇਰੇ ਮਗਰ ਲੱਗੋ ਬਸ। ਗੁਰ ਹੁਣ ਰੀਅਲ ਸਟੇਟ ਜਿਹੜੀ ਇਸ ਵੇਲੇ ਸਭ ਤੋਂ, ਮੈਂ ਫਿਰ ਕਹਾਂਗਾ, ਬੈਸਟ ਹੈ ਦੁਨੀਆ ਭਰ 'ਚ। ਤੁਸੀਂ ਕਿਤੇ ਲਾ ਲਓ, ਜਿਹੜੇ ਬੰਦੇ ਨੇ 20 ਲੱਖ ਦਾ ਕਿੱਲਾ ਲਿਆ ਸੀ, ਅੱਜ ਇੰਡੀਆ 'ਚ ਵੀ 30 ਲੱਖ ਦਾ ਹੋਇਆ ਹੋਵੇਗਾ। ਹੋਰ ਦੱਸੋ। ਠੀਕ ਆ, ਮੈਂ ਵੈਸੇ ਹੈ ਤਾਂ, ਮੈਨੂੰ ਕਿਤੇ ਗਲਤ ਨਾ ਕੋਈ ਕਹਿ ਦੇਵੇ, ਵੈਸੇ ਤਾਂ ਮੈਂ ਇਹ ਤਾਂ ਮੈਂ ਕਿਸੇ ਨੂੰ ਕਹਿ ਲਓ ਵੀ ਟੌਂਟ ਨਹੀਂ ਮਾਰਦਾ। ਮੈਂ ਵੈਸੇ ਮੈਂ ਆਪਣੇ 'ਤੇ ਕਹਿੰਦਾ, ਚਲੋ ਭਾਜੀ ਜੇ ਮੈਥੋਂ 2 ਜਾਂ 2.5% ਵਿਆਜ 'ਤੇ ਨਹੀਂ ਚੀਜ਼ ਲਈ ਗਈ ਨਾ, ਅਤੇ ਮੈਥੋਂ ਉਹ 5 'ਤੇ ਵੀ ਨਹੀਂ ਲਈ ਜਾਣੀ, ਅਤੇ ਰੌਲਾ ਮੈਂ ਹੀ ਪਾਉਂਦਾ ਬਸ, ਮੈਂ ਇਨਵੈਸਟਰ ਹਾਂ, ਮੈਂ ਬਹੁਤ ਪ੍ਰੋਪਰਟੀਆਂ ਦਾ ਮਾਲਕ ਹਾਂ, ਮੈਂ ਇੱਥੇ ਬਹੁਤ ਲਈਆਂ ਪ੍ਰੋਪਰਟੀਜ਼ ਹਰ ਜਗ੍ਹਾ 'ਤੇ, ਕਿਤੇ ਸ਼ਹਿਰ 'ਚ ਕਿਤੇ ਨਾ ਕਿਤੇ ਮੇਰਾ ਕੋਈ ਨਾ ਕੋਈ ਲਿੰਕ ਹੈ। ਇੱਥੇ ਹੁਣ ਬੰਦੇ ਬੇਸਮੈਂਟ 'ਚ ਰਹਿ ਰਹੇ ਨੇ, ਆਮ ਜਿੰਨੇ ਨਵੇਂ ਆਏ ਨਾ 7 ਸਾਲ ਤੋਂ ਰੀਅਲ ਸਟੇਟ ਦੀ ਗੱਲ ਕਰਦੇ, ਉਹਨਾਂ ਪੁੱਛੋ ਫੇਸਟਿਕ ਟੋਕ 'ਤੇ ਇੱਦਾਂ ਗੱਲਾਂ ਕਰਦੇ ਨੇ ਵੀ ਜਿਵੇਂ ਇਹ ਪਤਾ ਨਹੀਂ ਕਿੰਨੇ ਬਿਲੀਅਨ ਦੇ ਡਿਸਪੈਚ, ਕੋਈ ਕਰਦਾ, ਕੋਈ ਕੁਛ ਕਰਦਾ, ਕੋਈ ਫੈਕਟਰੀ 'ਚ ਕੰਮ ਕਰਦਾ, ਕੋਈ ਕਿਤੇ ਕਰਦਾ, ਇਹਨਾਂ ਕੋਲ ਇੱਕ ਘਰ ਨਹੀਂ ਵਿਕਦਾ। ਮਤਾਂ ਇਹਨਾਂ ਨੇ ਗੈਸ ਸਟੇਸ਼ਨ ਦੀ ਦੇਣੀ, ਮਤਾਂ ਇਹਨਾਂ ਨੇ 5 ਬਿਲੀਅਨ ਕਿੱਥੇ ਲਾਉਣਾ ਉਹਦੇ ਬਾਰੇ ਦੱਸਣਾ, 3 ਮਿਲੀਅਨ ਤੁਸੀਂ ਕਿੱਥੇ ਲਾ ਸਕਦੇ ਹੋ, ਆਪ ਬੇਸਮੈਂਟ 'ਚ ਰਹਿੰਦੇ ਨੇ। ਅਤੇ ਇਹਨਾਂ ਨੂੰ ਫੇਕ ਆਓ ਵੀ ਚਲੋ ਠੀਕ ਆ ਵੀ ਰਹਿਣਾ ਤਾਂ ਕਿਤੇ ਹੁੰਦਾ ਹੀ ਆ ਬੰਦੇ ਨੇ, ਵੀ ਤੁਸੀਂ ਘਰ ਕਿੰਨੇ ਵੇਚੇ? ਫਿਰ 1 ਵੀ ਨਹੀਂ ਵੇਚਿਆ। ਅਤੇ ਟਿਕਟੋਕ 'ਤੇ ਇੱਦਾਂ ਪਿਕਚਰ ਆ ਜਾਂਦੀ ਵੀ ਜਿਵੇਂ ਪਤਾ ਨਹੀਂ ਕਿੱਡੇਗਾ। ਹੁਣ ਜਿਹੜਾ ਬੰਦਾ 20-25 ਸਾਲ ਤੋਂ ਇਨਵੈਸਟਰ ਆ, ਪੈਸੇ ਲਾ ਰਿਹਾ, ਜਿਹੜੇ ਬੰਦੇ ਨੇ ਘਾਟੇ ਵਾਧੇ ਦੇਖੇ ਨੇ, ਉਹਨੂੰ ਇੰਟਰਸਟ ਰੇਟ ਬਾਰੇ ਪਤਾ, ਮਾਰਕੀਟ ਬਾਰੇ ਪਤਾ, ਉਹ ਗਲਤ ਥੋੜ੍ਹਾ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਵੇਗਾ। ਫਿਰ ਤੁਸੀਂ ਇੱਕ ਚੀਜ਼ ਵੇਖੋ, ਜਿਹੜਾ ਮੇਰਾ ਸਪੋਂਸਰ ਆਣ ਕੇ ਬੋਲ ਗਿਆ ਉਹ ਇੱਕ ਵੱਖਰੀ ਚੀਜ਼ ਹੈ, ਤੁਸੀਂ ਕਿਸੇ ਦੇ ਰੇਡੀਓ 'ਤੇ ਬੋਲ ਗਿਆ ਵੱਖਰੀ ਚੀਜ਼ ਹੈ। ਇੱਕ ਮੇਰੇ ਵਰਗਾ ਜ਼ਿੰਮੇਵਾਰ ਵਿਅਕਤੀ ਜਿਹੜਾ ਪਿਛਲੇ 12-13 ਸਾਲ ਤੋਂ 15 ਸਾਲ ਤੋਂ ਮਾਈਕ 'ਤੇ ਬੈਠਾ, ਅਤੇ ਮੈਂ 20-30 ਸਾਲ ਮਾਈਕ 'ਤੇ ਬੈਠਣਾ, ਫਿਰ ਮੈਂ ਜਿੱਥੇ ਬੈਠਾਂ ਇਹ ਮੇਰੀਆਂ ਬਾਈ ਕੀਤੀਆਂ ਜਗ੍ਹਾ, ਕੋਈ ਲੀਜ਼ ਰੈਂਟ 'ਤੇ ਜੀ ਮੈਂ ਭਾਜੂ ਇੱਥੋਂ, ਇੱਥੇ ਬੈਠਣਾ, ਅਤੇ ਉਹ ਬੰਦੇ 'ਤੇ ਟਰੱਸਟ ਨਾ ਕੀਤਾ ਜਾਵੇ। ਅਤੇ ਜਿਹੜਾ ਬੰਦਾ ਐਵੇਂ 5 ਮਿੰਟ ਬੋਲ ਕੇ ਗਿਆ ਉਹ 'ਤੇ ਟਰੱਸਟ ਕਰ ਲੈਣਾ, ਉਹ ਵੀ ਸਾਨੂੰ ਕਿਤੇ ਨਾ ਕਿਤੇ ਚੀਜ਼ਾਂ ਵਾਚ ਕਰਨੀਆਂ ਚਾਹੀਦੀਆਂ ਨੇ। ਨਹੀਂ ਜ਼ਰੂਰ ਜੀ, ਬਾਕੀ ਨਾ ਬਾਈ ਜੀ ਉਹਨਾਂ ਨੂੰ ਥੋੜ੍ਹਾ ਜਿਹਾ ਦੇਖ ਕੇ, ਜਿਵੇਂ ਉਦੋਂ ਬਾਅਦ ਚਲੋ ਹੋਰ ਵੀ ਕਈਆਂ ਨਾਲ ਰਾਏ ਮਸ਼ਵਰਾ ਦੇ ਦਈਦਾ ਸੀ ਵੀ ਚਲੋ ਹਰੇਕ ਦਾ ਫਾਇਦਾ ਹੋ ਜੇ, ਵੀ ਆਪਣਾ ਤਾਂ ਮੇਰਾ ਤਾਂ ਕੀ ਨੁਕਸਾਨ ਆ ਜੀ ਉਹ 'ਚ ਜੇ ਅਗਲੇ ਦਾ ਫਾਇਦਾ ਹੋਜੂ। ਅਤੇ ਮੈਂ ਤੁਹਾਡੇ ਰੇਡੀਓ ਦੇ ਰਾਹੀਂ ਨਾ ਇੱਕ ਸੁਨੇਹਾ ਹੀ ਇਹ ਫਿਰ ਦੇਣਾ ਚਾਹੁੰਦਾ, ਅਤੇ ਵੀ ਜੇ ਆਪਣਾ ਵੀਰ ਜਿਹੜੇ ਕਹਿੰਦੇ ਆ ਨਾ ਸਾਡੇ ਕੋਲ ਪੈਸਾ ਹੈ ਨਹੀਂ, ਹੈ ਨਾ, ਮੈਂ ਉਹਨਾਂ ਨੂੰ ਕਹਿੰਦਾ ਵੀ ਇਹ ਤੁਹਾਡੀ ਨਾ ਸੋਚ ਹੀ ਗਲਤ ਆ। ਪਹਿਲਾਂ ਤੁਸੀਂ ਆਹ ਨਹੀਂ ਤੁਹਾਡੇ ਕੋਲ ਪੈਸਾ ਹੈ ਨਹੀਂ, ਜੇ ਤੁਸੀਂ ਜਿਹੜੇ ਬੰਦੇ ਤਾਂ ਭੁੱਖੇ ਸੌਂਦੇ ਆ ਜੀ ਸ਼ਾਮ ਨੂੰ, ਮੈਂ ਉਹਦੀ ਗੱਲ ਨਹੀਂ ਕਰਦਾ, ਉਹਦਾ ਹੀ ਮੈਂ ਮੰਨ ਲੈਂਦਾ ਵੀ ਹਾਂ ਵੀ ਵੀਰ ਤੇਰੇ ਕੋਲ ਪੈਸਾ ਹੈ। ਪਰ ਜਿਹੜਾ ਬੰਦਾ 2 ਟਾਈਮ ਰੋਟੀ ਖਾਂਦਾ ਹੈ ਨਾ ਡੇਲੀ, ਤਾਂ ਇਹਦਾ ਮਤਲਬ ਵੀ ਉਹਦੇ ਕੋਲ ਪੈਸਾ ਹੈਗਾ ਹੀ, ਜਾਂ ਤਾਂ ਉਹਨੂੰ ਕੋਈ ਗਾਈਡ ਨਹੀਂ ਕਰ ਰਿਹਾ ਜਾਂ ਉਹਨੂੰ ਸੇਵ ਕਰਨ ਦਾ ਤਰੀਕਾ ਨਹੀਂ ਹੈਗਾ। ਤੇ ਮੈਂ ਉਹਨਾਂ ਨੂੰ ਇਹੀ ਸਲਾਹ ਦਿੰਦਾ ਵੀ ਦੇਖੋ, ਤੁਸੀਂ ਕਹਿ ਦਿੰਦੇ ਆ ਕਈ ਵਾਰੀ, ਜਿਵੇਂ ਮੈਂ ਸਾਰਿਆਂ ਦੀ ਗੱਲ ਕਰਦਾ, ਨਾਲ ਮੈਂ ਨਵਿਆਂ ਦੀ ਥੋੜ੍ਹੀ ਜਿਹੀ ਤਾਂ ਕਰ ਦਿੰਦਾ ਵੀ ਨਵਾਂ ਬੰਦਾ ਕਹਿ ਦਿੰਦਾ ਜੀ ਅਸੀਂ ਤਾਂ ਵੀ ਇੰਨਾ ਕੀ ਆ ਸਾਡੇ ਕੋਲ ਤੇ ਅਸੀਂ ਕੀ ਕਰ ਗਏ, ਹਨਾ, ਸਾਨੂੰ ਘੱਟ ਮਿਲ ਗਿਆ ਜੀ। ਮੈਂ ਨਾ ਯਾਰ ਤੁਸੀਂ ਮਹੀਨੇ ਦਾ $100 ਸੇਵ
ਕੋਈ ਵੀ ਆ ਤੁਸੀਂ 100 ਤਾਂ ਮਹੀਨੇ ਦਾ ਸੇਵ ਕਰ ਸਕਦੇ ਹੋ ਨਾ, ਜੇ ਤੁਸੀਂ ਇਕੱਲੇ ਸਟੂਡੈਂਟ ਹੀ ਹੋ ਜੀ, ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਪੜ੍ਹਦੇ ਹੋ ਇੱਕ ਕਲਾਸ ਦੇ ਵਿੱਚ ਬਾਈ ਜੀ 30-40 ਬੱਚੇ ਆ, ਤੁਸੀਂ ਦੋ ਕਲਾਸਾਂ ਜੁੜ ਜਾਓ, ਤੁਸੀਂ ਸਾਲ ਦਾ $1200 ਇੱਕ ਬੰਦੇ ਨੂੰ ਆਉਂਦਾ ਜੀ ਸਿਰਫ ਐਕਸਟਰਾ, ਤੇ ਜੇ ਤੁਸੀਂ 100 ਬੰਦਾ ਆਪਸਮੀ ਸਟੂਡੈਂਟ ਇੱਕ ਸਾਲ ਪੈਸਾ ਜੋੜ ਲਓ ਨਾ, $125,000 ਬਣ ਜਾਂਦਾ, ਤੁਹਾਡੇ ਖਰਚੇ ਆਪਦੇ ਚੱਲੀ ਜਾਂਦੇ, ਤੁਸੀਂ ਪੜ੍ਹਾਈਆਂ ਕਰੀ ਚੱਲੋ, ਤੁਸੀਂ ਜਿਵੇਂ ਪੱਕੇ ਹੋਣਾ ਉਹ ਪ੍ਰੋਸੈਸ ਚੱਲੀ ਜਾਵੇ, ਤੁਸੀਂ ਉਹ 120,000 ਡਾਊਨ ਪੇਮੈਂਟ ਦੇ ਕੇ ਜਿੱਥੇ ਮਰਜ਼ੀ ਜਿਹੜੀ ਚੀਜ਼ ਖਰੀਦ ਕੇ ਛੱਡ ਦਿਓ। ਤੁਹਾਨੂੰ ਇਹ ਦੇਸ਼ ਨਹੀਂ ਵਧੀਆ ਲੱਗਦਾ, ਮੰਨ ਲਓ 4-5 ਬਾਅਦ ਜਿਵੇਂ ਹੁੰਦਾ ਨੀ ਕਈ ਵਾਰੀ ਵੀ ਪਿੱਛੋਂ ਤਕੜੇ ਆ, ਤੁਸੀਂ ਜਾ ਸਕਦੇ ਹੋ ਕੋਈ ਗੱਲ ਨੀ, ਪਰ ਜਿਹੜੀ ਜਿਹੜਾ ਤੁਸੀਂ $1200 ਥੱਲੇ ਦਿੱਤਾ ਹੈ ਨਾ, ਤਾਂ ਮੈਂ ਇੰਨੀ ਕੁ ਗਰੰਟੀ ਕਰਦਾ ਵੀ 5 ਬਾਅਦ ਜਾਂ 7 ਬਾਅਦ ਜਦੋਂ ਵੀ ਜਾਓਗੇ ਉਹ 1200-12,000 ਤਾਂ ਬਣਿਆ ਹੋਊਗਾ। ਤੇ ਇਹ ਸਿਰਫ ਇੱਕ ਗਾਈਡ ਕਰਨ ਲਈ ਹੀ ਆ, ਇਹ ਇਹ ਇਕੱਲੇ ਨਵਿਆਂ ਨੂੰ ਨੀਗਾ, ਮਤਲਬ ਮੈਂ ਪੁਰਾਣਿਆਂ ਦੀ ਵੀ ਗੱਲ ਕਰਦਾ ਜਿਹੜੇ ਆਪਦੇ ਵੀ ਅਸੀਂ ਯਾਰ ਦਿਹਾੜੀ ਲਾਉਂਦੇ ਮਰ ਗਏ ਵੀ ਮਤਲਬ ਸੇਵ ਨੀ ਕੁਛ ਹੋ ਰਿਹਾ, ਕੁਛ ਨੀ ਹੋ ਰਿਹਾ, ਮੈਂ ਤੁਸੀਂ ਪਿਆਰ ਵਧਾਓ, ਤੁਸੀਂ ਬਾਂਹ ਤਾਂ ਅੱਗੇ ਕਰੋ ਨਾ, ਕਿਸੇ ਨੂੰ ਗਲਵੱਕੜੀ ਚ ਤਾਂ ਲਓ, ਇਹ ਇਹ ਪਿਆਰ ਦੇ ਨਾਲ ਹੀ ਹੋਣੀਆਂ ਸਾਰੀਆਂ ਚੀਜ਼ਾਂ। ਥੈਂਕ ਯੂ ਵੀਰੇ, ਹਾਂਜੀ ਅਗਲੀ ਕੋਲ, ਥੈਂਕ ਯੂ, ਲਵ ਯੂ, ਥੈਂਕ ਯੂ, ਬਹੁਤ ਸੋਹਣੀ ਗੱਲਬਾਤ। ਇੱਕ ਮੈਂ ਮੈਸੇਜ ਵੇਖ ਰਿਹਾ ਸੀ ਸਾਡਾ ਵੀਰ ਕਹਿੰਦਾ ਜਿਹੜਾ ਪਹਿਲਾਂ ਆਇਆ ਸੀ ਉਹਨੂੰ ਗੱਲ ਕਰ ਲੈਣੀ ਸੀ। ਦੇਖੋ ਸੋਤਿਓ, ਇਹ ਤੁਹਾਨੂੰ ਕੁਛ ਲੋਕਾਂ ਦਾ ਨਹੀਂ, ਕੋਈ ਰੈਗੂਲਰ ਕਾਲਰ ਨੇ ਮੈਨੂੰ ਪਤਾ, ਇਹ ਕੁਛ ਇੱਦਾਂ ਦੇ ਲੋਕ ਆਏ ਨੇ, ਕੋਈ ਅਕਾਊਂਟ ਖੋਲਿਆ ਟਿਕਟੋਕ 'ਤੇ, ਇਹ ਇਹ ਬਣਾਉਣ ਨੂੰ ਫਿਰਦਾ ਲੋਕਾਂ ਨੂੰ ਪਾਗਲ। ਮੈਂ ਤੁਹਾਨੂੰ ਸੱਚ ਦੱਸਾਂ, ਇਹਨੇ 5-6 ਵਾਰੀ ਉਹ ਅਨਾਊਂਸ ਆ ਕੀਤਾ, ਇਹਦਾ ਫਾਲੋਅਰ ਕੋਈ ਵਧਿਆ ਨਹੀਂ, ਫਿਰ ਇਹ ਵੀਕ ਹਟ ਗਿਆ, ਫਿਰ ਆ ਗਿਆ ਮੇਰਾ ਫਲਾਨਾ ਅਕਾਊਂਟ ਹੈ, ਮੈਂ ਬੜੀਆਂ ਮਚੋਰ ਗੱਲਾਂ ਕਰਦਾ, ਫਲਾਨਾ ਗੱਲਾਂ ਕਰਦਾ, ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਮੈਨੂੰ ਕਿੰਨੀ ਕੁ ਨੌਲੇਜ ਆ, ਤਾਂ ਮੈਂ ਕਿੰਨੀ ਕੁ ਪੰਜਾਬ ਬਾਰੇ ਜਾਣਦਾ, ਤਾਂ ਭਗਵੰਤ ਮਾਨ ਬਾਰੇ ਮੈਂ ਕਿੰਨਾ ਕੁ ਜਾਣਦਾ ਅਤੇ ਕੀ ਜਾਣਦਾ, ਹੈ ਕਿ ਨਹੀਂ। ਸੋ ਇਹ ਲੋਕ ਹੈਗੇ ਨੇ, ਇਹ ਸਿਰਫ ਲੱਭਦੇ ਨੇ ਕਿਸੇ ਤਰੀਕੇ ਨਾਲ ਸਾਡੇ 4 ਫਾਲੋਅਰ ਬਣ ਜਾਣ, ਇਹ ਫੁਕਰੇ ਟਾਈਪ ਲੋਕ ਹੁੰਦੇ ਨੇ, ਹੋਰ ਕੱਖ ਨਹੀਂ ਹੈ, ਦੁਨੀਆਂ 'ਤੇ ਬੜੇ ਟਾਈਪ ਦੇ ਲੋਕ ਆ। ਮੈਂ ਕਹਾਂਗਾ ਫਾਲੋਅਰ ਬਣਾਉਣੇ ਆਪਣੀ ਜ਼ਰੂਰਤ ਦੇ ਤਰੀਕੇ ਨਾਲ ਬਣਾਓ, ਆਪਣੇ 'ਤੇ ਬਣਾਓ, ਜੋ ਕੁ ਮਰਜ਼ੀ ਕਰਾਓ। 15-16 ਵਾਰੀ ਬੋਲ ਗਿਆ, ਇੱਕ ਵਾਰੀ ਮੈਂ ਕਿਹਾ ਵੀ ਤੂੰ ਇੱਦਾਂ ਕਰ, ਤੂੰ ਮੈਨੂੰ ਵੀ $50 ਦੇ ਦੇ, ਮੈਂ ਤੇਰਾ ਬੋਲਦਿਆ ਕਰਾਂਗਾ, ਆਹ ਆਹ ਇੱਦਾਂ ਦੇ। ਸੋ ਇਸ ਕਰਕੇ ਇੱਦਾਂ ਦੇ ਲੋਕਾਂ ਨੂੰ ਮਸ਼ਹੂਰ ਨਹੀਂ ਕਰਨਾ, ਇਹ ਮੈਨੂੰ ਤਰੀਕਾ ਪਤਾ, ਹੋਰ ਗੱਲ ਕੱਖ ਨਹੀਂ ਹੈ। ਮੈਂ ਬਾਕੀ ਤੁਹਾਨੂੰ ਪਤਾ ਲੰਡੀ ਬੁੱਚੀ ਖੰਘਣੀ ਦੇ ਸਕਦਾ, ਬੜੀ ਬੜੀ ਨੌਲੇਜ ਰੱਖਦਾ ਪੰਜਾਬ ਦੇ ਇਕੱਲੇ ਇਕੱਲੇ ਹਿੱਸੇ ਬਾਰੇ, ਜਿਹੜੇ ਬੰਦੇ ਨਾਲ ਮੈਂ ਰਿਹਾ ਹੋਵਾਂ ਭਗਵੰਤ ਮਾਨ ਵਰਗੇ ਨਾਲ, ਮੈਨੂੰ ਨਾ ਪਤਾ ਹੋਵੇ, ਹੈ ਕਿ ਨਹੀਂ। ਇਹ ਸਿਰਫ ਐਵੇਂ ਜਾਣ ਕੇ ਕਿਸੇ ਤਰੀਕੇ ਨਾਲ ਵਾਇਰਲ ਵੂਰਲ ਜਾਂ ਇੱਦਾਂ ਨਹੀਂ, ਇਹ ਮੇਰਾ ਆਸਰਾ ਭਾਲਦੇ ਨੇ ਵੀ ਇਹਦੀ ਫੋਟੋ ਨਾਲ ਲੱਗੀ ਉਹ ਅਸੀਂ ਵੀ ਹੋ ਜਾਵਾਂਗੇ, ਨਹੀਂ ਇੱਦਾਂ ਨਹੀਂ ਹੋਣ ਦਿੰਦਾ। ਮੈਂ ਕਾਕਾ ਮੈਂ ਬੜਾ ਸਿੱਖਿਆ ਹੋਇਆ, ਬੜੇ ਧੱਕੇ ਖਾਧੇ ਨੇ। ਲਓ ਜੀ ਆਪਾਂ ਅਗਲੀ ਕਾਲ 'ਤੇ ਚੱਲਦੇ, ਬਾਈ ਜੀ ਤੁਸੀਂ ਆ ਜਾਓ। 258 ਵੈਲਕਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਥੈਂਕ ਯੂ। ਭਾਜੀ ਉਹ ਆਪਾਂ ਜੀ ਉਹਨੇ ਗੱਲ ਕਰਕੇ ਕਹਿੰਦੇ ਕਿ ਭਗਵੰਤ ਮਾਨ ਦੇ ਮੈਨੂੰ ਲੱਗਦਾ ਕੱਟੜ ਪੈ ਨਹੀਂ ਲੱਗਦੇ ਨੇ। ਨਹੀਂ ਨਹੀਂ ਕੱਟੜ ਵੀ ਇਹ ਮਸ਼ਹੂਰ ਹੋਣ ਨੂੰ ਫਿਰਦਾ, ਮੈਨੂੰ ਪਤਾ ਅੱਗੇ 2-3 ਵਾਰੀ ਅੱਗੇ ਵੀ ਬੇਇੱਜ਼ਤੀ ਜੀ ਕਰਵਾਈ ਨੇ, ਮੈਂ ਦੀ ਬੇਇੱਜ਼ਤੀ ਕਰ ਹਾਂ, ਨਾ ਤਾਂ ਮੈਂ ਉਹਦਾ ਕੋਈ ਫੈਨ ਨਾ ਕਿਸੇ ਵੀ ਪਾਰਟੀ ਦਾ, ਤੇ ਨਾ ਮੈਂ ਕਿਸੇ ਦਾ ਹੇਟਰ ਆ। ਆਪਾਂ ਗੱਲ ਕਰਦੇ ਹੁੰਦੇ ਤੁਹਾਡੇ ਵਾਂਗੂ, ਜੇ ਕੋਈ ਚੰਗਾ ਕਰਦਾ ਸਿਫਤ ਕਰ ਦੋ, ਜੇ ਕੋਈ ਮਾੜਾ ਕਰਦਾ ਉਹਨੂੰ ਜਾਂ ਅਵੋਇਡ ਕਰ ਦੋ, ਜਾਂ ਉਹ ਤੇ ਆਪਦੇ ਵਿਚਾਰ ਦੇ ਦੋ ਬਟ ਰਿਸਪੈਕਟਫੁਲੀ ਜੀ। ਉਹ ਜਿਵੇਂ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਕੰਮ ਕੀਤਾ, ਉਹਨਾਂ ਤੋਂ ਹਜੇ ਤੱਕ ਸਾਰੇ ਸਕੂਲਾਂ 'ਚ ਪੰਜਾਬੀ ਤਾਂ ਲਾਗੂ ਕਰਵਾਈ ਨਹੀਂ ਗਈ ਮਾਨ ਸਾਹਿਬ ਤੋਂ। ਹਾਂ, ਨਾਲੇ ਝਾਕੀ ਦਾ, ਤੁਸੀਂ ਦੇਖੋ ਝਾਕੀ ਦੀਆਂ 3 ਆਪਸ਼ਨ ਦਿੱਤੀਆਂ ਪੰਜਾਬ ਨੇ, ਇੱਕ ਮਾਈ ਭਾਗੋ ਦੀ ਝਾਕੀ ਦਿੱਤੀ ਹੈ, ਦੂਸਰੀ ਕਹਿੰਦੇ ਅਸੀਂ ਆਪਣੇ ਪੰਜਾਬ ਦੀ ਦੇਣੀ ਹੈ ਵੀ ਪੰਜਾਬ ਦਾ ਕੀ ਹੈ, ਅਤੇ ਇੱਕ ਕੋਈ ਮਿਲਟਰੀ। 3 ਝਾਕੀਆਂ ਸੀ ਜਿਹੜੀ ਜਦੋਂ 26 ਜਨਵਰੀ ਆ, ਉਹਨੂੰ ਪਹਿਲਾਂ ਅੰਡਰਸਟੈਂਡ ਕਰੋ, ਹਰ ਇੱਕ ਸੂਬੇ ਦੀ ਉੱਥੇ ਝਾਕੀ ਨਹੀਂ ਲੱਗਦੀ, ਹਰ ਸੂਬੇ ਦੀ ਝਾਕੀ ਨਹੀਂ ਲੱਗਦੀ। ਪਿਛਲੇ 17 ਸਾਲਾਂ 'ਚ 7-8 ਵਾਰ ਜਿਹੜੀ ਪੰਜਾਬ ਦੀ ਝਾਕੀ ਲੱਗੀ ਆ ਉਹ ਨਹੀਂ ਲੱਗਣ ਦਿੱਤੀ। ਮਾਈ ਭਾਗੋ ਦੀ ਝਾਕੀ ਲੈ ਕੇ ਜਾਣਾ ਇਹ ਇੱਕ ਜਾਣ ਕੇ, ਕਿਉਂਕਿ ਸਿੱਖ ਇਹਨੂੰ ਨਫ਼ਰਤ ਕਰਨ ਲੱਗ ਪਿਆ, ਬਾਹਰ ਬੈਠਾ ਸਿੱਖ ਇਹਨੂੰ ਪਸੰਦ ਨਹੀਂ ਕਰਦਾ। ਉੱਥੇ ਇਹਨੇ ਭਾਈ ਅਮਰਪਾਲ ਸਿੰਘ ਹੋਣਾ ਨੇ ਕੀ ਕੀਤਾ, ਉਹਦੇ ਲਈ ਗੇਮ ਖੇਡਣ ਨੂੰ ਫਿਰਦਾ। ਫਿਰ ਕਹਿੰਦਾ ਮੈਂ ਪੰਜਾਬ 'ਚ ਕੱਢਾਂਗਾ, ਰੌਲਾ ਪਾਉਣ ਦੀ ਕੀ ਲੋੜ ਆ, ਕੱਢੀ ਜਾ। ਉਹ ਦੂਜੇ ਵਿਰੋਧੀ ਧਿਰ ਵਾਲੇ ਕਹਿੰਦੇ ਤੂੰ ਅਸੀਂ ਤੇਰੀਆਂ ਕੱਢਾਂਗੇ, ਕਹਿੰਦਾ ਜੇਲ੍ਹਾਂ 'ਚ ਖੂਨ ਕਿਵੇਂ ਜਾਂਦਾ, ਜੇਲ੍ਹਾਂ 'ਚ ਲੋਕਾਂ ਜਿਹੜੇ ਲੋਕ ਧਮਕੀਆਂ ਕਹਿੰਦੇ ਬਾਹਰ ਬੈਠੇ ਦਿੰਦੇ ਨੇ, ਤੇਰੀਆਂ ਅਸੀਂ ਡਰੱਗ ਜਿਹੜੀ ਜਗ੍ਹਾ ਜਗ੍ਹਾ ਵਿਕਦੀ ਹੈ, ਹਰ ਜਗ੍ਹਾ 'ਤੇ ਸਾਰਾ ਕੋਈ ਕਰਜ਼ਾ ਇੰਨਾ ਚੜਿਆ ਪਿਆ, ਅਸੀਂ ਤੇਰੀਆਂ ਕਹਿੰਦੇ ਝਾਕੀਆਂ ਕੱਢਾਂਗੇ, ਉਹ ਵਿਰੋਧੀ ਹਰ ਵਾਲਾ ਪਾ ਕੇ ਬਹਿ ਗਿਆ। ਸੋ ਇਹਦੇ 'ਚ ਕੀ ਗੱਲ ਕੱਢਣ ਪਾਉਣ ਵਾਲੀ ਹੈ ਸ਼ੁਭਾਂ ਜੀ? ਹਾਂਜੀ, ਇਹਨਾਂ ਦੀਆਂ ਮੈਨੂੰ ਸਮਝ ਹੀ ਲੱਗ ਰਹੀ ਕਿ ਕਹਿੰਦੇ ਕਲਚਰ ਨੂੰ ਪ੍ਰਮੋਟ ਕਰਦੇ ਆ। ਹੁਣ ਇਹਨਾਂ ਦੇ ਸਤਿਕਾਰਯੋਗ ਮੈਡਮ ਨੇਗੇ ਅਨਮੋਲ ਗਗਨ ਮਾਨ ਜੀ, ਉਹਨਾਂ ਨੇ ਅੱਗੇ ਆਖਿਆ ਸੀ ਕਲਚਰ ਨੂੰ ਪ੍ਰਮੋਟ ਕਰਨ ਲਈ ਇੱਕ ਕੰਪੀਟੀਸ਼ਨ ਰਖਾ ਰਹੇ ਆ, ਤੁਸੀਂ ਹੱਸੋਗੇ ਉਹਦੇ 'ਤੇ, ਪਤੰਗਬਾਜ਼ੀ ਮੁਕਾਬਲਾ।
ਨਹੀਂ ਨਹੀਂ ਮਸ਼ਹੂਰੀ ਵਾਲੇ ਛੱਡੋ ਇਹਨਾਂ ਨੂੰ, ਹੋਰ ਗੱਲ ਇਹ ਨੇ ਇਹਨਾਂ ਦੀਆਂ ਉਪਲਬਧੀਆਂ ਤੇ ਮੇਰੇ ਨਾਲ ਕਰ ਲੈਣ ਡਿਬੇਟ, ਹਾਲਾਂਕਿ ਮੇਰੀ 24 ਸਾਲ ਦੀ ਉਮਰ ਹੈ, ਮੈਨੂੰ 3 ਸਾਲ ਹੀ ਹੋਏ ਕੈਨੇਡਾ ਇਹਨੂੰ, ਬਟ ਮੈਂ ਰਿਸਪੈਕਟਫੁਲੀ ਵਿਦ ਲੌਜਿਕ ਉਹ ਭਾਈ ਸਾਹਿਬ ਨਾਲ, ਸਰਕਾਰ ਲੋਕ ਨੇ ਮੇਰੇ ਤੋਂ ਵੱਡੇ ਨੇ, ਉਹਨਾਂ ਨਾਲ ਮੈਂ ਇਸ ਚੀਜ਼ ਤੇ ਵਿਦ ਲੌਜੀਕਲ ਵਿਦ ਫੈਕਟ ਦੇ ਆਧਾਰ ਤੇ ਡਿਬੇਟ ਕਰ ਸਕਦਾ ਵੀ ਹਾਂਜੀ ਤੁਸੀਂ ਡੇਟਾ ਦਿਓ, ਜੋ ਜੋ ਉਹਨਾਂ ਨੇ ਭਲਾ ਕਰਤਾ ਮੈਂ ਡੇਟ ਦਿੰਦਾ, ਜੋ ਜੋ ਉਹਨਾਂ ਨੇ ਕਮੀਆਂ ਕੀਤੀਆਂ, ਜਦਕਿ ਮੈਂ ਖੁਦ ਉਹਨਾਂ ਨੂੰ ਵੋਟ ਪਵਾਈ ਹੈ ਜਦੋਂ ਇਹਨਾਂ ਦੀ ਪਾਰਟੀ ਪਹਿਲੀ ਵਾਰ ਆਈ ਸੀ ਜੀ, ਮੈਂ ਖੁਦ ਦੀ ਆਪਦੀ ਕਦੇ ਵੋਟ ਬਣਵਾਈ ਨਹੀਂ, ਨਾ ਮੇਰਾ ਦਿਲ ਕੀਤਾ ਇੰਡੀਆ 'ਚ, ਕਿਉਂਕਿ ਮੈਨੂੰ ਕਿਸੇ 'ਤੇ ਯਕੀਨ ਨਹੀਂ ਸੀਗਾ ਜੀ, ਮੈਂ ਆਪਦੇ ਫਾਦਰ ਸਾਹਿਬ ਤੋਂ ਮਾਤਾ ਜੀ ਤੋਂ ਪਵਾਈ ਜਦੋਂ ਇਹਨਾਂ ਦੀ ਪਹਿਲੀ ਵਾਰ ਆਈ ਸੀਗੀ ਪਾਰਟੀ, ਮੈਂ ਕੁਛ ਨਵਾਂ ਘੱਟੋ ਘੱਟ ਮੌਕਾ ਤਾਂ ਦਈਏ ਨਾ, ਉਹਦੇ ਵਾਲਾ ਕੰਮ ਤਾਂ ਹੈ ਨਹੀਂ, ਦੁਕਾਨ ਦੇ ਮੂਰ ਦੀ ਲੰਘੇ ਵੀ ਇਹ ਤਾਂ ਬੇਕਾਰ, ਇਹਦੇ ਕੋਲ ਤਾਂ ਕੁਛ ਹੈ ਨਹੀਂ, ਅੰਦਰ ਵੜ ਕੇ ਦੇਖੀ ਤਾਂ ਸਹੀ, ਆਪਾਂ ਮੌਕਾ ਦਿੱਤਾ ਬਟ ਮੈਂ ਜਿੰਨੀ ਉਮੀਦ ਰੱਖੀ ਸੀ। ਹਾਂ ਨਹੀਂ 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 ਦੇਖੋ ਇਹ ਫਲਾਪ ਹੈ, ਜਿਹੜੀ ਤਿੰਨੇ ਪਾਰਟੀਆਂ ਫਲਾਪ ਹੋਈਆਂ ਨੇ ਇਹ 'ਚ ਕਿਹੜੀ ਗੱਲ ਆ, ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਤਿੰਨੇ ਫਲਾਪ ਹੈ, ਕੋਈ ਇਕੋਨਮੀ ਨਹੀਂ ਬਿਲਡ ਹੋਈ, ਕੀ ਉੱਥੇ ਹੋਇਆ ਦੱਸੋ, ਕੋਈ ਇੰਡਸਟਰੀ ਆਈ ਆ ਪੰਜਾਬ 'ਚ ਮੈਨੂੰ ਦੱਸ ਦਿਓ, ਕਦੀ ਕੋਈ ਚੀਜ਼ ਹੋਈ ਹੈ ਦੱਸ ਦਿਓ, ਉਹਦੀ ਪਤਨੀ ਗਨਮੈਨ ਲਈ ਫਿਰਦੀ, ਆਪ ਲਈ ਫਿਰਦਾ, ਮਾਂ ਲਈ ਫਿਰਦੀ ਆ, ਉਹ ਇੱਕ ਸ਼ੌਹਰਤ ਜੀ ਉਹਨਾਂ ਨੂੰ ਸ਼ੌਂਕ ਸੀਗਾ ਚੀਜ਼ਾਂ ਦਾ, ਉਹ ਆਪਣਾ ਪੂਰਾ ਕਰੀ ਜਾਂਦੇ ਨੇ, ਹੋਰ ਇਹਦੂ ਪਰੇ ਕੀ ਕੱਢਣ ਪਾਉਣ ਨੂੰ ਹੈ, ਦੱਸੋ ਕੀ ਉਹ ਐਵੇਂ ਜਾਣ ਕੇ ਆਪਾਂ ਵੀਰ ਛੱਡੋ ਇਹਨਾਂ ਦੀਆਂ, ਆਪਾਂ ਇਹ ਮਸ਼ਹੂਰੀ ਭਾਲਦੇ ਨੇ ਮੈਨੂੰ ਪਤਾ, ਛੱਡੋ ਹੋਰ ਗੱਲ ਕਰੋ ਤੁਸੀਂ। ਹਾਂਜੀ ਆਪਾਂ ਹੋਰ ਤਾਂ ਇਹੀ ਹੈ ਜਿਹੜੇ ਆਹ ਕਰੰਟ ਭਾਜੀ ਨੇ ਜਿਹੜੀ ਹੁਣੀ ਲਾਸਟ ਕਾਲ ਤੇ ਸਲਾਹ ਦੇ ਕੇ ਗਏ ਨੇ, ਬੜੀ ਮੈਂ ਇਹਨਾਂ ਦੀ ਸਿਫਤ ਕਰਦਾ, ਧੰਨਵਾਦ ਤੁਹਾਡਾ ਬਹੁਤ ਬਹੁਤ ਅੱਜ ਕੱਲ੍ਹ ਨੂੰ ਮਤ ਦੇਣ ਲਈ, ਵੀ ਮਾੜੀ ਮੋਟੀ ਆਪਦੀ ਸੇਵਿੰਗਸ ਕਰੋ ਤੇ ਇਨਵੈਸਟ ਜੋਗੀ ਕਰੋ, ਸ਼ੋਸ਼ਿਆਂ ਤੋਂ ਬਚੋ, ਗੱਡੀਆਂ ਬਾਜ਼ੀਆਂ ਤੋਂ, ਇਨਵੈਸਟਿੰਗ ਚ ਵੜੋ ਮਾੜਾ ਮੋਟਾ, ਜੇ ਪੈਸੇ ਤੋਂ ਪੈਸਾ ਬਣਾਉਣਾ, ਜੇ ਹੁਣ ਮੈਂ ਖੁਦ ਜਨਰਲ ਲੇਬਰ ਕਰ ਰਿਹਾ ਬਟ ਮੈਂ ਇਹਦੇ ਬਾਰੇ ਤੁਹਾਡੇ ਤੋਂ ਇੱਕ ਪਰਸਨਲ ਸਲਾਹ ਲਊਂਗਾ, ਮੈਂ ਇੱਕ ਲੋਨ ਵਗੈਰਾ ਦਾ ਕੁਛ ਟਰਾਈ ਕਰਨਾ, ਮੈਂ ਹਜੇ ਵਰਕ ਪਰਮਿਟ ਦੀ ਹਾਂ, ਐਕਚੁਅਲੀ ਮੈਨੂੰ ਆਫਰ ਆਈ ਹੈ ਮੈਂ ਬਿਜ਼ਨਸ ਚ ਪਾਰਟਨਰਸ਼ਿਪ ਦੀ, ਮੈਂ ਉਹਨਾਂ ਨਾਲ ਹੀ ਫਿਲਹਾਲ ਕੰਮ ਕਰ ਰਿਹਾ, ਉਹਨਾਂ ਨੇ ਮੇਰਾ ਕੰਮ ਕੁੰਮ ਦੇਖ ਕੇ, ਨੌਲੇਜ ਦੇਖ ਕੇ, ਮਾਲਕ ਦੀ ਕਿਰਪਾ ਨਾਲ ਉਹਨਾਂ ਨੇ ਆਫਰ ਦਿੱਤਾ ਵੀ ਤੂੰ ਪਾਰਟਨਰਸ਼ਿਪ 'ਚ ਆ ਜਾ, ਕੰਪਨੀ ਛੋਟੀ ਹਜੇ ਬਟ ਸਕੇਲ ਹੈ, ਡਿਸਟ੍ਰੀਬਿਊਸ਼ਨ ਦਾ ਕੰਮ ਹੈ ਵਧੀਆ, ਆਪਾਂ ਗਰੋ ਕਰ ਗਏ, ਆਪਾਂ ਇਹ 'ਚ ਰਿਸੈਸ਼ਨ ਚੱਲਿਆ, ਇੱਕ ਸਾਲ ਦਾ ਰਿਸੈਸ਼ਨ ਚੱਲ ਰਿਹਾ, ਬਟ ਇਹ 'ਚ ਵੀ ਆਪਾਂ ਬਹੁਤ ਚੰਗਾ ਕਰੀ ਜਾਂਦੇ ਹੈਗੇ, ਅੱਗੇ ਆਪਾਂ ਬੂਮ ਕਰਾਂਗੇ ਬਹੁਤ ਛੇਤੀ, ਇਹਦੇ ਬਾਰੇ ਮੈਂ ਤੁਹਾਡੇ ਤੋਂ ਪਰਸਨਲੀ। ਕਿੰਨੇ ਪਰਸੈਂਟ ਤੁਹਾਡੀ ਪਾਰਟਨਰਸ਼ਿਪ ਵੀਰ ਪਾਉਂਦੇ ਹੋ? ਪਾਰਟਨਰਸ਼ਿਪ ਜੀ ਉਹ ਇਨਵੈਸਟ ਤੇ ਡਿਪੈਂਡਮੈਂਟ, ਇਨਵੈਸਟਮੈਂਟ ਤੇ ਡਿਪੈਂਡ ਕਰਦਾ, ਜੇ ਆਪਾਂ ਚੰਗੀ ਕਰ ਦਿੰਦੇ ਹਾਂ 50,000 ਲੱਖ ਕਰ ਦਿੰਦੇ ਹਾਂ ਤਾਂ 50 'ਚ ਵੀ ਆ ਸਕਦੇ ਹਾਂ ਆਪਾਂ। 50 ਤੁਹਾਨੂੰ ਦੇਣ ਨੂੰ ਤਿਆਰ ਹੈ ਉਹ? ਜੇ ਆਪਾਂ 50 ਹੋਣੇ, ਮੈਨੂੰ ਉਹ ਨਹੀਂ ਕੀਤਾ। ਨਹੀਂ 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 ਇੱਦਾਂ ਨਹੀਂ, ਤੁਸੀਂ ਦੇਖੋ ਉਹਨਾਂ ਨੂੰ ਪਤਾ, ਪਹਿਲੀ ਗੱਲ ਇੱਕ ਚੀਜ਼ ਇਹ ਦੇਖੀ ਦੀ ਆ ਵੀ ਜਦੋਂ ਤੁਹਾਨੂੰ ਕੋਈ ਬੰਦਾ ਆਫਰ ਕਰਦਾ ਉਹਨੂੰ ਪਤਾ ਵੀ ਇਹ 50% ਦੀ ਪਾਰਟਨਰਸ਼ਿਪ ਜੋਗਾ ਨਹੀਂ ਹਾਲੇ, ਕਿਉਂਕਿ ਨਵਾਂ ਜਾਂ ਪੈਸੇ ਨਹੀਂ ਹੈ, ਫਿਰ ਤੁਸੀਂ ਕੀ ਕਰੋਗੇ, ਤੁਸੀਂ 45-40% 'ਤੇ ਆ ਜਾਓਗੇ, 40% ਦੀ ਪਾਰਟਨਰਸ਼ਿਪ ਕੋਈ ਪਾਰਟਨਰਸ਼ਿਪ ਨਹੀਂ ਹੈ। ਜਿਹੜਾ ਬੰਦਾ 51% ਦਾ ਮਾਲਕ ਹੈ ਉਹ ਮਾਲਕ ਹੈ, ਜਿਹੜਾ 49 ਵਾਲਾ ਉਹ ਵਰਕਰ ਹੈ। ਸੋ ਇਸ ਕਰਕੇ ਇਹ ਚੀਜ਼ ਵਾਚ ਕਰਨੀ, ਭਾਵਾਂ ਪੈਸੇ ਕਿਸੇ ਕੋਲ ਫੜ ਕੇ ਪਾਇਓ, ਪਰ ਮੈਨੂੰ ਜਿੱਥੇ ਤੱਕ ਲੱਗਦਾ ਜਦੋਂ ਕੰਮ ਚੱਲਦਾ ਬੰਦੇ ਦਾ ਉਹ ਪਾਰਟਨਰਸ਼ਿਪ ਕਿਸੇ ਦੀ ਪਾਉਂਦਾ ਨਹੀਂ। ਪਰ ਜੇ ਤੁਹਾਨੂੰ 40-45% ਉਹਨੂੰ ਪੈਸੇ ਦੀ ਲੋੜ ਆ ਅਤੇ 40-45-48-49% ਦੀ ਪਾਰਟਨਰਸ਼ਿਪ ਨਹੀਂ ਪਾਉਣੀ, 51% ਦੀ ਪਾਰਟਨਰਸ਼ਿਪ ਪਾ ਦਿਓ, ਕੋਈ ਗੱਲ ਨਹੀਂ ਆ, 50 ਦੀ ਤਾਂ ਪਾਉਣੀ ਹੀ ਪਾਉਣੀ ਹੈ, 51% ਦੀ ਪਾਰਟਨਰਸ਼ਿਪ ਬਰਾਬਰ ਰੱਖਿਓ, ਕੋਈ ਇਸ਼ੂ ਨਹੀਂ ਹੈ ਜੇ ਤੁਹਾਨੂੰ ਲੱਗਦਾ ਕੰਮ ਕਾਰ ਚੱਲਦਾ ਕਿਉਂਕਿ ਤੁਸੀਂ ਉੱਥੇ ਕੰਮ ਕਰਦੇ ਹੋ, ਪਰ 50 ਤੋਂ ਘੱਟ ਪਾਰਟਨਰਸ਼ਿਪ ਨਹੀਂ ਪਾਉਣੀ ਉਹਨਾਂ ਨੂੰ। ਸਹੀ ਗੱਲ ਹੋ ਗਈ, ਬਹੁਤ ਬਹੁਤ ਮਿਹਰਬਾਨੀ ਤੁਸੀਂ ਸਲਾਹ ਦਿੱਤੀ, ਤਾਂ ਹੀ ਮੈਨੂੰ ਇੰਨਾ ਮਹਾਂ, ਤੁਸੀਂ ਇੰਨੇ ਸਾਲਾਂ ਤੋਂ ਇਸ ਮਾਰਕੀਟ 'ਚੋਂ, ਬਿਜ਼ਨਸ 'ਚੋਂ ਇੰਨੇ ਸਾਲਾਂ ਤੋਂ ਦੇਖਿਆ ਸਿਸਟਮ, ਤਾਂ ਕਰਕੇ ਤੁਹਾਡੇ ਵਰਗਾ ਬੰਦਾ ਤਰਕ ਦੇ ਆਧਾਰ 'ਤੇ ਸਲਾਹ ਦਊਗਾ, ਜੇ ਦਊਗਾ ਨਾਲੇ ਸੱਚੀ ਸਲਾਹ ਦਊਗਾ, ਅਤੇ ਇੱਕ ਉਹਨਾਂ ਨੇ, ਚਲੋ ਆਪਾਂ, ਮੈਨੂੰ ਲੱਗਦਾ ਇਹਦੇ ਬਾਰੇ ਨਾ ਮੈਂ ਸਾਰਿਆਂ ਦਾ ਟਾਈਮ ਵੇਸਟ ਨਾ ਕਰਾਂ, ਇਹਦੇ ਬਾਰੇ ਤੁਹਾਡੇ ਨੂੰ ਮੈਂ ਪਰਸਨਲੀ ਨੰਬਰ ਲੈ ਕੇ ਤੁਹਾਡੇ ਨੂੰ ਮੈਸੇਜ ਕਰਕੇ ਪਹਿਲਾਂ ਪੁੱਛੂਗਾ, ਜਦੋਂ ਹਫ਼ਤੇ 10 ਦਿਨਾਂ ਤੱਕ ਤੁਹਾਡੇ ਕੋਲ ਟਾਈਮ ਹੋਇਆ, ਆਪਾਂ ਜੇ ਬੇਨਤੀ ਹੈ, ਜੇ ਤੁਹਾਡੇ ਕੋਲ 10 ਮਿੰਟ ਦਾ ਟਾਈਮ ਹੋਇਆ, ਨੋ ਪ੍ਰੋਬਲਮ, ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ, ਪਰ ਰਸ਼ ਨਾ ਕਰਿਓ, ਥੋੜ੍ਹਾ ਈਜ਼ੀ ਰਿਹੋ। ਪਹਿਲੀ ਗੱਲ ਇਹ ਸੋਚਣੀ ਵੀ ਜਿਹੜੇ ਬੰਦੇ ਦਾ ਕੰਮ ਚੱਲਦਾ ਉਹ ਪਾਰਟਨਰਸ਼ਿਪ ਨਹੀਂ ਪਾਉਂਦਾ, ਨੰਬਰ 1। ਨੰਬਰ 2, ਕਈ ਵਾਰੀ ਬਿਜ਼ਨਸ ਚਾਹੁੰਦੇ ਵੀ ਮੇਰੇ ਕੋਲ ਪੈਸਾ ਨਹੀਂ ਹੈ, ਅਤੇ ਮੁੰਡਾ ਬਹੁਤ ਚੰਗਾ ਮਿਹਨਤੀ ਆ, ਕੰਮਕਾਰ ਹੈਂਡਲ ਕਰ ਸਕੇਗਾ, ਵੀ ਮੇਰੇ ਨਾਲ ਪਾਰਟਨਰਸ਼ਿਪ 'ਚ ਆ ਜਾ, ਪਰ ਆ ਜਾ 49% ਵਿੱਚ, ਉਹ ਇੱਕ ਉਹ ਚੀਜ਼ ਗੇਮ ਵਧੀਆ ਨਹੀਂ ਹੈਗੀ, 49 ਜਿਹੜਾ ਉਹ ਤੁਹਾਡੀ ਮਾਲਕੀ ਖਤਮ ਹੋ ਜਾਂਦੀ ਹੈ। ਫਿਰ ਜੇ 50 'ਚ ਪਾਉਂਦੇ ਨੇ, ਤੁਹਾਡਾ ਕੰਮਕਾਰ ਚੱਲਦਾ ਹੈਗਾ ਵਧੀਆ, ਤਾਂ ਫਿਰ ਠੀਕ ਹੈ, ਜੇ ਤੁਹਾਡੇ ਸਰਵਾਈਵ ਜੋਗੇ ਦੋਨਾਂ 'ਚੋਂ ਪੈਸੇ ਆ ਸਕਦੇ ਨੇ, ਅਗਾਂਹ ਵੱਧ ਸਕਦੇ ਹੋ। ਜੇ ਤੁਹਾਨੂੰ ਓਨਾ ਕੀ ਉਹ ਚਾਰ ਆ, ਇਕੱਲਾ ਆਪਾਂ ਕਈ ਵਾਰੀ ਆਪਣੇ ਵੀਰ ਮੁੰਡੇ ਸੋਚਦੇ ਨੇ ਵੀ ਅਸੀਂ ਬਿਜ਼ਨਸਮੈਨ ਬਣੀਏ, ਅਸੀਂ ਬਿਜ਼ਨਸ ਕਰਨਾ, ਅਸੀਂ ਲੇਬਰ ਨਹੀਂ ਕਰਨੀ, ਅਸੀਂ ਉਹ ਵੀ ਕੋਈ ਵਾਲਾ ਵਧੀਆ ਨਹੀਂ ਹੈ, ਉਹ 'ਚ ਹੈਡ ਇੱਕ ਸਟ੍ਰੈਸ ਬਹੁਤ ਹੋ ਜਾਂਦੀ ਹੈ,
ਪਰ ਜੇ ਤੁਹਾਨੂੰ ਕੋਈ ਆਪਣੇ ਚੰਗਾ ਪੈਸਾ ਬਣ ਸਕਦਾ ਗਾ, ਫਿਊਚਰ ਹੈਗਾ, ਚਲੋ ਅੱਜ 5000 ਵੀ ਮਹੀਨੇ ਦਾ ਬਣੇ ਕੋਈ ਨਹੀਂ ਗਾ, ਫਿਊਚਰ 'ਚ 20000 ਬਣ ਸਕਦਾ ਕੁਛ ਵੀ, ਫਿਰ ਉਹ 'ਚ ਜੰਪ ਇਨ ਕਰ ਦਿਓ। ਜੇ ਪਤਾ ਇਹ ਇੱਥੇ ਕੀ ਲਮਕਦਾ ਰਹਿਣਾ, ਇਹ ਅਪ ਡਾਊਨ ਜਿਹਾ ਹੀ ਆ, ਫਿਰ ਉਦੋਂ ਥੋੜ੍ਹਾ ਵਾਚ ਕਰ ਲਿਓ। ਪਰ ਤੁਸੀਂ ਇੱਕ ਜਿਹੜਾ ਪੇਪਰ ਹੁੰਦਾ ਜੇ 'ਤੇ ਟੈਕਸ ਪੇ ਕਰਦੇ ਨੇ, ਉਹ 'ਤੇ ਟਰੱਸਟ ਨਹੀਂ ਕਰਨਾ, ਕਿਉਂਕਿ ਪੇਪਰ ਫੇਕ ਬਣ ਜਾਂਦੇ ਨੇ। ਇੱਕ ਜਿਹੜਾ ਬਿਟਵੀਨ ਰੀਅਲ ਸਟੇਟ ਵਾਲਾ ਹੋਵੇਗਾ, ਉਹ 'ਤੇ ਟਰੱਸਟ ਨਹੀਂ ਕਰਨਾ। CRA ਤੋਂ ਸਿੱਧੇ ਪੇਪਰ ਤੁਸੀਂ ਲੈਣੇ ਨੇ ਵੀ ਕਿੰਨੇ 'ਤੇ ਟੈਕਸ ਦਿੱਤਾ, ਕੀ ਇਹਨਾਂ ਦੀ ਇਨਕਮ ਬਣੀ ਹੈ, ਕੀ ਸਾਰਾ ਕੁਛ ਹੈਗਾ, ਕਿਹੜਾ ਇਹਨਾਂ ਕੋਲ ਕਲਾਇੰਟ ਹੈ, ਕੀ ਕੁਛ ਹੈ। ਮੈਂ ਤੁਹਾਡੀ ਮਦਦ ਕਰ ਦਾਂਗਾ, ਤੁਸੀਂ ਮੈਨੂੰ ਬਾਅਦ 'ਚੋਂ ਕਰ ਲਿਓ ਕਾਲ। ਜੀ, ਆਪਾਂ ਸਾਰਿਆਂ ਦਾ ਟਾਈਮ ਨਾ ਬਰਬਾਦ ਕਰੀਏ, ਲਿਮਿਟਡ ਟਾਈਮ ਹੁੰਦਾ ਸ਼ੋਅ ਦਾ, ਅਤੇ ਇਸ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਆਪਾਂ ਬਾਅਦ 'ਚ ਗੱਲ ਕਰਾਂਗੇ। ਮੇਰੇ ਕੋਲ ਤੁਹਾਡਾ ਨੰਬਰ ਹੈ, ਬਹੁਤ ਬਹੁਤ ਮਿਹਰਬਾਨੀ ਸਾਰਿਆਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ, ਧੰਨਵਾਦ ਹੈ ਜੀ। ਲਓ ਜੀ, 1x1 ਆਪਾਂ ਕਾਲ ਆਉਂਦੇ ਕਰਦੇ ਜਾਂ ਅਗਲੀ ਕਾਲ 'ਤੇ ਚੱਲਦੇ ਹਾਂ। ਸੋ ਟਾਈਮ ਕੀ ਹੋ ਗਿਆ। ਹਲੋ ਜੀ, ਅਗਲੀ ਕਾਲ ਤਾਂ ਆਪਾਂ ਜੰਪ ਕਰ ਲਈਏ ਬਾਈ ਜੀ, ਤੁਸੀਂ ਆ ਜਾਓ। ਮੇਰਾ ਖਿਆਲ ਨੰਬਰ ਹੈਗਾ 997। ਵੈਲਕਮ। ਹੈਲੋ। ਹੈਲੋ ਜੀ। ਹਾਂਜੀ ਭਾਜੀ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹਾਂ, ਸਤਿ ਸ਼੍ਰੀ ਅਕਾਲ, ਤੁਸੀਂ ਏਅਰ ਤੇ ਸਰ। ਭਾਜੀ, ਮੈਂ ਗੱਲ ਕਰਨਾ ਚਾਹੁੰਦਾ ਆਪਣੇ ਅਕਾਲ ਤਖਤ ਦੇ ਜਹੇਦਾਰ ਤੇ। ਜੀ ਸਰ। ਭਾਜੀ, ਇਹਦੇ ਵਿੱਚ ਅਕਾਲ ਤਖਤ ਜਿਹੜਾ ਜਹੇਦਾਰ ਆ, ਇਹਦੀ ਜੌਬ ਦੇ ਇਹਦੀ ਸੈਲਰੀ ਚਾਹੀਦੀ 5 ਲੱਖ। ਹਾਂ ਹਾਂ। ਤੇ ਵਰਲਡ ਵਾਈਡ ਇਹਦੀ ਹੋਣੀ ਚਾਹੀਦੀ ਸਿਲੈਕਸ਼ਨ। ਇਹਦੇ ਵਿੱਚ 6 ਫੁੱਟ ਦੀ ਹਾਈਟ ਹੋਵੇ, ਬੰਦਾ ਫਿਜ਼ੀਕਲ ਫਿੱਟ ਹੋਵੇ, ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੋਵੇ, ਦਸਮ ਗ੍ਰੰਥ ਦਾ ਗਿਆਨ ਹੋਵੇ ਉਹਨੂੰ ਬੰਦੇ ਨੂੰ, ਤੇ ਮੌਜੂਦਾ ਲੋਇਰ ਦਾ, ਲੋਇਰ ਦੀ ਪੂਰੀ ਉਹਨੂੰ ਜਾਣਕਾਰੀ ਹੋਵੇ, PhD ਹੋਵੇ। ਉਹ ਆਪਣੇ ਜਵਾਨਾਂ ਨੂੰ ਇਸ ਪਾਸੇ ਅਟਰੈਕਟਿਵ ਕੀਤਾ ਜਾਵੇ, ਜਿੱਦਾਂ ਇਹ 5 ਲੱਖ ਦੀ ਜੋਬ ਰੱਖੀ ਜਾਵੇ, ਮੰਤਰੀ ਸੈਲਰੀ ਹੋਵੇ। ਤੇ ਦਸਮ ਗ੍ਰੰਥ ਦਾ ਗਿਆਨ ਕਿਉਂ ਹੋਵੇ ਵੀ ਆਪਾਂ ਉੱਤੇ, ਵੀ ਜੇ ਕੋਈ ਬੰਦਾ ਡਿਬੇਟ ਕਰਨੀ ਚਾਹੇ ਕਿਸੇ ਵੀ ਤਰ੍ਹਾਂ ਦੇ, ਫਿਰ ਉਹਨੂੰ ਜਿੱਦਾਂ ਤੁਸੀਂ ਕਹਿੰਦੇ ਆ ਵੀ ਇੱਕ ਸਵਾਲ ਦੇ 10 ਜਵਾਬ ਮਾਰੇ ਅੱਗੇ ਮੂੰਹ ਤੇ, ਚੁੱਪ ਕਰਾ ਦੇ ਬੰਦਾ। ਫਿਰ ਸਿਮ ਜਿਵੇਂ ਵੀ ਆਪਾਂ ਦਸਮ ਗ੍ਰੰਥ ਆਪਣੇ ਕੰਟਰੋਵਰਸ਼ਲ ਬਣ ਜਾਂਦੇ ਨੇ, ਫਿਰ ਉਹ ਜਵਾਬ ਦੇ ਪਾਵੇ ਵੀ ਭਾਈ ਇਹ 'ਚ ਆਇਆ ਵੀ ਭਾਈ ਰਣਜੀਤ ਸਿੰਘ ਢੰਡੀਆਂ ਵਾਲੇ ਵਰਗੇ ਐਵੇਂ ਨਾ ਰੌਲਾ ਪਾਈ ਜਾਣ, ਆ ਜਿਹੜੇ ਇਹ ਦੁੱਕੀ ਤਿੱਕੀ ਨੂੰ ਸਭ ਉਹ ਗੁੱਠੇ ਲਾ ਦੇ। ਠੀਕ ਹੈ, ਠੀਕ ਹੈ। ਤੇ ਇਹ ਵਰਲਡ ਵਾਈਡ ਸਿਲੈਕਸ਼ਨ ਹੋਣੀ ਚਾਹੀਦੀ ਆ, ਇਹਨਾਂ ਦੀ ਸਿਲੈਕਸ਼ਨ ਹੋਵੇ, 5 ਪਿਆਰਿਆਂ ਦੀ ਵੀ ਨਾਲ ਸਿਲੈਕਸ਼ਨ ਹੋਵੇ, ਉਹ ਵੀ ਕਰੋੜਾਂ ਚੋਂ ਬੰਦੇ ਚੁਣੇ ਜਾਣ, ਤੇ ਫਿਰ ਪਤਾ ਲੱਗੇ ਜੀ ਕਿਵੇਂ ਚੱਲਦਾ ਸਿਸਟਮ ਤੇ ਕਿਵੇਂ SGPC ਚੱਲਦੀ ਆ ਜੀ। ਜੀ, ਤੇ ਬਾਕੀ ਤੁਸੀਂ ਦੱਸੋ ਆਪਣੇ ਵਿਚਾਰ। ਮੈਂ ਤਾਂ ਹਾਂ ਨਹੀਂ, ਤੁਹਾਡੇ ਨਾਲ ਮੈਂ ਸਹਿਮਤ ਹਾਂ। ਜਿਹੜਾ ਇੱਕ ਬੰਦਾ ਸਾਡਾ ਜਥੇਦਾਰ ਹੈ, ਉਹ ਬੰਦਾ ਡਿਬੇਟ ਕਰਨ ਦੇ ਕਾਬਲ ਹੋਵੇ, ਜਿਹੜੇ ਮਾਹਰ ਹੋਣ ਉਹਨਾਂ ਦੇ, ਇਹ ਨਹੀਂ ਵੀ ਐਵੇਂ ਜਿੱਦਾਂ ਜਣਾ ਕਰਾਂ ਪ੍ਰਚਾਰ ਉੱਠ ਕੇ ਕਵੇ ਮੈਂ ਡਿਬੇਟ ਕਰਦੀ ਹਾਂ, ਮੈਂ ਆਹ ਮੁੱਦੇ 'ਤੇ ਕਰਨਾ। ਹੁਣ ਦੇਖੋ, ਭਾਈ ਰਣਜੀਤ ਸਿੰਘ ਨੇ ਜਦੋਂ ਮਾਤਾ ਭਾਗ ਕੌਰ ਦੇ ਖਿਲਾਫ ਜਿਹੜੇ ਸ਼ਬਦ ਬੋਲੇ, ਉਸ ਵੇਲੇ ਸਾਡਾ ਜਥੇਦਾਰ ਨੇ 4 ਬੰਦੇ ਨਿਯੁਕਤ ਕੀਤੇ, ਪਰ ਉਹਨੂੰ ਨਹੀਂ ਚੁਣਨੇ ਚਾਹੀਦੇ ਸੀ, ਉਹਨੂੰ ਖੁਦ ਚਾਹੀਦਾ ਸੀ ਵੀ ਭਾਈ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ, ਜੇ ਤੈਨੂੰ ਲੱਗਦਾ ਵੀ ਅਸੀਂ ਸੋਧਾ ਲਾਵਾਂਗੇ, ਕਿਉਂਕਿ ਅਕਾਲ ਤਖਤ ਸਾਹਿਬ ਦਾ ਇੱਕ ਕੌਨਸੈਪਟ ਹੈ, ਉਹ ਥੰਮਲੇ ਨਾਲ ਨੰਗਾ ਕਰਕੇ ਅਤੇ ਉਹਦੇ ਗਲਤ ਮਲਤ ਜਗ੍ਹਾ 'ਤੇ ਚਪਲਾਂ ਮਾਰਦੇ ਨੇ, ਉਹ ਪਹਿਲੋਂ ਕਹਿ ਦੇਵੇ ਵੀ ਭਾਈ ਇਹ ਕੰਮ ਅਸੀਂ ਨਹੀਂ ਕਰਾਂਗੇ, ਕਿਉਂਕਿ ਪੁਰਾਣੇ ਸਮੇਂ 'ਚ ਇਹਨਾਂ ਨੇ ਕੀਤਾ, ਪ੍ਰੋਫੈਸਰ ਦਰਸ਼ਨ ਸਿੰਘ ਨੇ ਵੀ ਕੀਤਾ, ਪਰ ਜਦੋਂ ਦਰਸ਼ਨ ਸਿੰਘ ਨੂੰ ਲੋੜ ਤਦ ਉੱਥੇ ਸੱਦਿਆ ਗਿਆ ਅਤੇ ਪ੍ਰੋਫੈਸਰ ਸਾਹਿਬ ਅੰਦਰ ਹੀ ਨਹੀਂ ਬੜੇ, ਉਹਨੂੰ ਪਤਾ ਸੀ ਮੈਂ ਵੀ ਨੰਗੇ ਕਰਕੇ ਕੁੱਟੇ ਨੇ ਤਾਂ ਮੈਨੂੰ ਵੀ ਇਹਨਾਂ ਨੇ ਕੁੱਟਣਾ। ਸੋ ਇਸ ਕਰਕੇ ਉਹ ਕੌਨਸੈਪਟ ਜਿਹੜਾ ਸੋਧੇ ਦਾ ਹੈਗਾ ਉਹਨੂੰ ਪਰੇ ਕਰ ਦਿੰਦੇ, ਅਤੇ ਸਾਡੇ ਜਥੇਦਾਰ ਸਾਹਿਬ ਕਹਿੰਦੇ ਜੇ ਤੇਰੇ ਡੇਰੇ 'ਤੇ ਆਉਣਾ ਤਾਂ ਮੈਂ ਉੱਥੇ ਆ ਜਾਂਦਾ, ਪਰ ਆ ਜਿਹੜਾ ਤੂੰ ਆਹ ਜਿਹੜੇ ਸ਼ਬਦ ਦੇ ਤੂੰ ਰੌਲਾ ਪਾ ਕੇ ਬਹਿ ਗਿਆ ਵੀ ਮਾਤਾ ਭਾਗ ਕੌਰ 10ਵੇਂ ਪਾਤਸ਼ਾਹ ਦੇ ਕੋਲ ਨਗਨ ਅਵਸਥਾ 'ਚ ਰਹਿੰਦੇ ਸੀ, ਇਹ ਤੂੰ ਇੱਕ ਗੰਦੀ ਸ਼ਬਦ ਬੋਲੇ ਨੇ, ਤਾਂ ਇਹ ਤੂੰ ਮੈਨੂੰ ਦੱਸ ਕਿਹੜੇ ਹਿਸਾਬ ਨਾਲ ਬੋਲੇ ਨੇ, ਫਿਰ ਆਪਾਂ ਡਿਬੇਟ ਕਰ ਸਕਦੇ ਸੀ। ਪਰ ਜਦੋਂ ਆਪਾਂ 4 ਬੰਦੇ ਨਿਯੁਕਤ ਕਰ ਲਿਆ ਵੀ ਪਟਿਆਲੇ ਆ ਜਾਂ ਭਾਈ ਰਣਜੀਤ ਸਿੰਘ, ਅਸੀਂ ਉਹਨਾਂ ਕਰਨਾ ਉੱਥੇ ਉਹ ਪਹੁੰਚਿਆ ਨੇ। ਸੋ ਤੁਹਾਡੀ ਗੱਲ ਬਿਲਕੁਲ ਸਹਿਮਤ ਆ, ਸਾਡੇ ਜਥੇਦਾਰ ਸਾਹਿਬ 'ਚ ਇੰਨੀ ਪਾਵਰ ਚਾਹੀਦੀ ਹੈ, ਜਿਹੜੇ 4 ਬੰਦੇ ਇਕੱਠੇ ਸੀ ਕੀਤੇ ਸੀ ਉਹਨਾਂ ਨਾਲੋਂ ਜ਼ਿਆਦਾ ਨੌਲੇਜ ਉਹਨਾਂ ਕੋਲ ਕੱਲਿਆਂ ਕੋਲ ਚਾਹੀਦੀ ਹੈ। ਤੁਹਾਡੀ ਗੱਲ ਦਰੁਸਤ ਹੈ, ਮੈਂ ਐਗਰੀ ਕਰਦਾ। ਹਾਂਜੀ ਹਾਂਜੀ ਭਾਜੀ, ਇਹ ਹਰ ਸ਼ਸਤਰ ਦਾ ਇਹਨਾਂ ਨੂੰ ਐਕਸਪੀਰੀਅੰਸ ਹੋਵੇ, ਸਾਡਾ ਜਹੇਦਾਰ ਹੋਵੇ। ਹਾਂਜੀ ਜੀ, ਥੈਂਕ ਯੂ, ਧੰਨਵਾਦ ਵੀਰੇ, ਥੈਂਕ ਯੂ। ਸੋ ਲਓ ਜੀ, ਬਾਈ ਜੀ ਤੁਸੀਂ ਆ ਜਾਓ। 660 ਸਵਾਗਤ ਹੈ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਬਾਈ ਜੀ। ਇੱਕ ਤਾਂ ਟੌਪਿਕ ਬੜੇ ਰਲ ਜਾਂਦੇ, ਮੈਂ ਕੱਲ ਵੀ ਕੀਤੀ ਸੀਗੀ ਜੀ, ਕੱਲ ਜਦੋਂ ਟੌਪਿਕ ਚੱਲਦਾ ਸੀ ਆਪਾਂ ਕੌਂਕੇ ਸਾਹਿਬ ਦਾ। ਹਾਂ ਵੀਰੇ, ਕਰੋ ਕੋਈ ਨਹੀਂ, ਤੇ ਉਹ ਗੱਲ ਕਰ, ਚਲੋ ਹੁਣ ਤਾਂ ਵੀ ਟੌਪਿਕ ਆਪਣਾ ਅੱਜ ਹੋਰ ਚੱਲੀ ਜਾਂਦਾ ਹਨਾ ਜੀ। ਵੈਸੇ ਮੇਨ ਜਿਵੇਂ ਮੇਰਾ ਆਪਦੇ ਮੇਰੇ ਦਿਮਾਗ ਦੇ ਹਿਸਾਬ ਨਾਲ ਵੀ ਚੁੜੀ ਹੋਈ ਚੀਜ਼ ਇੱਕ ਹੀ ਆ ਜਾਂਦੀ ਹੈ ਵੀ ਜਿਵੇਂ ਕੱਲ ਵੀ ਆਪਾਂ ਗੱਲ ਕਰਦੇ ਸੀ ਵੀ ਇਹਨਾਂ ਮੁੱਦਿਆਂ ਦੀ ਅਸਲ 'ਚ ਗੱਲ ਹੀ ਨਹੀਂ ਹੋਈ ਹੈਗੀ ਕਦੇ ਹਨਾ, ਵੀ ਕਦੇ ਇਹ ਅਸਲ ਦੇ ਵਿੱਚ ਪਹਿਲਾਂ ਜਿਵੇਂ ਕਹਿ ਲਓ ਵੀ ਡਰਾ ਤਾਂ ਵੀ ਆ ਲੱਗਿਆ ਵੀ ਆਪਾਂ ਨੂੰ ਪਤਾ ਨਹੀਂ ਆਪਣੇ ਤੋਂ ਕਿੱਡਾ ਆਪਣੇ ਲੋਕਾਂ ਤੋਂ ਕ੍ਰਾਈਮ ਹੋ ਗਿਆ ਵੀ ਇਸ ਟੌਪਿਕ ਦੇ ਉੱਤੇ ਵੀ ਤੁਸੀਂ
ਦੱਸ ਤਾਂ ਵੀ ਤੁਸੀਂ ਇਸ ਟੌਪਿਕ ਤੇ ਗੱਲ ਹੀ ਨਾ ਕਰੋ, ਆਪਾਂ ਉਹਦੇ ਸ਼ਹੀਦਾਂ ਬਾਰੇ ਗੱਲ ਹੀ ਨਹੀਂ ਕਰ ਸਕੇ। ਜਿਵੇਂ ਹੁਣ ਮੰਨ ਲਓ ਜਿਹੜੀ ਆਪਣੇ ਤੋਂ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਆ, ਜਿਵੇਂ ਮੈਂ 37-37 ਸਾਲ ਦੀ ਉਮਰ ਹੈ ਨਾ ਜੀ, ਆਪਣੇ ਤੋਂ ਜਿਹੜੀ ਪਹਿਲਾਂ ਵਾਲੀ ਜਨਰੇਸ਼ਨ ਸਾਡੇ ਤੋਂ ਸੀਗੀ, ਜਿਵੇਂ ਸਾਡੇ ਪੇਰੈਂਟਸ ਕਹਿ ਲਓ, ਉਹਨਾਂ ਨੇ ਜਿੰਨਾ ਚਿਰ ਅਸੀਂ ਮੰਨ ਲਓ ਜਵਾਨੀ ਦੇ ਟਾਈਮ ਦੇ ਵਿੱਚ ਜਦੋਂ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਸੀਗੀਆਂ, ਉਹਨਾਂ ਨੇ ਇਸ ਟੌਪਿਕ ਤੇ ਕਦੇ ਗੱਲ ਹੀ ਨਹੀਂ ਕੀਤੀ ਸਾਡੇ ਨਾਲ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਗਲਤ ਆ, ਵੀ ਇਹ ਕਿਤੇ ਕੁਛ ਗਲਤ ਹੋ ਗਿਆ ਸਾਡੇ ਤੋਂ। ਤੇ ਉਹ ਜੇ ਉਹਨਾਂ ਨੇ ਕੋਈ ਗੱਲ ਕਰੀ ਵੀ, ਉਹ ਤਾਂ ਉਹ ਨੈਗੇਟਿਵ ਪੁਆਇੰਟ ਆਫ ਵਿਊ ਨਾਲ ਕੀਤੀ ਹੋਣੀ ਆ, ਵੀ ਕਹਿ ਲਓ ਕਿਸੇ ਨੇ ਪੋਜ਼ਿਟਿਵ ਨਹੀਂ ਦਿਖਾਇਆ ਵੀ ਆਪਣੇ ਨਾਲ ਧੱਕਾ ਹੋਇਆ, ਵੀ ਆਪਣੇ ਨਾਲ ਕਿਉਂ ਧੱਕਾ ਹੋਇਆ, ਇਹਦੇ ਪਿੱਛੇ ਕੀ ਰੀਜ਼ਨ ਸੀਗੇ। ਪਰ ਦੇਖੋ ਵੀ ਤੁਸੀਂ ਕੁਛ ਕੁ ਬੰਦੇ ਆ ਜਿਹਨਾਂ ਦੀ, ਜਿਵੇਂ ਹੁਣ ਮੰਨ ਲਓ ਵੀ ਇਹਨਾਂ ਦੀ ਸ਼ਹੀਦੀ ਹੋਈ ਹਨਾ, ਕੌਂਕੇ ਸਾਹਿਬ ਦੀ, ਆਪਾਂ ਕਹਿ ਦਿੰਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਸ਼ਹੀਦੀ ਹੋਈ, ਜਾਂ ਕੁਛ ਕੁ ਸ਼ਹੀਦ ਹੋਰ ਆ ਜਿਹਨਾਂ ਦੇ ਆਪਾਂ ਗਿਣਵੇਂ ਚੁਣਵੇਂ ਨਾਮ ਆਪਣੇ ਜ਼ਬਾਨ ਤੇ ਹਨਾ ਜੀ। ਉਸ ਤੋਂ ਬਿਨਾਂ ਦੇਖੋ ਕਿੰਨੇ ਹੋਰ ਸ਼ਹੀਦ, ਹਜ਼ਾਰਾਂ ਲੱਖਾਂ ਦੇ ਸਾਨੂੰ ਹੁਣ ਤੱਕ ਸ਼ਹੀਦੀਆਂ ਹੋ ਚੁੱਕੀਆਂ ਸਿੱਖਾਂ ਦੀਆਂ, ਤੇ ਉਹਨਾਂ ਬਾਰੇ ਜੇ ਹੁਣ ਕਦੇ ਆਪਾਂ ਬਹਿ ਕੇ ਮੰਨ ਲਓ ਕਿਸੇ ਟੌਪਿਕ ਤੇ ਗੱਲ ਕਰੂਗੀ ਆਪਣੀ ਕੌਮ, ਤਾਂ ਹੀ ਪਤਾ ਲੱਗੂਗਾ ਨਾ। ਹਾਂ ਦੇਖੋ ਵੀਰ, ਜਿਹੜੀਆਂ ਇੱਕ ਤਾਂ ਕੌਮ ਨੂੰ ਅੰਡਰਸਟੈਂਡ ਕਰਨਾ ਪੈਣਾ ਵੀ ਜਿਹੜੀਆਂ ਸ਼ਹੀਦੀਆਂ ਹੋਈਆਂ, ਸ਼ਸਤਰ ਚੁੱਕਣ ਦੀ ਲੋੜ ਕਿਉਂ ਪਈ। ਆਨੰਦਪੁਰ ਮਤਾ ਸੀਗਾ ਜਿਹੜਾ ਕਿ ਅਕਾਲੀ ਦਲ ਨੇ ਪਹਿਲੋਂ ਉਸ ਵੇਲੇ ਤਿਆਰ, ਇਕੱਠੇ ਹੀ ਸੀ ਟਕਸਾਲ ਅਕਾਲੀ ਦਲ, ਸਾਰੇ ਇਕੱਠੇ ਹੀ ਆਪਣੀਆਂ ਸੰਸਥਾਵਾਂ ਇੱਕ ਸਟੇਜ ਸਾਂਝੀਆਂ ਕਰਦੀਆਂ ਰਹੀਆਂ ਨੇ। ਇਹਨਾਂ ਨੇ ਇੱਕ ਆਨੰਦਪੁਰ ਮਤਾ ਬਣਾਇਆ। ਆਨੰਦਪੁਰ ਮਤੇ ਦੇ ਵਿੱਚ ਇੰਡੀਆ ਦਾ 370 ਕੌਂਸਟੀਟਿਊਸ਼ਨ ਦੇ ਅਧੀਨ ਪੰਜਾਬ ਆਉਂਦਾ, ਅਤੇ ਕੁਛ ਇੰਡੀਆ ਦੇ ਸੂਬੇ 371 ਕੌਂਸਟੀਟਿਊਸ਼ਨ ਦੇ ਥੱਲੇ ਆਉਂਦੇ। ਜਿਹੜੇ ਸੂਬੇ 371 ਦੇ ਆਉਂਦੇ ਉਹਨਾਂ ਦੇ ਕੋਲ ਇੱਕ ਵੱਖਰੀ ਪਾਵਰ ਹੈ। ਜਿਵੇਂ ਇੱਕ ਮਮਤਾ ਬੈਨਰਜੀ ਨੇ, ਉਹ ਪਤਾ ਨਹੀਂ ਕਿਵੇਂ ਨਾਂ ਭੁੱਲ ਗਿਆ, ਉਹ ਬੀਬੀ ਇੱਧਰ ਬੜੀ ਸਖ਼ਤ ਹੈ, ਉਹ ਜਿੱਤਣ ਹੀ ਨਹੀਂ ਦਿੰਦੀ ਕਿਸੇ ਨੂੰ, ਇੱਧਰ ਆਸਾਮ ਆ ਲੈ ਕਿਤੇ ਉਹ। ਸੋ ਹਾਂਜੀ, ਅਤੇ ਉਹ 371 ਦੇ ਕੌਂਸਟੀਟਿਊਸ਼ਨ ਮੰਗ ਰਹੇ ਸੀਗੇ, ਪਰ ਉਸ ਸਮੇਂ ਦੇ ਹਿਸਾਬ ਨਾਲ ਉਹਦੇ ਅਧੀਨ ਫਿਰ ਤੁਸੀਂ ਜਿਹੜੀਆਂ ਆਪਣੀਆਂ ਫਸਲਾਂ ਨੇ, ਤੁਹਾਡੀ ਜੀ ਤੁਹਾਡਾ ਸਾਰਾ ਕੁਛ ਹੈ, ਤੁਸੀਂ ਜਿਵੇਂ 35 ਆਰਟੀਕਲ ਲਾ ਕੇ ਕਸ਼ਮੀਰ ਨੂੰ ਪਾਵਰ ਦਿੱਤੀ ਸੀ, ਇੱਦਾਂ ਹੀ ਪੰਜਾਬ ਮੰਗ ਰਿਹਾ ਸੀਗਾ ਵੀ ਅਸੀਂ ਆਪਣੀਆਂ ਫਸਲਾਂ ਜਿਹੜੀਆਂ ਸਾਡੀਆਂ ਰੁੜ ਰਹੀਆਂ ਨੇ, ਸਾਡੀ ਕਣਕ ਰੁੜ ਰਹੀ ਹੈ, ਵੀ ਸਾਨੂੰ ਸਿੱਧਾ ਟ੍ਰੇਡ ਕਰ ਲੈਂਦਾ, ਕਿਉਂਕਿ ਉਦੋਂ ਸਮਾਂ ਹੋਰ ਸੀ। ਅੱਜ ਫੈਡਰਲ ਲੈਵਲ ਦੇ ਟ੍ਰੇਡ ਹੁੰਦੇ ਨੇ, ਉਦੋਂ ਪ੍ਰੋਵਿੰਸ਼ਲ ਲੈਵਲ ਦੇ ਟ੍ਰੇਡ ਹੁੰਦੇ ਸੀਗੇ। ਸੋ ਉਹਨਾਂ ਨੇ ਉਦੋਂ ਇਹ ਮੰਗ ਮੰਨੀ ਵੀ ਸਾਨੂੰ ਆਪਣੀਆਂ ਫਸਲਾਂ ਜਿਹੜੀਆਂ ਨੇ ਆਪ ਅਸੀਂ ਆਪਣੀਆਂ ਵੇਚ ਕੇ ਅਤੇ ਇਹਦੇ ਮੁੱਲ ਵੱਟ ਸਕੀਏ। ਹੁਣ ਫੈਡਰਲ ਲੈਵਲ ਤੱਕ ਜਦੋਂ ਆਉਂਦੀ ਆਉਂਦੀ ਸਾਡਾ ਜਿਹੜਾ ਜ਼ਿਮੀਂਦਾਰ ਹੈ ਉਹਦੇ ਕੋਲ ਪ੍ਰੋਫਿਟ 50% ਰਹਿ ਜਾਂਦਾ, ਪਰ ਜਦੋਂ ਅਸੀਂ ਸਿੱਧੀ ਵੇਚਾਂਗੇ ਸਾਡੇ ਕੋਲ ਪ੍ਰੋਫਿਟ 2 ਰੁਪਈਏ ਤੱਕ ਵੀ ਰਹਿ ਸਕਦਾ ਸੀ, $2 ਤੱਕ ਵੀ। ਸੋ ਉਹ ਇਹਨਾਂ ਦਾ ਮੁੱਦਾ ਸੀਗਾ ਜਿਹੜਾ ਕਿ ਇੱਕ ਰੀਜ਼ਨ, ਖਾਲਿਸਤਾਨ ਦਾ ਕੋਈ ਮੁੱਦਾ ਹੀ ਨਹੀਂ ਸੀ, ਦੇਰ ਵਾਜ਼ ਨੋ ਖਾਲਿਸਤਾਨ। ਫਿਰ ਮੁੱਦਾ ਸੀਗਾ ਵੀ ਜਿਹੜੀਆਂ ਸਾਡੀਆਂ ਔਰਤਾਂ ਨੇ ਤੁਸੀਂ ਥਾਣਿਆਂ ਵਿੱਚ ਰਾਤ ਨਹੀਂ ਰੱਖਣੀਆਂ, ਜੇ ਕਿਸੇ ਔਰਤ ਨੇ ਕੋਈ ਗਲਤੀ ਕੀਤੀ ਆ, ਕੋਈ ਗਲਤ ਮਲਤ ਕੁਛ ਹੋ ਗਿਆ, ਉਹਦੇ ਕੋਲ ਕੋਈ ਸ਼ਰਾਬ ਕੱਢਦੀ ਫੜੀ ਗਈ ਕੁਛ, ਅਤੇ ਉਹਨੂੰ ਤੁਸੀਂ ਅਸੀਂ ਸਵੇਰ ਨੂੰ ਪੰਚਾਇਤ ਜਿਹੜੀ ਹੈ ਉਹ ਥਾਣੇ ਪੇਸ਼ ਕਰੇਗੀ, ਪਰ ਤੁਸੀਂ ਔਰਤ ਜਿਹੜੀ ਥਾਣੇ ਨਹੀਂ ਰੱਖ ਸਕਦੇ। ਫਿਰ ਇਹਦਾ ਇੱਕ ਮੁੱਦਾ ਸੀਗਾ ਵੀ ਅਸੀਂ ਦਰਬਾਰ ਸਾਹਿਬ ਤੋਂ ਲਾਈਵ ਜਿਹੜਾ ਕੀਰਤਨ ਹੈ ਲੋਕਾਂ ਤੱਕ ਪਹੁੰਚਾਉਣਾ, ਜਿਹਦੀ ਕਿ ਕੁਛ ਕਰੋੜ ਕੁ ਰੁਪਈਏ ਦੀ ਕੋਸਟ ਪੈਂਦੀ ਸੀ। ਫਿਰ ਇਹਨਾਂ ਨੇ ਕਿਹਾ ਵੀ ਜਿਹੜੀ ਕੋਸਟ ਹੈ ਉਸ ਬਾਹਰ ਬੈਠੀਆਂ ਸੰਗਤਾਂ ਕਵਰ ਕਰ ਦੇਣਗੀਆਂ, ਤੁਹਾਨੂੰ ਪੈਸਾ ਨਹੀਂ ਦੇਣਾ ਪਵੇਗਾ, ਸਾਨੂੰ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਦਿਓ। ਇੱਦਾਂ ਦੀਆਂ ਬੜੀਆਂ ਸਿੰਪਲ ਸਧਾਰਨ ਮੰਗਾਂ ਸੀਗੀਆਂ, ਵੱਧ ਹੱਕਾਂ ਦੀਆਂ ਸੀਗੀਆਂ। ਫਿਰ ਇਹਨਾਂ ਨੇ ਕਿਹਾ ਵੀ ਜਿਹੜਾ ਰਮਾਇਣ ਹਿੰਦੂਆਂ ਦੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਸਾਹਿਬਾਨ ਨੇ, ਸੋ ਜੇ ਇਹਨਾਂ ਦੀ ਵਿਅਦਬੀ ਕਰਦਾ ਤਾਂ ਉਹ 'ਤੇ ਫਸਟ ਡਿਗਰੀ ਮਰਡਰ ਦੇ ਕੌਂਸਟੀਟਿਊਸ਼ਨ ਦੇ ਥੱਲੇ ਆਵੇ, ਵੀ ਫਸਟ ਡਿਗਰੀ ਮਰਡਰ ਦਾ ਕੇਸ ਉਹ 'ਤੇ ਪਾਇਆ ਜਾਵੇ, ਵੀ ਕਤਲ ਦਾ ਕੇਸ ਉਹ 'ਤੇ ਪਾਇਆ ਜਾਵੇ। ਇੱਦਾਂ ਦੇ ਬੜੇ ਇੱਕ ਸਿੰਪਲ ਸਧਾਰਨ ਸੀਗੀ, ਅਤੇ ਉਸ ਵੇਲੇ ਜਿਹੜਾ ਰਾਜ ਭਾਗ ਕਰਦੀ ਸੀ ਇੰਦਰਾ ਗਾਂਧੀ, ਉਹਨੇ ਉਹ ਚੀਜ਼ਾਂ ਨਹੀਂ ਮੰਨੀਆਂ। ਉਹ ਕਹਿੰਦੀ ਤੁਹਾਨੂੰ ਇੱਕ ਵੀ ਨਹੀਂ ਮਿਲਣੀ, ਬਦਮਾਸ਼ੀ ਕਰਨ ਲੱਗ ਪਈ, ਗੁੰਡਾਗਰਦੀ ਕਰਨ ਲੱਗ ਪਈ, ਕੱਖ ਨਹੀਂ, ਕਿਉਂਕਿ ਇਕੱਲੀ ਪਾਰਟੀ ਸੀ, ਬਰੋਬਰ ਪਾਰਟੀ ਕੋਈ ਨਹੀਂ ਸੀ। ਉਹ ਬਦਮਾਸ਼ੀ ਕਰਦੀ ਕਰਦੀ ਨੇ ਸਿੱਖਾਂ ਦੇ ਕੋਲ ਸ਼ਸਤਰ ਫੜਾ ਤਾ, ਫਿਰ ਸਿੱਖਾਂ ਨੇ AK-47 ਚੱਕੀਆਂ। AK-47 ਚੁੱਕਣਾ, ਤੁਸੀਂ ਇੰਡੀਆ ਦਾ ਕੌਂਸਟੀਟਿਊਸ਼ਨ ਸ਼ਸਤਰ ਚੁੱਕ ਸਕਦੇ ਹੋ, ਬਿਲਕੁਲ ਤੁਹਾਨੂੰ ਲਾਓ ਕਰ ਰਹੇ ਨੇ, ਅਤੇ ਉਹ ਚੁੱਕਿਆ। ਉਦੋਂ ਬਾਅਦ ਆ ਸਾਰਾ ਕੁਛ ਜਿਹੜਾ ਖਾਲਿਸਤਾਨ ਦੀ ਨੇ ਰੱਖੀ ਗਈ। ਫਿਰ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੇ ਕਿਹਾ ਵੀ ਜੇ ਮਿਲਟਰੀ, ਹਾਲੇ ਤੱਕ ਅਸੀਂ ਖਾਲਿਸਤਾਨ ਨਹੀਂ ਮੰਗਦੇ, ਪਰ ਜੇ ਮਿਲਟਰੀ ਇੱਕ ਅੰਦਰ ਜੁੱਤੀ ਪਾ ਕੇ ਵੜ ਜਾਂਦੀ ਆ ਸਾਡੇ ਦਰਬਾਰ ਦੇ, ਅਤੇ ਅਸੀਂ ਖਾਲਿਸਤਾਨ ਦੀ ਨੀਂਹ ਰੱਖ ਦਿਆਂਗੇ। ਅਤੇ ਇਹਨਾਂ ਨੇ ਉਦੋਂ ਬਦਮਾਸ਼ੀ ਕੀਤੀ, ਫਿਰ ਹੁਣ ਨੀਂਹ ਰੱਖੀ ਗਈ ਤਾਂ ਹੁਣ ਇਹ ਭੱਜੇ ਫਿਰਦੇ ਨੇ। ਆਹ ਕੁਛ ਹੈ ਇੱਥੇ, ਹੋਰ ਮੰਗਾਂ ਸਿੰਪਲ ਸਧਾਰਨ ਮੰਗਾਂ ਨਹੀਂ ਦੇ ਪਾਏ, ਜਿਹਦਾ ਕਰਕੇ ਰੌਲਾ ਸਿੱਖ ਨਾਰਾਜ਼ ਹੋਇਆ ਫਿਰਦਾ। ਗੱਲ ਉਹੀ ਆ ਜਾਂਦੀ ਹੈ ਨਾ, ਕਿਉਂਕਿ ਇਹ ਚਾਹੁੰਦੇ ਨਹੀਂ ਹੈਗੇ ਸੀਗੇ ਵੀ ਪੰਜਾਬ ਦੀ ਜੇ ਇੱਕ ਵੀ ਗੱਲ ਮੰਨਦੇ ਆ, ਉਹਨਾਂ ਦਾ ਮਤਲਬ ਤਾਂ ਇਹ ਆ ਵੀ ਇਹਨਾਂ ਨੂੰ ਦਬਾ ਕੇ ਰੱਖੋ, ਵੀ ਇਹਨਾਂ ਦੀ ਕੋਈ ਸੁਣਨੀ ਨਹੀਂ ਹੈਗੀ ਬਸ, ਵੀ ਜੇ ਮੰਨ ਲਓ ਇਹਨਾਂ ਨੂੰ ਮੰਨ ਲਓ ਵੀ ਆਪਾਂ ਮਾੜਾ ਮੋਟਾ ਵੀ ਮੂੰਹ ਲਾਇਆ, ਤਾਂ ਇਹਨਾਂ ਨੇ ਤੁਹਾਨੂੰ ਪਤਾ ਵੀ ਜਿਵੇਂ ਜਿਵੇਂ ਤੁਸੀਂ ਕੱਲ੍ਹ ਕਹਿੰਦੇ ਸੀ ਆਪਾਂ ਤਾਂ ਪੈਰ ਬਹਿਣ ਜੋਗੀ ਥਾਂ ਚਾਹੀਦੀ ਆ,
ਮੋਦੀ ਨੂੰ ਪੈਂਦਾ ਵੀ ਸਿੱਖ ਕੀ ਚਾਹੁੰਦਾ, ਪੰਜਾਬ ਕੀ ਚਾਹੁੰਦਾ, ਉਹਨਾਂ ਦਾ ਮਤਲਬ ਇਹ ਹੈ ਵੀ ਬਸ ਇਹਨਾਂ ਨੂੰ ਇਗਨੋਰ ਮਾਰੋ ਜਿੰਨਾ ਮਾਰ ਸਕਦੇ ਹੋ, ਜਦੋਂ ਲੋੜ ਹੈ ਉਦੋਂ ਇਹਨਾਂ ਤੋਂ ਕੰਮ ਲੈ ਲਓ, ਫੌਜ ਵੇਲੇ ਤੁਹਾਨੂੰ ਫੌਜ ਚਾਹੀਦੀ ਹੈ ਉਦੋਂ ਸਿੱਖ ਪੰਜਾਬ ਦੇ ਵਿੱਚੋਂ ਭਰਤੀ ਕਰ ਲਓ, ਉਹਨਾਂ ਨੂੰ ਮਰਵਾਈ ਜਾਓ, ਉਹਨਾਂ ਨੂੰ ਸ਼ਹੀਦ ਕਰਾਈ ਜਾਓ, ਉਦੋਂ ਮੁੜ ਕੇ ਉਹਨਾਂ ਨੇ ਬਾਤ ਨੀ ਪੁੱਛਣੀ ਕਿਸੇ ਦੀ ਵੀ, ਹਨਾ ਜੀ। ਹਾਂ ਦੇਖੋ, ਜਿਹੜਾ ਕਿਸਾਨੀ ਸੰਘਰਸ਼ ਹੋਇਆ ਵੀਰ, ਉਸ ਤੋਂ ਪਹਿਲਾਂ ਪੰਜਾਬ ਨੂੰ ਬਹੁਤ ਵੱਡੇ ਲੈਵਲ ਤੱਕ ਸਿੱਖ ਨੂੰ ਇਗਨੋਰ ਕੀਤਾ ਜਾਂਦਾ ਸੀ। ਜਦੋਂ ਕਿਸਾਨੀ ਸੰਘਰਸ਼ ਹੋਇਆ ਨਾ, ਉਦੋਂ ਬਾਅਦ ਬੀਜੇਪੀ ਦੀ ਸੋਚ ਬਦਲੀ ਹੈ, ਉਦੋਂ ਬਾਅਦ ਇਹਨਾਂ ਨੇ ਬਦਲਿਆ। ਹੁਣ ਚਾਰ ਸਾਹਿਬਜ਼ਾਦਿਆਂ ਦਾ ਦਿਨ ਵੀ ਮਨਾਇਆ, ਇਹਨਾਂ ਨੂੰ ਪਤਾ ਲੱਗ ਗਿਆ, ਪਹਿਲਾਂ ਇਹਨਾਂ ਨੂੰ ਮਹਿਸੂਸ ਹੋਇਆ ਵੀ ਸਿੱਖ ਦੀ ਪਾਵਰ ਖਤਮ ਹੋ ਗਈ, ਹੁਣ ਸਿੱਖ ਬਾਹਰ ਹੀ ਬੈਠਾ, ਇੱਥੇ ਵਾਲੇ ਜਿਹੜੇ ਖਤਮ ਹੈ। ਪਰ ਜਦੋਂ ਸੰਘਰਸ਼ ਕੀਤਾ ਇਹ ਫਿਰ ਡੋਲ ਗਿਆ, ਉੱਥੋਂ ਡਰ ਗਿਆ, ਅਤੇ ਉਦੋਂ ਬਾਅਦ ਇਹਨਾਂ ਦੀ ਸੋਚ ਬਦਲੀ ਆ। ਪਰ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਇਹਨਾਂ ਨੇ ਇਗਨੋਰ ਕੀਤਾ। ਚਲੋ ਠੀਕ ਹੈ, ਕਈ ਹੋਰ ਸੂਬੇ ਨੇ ਉਹਨਾਂ ਨੂੰ ਵੀ ਬੜਾ ਇਗਨੋਰ ਕਰਦੀ ਆ, ਸਰਕਾਰ ਫੰਡਿੰਗ ਨਹੀਂ ਦਿੰਦੀ, ਪਰ ਧਰਮ ਨਾਤੇ 'ਤੇ ਵੀ ਕਿਤੇ ਨਾ ਕਿਤੇ ਸਿੱਖ ਇਗਨੋਰ ਹੋ ਗਿਆ। ਫਿਰ ਉਦੋਂ ਬਾਅਦ ਉਹਨੂੰ ਗੱਲ ਲਾਉਣਾ ਚਾਹਿਆ, ਉਹ ਗੱਲ ਲੱਗਣ ਨੂੰ ਤਿਆਰ ਨਹੀਂ ਆ, ਹੁਣ ਇੱਥੇ ਰੌਲਾ ਪੈ ਗਿਆ। ਹੁਣ ਦੇਖੋ ਜੀ, ਤੁਸੀਂ ਇਹ ਗੱਲ ਇੱਕ ਤੁਸੀਂ ਕੱਲ੍ਹ ਗੱਲ ਕਰਦੇ ਸੀਗੇ ਵੀ ਜਿਵੇਂ ਖੇਤਰੀ ਪਾਰਟੀ ਹੈ ਨਾ, ਇਹਦੇ ਵਿੱਚ ਇੱਥੇ ਪੰਜਾਬ ਮਾਰ ਖਾਂਦਾ ਜੀ। ਖੇਤਰੀ ਪਾਰਟੀ ਜਿਹੜੀ ਵੀ ਸਟੇਟ ਦੀ ਖੇਤਰੀ ਪਾਰਟੀ ਇੰਨੀ ਕੁ ਸਟਰੋਂਗ ਹੋਵੇ ਵੀ ਸੈਂਟਰ ਨੂੰ ਮੱਲੋ ਮੱਲੀ ਤੁਹਾਡੀ ਗੱਲ ਸੁਣਨ ਆਉਣਾ ਪਵੇ ਆਪ, ਵੀ ਉਹ ਤੁਹਾਡੇ ਤੱਕ ਅਪਰੋਚ ਕਰੇ ਵੀ ਤੁਸੀਂ ਦੱਸੋ ਜੀ ਤੁਹਾਨੂੰ ਕੀ ਚਾਹੀਦਾ। ਹੁਣ ਦੇਖੋ ਵੀ ਖੇਤਰੀ ਪਾਰਟੀ ਪਹਿਲਾਂ ਅਕਾਲੀ ਦਲ ਸੀਗੀ ਹੈ ਨਾ, ਸ਼੍ਰੋਮਣੀ ਅਕਾਲੀ ਦਲ, ਉਦੋਂ ਉਹ ਇੰਨੀ ਕੁ ਸਟਰੋਂਗ ਪਾਰਟੀ ਸੀ ਵੀ ਭਾਜਪਾ ਮਿੰਨਤਾਂ ਕਰਦੀ ਹੁੰਦੀ ਸੀ ਪੰਜਾਬ ਦੇ ਵਿੱਚ ਵੀ ਸਾਨੂੰ 2 ਸੀਟਾਂ ਦੇ ਦਿਓ। ਉਦੋਂ ਬਾਅਦ ਅਕਾਲੀ ਦਲ ਹੀ ਇੰਨਾ ਕੁ ਥੱਲੇ ਲੱਗ ਗਿਆ ਉਹਨਾਂ ਦੇ ਵੀ, ਹੌਲੀ ਹੌਲੀ ਉਹ ਉਹਨਾਂ ਦਾ ਜਿਵੇਂ ਕਹਿ ਲਓ ਪਰਸੈਂਟੇਜ ਵੱਧਦਾ ਗਿਆ, ਅਕਾਲੀ ਦਲ ਥੱਲੇ ਹੁੰਦਾ ਗਿਆ। ਅਕਾਲੀ ਦਲ ਨੇ ਆਪਦੇ ਆਪ ਨੂੰ ਖੁਦ ਹੀ ਖਤਮ ਕਰ ਲੈਣੀ, ਹਾਲਾਂਕਿ ਅਕਾਲੀ ਦਲ ਜਿੰਨੀ ਸਟਰੋਂਗ ਪਾਰਟੀ ਪੰਜਾਬ 'ਚ ਕੋਈ ਖੇਤਰੀ ਬਣ ਹੀ ਨਹੀਂ ਸਕਦੀ ਸੀਗੀ, ਜਿੰਨਾ ਵੱਡਾ ਉਹਨਾਂ ਦਾ ਸਟਰਕਚਰ ਖੜਾ ਕਰ ਲਿਆ ਸੀ ਉਹਨਾਂ ਨੇ, ਹਨਾ ਜੀ। ਉਸ ਤੋਂ ਬਾਅਦ ਕਾਂਗਰਸ ਤਾਂ ਚਲੋ ਸੈਂਟਰ ਤੋਂ ਚੱਲਦੀ ਆ ਆਪ, ਹੁਣ ਉਸ ਤੋਂ ਬਾਅਦ ਲੋਕਾਂ ਨੇ ਸੋਚਿਆ ਵੀ ਹੁਣ ਖਣੀ ਆਪ ਸਾਡੇ ਕੋਲ ਵਧੀਆ ਆਪਸ਼ਨ ਹੈ, ਲੋਕਾਂ ਨੇ ਆਪ ਲਿਆਂਦੀ ਆਪ, ਹੁਣ ਜਿਹੜੀ ਚੀਫ਼ ਪਾਰਟੀ ਜਿਹੜੀ ਚੱਲ ਰਹੀ ਸੈਂਟਰ ਤੋਂ ਰਹੀ ਹੈ, ਜਿਹਦਾ ਕੰਟਰੋਲ ਹੀ ਸੈਂਟਰ ਦੇ ਵਿੱਚ ਹੈ, ਉਹ ਤੁਸੀਂ ਭਾਵੇਂ ਕੱਲ੍ਹ ਨੂੰ ਮੰਨ ਲਓ ਸੈਂਟਰ ਦੇ ਵਿੱਚ ਮੰਨ ਲਓ ਤੁਸੀਂ ਕਹਿ ਲਓ ਵੀ ਆਪ ਵੀ ਆ ਜਾਂਦੀ ਆ, ਤੁਸੀਂ ਆਪ ਦੀਆਂ ਗੱਲਾਂ ਤਾਂ ਫਿਰ ਵੀ ਨਹੀਂ ਰੱਖ ਸਕਦੇ ਜਦੋਂ ਜਿਹੜੀ ਪਾਰਟੀ ਚੱਲਦੀ ਸੈਂਟਰ ਤੋਂ ਆ। ਹੁਣ ਜੇ ਤੁਹਾਡੀ ਆਪਦੀ ਸ਼੍ਰੋ ਆਪਣੀ ਕੋਈ ਖੇਤਰੀ ਪਾਰਟੀ ਇੰਨੀ ਕੁ ਜ਼ਿਆਦਾ ਤਗੜੀ ਸਟਰੋਂਗ ਹੋਵੇ, ਪਰ ਉਹਦੇ ਵਿੱਚ ਗੱਲ ਉੱਥੇ ਆ ਜਾਂਦੇ ਨੇ, ਫਿਰ ਜਦੋਂ ਘੁੰਮ ਘੁੰਮਾ ਕੇ ਲੀਡਰ ਤਾਂ ਉਹੀ ਚੱਲੀ ਜਾਂਦੇ ਆ ਜੀ, ਉਹ ਕੋਈ ਬੰਦਾ ਇੱਧਰ ਦੀ ਪਾਰਟੀ ਚੋਂ ਆ ਗਿਆ ਕਿ ਉਹਦੂਗਾ ਜੀ ਮੈਂ ਤੀਜਾ ਧੜਾ ਖੜਾ ਕਰਦਾਂਗਾ, ਉਹ ਕੱਲ ਨੂੰ ਪਹਿਲਾਂ ਬੰਦੇ ਨੂੰ ਬੜੀਆਂ ਵਧੀਆ ਵਧੀਆ ਗੱਲਾਂ ਦੱਸਦੇ ਆ ਵੀ ਪੰਜਾਬ ਵਾਲਿਆਂ ਨੂੰ ਵੀ ਐਂ ਕਰ ਦਾਂਗੇ ਉਹ ਕਰ ਦਾਂਗੇ, ਹਨਾ ਅਸੀਂ ਐਂ ਕਰ ਸਕਦੇ ਹਾਂ, ਸਾਡੇ ਕੋਲ ਆਹ ਸੋਰਸ ਹੈਗੇ ਆ, ਅਸੀਂ ਤੁਹਾਡਾ ਬਜਟ ਜਾਣ ਕੇ ਆਪਦਾ ਆਪੇ ਪੂਰਾ ਕਰ ਸਕਦਾ ਪੰਜਾਬ ਸੈਲਫ ਉਹ ਕਰ ਸਕਦਾ, ਹਨਾ। ਪਰ ਉਸ ਤੋਂ ਬਾਅਦ ਜਦੋਂ ਥੋੜੇ ਕੁ ਟਾਈਮ ਬਾਅਦ ਉਹ ਜਦੋਂ ਉਹਦੀ ਕਮਾਂਡ ਉੱਥੋਂ ਹੁੰਦੀ ਹੈ, ਤੁਣਕਾ ਉੱਥੋਂ ਵੱਜਦਾ, ਤੇ ਉਹੀ ਗੱਲ ਫਿਰ ਮੁੜ ਘੁੜ ਕੇ ਗੱਲ ਖੋਤੀ ਬੋਰਡ ਥੱਲੇ ਵਾਲਾ ਕੰਮ ਹੋ ਜਾਂਦਾ, ਉਹ ਫਿਰ ਗੱਲ ਉੱਥੇ ਸ਼ੁਰੂ ਹੋ ਜਾਂਦੀ ਹੈ ਨਾ ਜੀ। ਤੇ ਹਾਂਜੀ ਥੈਂਕ ਯੂ, ਤੇ ਸੋਰੀ ਹਾਂਜੀ ਚਲੋ ਹਾਂਜੀ ਦੇਖ ਲਓ, ਬਾਕੀ ਟੌਪਿਕ ਸੀਗੇ ਮੇਰੇ ਦਿਮਾਗ ਚ। ਚਲੋ ਆਪਾਂ ਵੀ ਕੱਲ ਨੂੰ ਵੀ ਥੋੜਾ ਸਮਾਂ ਦੇ ਦਈਏ, ਲੰਮਾ ਸਮਾਂ ਹੋ ਗਿਆ ਵੀਰੇ। ਚਲੋ ਮੜਾ ਇੱਕ ਗੱਲ ਦੱਸ ਦਈ ਮੈਨੂੰ। ਹਾਂਜੀ ਵੀਰ, ਹਾਂਜੀ। ਉਹ ਮੇਰੇ ਨਾਲ ਕੁਐਸਚਨ ਸੀਗਾ ਦਿਮਾਗ ਦੇ ਵਿੱਚ ਵੀ ਜਿਹੜੀ ਆਪਣੀ ਹੁਣ ਘਰਾਂ ਦੀ ਚੱਲਦੀ ਹੈ ਜੀ, ਕਿਉਂਕਿ ਤੁਸੀਂ ਇਸ ਬਾਰੇ ਬੜਾ ਕੰਮ ਕਰਦੇ ਹੋ ਨਾ। ਹਾਂਜੀ, ਵੀ ਜਿਹੜੀ ਆਪਣੀ ਘਰਾਂ ਦੀ ਹੁਣ ਸਿਚੁਏਸ਼ਨ ਚੱਲ ਰਹੀ ਹੈ ਜੀ, ਤੁਹਾਨੂੰ ਕੀ ਲੱਗਦਾ ਵੀ 2024 ਦੇ ਵੀ ਕਹਿ ਲਓ ਤੁਸੀਂ ਅੱਧ ਤੋਂ ਬਾਅਦ ਤੱਕ ਕਿਵੇਂ ਜੀ ਹੋਜੂਗੀ? ਦੇਖੋ ਇੱਥੇ ਮਲਟੀਪਲ ਆਫਰ ਪੈਣੀਆਂ ਨੇ, ਕਿਉਂਕਿ ਜਿਹੜੀ ਮਾਰਕੀਟ ਜਿੰਨੀ ਕਿਹਨਾਂ ਨੇ ਖਰਾਬ ਕਰਨੀ ਸੀ ਕਰ ਲਈ। ਜਿਹੜਾ ਇੰਟਰਸਟ ਰੇਟ ਹੈ ਉਹ ਇਕੱਲਾ ਰੀਅਸਟੇਟ ਕਰਕੇ ਨਹੀਂ ਚੁੱਕਿਆ, ਉਹ 100 ਆਈਟਮ ਕਰਕੇ ਚੁੱਕਿਆ, ਹਜ਼ਾਰਾਂ ਕਰਕੇ ਚੁੱਕਿਆ, ਉਹਦੇ ਵਿੱਚੋਂ ਇੱਕ ਰੀਅਸਟੇਟ ਹੈ। ਪਰ ਸਾਡੇ ਦਿਮਾਗ 'ਚ ਆ ਗਿਆ ਖਰੇ ਰੀਅਸਟੇਟ ਹੈ, ਰੀਅਸਟੇਟ ਇਕੱਲੀ ਕਰਕੇ ਇੰਟਰਸਟ ਰੇਟ ਇੰਨਾ ਹਾਈ ਨਹੀਂ ਰੱਖਿਆ ਜਾ ਸਕਦਾ। ਹਰ ਚੀਜ਼ ਜਿਹੜੀ ਮਾਰਕੀਟ ਹੈ ਉਹ ਡਿੱਗ ਜਾਵੇਗੀ, ਕੈਨੇਡਾ 'ਚ ਰਿਸੈਸ਼ਨ ਆ ਜਾਵੇਗਾ, ਖਤਮ ਹੋ ਜਾਵੇਗਾ। ਹੁਣ ਇਹਨਾਂ ਨੇ ਮਾਰਚ ਅਪ੍ਰੈਲ ਤੱਕ ਇਹਨਾਂ ਨੇ ਇੰਟਰਸਟ ਰੇਟ ਡਿੱਗਣੇ ਸ਼ੁਰੂ ਕਰਦੇ ਨੇ। ਅੱਜ TD ਦੀ ਰਿਪੋਰਟ ਆਈ ਆ, ਉਹ ਕਹਿੰਦੇ ਐਂਡ ਆਫ 2024 ਤੱਕ 2.75 ਤੱਕ ਤੁਹਾਡਾ ਇੰਟਰਸਟ ਰੇਟ ਰਹਿ ਜਾਵੇਗਾ, ਅਤੇ ਅੱਜ 5 ਤੱਕ ਹੈ, ਉਹਨਾਂ ਨੇ ਕਿਹਾ 2.25 ਜਿਹੜਾ ਇੰਟਰਸਟ ਰੇਟ ਹੈ ਇੱਕ ਸਾਲ 'ਚ ਸੁੱਟ ਦੇਣਗੇ। ਨੈਵਰ ਨੋ ਵੀ ਸੁੱਟਣਗੇ ਨਹੀਂ ਸੁੱਟਣਗੇ, ਇਹ TD ਨੇ ਕਿਵੇਂ ਰਿਪੋਰਟ ਦਿੱਤੀ ਹੈ, ਇਹ ਕਿੱਥੋਂ ਰਿਪੋਰਟ ਲੈ ਕੇ ਆਏ ਆ, ਪਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਵੱਧ ਤੋਂ ਵੱਧ 3.25 ਤੱਕ ਰੱਖ ਦੇਣਗੇ, 1.75 ਤੱਕ ਡੇਗ ਸਕਦੇ ਨੇ ਇੰਟਰਸਟ ਰੇਟ ਜਦੋਂ ਡਿੱਗਣਾ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖੋ, ਹਾਲੇ ਇਹਨਾਂ ਨੇ ਵਧਾਇਆ ਨਹੀਂ ਤਾਂ ਮਾਰਕੀਟ ਆਲਰੇਡੀ ਅੱਪ ਹੋਣੀ ਸ਼ੁਰੂ ਹੋ ਗਈ ਹੈ, ਕਿਉਂਕਿ ਆਪਣਾ ਤਾਂ ਬਿਜ਼ਨਸ ਹੈ ਰੀਅਸਟੇਟ। ਰੀਅਸਟੇਟ ਦੀ ਜਿਹੜੀ ਪੈਨਿਕ ਸੀਗੀ ਉਹ ਲੋਕਾਂ ਦੇ ਦਿਮਾਗ 'ਚੋਂ ਨਿਕਲ ਗਈ, ਕਿਉਂਕਿ ਲੋਕਾਂ ਨੇ ਰੇਡੀਓ, TV, ਟਿਕਟੋਕ, ਫੇਸਬੁੱਕ ਵਾਲਿਆਂ ਨੇ ਬੜੀ ਪੈਨਿਕ ਕ੍ਰੀਏਟ ਕੀਤੀ ਸੀ, ਕਿਉਂਕਿ ਹਰ ਇੱਕ ਚਾਹੁੰਦਾ ਵੀ ਜਦੋਂ ਮਾੜਾ ਸਮਾਂ ਮੈਂ ਇੱਦਾਂ ਦੀ ਗੱਲ ਬੋਲ ਕੇ ਲੋਕਾਂ ਦਾ ਹਰਮਨ ਪਿਆਰਾ ਬਣਾ। ਸੋ ਉਹਦਾ ਕਰਕੇ ਉਹ ਜਿਹੜਾ ਸੀਗਾ ਸਾਰਾ ਕਲੀਅਰ ਹੋ ਗਿਆ। ਹੁਣ ਮਾਰਕੀਟ ਲੋਕਾਂ ਨੂੰ ਪਲੱਸ ਪੁਆਇੰਟ ਆਉਣ ਲੱਗ
ਹਾਂਜੀ ਕਿਉਂਕਿ ਬਾਹਰ ਤਾਂ ਬਹੁਤ ਬੈਠਾ ਜੀ, ਛਾਪਲੇ ਬੈਠੇ ਲੋਕ ਵੀ, ਯਾਨੀ ਕਿ ਕਹਿ ਲਓ ਮਾੜਾ ਜਿਹਾ ਵੀ ਥੱਲੇ ਡਰੌਪ ਹੋਇਆ ਇੰਟਰਸਟਿਡ, ਤੇ ਨਾਲ ਦੀ ਨਾਲ ਲੋਕਾਂ ਨੇ ਆਫਰਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਨਾ ਜੀ। ਹਾਂਜੀ ਥੈਂਕ ਯੂ, ਧੰਨਵਾਦ ਹੈ ਜੀ। ਬਿਲਕੁਲ ਜਿਹੜਾ ਬਾਹਰ ਤਾਂ ਬਹੁਤ ਹੈ, ਮਾਰਕੀਟ ਜਿਹੜੀ ਫਰੀਜ਼ ਕੀਤੀ 1.5 ਸਾਲ, ਉਹ ਵੱਡੀ ਮਿਸਟੇਕ ਰਹੀ ਹੈ। ਮਾਰਕੀਟ ਪਹਿਲਾਂ ਦੇਖੋ, ਤੁਹਾਨੂੰ 3.5 ਮਿਲੀਅਨ ਘਰ ਚਾਹੀਦੇ ਨੇ 2030 ਤੱਕ, ਤੁਹਾਡੇ ਕੋਲ ਬਣ ਨਹੀਂ ਰਹੇ, ਫਿਰ ਤੁਸੀਂ ਮਾਰਕੀਟ ਹੋਲਡ ਕਰ ਦਿੰਦੇ ਹੋ, ਉਹ 'ਤੇ ਉਲਟ ਅਸਰ ਪੈ ਜਾਂਦਾ। ਇਹ ਮੈਨੂੰ ਸਮਝ ਨਹੀਂ ਆ ਰਿਹਾ ਵੀ ਹੋਲਡ ਕਿਵੇਂ ਇਹਨੂੰ ਹੈਂਡਲ ਕੀਤਾ ਜਾਵੇਗਾ, ਆਈ ਹੈਵ ਨੋ ਕਲੂ। ਪਰ ਜਿਹੜਾ ਘਰ 2-2 ਮਿਲੀਅਨ ਦਾ, ਕਿਤੇ 3-3 ਦਾ ਹੋ ਗਿਆ, ਤਾਂ ਮੈਨੂੰ ਵੀ ਫਿਕਰ ਹੈ ਵੀ ਆਪਣੇ ਬੱਚਿਆਂ ਨੂੰ ਕਿਵੇਂ ਲੈ ਕੇ ਦੇਵਾਂਗਾ, ਕਿਵੇਂ ਆਪਾਂ ਸਾਰੇ ਰਵਾਂਗੇ। ਇਹ ਹਾਲਾਤ ਕੋਈ ਜਿਹੜੇ ਹਿਸਾਬ ਨਾਲ ਇਹਨਾਂ ਨੇ ਹੈਂਡਲ ਕੀਤੇ, ਗਲਤ ਕੀਤੇ ਨੇ। ਮਾਰਕੀਟ ਚੱਲੀ ਜਾਣ ਦੇਣੀ ਚਾਹੀਦੀ ਸੀ, ਥੋੜ੍ਹੀ ਥੋੜ੍ਹੀ ਚੱਲੀ ਜਾਣ, ਇਹਨਾਂ ਨੇ ਫਰੀਜ਼ ਕਰਤੀ, ਹੁਣ ਉਹ ਇੱਕਦਮ ਪਟਾਕਾ ਪਵੇਗਾ। ਪਹਿਲਾਂ 20-20 ਆਫਰਾਂ ਪੈਂਦੀਆਂ ਸੀ, ਹੁਣ 50-50 ਪਈ ਜਾਣਗੀਆਂ, ਤਾਂ ਉੱਥੇ ਫਿਰ ਮਲਟੀਪਲ ਹੋਣਗੀਆਂ ਆਫਰਸ, ਤਾਂ ਫਿਰ ਅਗਲਾ ਜਿਹੜਾ ਸੇਲਰ ਹੈ ਵੇਚਣ ਵਾਲਾ, ਅਤੇ ਕੋਈ ਕਾਨੂੰਨ ਨਹੀਂ, ਕੋਈ ਕਾਇਦਾ ਨਹੀਂ, ਜਿੰਨੇ ਦੇ ਮਰਜ਼ੀ ਵੇਚੀ ਜਾਣਗੇ, ਇੱਦਾਂ ਦੇ ਹਾਲਾਤ ਬਣਨੇ ਨੇ। ਆਹ ਜਿਹੜੀ ਆਉਣ ਵਾਲੀ ਸਮਰ ਹੈ, ਤੁਸੀਂ ਵੇਖ ਲੈਣਾ, ਇੱਥੇ ਮਲਟੀਪਲ ਆਫਰ ਦਾ ਰੌਲਾ ਪੈਣਾ। ਮਾਰਕੀਟ ਜਿਹੜੀ ਘਰਾਂ ਦੀ ਆ, ਇਹ 2 ਮਹੀਨਿਆਂ 'ਚ ਹੀ ਚੜ੍ਹ ਜਾਣੀ ਆ। 60 ਦਿਨਾਂ ਦੇ ਵਿੱਚ ਹੀ ਇੱਕ ਦੋ ਘਰਾਂ 'ਤੇ ਔਫਰ ਵੱਧ ਪੈ ਗਈਆਂ, 2-3 ਮੀਡੀਆ ਨੇ ਪੋਜ਼ਿਟਿਵ ਨਿਊਜ਼ ਦਿੱਤੀ, ਇਹ ਲਾਲਾ ਲਾਲਾ ਕਰਕੇ ਉੱਪਰ ਚੜ੍ਹ ਜਾਣੀ ਬਸ। ਲਓ ਜੀ ਬਾਈ ਜੀ, ਸਵਾਗਤ ਹੈ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਹਾਂਜੀ ਭਾਅ ਜੀ, ਅਤੇ ਤੁਹਾਡਾ ਸ਼ੋਅ ਵਧੀਆ ਜੀ, ਅਸੀਂ ਸੁਣਦੇ ਰਹਿੰਦੇ ਹਾਂ। ਅਤੇ ਮੈਂ ਤੁਹਾਨੂੰ ਜੀ, ਅੱਜ ਵੱਡੀ ਸਭਾ ਦਾ ਆਖਰੀ ਦੀਵਾਨ ਹੈ, ਅਤੇ ਤੁਹਾਨੂੰ 2 ਲਾਈਨਾਂ ਸਾਹਿਬਜ਼ਾਦਿਆਂ ਦੀਆਂ ਸੁਣਾਉਣੀਆਂ ਜੀ। ਹਾਂਜੀ, ਸੁਣਾ ਦਿਓ ਨਾ ਪੜਾ ਲਾ। ਜਾ ਕੇ ਅਣਖ ਚਮਕਾਰ ਨੂੰ ਵੇਖਦਿਆਂ ਹੀ, ਸੁੱਟਾ ਜਿੱਤੇ ਜੀਤ ਜੁਝਾਰ ਤੇਰਾ, ਟੱਟੇ ਹੋਏ ਸਮ ਦਿਲ ਖਲੋ ਜਾਂਦੇ, ਕਿਣਿਆਂ ਕੰਧਾਂ ਵਿੱਚ ਵੇਖ ਪਰਿਵਾਰ ਤੇਰਾ, ਹੋ ਸੁਣ ਕੇ ਸੂਬੇ ਦੀ ਗੱਲ ਸਾਹਿਬਜ਼ਾਦੇ ਬੋਲਦੇ, ਸੁਣ ਕੇ ਸੂਬੇ ਦੀ ਗੱਲ ਸਾਹਿਬਜ਼ਾਦੇ ਬੋਲਦੇ, ਕਰ ਲੈ ਜੋ ਦਿਲ ਆਈ ਅਸੀਂ ਨਹੀਂ ਘਬਰਾਉਣਾ, ਹੋ ਕਰ ਲੈ ਜੋ ਦਿਲ ਆਈ ਅਸੀਂ ਨਹੀਂ ਘਬਰਾਉਣਾ, ਓ ਗੁਰੂ ਨਾਨਕ ਦਾਦਾ ਚੁੱਚਾ ਬਈ ਸਾਰੀ ਦੁਨੀਆਂ ਤੋਂ, ਤੇਰੇ ਮੂਹਰੇ ਸੂਬਿਆ ਸਿਰ ਨਹੀਂ ਕਦੇ ਚੁਕਾਉਣਾ, ਹੋ ਤੇ ਮੂਹਰੇ ਬਾਬਿਆ ਸਿਰ ਨਹੀਂ ਕਦੇ ਚੁਕਾਉਣਾ, ਭਾਵੇਂ ਛੋਟੇ ਹਾਂ ਪਰ ਓਏ ਭਾਵੇਂ ਛੋਟੇ ਹਾਂ ਪਰ ਸ਼ੇਰ ਹਾਂ ਗੁਰੂ ਗੋਬਿੰਦ ਸਿੰਘ ਦੇ, ਮੋਤੋਂ ਡਰ ਕੇ ਜੱਗ ਵਿੱਚ ਮੂਜੀ ਨਹੀਂ ਸਦਾਉਣਾ, ਹੋ ਮੋਤੋਂ ਡਰ ਕੇ ਜੱਗ ਵਿੱਚ ਪਾਜੀ ਨਹੀਂ ਸਦਾਉਣਾ, ਜਿੰਤਾ ਜਾਵੇ ਪਰ ਇਹ ਜਾਵੇ ਧਰਮ ਇਮਾਨ, ਸਿੱਖੀ ਸਿਰਕ ਭਰੋਸਾ ਸਿਰ ਦੇ ਨਾਲ ਨਿਭਾਉਣਾ, ਸਿੱਖੀ ਸਿਰਕ ਭਰੋਸਾ ਸਿਰ ਦੇ ਨਾਲ ਨਿਭਾਉਣਾ, ਹੋ ਤੂੰ ਤਾਂ ਜਿਉਂਦਾ ਸੂਬਿਆ ਦੋਜਕ ਦੇ ਵਿੱਚ ਜਾਵੇਂਗਾ, ਅਸਾਂ ਨੇ ਮਰ ਕੇ ਆਪਣਾ ਪ੍ਰਵੇ ਵਨਾਸੀ ਪਾਉਣਾ, ਅਸਾਂ ਨੇ ਮਰ ਕੇ ਆਪਣਾ ਪ੍ਰਵੇ ਵਨਾਸੀ ਪਾਉਣਾ, ਤੇਤੋਂ ਸਿੰਘ ਸੂਰਮੇ ਗਿਣ ਗਿਣ ਬਦਲੇ ਲੈਣਗੇ, ਤੇਰੀ ਕੀਤੀ ਦਾ ਫਲ ਤੈਨੂੰ ਹੀ ਭਗਤਾਉਣਾ, ਹੋ ਤੇਰੀ ਕੀਤੀ ਨਾ ਫਲ ਤੈਨੂੰ ਹੀ ਭਗਤਾਉਣਾ, ਉਹ ਸਾਡੀ ਯਾਦਗਾਰ ਤੇ ਓਏ ਸਾਡੀ ਯਾਦਗਾਰ ਤੇ ਸਦਾ ਹੀ ਮੇਲੇ ਲੱਗਣਗੇ, ਤੇਰੀ ਮੜੀ ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ, ਹੋ ਤੇਰੀ ਕੋਲ ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ, ਸਾਡੀ ਵਾਰਸ਼ੀ ਦੀ ਓਏ ਸਾਡੀ ਵਾਰਸ਼ੀ ਦੀ ਛੌਂਕੀ ਜੱਗ ਤੇ ਗਾਉਣਗੇ, ਤੈਨੂੰ ਪਾਪੀ ਜ਼ਾਲਮ ਕਹਿ ਕੇ ਯਾਦ ਕਰਾਉਣਾ, ਹੋ ਤੈਨੂੰ ਪਾਪੀ ਜ਼ਾਲਮ ਕਹਿ ਕੇ ਯਾਦ ਕਰਾਉਣਾ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ ਸਰੋਤਿਆਂ ਨੂੰ ਬੇਨਤੀ ਆ ਲਾਈਨ ਕੋਈ ਡਰੋਪ ਨਹੀਂ ਕਰਨੀ, ਇਸ ਤਰ੍ਹਾਂ ਤੁਸੀਂ ਹੋਲਡ ਰੱਖੋ। ਰਿਆਸਤ ਰੈਸਟੋਰੈਂਟ ਹੈ, ਜੇ ਇੱਕ ਚੰਗੇ ਰੈਸਟੋਰੈਂਟ 'ਚ ਬੈਠ ਕੇ ਭੋਜਨ ਛਕਣਾ ਚਾਹੁੰਦੇ ਹੋ, ਟੇਕ ਆਊਟ ਕਰਨਾ ਚਾਹੁੰਦੇ ਹੋ, ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਅੱਜ ਵੀ ਰਿਆਸਤ ਰੈਸਟੋਰੈਂਟ ਓਪਨ ਹੈ ਜੀ। 4525 ਅਵਨੀਜ਼ਰ ਰੋਡ ਦੇ ਉੱਪਰ ਹੈ, 905-913-1200 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਲੀਜ਼ ਜੋ ਦਿਓ, ਕੋਈ ਵੀ ਲਾਈਨ ਡਰੋਪ ਨਹੀਂ ਕਰਨੀ। ਸੋ ਨੀਰੂ ਜੀ ਆ ਗਏ ਨੇ, ਆਪਾਂ ਥੋੜ੍ਹੀ ਰੀਅਲ ਸਟੇਟ ਦੀ ਅਪਡੇਟ ਦੇ ਦਈਏ। ਅੱਜ ਰੀਅਲ ਸਟੇਟ ਬਾਰੇ ਬੜੀ ਗੱਲਬਾਤ ਚੱਲੀ, ਬੜੇ ਸਰੋਤਿਆਂ ਨੇ ਸਵਾਲ ਪੁੱਛੇ, ਸੋ ਹੁਣ ਤੁਹਾਡੇ ਸਾਹਮਣੇ ਸਾਰਾ ਕੁਛ ਪਿਆ ਹੈਗਾ। ਮਾੜਾ ਸਮਾਂ ਜਿਹੜਾ ਸੀ, ਮਾੜੇ ਸਮੇਂ 'ਤੇ ਕੀ ਕੁਛ ਹੋਇਆ ਤੁਸੀਂ ਅੱਖੀਂ ਵੇਖ ਲਿਆ, ਕਿੰਨੇ ਕੁ ਲੋਕਾਂ ਨੇ ਪ੍ਰਾਈਸਾਂ ਡਰੋਪ ਕੀਤੀਆਂ, ਕਿੰਨੇ ਕੁ ਲੋਕਾਂ ਨੇ ਘਰ ਜਿਹੜੇ ਸੀ ਫ੍ਰੀ ਦੇ ਤੇ, ਕਿੰਨੇ ਕੁ ਲੋਕ ਘਰ ਛੱਡ ਕੇ ਭੱਜ ਗਏ, ਕਿੰਨੇ ਕੁ ਲੋਕਾਂ ਨੇ ਕੀਤਾ, ਹੋਇਆ ਕੁਛ? ਜੇ ਇੱਦਾਂ ਦੇ ਸਮੇਂ 'ਚ ਕੱਖ ਨਹੀਂ ਹੋਇਆ ਤਾਂ ਇਹ ਗਾਂਹ ਜ਼ਿੰਦਗੀ 'ਚ ਵੀ ਕੱਖ ਨਹੀਂ ਹੋਣਾ। ਆਉਣ ਵਾਲੇ 10 ਸਾਲਾਂ ਦੇ ਵਿੱਚ ਰੀਅਲ ਸਟੇਟ 'ਚ ਅੰਨਾ ਪੈਸਾ ਪਿਆ। ਮੈਂ ਬੇਨਤੀ ਕਰਾਂਗਾ, ਜੇ ਕੋਈ ਬੰਦਾ ਚਾਹੁੰਦਾ ਹੈਗਾ ਤਾਂ ਪੈਸਾ ਜ਼ਰੂਰ ਬਣਾ ਲਓ, ਕਿਉਂਕਿ ਹੁਣ ਇੰਟਰਸਟ ਰੇਟ ਡਰੋਪ ਕਰਨ ਦੀਆਂ ਗੱਲਾਂ ਮਾਰਕੀਟ ਵਿੱਚ ਚੱਲ ਪਈਆਂ ਨੇ, ਅਤੇ ਜਿਹੜੀ ਮਾਰਕੀਟ ਹੈ ਉਹ ਅੱਗੇ ਨੂੰ ਅਪ ਆਉਂਦੀ ਜਾ ਰਹੀ ਹੈ, ਅਤੇ ਜਿੱਦਣ ਡਰੋਪ ਕਰਤਾ ਉਸ ਦਿਨ ਤੋਂ ਹੈਂਡਲ ਹੋਣਾ ਬੜਾ ਟੱਫ ਹੋ ਜਾਵੇਗਾ। ਪਰ ਮੈਂ ਬਾਇਰ ਜਿਹੜਾ ਹੈਗਾ ਬੇਨਤੀ ਕਰਾਂਗਾ, ਪਿੱਛੇ ਨਾ ਹਟੋ, ਤੁਹਾਡੇ ਕੋਲ ਕਿਤੇ ਪੈਸਾ ਪਿਆ ਹੈਗਾ ਜਿਹਦੇ ਕੋਲ ਹੈ ਨਹੀਂ ਉਹ ਵੇਟ ਕਰ ਲਓ, ਇੱਕ ਦਿਨ ਦੇਵੇਗਾ ਪਰਮਾਤਮਾ। ਜਿਹਦੇ ਕੋਲ 4 ਪੈਸੇ ਪਏ ਨੇ ਬੈਂਕ 'ਚ ਰੱਖ ਕੇ ਬੈਠੇ ਹੋ ਜਾਂ ਕੋਈ ਚੀਜ਼ ਲੈਣ ਬਾਰੇ ਸੋਚ ਰਹੇ, ਇੱਕ ਵਾਰੀ ਰੀਅਲ ਸਟੇਟ ਵੱਲੋਂ ਜ਼ਰੂਰ ਝਾਤ ਮਾਰੋ। ਟੋਰਾਂਟੋ GTA ਦੇ ਵਿੱਚ ਪੈਸਾ ਲਾਉਂਗੇ, ਤੁਹਾਡੇ ਪੈਸੇ ਬਹੁਤ ਬਣ ਜਾਣਗੇ। ਇਹ ਕੋਈ ਸਾਡੇ ਥਰੂ ਨਹੀਂ, ਜਿਹਦੇ ਮਰਜ਼ੀ ਲਾ ਲਓ, ਪਰ ਜੇ ਸਾਡੇ ਥਰੂ ਲਾਉਣਾ ਚਾਹੁੰਦੇ ਤਾਂ ਨੰਬਰ ਤੁਹਾਨੂੰ ਮੈਂ ਤਰਨ ਦਾ ਦੇ ਦਿੰਦਾ, ਮੇਰਾ ਖੁਦ ਦਾ ਨੰਬਰ ਸਾਡੀ ਟੀਮ ਦਾ, 647-928-1056 ਨੰਬਰ ਹੈ, 647-928-1056। ਸੋ ਮੈਂ ਬੇਨਤੀ ਕਰਾਂਗਾ, ਇਹ 'ਚ ਪੈਸਾ ਬੜਾ। ਹੁਣ ਜਿਹੜੇ ਬੰਦੇ ਨੇ ਅੱਜ ਤੋਂ 15 ਸਾਲ ਪਹਿਲਾਂ 2 ਪ੍ਰੋਪਰਟੀਜ਼ ਲਈਆਂ ਸੀ, ਅੱਜ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਤਾਂ ਉਹ ਕੰਮ ਨਹੀਂ ਕਰਦਾ। ਉਹਦੇ ਕੋਲ $8,000-9,000 ਉੱਥੋਂ ਰੈਂਟ ਆ ਰਿਹਾ, $6,000-7,000 ਖਰਚਾ, ਬਾਕੀ ਵਕੇਸ਼ਨਾਂ ਕਰਦੇ ਨੇ, ਪੂਰੀ ਵਧੀਆ ਗੱਡੀ ਰੱਖੀ ਹੈ, ਆਨੰਦ ਲੈਂਦੇ ਨੇ, ਆਪਣਾ ਮੌਜ ਲੁੱਟਦੇ ਨੇ। ਰੀਅਲ ਸਟੇਟ ਇੱਕ ਐਸਾ ਕਿੱਤਾ ਹੈਗਾ। ਪਰ ਜੇ ਤੁਸੀਂ ਇੱਕ ਰੈਸਟੋਰੈਂਟ ਲੈ ਲੈਂਦੇ ਹੋ, ਬਿਜ਼ਨਸ ਲੈਂਦੇ ਹੋ, ਕੱਪੜੇ ਦਾ ਸਟੋਰ ਹੈ, ਸੱਤੇ ਦਿਨ ਕੰਮ ਹੈ, ਸਹੀ ਮਹੀਨੇ 'ਚ ਇੱਕ ਰੀਅਲ ਸਟੇਟ ਹੀ ਇੱਦਾਂ, ਹਰ 30 ਤਰੀਕ ਨੂੰ ਜਾਓ, ਚੈੱਕ ਸਿੱਧਾ ਤੁਹਾਡੇ ਅਕਾਊਂਟ 'ਚ ਆ ਜਾਂਦਾ, ਜਾਂ ਉੱਥੋਂ ਚੁੱਕ ਕੇ ਲੈ ਆਓ। ਸੋ ਇਹ 'ਚ ਪੈਸਾ ਅਤੇ ਨਾਲੇ ਸੇਫ ਇਨਵੈਸਟਮੈਂਟ ਹੈ। ਸੋ ਜਿਵੇਂ ਟਰੰਪ ਵਰਗੇ ਲੋਕ ਲਾ ਲਓ, ਹੋਰ ਜਿੰਨੇ ਤੁਸੀਂ ਲਾ ਲਓ, ਮੇਰਾ ਖਿਆਲ ਇੱਧਰ ਰੀਅਲ ਸਟੇਟ 'ਚ ਬੜੇ ਲੋਕ ਐਸੇ ਬਿਲੀਅਨਅਰ ਬਣੇ ਨੇ। ਸੋ ਮੈਂ ਬੇਨਤੀ ਕਰਾਂਗਾ, ਸਾਡੀ ਕਮਿਊਨਿਟੀ ਇੱਕ ਸਮੇਂ 'ਚ ਨਹੀਂ ਸੀ ਵਾਲਾ ਇਹ ਚੀਜ਼ ਵੱਲ ਧਿਆਨ ਦਿੰਦੀ, ਦਵਾਦਵ ਸਾਨੂੰ ਲੱਗਾ ਸੀ ਅਸੀਂ ਆਪਣਾ ਘਰ ਪੇਡ ਆਫ ਕਰ ਲਈਏ, ਘਰ ਪੇਡ ਆਫ ਕਰ ਲਈਏ, ਸਾਡਾ ਇਹ ਸੁਪਨਾ ਹੁੰਦਾ ਸੀ। ਉਦੋਂ ਬਾਅਦ ਸਾਡੀ ਕਮਿਊਨਿਟੀ ਜਾਗਰਤ ਹੋਈ ਵੀ ਘਰ ਪੇਡ ਆਫ ਕਰਨ ਦਾ ਇੰਨਾ ਕੋਈ ਫਾਇਦਾ ਨਹੀਂ ਹੈ, ਘਰ 'ਤੇ $2,00,000 ਚੱਕ ਕੇ ਹੋਰ ਜਿਹੜੀਆਂ ਪ੍ਰੋਪਰਟੀਜ਼ ਬਾਏ ਕਰੋ। ਇਹ ਅੱਜ ਤੋਂ 30-35 ਸਾਲ ਪਹਿਲਾਂ ਇਟਾਲੀਅਨ ਲੋਕਾਂ ਨੇ ਕੀਤਾ, ਜਿਹੜੇ ਬਜ਼ੁਰਗ ਆਏ ਸਨ, ਅੱਜ ਉਹਨਾਂ ਦੇ ਬੱਚੇ ਕੰਮ ਕਰਦੇ ਨਹੀਂ ਆ, ਵਿਹਲੇ ਬੈਠੇ ਰੈਂਟ ਆ ਰਿਹਾ। ਸੋ ਮੈਂ ਤੁਹਾਨੂੰ ਵੀ ਕਹਾਂਗਾ, ਰੋਟੀ ਕੱਪੜਾ ਮਕਾਨ ਦੀ ਜ਼ਿੰਦਗੀ 'ਚ ਲੋੜ ਹੈ, ਜਿਹੜੀ ਰੋਟੀ ਕੱਪੜਾ ਅਤੇ ਮਕਾਨ, ਮਕਾਨ ਛੱਤ ਦੀ ਹਰ ਇੱਕ ਨੂੰ ਲੋੜ ਹੈ। ਸੋ ਤੁਸੀਂ ਇਹ ਚੀਜ਼ ਨੂੰ ਧਿਆਨ 'ਚ ਰੱਖੋ ਅਤੇ ਤੁਸੀਂ ਪੂਰਾ ਇਸ ਦਾ ਫਾਇਦਾ ਲੈ ਸਕਦੇ ਹੋ, ਰੂਫ ਦਾ ਤੁਹਾਡੇ ਬੱਚਿਆਂ ਤੱਕ ਲਿਆ ਜਾ ਸਕਦਾ। ਪਰ ਮੈਂ ਬੇਨਤੀ ਕਰਾਂਗਾ, ਜਿੱਥੋਂ ਮਰਜ਼ੀ ਲਓ, ਪਰ ਰੀਅਲ ਸਟੇਟ 'ਚ ਪੈਸਾ ਲਾ ਲਓ, ਲਾਓ ਟੋਰਾਂਟੋ GTA 'ਚ, ਬਾਕੀ ਬਾਰੇ ਮੈਨੂੰ ਕੋਈ ਪਤਾ ਨਹੀਂ ਹੈ, ਅਤੇ ਟੋਰਾਂਟੋ GTA ਦੇ ਵਿੱਚ ਵੀ ਤੁਸੀਂ ਉੱਥੇ ਲਾਉਣਾ ਜਿੱਥੇ ਪੈਸੇ ਵੱਧ ਸਕਦੇ ਨੇ ਬਹੁਤ ਜ਼ਿਆਦਾ। ਐਵੇਂ ਐਸੀਆਂ ਜਗ੍ਹਾ ਨੇ ਜਿਹਦਾ ਨਾਮ ਟੋਰਾਂਟੋ ਹੈ ਅਤੇ ਪਰ ਉੱਥੇ ਕੋਈ ਬੰਦਾ ਮੂਵ ਨਹੀਂ ਹੋ ਸਕਦਾ, ਕ੍ਰਾਈਮ ਬਹੁਤ ਹੈ, ਸਕੂਲ ਨੇੜੇ ਨਹੀਂ ਹੈ, ਉਹ ਚੀਜ਼ਾਂ ਵੀ ਵੇਖਣੀਆਂ ਹੈਗੀਆਂ। ਅਤੇ ਨੀਰੂ ਜੀ ਕੁਛ ਤੁਹਾਨੂੰ ਦੱਸਣਗੇ ਵੀ ਕਿੱਥੇ ਕਿੱਥੇ ਪ੍ਰੋਪਰਟੀ ਜਿਹੜੀਆਂ ਅਵੇਲੇਬਲ ਹੋ ਗਈਆਂ ਨੇ, ਸਾਡੇ ਕੋਲ ਕਿਹੜੀਆਂ ਈਮੇਲਸ ਆਈਆਂ ਨੇ ਬਿਲਡਰ ਦੀਆਂ ਅਤੇ ਕਿੰਨੀ ਕੁ ਪ੍ਰਾਈਸ ਦੀਆਂ ਹੈਗੀਆਂ ਨੇ ਅਤੇ ਕਿੰਨੇ ਕੁ ਪੈਸੇ ਤੁਹਾਨੂੰ ਡਾਊਨ ਦੇਣ ਦੀ ਲੋੜ ਹੈ। ਇਹਦਾ ਸਿਸਟਮ ਹੈ, ਜੇ ਤੁਹਾਡੇ ਕੋਲ ਅੱਜ $1,00,000 ਪਿਆ, ਉਹਨੂੰ ਤੁਸੀਂ ਬੁੱਕ ਕਰ ਲਓ, 4 ਸਾਲਾਂ ਬਾਅਦ ਉਹਦੀ ਕਲੋਜ਼ਿੰਗ ਆਵੇਗੀ। $1,00,000 ਅੱਜ ਦੇਣ ਦੀ ਲੋੜ ਨਹੀਂ, ਅੱਜ $25,000 ਅੱਜ ਦੇਣਾ, $25,000 ਸਾਲ ਬਾਅਦ ਦੇਣਾ, $20,000 ਫਿਰ ਸਾਲ ਬਾਅਦ ਦੇਣਾ, ਫਿਰ $25,000 ਸਾਲ ਬਾਅਦ ਦੇਣਾ, ਇੱਦਾਂ 4 ਸਾਲਾਂ 'ਚ $1,00,000 ਤੁਸੀਂ ਦੇਣਾ। ਅਤੇ ਤੁਸੀਂ ਉਦੋਂ ਬਾਅਦ ਜਦੋਂ ਤੁਹਾਡੀ ਪ੍ਰੋਪਰਟੀ 4 ਸਾਲਾਂ ਬਾਅਦ ਅੱਜ ਮਿਲੀਅਨ ਦੀ ਲਈ ਹੈ ਅਤੇ 4 ਸਾਲਾਂ ਬਾਅਦ ਹੋ ਸਕਦਾ $1.4 million ਦੀ ਹੋ ਜਾਵੇ, $1.3 million ਦੀ ਹੋ ਜਾਵੇ, ਜਿਹੜਾ $3,00,000 ਤੁਸੀਂ ਬੋਝੇ 'ਚ ਵੀ ਪਾ ਸਕਦੇ ਹੋ ਜਾਂ ਉਹਦੀ ਕਲੋਜ਼ਿੰਗ ਕਰਾ ਕੇ ਰੈਂਟ 'ਤੇ ਦੇ ਦਿਓ ਅਤੇ ਪੈਸੇ ਬਣਾ ਸਕਦੇ ਹੋ। ਇਹ ਬੜਾ ਵਧੀਆ ਤਰੀਕਾ ਪੈਸੇ ਬਣਾਉਣ ਦਾ, ਰੀਅਲ ਸਟੇਟ ਇੱਕ ਸੇਫ ਇਨਵੈਸਟਮੈਂਟ ਹੈ, ਨਾ ਇਹ ਖਰਾਬ ਹੋਣੀ ਹੈ, ਨਾ ਇਹਦਾ ਕੋਈ ਮਾਡਲ ਪੁਰਾਣਾ ਹੋਣਾ, ਇਹ ਇੱਦਾਂ ਹੀ ਚੱਲਣਾ ਸਾਰੀ ਜ਼ਿੰਦਗੀ। ਸੋ 647-928-1056। ਨੀਰੂ ਜੀ ਕੁਛ ਪ੍ਰੋਜੈਕਟ ਦੱਸਦੇ ਨੇ ਅਤੇ ਉਸ ਤੋਂ ਬਾਅਦ ਆਪਾਂ ਲਾਈਨ ਓਪਨ ਕਰਦੇ। ਨੀਰੂ ਜੀ ਦੱਸੋ ਕਿਹੜੇ ਕਿਹੜੇ ਪ੍ਰੋਜੈਕਟ? ਥੈਂਕ ਯੂ ਸੋ ਮਚ ਅਬਰ ਜੀ। ਸਭ ਤੋਂ ਪਹਿਲਾਂ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬਿਲਕੁਲ ਇੱਕ ਲਾਸਟ ਚਾਂਸ ਤੁਹਾਨੂੰ ਦੇਵਾਂਗੇ, ਜਿਹੜਾ 1 ਯੂਨਿਟ ਸਾਡੇ ਕੋਲ ਬਚਿਆ ਕਿਉਂਕਿ ਡੀਲ ਗੋ ਥਰੂ ਨਹੀਂ ਹੋਈ। 870,000 ਦੇ ਵਿੱਚ 1 ਬੈਡਰੂਮ ਤੁਹਾਨੂੰ ਟੋਰਾਂਟੋ ਡਾਊਨ
ਡਾਊਨਟਾਊਨ ਦੇ ਏਰੀਆ ਦੇ ਵਿੱਚ ਮਿਲ ਜਾਏਗਾ। ਬਹੁਤ ਹੀ ਵਧੀਆ ਇਹ ਪ੍ਰੋਜੈਕਟ ਹੈਗਾ, ਇਹ ਬਹੁਤ ਹੀ ਕੁਝ ਦਿਨਾਂ ਦੇ ਵਿੱਚ ਇਹ ਸਾਰਾ ਪ੍ਰੋਜੈਕਟ ਜਿਹੜਾ ਸੋਲਡ ਆਊਟ ਹੋ ਗਿਆ ਸੀਗਾ ਜੀ। ਕੁਝ ਲਾਸਟ ਜਿਹੜਾ ਇੱਕ ਯੂਨਿਟ ਹੈ ਉਹ ਬਚਿਆ ਹੋਇਆ, ਇਹ ਤੁਹਾਡੇ ਵਾਸਤੇ ਓਪਰਚੁਨਿਟੀ ਹੈ। ਹਾਲੇ ਵੀ ਸਿਰਫ 5% ਦੇ ਕੇ ਆਪਾਂ ਇਹਨੂੰ ਬੁੱਕ ਕਰਨਾ ਹੈ। 870,000 ਦਾ ਲਾਸਟ ਯੂਨਿਟ ਸਾਡੇ ਕੋਲ ਬਚਿਆ, 1 bedroom ਦਾ। ਇਹਦੇ ਦੱਸ ਦਈਏ ਕਿ ਇਹਦੇ ਵਿੱਚ 28 story ਇਹ ਬਿਲਡਿੰਗ ਬਣੇਗੀ, 320 ਅਪਾਰਟਮੈਂਟ ਨੇ ਜਿਹੜੇ ਕਿ ਆਲਰੇਡੀ ਸੋਲਡ ਆਊਟ ਨੇ। ਲਾਸਟ 1 bedroom ਸਾਡੇ ਕੋਲ ਹੈਗਾ 870,000 ਦਾ, ਜਿਹਦੇ ਵਿੱਚ ਤੁਸੀਂ ਸਿਰਫ 5% ਦੇਣਾ, ਜੋ ਕਿ ਤੁਹਾਡਾ $42,000-43,000 ਬਣਦਾ ਹੈਗਾ। ਉਸ ਤੋਂ ਬਾਅਦ ਅਗਲੇ ਸਾਲ ਤੁਸੀਂ ਕੁਛ ਨਹੀਂ ਦੇਣਾ, ਫਿਰ 42-43,000 ਜਿਹੜਾ ਹੈਗਾ 2025 ਦੇ ਵਿੱਚ ਜਾ ਕੇ ਦੇਣਾ ਹੈਗਾ। ਤੇ ਬਹੁਤ ਹੀ ਅਮੇਜ਼ਿੰਗ ਓਪਰਚੁਨਿਟੀ ਹੈ, ਕਿਉਂਕਿ ਇਸ ਦੇ ਆਸ ਪਾਸ ਜਿਹੜੇ ਹੈਗੇ ਆ 15 tower ਜਿਹੜੇ ਆ ਹੋਰ ਬਣਨ ਜਾ ਰਹੇ ਨੇ। ਜਦੋਂ ਇਹ 15 tower ਬਣਨਗੇ, ਇਹਨਾਂ ਦੇ ਪ੍ਰਾਈਸ ਬਿਲਡਰ ਵਧਾ ਕੇ ਕੱਢੇਗਾ, ਔਰ ਤੁਸੀਂ ਸਿਰਫ 42-43,000 ਲਗਾਉਣਾ ਹੈ। 2027 ਦੇ ਵਿੱਚ ਜਾ ਕੇ ਇਹਦੀ ਕਲੋਜ਼ਿੰਗ ਹੋਏਗੀ। ਹੁਣ ਤੁਸੀਂ ਇਹ ਸੋਚ ਸਕਦੇ ਹੋ ਕਿ ਅੱਜ ਦੀ ਮਾਰਕੀਟ ਦੇ ਵਿੱਚ ਤੁਸੀਂ ਬੁੱਕ ਕਰ ਰਹੇ ਹੋ, ਉਹ ਵੀ 5% ਸਿਰਫ ਦੇ ਕੇ, ਤੇ 2027 ਦੇ ਵਿੱਚ ਜੇ ਤੁਸੀਂ ਵੇਚਦੇ ਹੈਗੇ ਹੋ, ਇਹੀ ਯੂਨਿਟ ਜਿਹੜਾ ਹੈਗਾ ਹੋ ਸਕਦਾ 1.1 million 1.2 million ਦਾ ਉਸ ਟਾਈਮ ਤੇ ਹੋ ਜਾਏ, ਔਰ ਤੁਹਾਡਾ ਸਿਰਫ 40,000 ਲਗਾਇਆ ਤੁਹਾਨੂੰ $1.5-1.5 lakh ਤੱਕ 2027 ਤੱਕ ਵਾਪਿਸ ਲਿਆ ਕੇ ਦੇ ਸਕਦਾ, ਗਰੰਟੀਡ, ਕਿਉਂਕਿ ਬਹੁਤ ਹੀ ਹੌਟ ਪ੍ਰੋਜੈਕਟ ਹੈਗਾ। ਲੋਕੇਸ਼ਨ ਬਹੁਤ ਵਧੀਆ ਹੈਗੀ ਹੈ, 3 minutes ਦੂਰ ਹੈ ਜੀ ਸਿਰਫ ਸੇਂਟ ਕਲੇਅਰ ਵੈਸਟ ਸਟੇਸ਼ਨ ਤੋਂ, 5 minutes ਦੀ ਦੂਰੀ ਹੈ ਲੋ ਬਲਾਸਟ ਤੋਂ, ਔਰ ਇਹ 18 minutes ਦੀ ਜਿਹੜੀ ਹੈਗੀ ਹੈ ਦੂਰੀ ਹੈਗੀ ਹੈ ਸਬਵੇ ਯੂਨੀਅਨ ਸਟੇਸ਼ਨ ਤੋਂ, ਤੇ 10 minutes ਦੀ ਰਾਈਡ ਹੈਗੀ ਹੈ UFT ਤੋਂ। ਤੇ ਇਸ ਕਰਕੇ ਬਹੁਤ ਹੀ ਵਧੀਆ ਲੋਕੇਸ਼ਨ ਹੈਗੀ ਹੈ, 5% ਇਸ ਸਾਲ ਦੇ ਕੇ ਆਪਾਂ ਇਹਨੂੰ ਬੁੱਕ ਕਰ ਸਕਦੇ ਹਾਂ। 2027 ਦੇ ਵਿੱਚ ਜਾ ਕੇ ਕਲੋਜ਼ਿੰਗ ਹੈ, 16th floor ਦੇ ਵਿੱਚ 8,69,000 ਦਾ ਇਹ ਤੁਹਾਡਾ ਹੋਏਗਾ। ਇਸ ਤੋਂ ਇਲਾਵਾ ਵੀ ਸਾਡੀ ਟੀਮ ਜਿਹੜੀ ਹੈ, ਕਿਉਂਕਿ ਇਹ ਲਾਸਟ ਯੂਨਿਟ ਹੈ ਸਾਲ ਦਾ, ਤੇ ਅਸੀਂ ਇਹਨੂੰ ਜਿਹੜਾ ਹੈਗਾ ਉਹਦੇ ਵਾਸਤੇ ਇੱਕ ਟੀਮ ਨੇ ਆਪਣੇ ਵੱਲੋਂ ਡਿਸਕਾਊਂਟ ਤੁਹਾਨੂੰ ਦੇਣਾ ਹੈਗਾ, ਉਹਦੇ ਵਾਸਤੇ ਵੀ ਤੁਸੀਂ ਪੁੱਛ ਲੈਣਾ ਕਿ ਕੀ ਸਰਪ੍ਰਾਈਜ਼ ਤੁਹਾਡੇ ਵਾਸਤੇ ਹੈਗਾ। ਪਰ ਅਗੇਨ ਫਸਟ ਕਮ ਫਸਟ ਸਰਵ ਬੇਸਿਸ ਤੇ ਹੋਏਗਾ, ਕਿਉਂਕਿ ਸਿਰਫ ਇੱਕੋ ਯੂਨਿਟ ਹੀ ਇਹਦੇ ਵਿੱਚ ਬਚਿਆ ਸਾਡੇ ਕੋਲੋਂ। ਤੇ ਇਹਦੇ ਵਿੱਚ ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋ ਤੇ 647-948-1056 ਤੇ ਜਿਹੜੀ ਗੱਲਬਾਤ ਹੈ ਬਿਲਕੁਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਬਹੁਤ ਵਧੀਆ ਪ੍ਰੋਜੈਕਟ ਇਸ ਹਫ਼ਤੇ ਦਾ ਚੱਲ ਰਿਹਾ ਜੀ, ਉਹ ਮੈਕਮਾਸਟਰ ਯੂਨੀਵਰਸਿਟੀ ਦੇ ਕੋਲ ਚੱਲ ਰਿਹਾ। ਹਮੇਸ਼ਾ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਕੋਈ ਯੂਨੀਵਰਸਿਟੀ ਦੇ ਕੋਲ ਤੁਸੀਂ ਲੈਂਦੇ ਹੈਗੇ ਹੋ, ਤੁਹਾਨੂੰ ਰੈਂਟਲ ਪ੍ਰੋਬਲਮ ਕੋਈ ਨਹੀਂ ਰਹਿੰਦੀ, ਕਿਉਂਕਿ ਜਿਹੜੇ ਸਟੂਡੈਂਟਸ ਹੈ ਇੱਥੇ ਆ ਕੇ ਰਹਿੰਦੇ ਨੇ ਤੇ ਤੁਹਾਡਾ ਜਿਹੜਾ ਹੈਗਾ ਰੈਂਟ ਤੇ ਚੜਿਆ ਰਹਿੰਦਾ। ਔਰ ਦੂਸਰੀ ਗੱਲ, ਐਜ਼ ਅ ਇਨਵੈਸਟਰ ਬਹੁਤ ਵਧੀਆ, ਸਾਡੀ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਹੈਗੇ ਆ ਬਹੁਤ ਸਾਰੀ ਇਨਵੈਸਟਮੈਂਟ ਯੂਨੀਵਰਸਿਟੀ ਦੇ ਕੋਲ ਕਰਦੇ ਨੇ। ਤੁਹਾਡਾ ਆਪਣਾ ਬੱਚਾ ਮੈਕਮਾਸਟਰ ਯੂਨੀਵਰਸਿਟੀ ਜਾ ਰਿਹਾ, ਤੁਹਾਡੇ ਯਾਰ ਦੋਸਤ ਦਾ ਜਾ ਰਿਹਾ, ਤੁਹਾਨੂੰ ਪਤਾ ਕਿ 4 ਸਾਲ ਵਾਸਤੇ ਬੱਚੇ ਬਾਉਂਡ ਹੈਗੇ ਆ, ਤੇ ਉਹਦੇ ਵਿੱਚ ਜੇ ਤੁਸੀਂ ਆਪਣੀ ਇਨਵੈਸਟਮੈਂਟ ਕਰਨੀ ਹੈਗੀ ਹੈ ਤੇ ਬਹੁਤ ਵਧੀਆ, ਕਿਉਂਕਿ ਬੱਚਾ ਇੱਕ ਤਾਂ ਰਹੇਗਾ ਉੱਥੇ, ਆਪਣਾ ਇੱਕ ਉਹਦਾ ਘਰ ਹੋਏਗਾ, ਨਾਲ 1-2 ਸਟੂਡੈਂਟ ਰੱਖੇਗਾ ਜੋ ਤੁਹਾਡੀ ਮੋਰਗੇਜ ਪੇ ਕਰਨਗੇ, ਤੇ 4 ਸਾਲਾਂ ਬਾਅਦ ਜਦੋਂ ਪੜ੍ਹ ਕੇ ਆਏਗਾ ਤਾਂ 1-2 lakh ਜੋ ਵੀ ਉਸ ਟਾਈਮ ਤੇ ਪ੍ਰੋਪਰਟੀ ਐਪਰੀਸੀਏਸ਼ਨ ਹੋਏਗਾ ਉਹ ਨਾਲ ਕਮਾ ਕੇ ਲੈ ਕੇ ਆਏਗਾ। ਇੱਦਾਂ ਦਾ ਕੋਈ ਵੀ ਸੌਦਾ ਨਹੀਂ ਹੁੰਦਾ, ਬੱਚਾ ਪੜ੍ਹਨ ਜਾਵੇ ਤੇ ਨਾਲ ਨਾਲ ਪੈਸੇ ਵੀ ਕਮਾ ਕੇ ਲਿਆਵੇ, ਇਹ ਇੱਦਾਂ ਦਾ ਸੌਦਾ ਤੁਹਾਨੂੰ ਮਿਲ ਸਕਦਾ ਆ। 2 ਸਾਲ ਦੀ ਬਿਲਡਰ ਵੱਲੋਂ ਰੈਂਟਲ ਗਰੰਟੀ ਹੈ, ਜੇ ਤੁਸੀਂ ਰੈਂਟ ਤੇ ਨਹੀਂ ਚਾੜਨਾ ਤੇ ਬਿਲਡਰ ਤੁਹਾਨੂੰ ਰੈਂਟ ਤੇ ਚਾੜ ਕੇ ਦੇਵੇਗਾ। ਅਪ ਟੂ $5,000 ਜਿਹੜਾ ਹੈਗਾ ਰੈਂਟ ਬਿਲਡਰ ਵੱਲੋਂ ਲਿੱਤਾ ਜਾ ਸਕਦਾ। 5,000 ਹਰ ਮਹੀਨੇ ਤੁਹਾਡਾ ਮੈਕਸੀਮਮ ਜਿਹੜਾ ਜਮ੍ਹਾਂ ਕੀਤਾ ਜਾਏਗਾ, ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਯੂਨਿਟ ਬਾਏ ਕਰਦੇ ਹੋ। ਔਰ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਇਹਦੇ ਵਿੱਚ ਫਰਨਿਸ਼ਡ ਪੈਕੇਜ ਵੀ ਤੁਹਾਨੂੰ ਦਿੱਤਾ ਜਾ ਰਿਹਾ ਹੈ, ਜੇ ਤੁਸੀਂ ਤੁਹਾਡਾ ਬਿਲਕੁਲ ਬੈੱਡਰੂਮ ਸੈੱਟ ਵੀ ਲੱਗਾ ਹੋਏਗਾ, ਤੁਹਾਡਾ ਸੋਫਾ ਸੈੱਟ ਬਣਾ ਕੇ ਬਿਲਡਰ ਦੇਵੇਗਾ, ਤੁਸੀਂ ਸਿਰਫ ਆਪਣੇ ਬੱਚੇ ਨੂੰ ਇੱਕ ਬੈਕਪੈਕ ਦੇਣਾ, ਉਹਦੇ ਕੱਪੜੇ ਦੇਣੇ ਹੈ, ਤੇ ਤੁਸੀਂ ਬਿਲਕੁਲ ਉਹਨੂੰ ਜਿਹੜਾ ਹੈਗਾ ਇਹ ਯੂਨਿਟ ਦੇ ਦੇਣਾ, ਇਹ ਪੂਰਾ ਫਰਨਿਸ਼ ਕਰਕੇ ਤੁਹਾਨੂੰ ਇਹ ਯੂਨਿਟ ਜਿਹੜਾ ਹੈਗਾ ਮਿਲੇਗਾ। ਰੈਂਟਲ ਮੈਨੇਜਮੈਂਟ ਵੀ ਹੋਏਗੀ, ਕੱਲ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਵੀ ਜਿਹੜੀ 2 ਸਾਲ ਦੀ ਮੇਨਟੇਨੈਂਸ ਹੈਗੀ ਹੈ ਬਿਲਡਰ ਵੱਲੋਂ ਦਿੱਤੀ ਜਾਏਗੀ। ਅਗੇਨ ਬਹੁਤ ਹੀ ਅੱਛੀ ਓਪਰਚੁਨਿਟੀ ਹੈਗੀ ਹੈ, ਸਿਰਫ 6 minutes ਦੀ ਵਾਕ ਹੈਗੀ ਹੈ ਜੀ ਮੈਕਮਾਸਟਰ ਯੂਨੀਵਰਸਿਟੀ ਤੋਂ ਤੇ ਹਸਪੀਟਲ ਤੋਂ, 6 minutes ਹੀ ਦੂਰ ਹੈ ਵੈਸਟਡੇਲ ਵਿਲੇਜ ਤੋਂ, ਸਟੈਪਸ ਟੂ LRT ਗੋ ਸਟੇਸ਼ਨ ਤੇ ਫਿਊਚਰ ਟ੍ਰਾਂਜ਼ਿਟ ਹੱਬ ਤੋਂ। ਔਰ ਆਪਾਂ ਇਹਦੇ ਵਿੱਚ ਇਹ ਵੀ ਦੱਸ ਦਈਏ ਕਿ 37,000 ਜਿਹੜਾ ਬੱਚਾ ਹੈਗਾ ਸਟੂਡੈਂਟ ਐਨਰੋਲ ਕਰਦਾ ਹਰ ਸਾਲ, ਔਰ 7,000 ਸਟਾਫ ਮੈਂਬਰ, ਆਲਮੋਸਟ ਜਿਹੜੇ ਹੈ 40-42,000 ਬੱਚਾ ਇੱਥੇ ਰਹਿਣ ਵਾਸਤੇ ਉਹਨੂੰ ਜਗ੍ਹਾ ਚਾਹੀਦੀ ਹੁੰਦੀ ਹੈ। 1 bedroom ਦਾ ਜਿਹੜਾ ਪ੍ਰਾਈਸ ਹੈਗਾ 5,40,000 ਚ ਤੁਹਾਨੂੰ 1 bedroom ਦਾ ਜਿਹੜਾ ਪ੍ਰਾਈਸ ਮਿਲ ਜਾਣਾ। ਇਹਦੇ ਵਿੱਚ ਵੀ ਆਪਾਂ ਸਿਰਫ 5% ਦੇਣਾ ਹੈਗਾ ਇਸ ਸਾਲ, ਅਗਲਾ 5% ਜਾਏਗਾ ਅਗਲੇ ਸਾਲ, ਤੇ ਉਸ ਤੋਂ ਬਾਅਦ 5% ਜਾਏਗਾ 2025 ਚ, ਟੋਟਲ 15% ਹੋਏਗਾ, ਪਰ ਹਰ ਸਾਲ
5% करके देना 2027 क्लोजिंग है। जे ए इनवैसटमेंट कर दो वन बैडरूम का रेट है 540,000 तो वन बैडरूम प्लस डैन 560,000 है। हमेशा असी कही डैन जरूर लो क्योंकि सिर्फ 20,000 का हाले फर्क है, पर यह 20,000 अपनी जेब तो नहीं देना, भी सिर्फ 20,000 का 5% देना है तो तुहानू डैन मिल जानी है जिन्हों एक दरवाजा लग के दो बैडरूम च कन्वर्ट कर सकते हो। बहुत ही वधिया ऑप्शन हैगी है जी। कॉल करनी है 647-928-1056 6479281056। जे तुहानू टाउन हाउसिज या स्टैक टाउन होम्स चाहिए ने किचनर दे विच या वाटरलू एरिया दे विच अंडर 700,000 तो भी साड़ी टीम नू कॉल कर लेनी है। 7 लाख तो थले थले वाटरलू या किचनर दे विच किसी भी टाउन हाउसिज या स्टैक टाउन होम चाहिए तो असी तुहानू बिल्कुल दवावांगे। कॉल कर लेनी है साड़ी टीम नू 647-928-1056 6479281056 से गलबात की जा सकती है। एक मैं जरूर बेनती करांगा जिहड़ी साड़ी टीम है साढ़े को वैसे प्रोजेक्ट कई बार स्रोते ऑफ द ईयर पुछते हैं गलबात होंगी नहीं है चुक नहीं हो रहा फोन मैसेज छड़ते हैं भी ज कुछ भी है। देखो जेडे प्रोजेक्ट ने इस हर जगह पर कैनेडा वाइड है पर इदा आता भी जेदे क्योंकि असी जिम्मेवार है हूँ इतने कुछ लोगों ने समान बेचा मुड़ के फोन भी नहीं चुकया दे डोंट केयर वो कहते ताड़ी डील है बिल्ड ना करो गल दैट्स इट। पर जो कोई बंदा जिम्मेवार बैठा हो जिहड़ा बंदा तुहानू आ के रेडियो ते कह सके भी जे मैं एक मिलियन डॉलर की चीज़ बेची आ पिछले साल तो आ मार्केट खराब हो गई जी जे हो गया तो अज 9 लाख की होगी 1 लाख ढाडा घट गया तो वह लख डॉलर साढ़े को चक के लै जाओ। सो इस करके सानू ये पता हाँ साढ़े प्रोजेक्ट घटे ही नहीं है तो ना वो घटने ही ने क्योंकि साड़ी उत्ते आपकी इनवैसटीगेशन क्योंकि असी 20-22 साल तो इनवैसटर असी खुद इनवैसट करते पैसा रीअल स्टेट पैसा बहुत बनाया। सो इस करके असी पूरे पूरे ताकत कहने भी हाँ भी जे ता घट गया तो लै जाओ साडा कोई प्रोजेक्ट घटता नहीं है। सो इस करके GTA इलाके जेडे साढ़े वालों प्रोजेक्ट बेचे जाते हैं इन्होंने तुम वर्का पाट दो ये नहीं घटने ठीक है कि तो कोई बिल्डर ही मौत मूत हो जाए तो पता कोई नहीं है। सो बाकी कोई इस तरह की कोई परवाह करने की लड़ नहीं है जिन्होंने साढ़े थ्रू बाय किए ने आराम आनंद लेंदे ने कभी कोई नीरज इतने मैं वेख्या रेडियो टीविया बंदा आ जाएगा बेसमेंट चो कॉल कर जी ये तो मार्केट पुट पाया होगी डिग गई जी फलानी कभी कोई इनवैसटर सोचा भी मैं फलाने 4 यूनिट बुक किए मैं 1 यूनिट बुक किया तो मेरी प्राइस डिग गई जी मैं वह बोलते ही नहीं जेडे बंदा कोई लैन देन नहीं बोली जाते हैं आना इतने भी थले देख लो कि चलो अपने तो नहीं करते तो जो कोई बच्चा कोई नवा आया कोई स्टूडेंट आया बेचारा जिन्हों पता ही नहीं फ्यूचर बारे वो कर लापू तुम भुखे मारने लोग तुम बुलाना कर। सो आ बड़ी बड़ी प्रॉब्लम मैं कहंगा जेड़े बंदे नू जिनी नॉलेज है ना जेड़े किते ते ओ दी गल करे जे नॉलेज नहीं है तो सुनो ये कितने तुहाडे काम आएगा सीरीयस होवो जिंदगी दे विच तुहाडे चीज़ा काम आउणगियां। पर जे अमेरिका विच हैगे हो जे तुसी कैनेडा वाइड कितने भी हो गए कैलगरी एडमिंटन हो BC है गए हो जे तुसी साडे इत्थे टोरंटो च पैसा ला लोगे तो तुहाडा पैसा बन जाएगा जिम्मेवारी साडी असी उहदी टेकर कर लवांगे वह फिक्र करन दी कोई लोड़ नहीं है। सो मैं बेनती करांगा एक बारी अपने दिमाग नाल इत्थे जरूर वर्क करो तुसी अमेरिका च हैगे हो तुसी इंग्लैंड हैगे हो कितने भी तुसी कितने 2-4 लाख पाउंड डॉलर लैके बैठे हो तो ताड़ा पैसा जिहड़ा वर्थ होवेगा तुसी इत्थे ला दो। ये वकीलों के थ्रू है तुसी सानू चैक नहीं देना बिल्डर है जिन्हें बनाने घर ताडे उन्हें पैसे लेने ने जिदा हुण मैं घर 2 बाय किए ने जिथे मैं पहला घर बाय किया रहन नू वह बिल्डर तो लिया सी मैं बिल्डर नू पैसे देते उन्हें 1.5 साल च मेरा घर तैयार करके मैनू देता फिर हौली हौली मैं दे गया फिर हुण जिहड़ा जिथे मैं इस वेले रहा वह भी मैं बिल्डर तो सीधा ही उस वेले लिया सीगा ते वह फिर हौली हौली इदा सिस्टम है तुसी वकीलों के थ्रू बिल्डर हैगे ने बड़े हैगे ने सो उन्हां नू सीधा तुसी पैसा देना अज उन्हां दे कोले धरती है कल्ली पट्टी हुई उन्हूं कख नहीं बे उहदे विच बना रहा हले पट्टी पई है ते अज उहदे हिसाब नाल तुसी उह चीज़ बाय करनी है फिर उन्हें उन्होंने डिग कर लिया हौली हौली बनाते 4 साल लग जाने फिर 4 सालों बाद तुहानू बिल्डर ने कहना आ चुको चाबी तो अपना हुण तुसी तुहाडा घर है ये तुसी मोरगेज लैके उन्हूं दे देनी। पर कई लोग चाबी जिहड़े फड़ लैंदे ने ते नाल ही उह किसे दूजे बंदे नूं चाबी फड़ा देंदे ने
सो उन्होंने मिलियन का लिया हों तो रेट 1.4 हो जाता, वह 1.3 का बेच देंगे ने, दोनों फायदा हो जाता। सो इनू इनू कहते असाइनमेंट क्लॉक की कहते असाइनमेंट क्लॉक, हाँ वो जी है जी अच्छा वो एक सिस्टम हों पर मैं बेनती करा तुम ये जरूर स्टडी करो, रीयल स्टेट से जरूर स्टडी करो, ये बहुत वधिया पैसा बनाने के लिए है। पर जेड़े बंदे ने लाया उन्हें पुछ के वेखो, आ थोड़ा माड़ा टाइम से लोग पैनिक जरूर होए ने चदोरा मनी, पर तुम देखो जेड़े बंदे ने लाया हूँ, जेड़े बंदे ने अज तो 15 साल पहले कोई घर बाय किया 5 लाख का, अज 1.5 का घर है, हूँ मिलियन डालर है। हूँ एक बंदा की किया उन्हें ना दीदी जी लैके आ गया अपनी मर्सिडीज की जी वैगन, तो उन्हें घर लिया कि 5 लाख का, प्राइसा महंगा हो गई, तो वह कहता भी मेरा घर सगा पेड ऑफ तो मैनू बन गया कहता मिलियन डालर जी, उन्हें 1.5 का कहना मैं 3 लाख डालर चाके गड्डी लै कहता मेरा शौक है, चलो वह अपना शौक से, हूँ जेडे बंदे स्मार्ट आ वह कहते 3 लाख डालर का मैं 3 होर जगह पर लाना, हूँ जेडे बंदे ने एक गड्डी लै आती वो गड्डी 3 लाख की लिया रह गई 2.5 लाख की जी, तो जेडे बंदे ने 3 लाख डालर की कोई प्रॉपर्टियां 3 बाय कर लिया तो उन्हें 4 साल बाद 9 लाख उत्ते होर बना लिया, बिल्कुल है कि नहीं, वह 9 लाख उत्ते होर बना गया 3 के उपर, पैसे ना पैसा बना के किवें तरीके इतने इदा बढ़ते हैं। हुण कई लोग दिंदे ने 10% कहिंदे मैं ब्याजू, मैनू बहुत लोग कहिंदे ने आ किद्दां बिजनेस है, आई डोंट नो, मैं एक बार 1 लाख डालर दिता सी, 933 डालर के मैनू 12 चैक वह बंदे ने दिते सी, तो जदों मैं अंत मैं अकाउंटेंट को गया तो उन्हें मेरा टैक्स कट के दो सारी मेरी इनकम बन गई, तो मेरे को डालर मैं लगता भी 500 डालर मैं वह बचता रहा होगा महीने का, सो वो वर्थ नहीं, तो उ लख डालर तुम लाया हो साज ता लख डालर उत्ते जो प्रॉपर्टी महंगी हो जाती वह वधिया, आई डोंट नो, कुछ लोग लाते हैं कोई ब्याज तो देंगे ने 10% से 15%, मैं वो हक में नहीं हाँ, वो नालों तुम प्रॉपर्टी लै लो, ताकि प्रॉपर्टी महंगी ना हो, केयर्स ताकि प्रॉपर्टी तो है, ताड़ी जगह तो है, ताड़े नाम से तो है प्रॉपर्टी, एक इंडिया कोई कब्जा कर लेगा, इतने तो ताड़ी आप दी है, जो मर्जी उन्होंने बेचो नहीं रखो फलाना करो माड़े इस टाइम से बेच दो, पर यह चीज़ा वधिया ने, इतने थोड़ा वर्क करो, जेडे कुछ नवे आए ने पुराने हो इंडिया तो बहुत पैसे लैके लोग आ रहे हैं सानू कॉल आउंदियां ने, सो मैं बेनती करांगा इतने थोड़ा जा अपने आप थोड़ा इन्वेस्टिगेट करो। हाँ जी हाँ बिल्कुल अमर जी, और इस अलावा आप जरूर दसांगे कि जो तुसी रीसेल दे विच भी कुछ साढ़े को लेना है, बहुत वधिया ऑपरचुनिटी साढ़े को आई है, और दिस इज़ द राइट टाइम इन्वेस्टर्स वास्ते, जेड़े इन्वेस्टर्स है स्मार्ट इन्वेस्टर्स हैगे है वो एहो जे टाइम की ही वेट करते रहे जो प्राइस ठीक होवे, बिल्डर की ज़्यादा हाईफाइनैस ना होवे, ताकि बिल्डर यह ना कहे कि तुसी चैक नहीं दिता तो तुहाडी डील कैंसल है, ये टाइम उदा का है कि तुसी अपनी मर्जी के नाल वधिया डील जी लै सकते हो, तो जो तुसी इदा लेना चाहते हो रीसेल दे विच भी साढ़े को बहुत सारे MCT दे कॉन्डोज भी रीसेल दे विच आए है गया, वधिया प्राइस दे विच तुहानू मिल जाएंगे, असाइनमेंट क्लॉज दे विच साढ़े को बहुत कुछ आया जी, कोई भी इनफॉर्मेशन चाहते हो कितने भी पैसा लाना चाहते हो सलाह मशवरे लई साड़ी टीम नू कॉल जरूर करनी है, किरण कौर पड्डा जी या तरुण अरोड़ा जी 647-928-1056 647-928-1056। थैंक यू सो मच अमर जी, थैंक यू, धन्यवाद है जी, तुसी 647-928-1056 ते कॉल करनी है, 647-928-1056 के उपर गलबात की जा सकती है, 647-928-1056। इस दे नाल मैं एक तुहानू होर दसांगा, जे तुहाडी मॉर्गेज कितने अड़ गई है फस गई है, ताड़ी मॉर्गेज करन तो हर एक व्यक्ति ना कर रहा, तो तुसी साडे ऑफिस आ जाओ, ताड़ी असी मदद कर देंगे, जेडे साडे क्लाइंट ने उन्हां दा ओह तां तुसी डोंट वरी भवां पल्लियों भी देईए तुहाडा तां साडा इक काम है, पर जेडे साडे क्लाइंट नहीं भी हन तां ताड़ी भी असी सपोर्ट कर देंगे, 416-410-2020 नंबर है, 416-710-2020। देखो आपां ना इंडिया तो पंजाब तो आए उठ के, आपां दुनिया भर तो कोई चाइना तो आ रहा कोई कितों आ रहा, आपां ना अपने पैर ही होण आए हैं सही मायने च, पर इत्थे मैं लाइफ ये लाइफ चो सिख्या भी हर एक बंदे नूं ना एक बारी पैरी होना पैना, मेरे कुछ इदां दे लोग है जिन्हां नूं मैं 92-93 दे विच 95 च मिलिया, अज बेचारियां दे कोले कईआं दे कोले घर भी नहीं लै होया, ते इह पता नहीं मैं लक कह सकदा की कारण बने बई उहनां लोकां ने बड़ा ध्यान नहीं दिता, लैको दिमाग नहीं, क्योंकि देखो ये कड़ा कोई वर्क करनी कई थोड़ा चुकन की लड़ है, रंबा चुकन की लड़ है, कोई दाती चुकन की लड़ है नहीं, थोड़ा ब्रेन है कितने ना कि ला देना चाहिए, वर्क करना चाहिए, पर वो चारे हले तक घर भी नहीं लै पाए, हूँ बड़े ऐसे लोग आ जोड़े 90 आए 2000 आए उन्हों को एक घर है 8-8 लाख डालर हले तक मॉर्गेज है, आई डोंट नो क्यों उन्होंने भी क्यों नहीं अगे नू उ रह गया बेचारे, हूँ जे ते घर है
ਕਾਲੂ ਤੁਹਾਡਾ ਬੱਚਾ, ਤੁਸੀਂ ਤੁਹਾਡਾ ਬੱਚਾ ਚੰਗਾ ਲੈ ਕੇ ਪੜ੍ਹਨ ਦੇ ਯੋਗ ਹੈ। ਹੁਣ ਕਿਸੇ ਕੋਲ ਬੰਦੇ ਕੋਲ $500,000 ਕੈਸ਼ ਨਹੀਂ ਪਿਆ ਬੱਚਾ ਪੜ੍ਹਾਉਣ ਦੇ ਲਈ, ਤੁਸੀਂ ਘਰ ਤੋਂ ਚੁੱਕ ਕੇ ਪੜ੍ਹਾਉਂਦੇ ਹੋ। ਜੇ ਤੁਹਾਡੇ ਕੋਲ ਘਰ ਹੋਵੇਗਾ ਤਾਂ ਫਿਰ ਹੀ ਉੱਥੇ ਚੁੱਕ ਕੇ ਪੜ੍ਹਾ ਸਕਦੇ ਹੋ ਜੇ 4 ਪੈਸੇ ਹੋਣਗੇ। ਸੋ ਇਹ ਨਾ ਆਪਾਂ ਨੂੰ ਇੱਕ ਵਾਰੀ ਔਖੇ ਸੌਖੇ ਹੋ ਕੇ ਦਿਮਾਗ ਦੇ ਨਾਲ ਪੈਰੀ ਹੋਣਾ ਪੈਣਾ। ਇੱਥੇ 2-3 ਚੀਜ਼ਾਂ ਨੇ, ਇੱਕ ਤਾਂ ਕਿਸੇ ਨੂੰ ਹਰਟ ਨਾ ਕਰੋ, ਕਿਸੇ ਨੂੰ ਦੁੱਖ ਨਾ ਦਿਓ, ਆਪਣੇ ਆਪ ਨੂੰ ਪ੍ਰੋਫੈਸ਼ਨਲ ਰੱਖੋ, ਬਦਮਾਸ਼ੀ ਗੁੰਡਾਗਰਦੀ ਬੰਦ ਕਰੋ, ਕਾਨੂੰਨ ਕਾਇਦੇ ਨੂੰ ਫਾਲੋ ਕਰੋ, ਬੱਚਿਆਂ ਨੂੰ ਪਿਆਰ ਕਰੋ, ਆਂਢ ਗੁਆਂਢ ਨੂੰ ਪਿਆਰ ਕਰੋ, ਨਾਲ ਆਪਣੇ ਆਪ ਨੂੰ ਪੈਰੀ ਰੱਖੋ। ਜਦੋਂ ਤੁਸੀਂ ਆਹ ਚੀਜ਼ਾਂ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਫਿਰ ਤੁਹਾਡੀ ਜ਼ਿੰਦਗੀ ਖੁਸ਼ ਲੰਘਦੀ ਹੈ। ਨਹੀਂ ਤਾਂ ਮੈਂ ਵੇਖਿਆ ਲੋਕ ਇੱਥੇ ਸੇਰੀ ਖੁਰਕੀ ਜਾਂਦੇ ਨੇ ਵਿਚਾਰੇ, ਉਹਨਾਂ ਨੂੰ ਫਿਕਰ ਪਿਆ ਮੌਰਗੇਜ ਕਿਵੇਂ ਪੇ ਕਰਨੀ ਆ, ਬਿੱਲ ਆ ਗਿਆ, ਬੱਤੀਆਂ ਆ ਗਿਆ, ਪਤਾ ਨਹੀਂ ਕਿਵੇਂ ਜਿੱਦਾਂ ਲੋਕਾਂ ਨੇ। ਬਸ ਇਹ ਵੀ ਉਹ ਲੋਕ ਸੀਗੇ ਜਿਹੜੇ ਰੇਡੀਓਆਂ 'ਤੇ ਗਾਲਾਂ ਹੀ ਕੱਢੀ ਗਏ, ਆਹ ਦੇਖੋ ਜੀ ਪਾਗਲ ਬਣਾ ਗਿਆ, ਫਲਾਨਾ ਬਣਾ ਗਿਆ, ਜਿਹੜੇ ਗਾਲਾਂ ਕੱਢਣ ਵਾਲੇ ਸੀ, ਹੋਰ ਕੋਈ ਨਹੀਂ ਹੈ। ਤਾਂ ਮੁੜ ਕੇ ਬਾਅਦ 'ਚ ਹੁਣ ਉਹ ਬੰਦੇ ਪਛਤਾਉਂਦੇ ਨੇ। ਫਿਰ ਜਦੋਂ ਕੋਈ ਬੰਦਾ ਬਣਾ ਜਾਂਦਾ ਫਿਰ ਉਹਨਾਂ ਜੈਲਸੀ ਕਰੀ ਜਾਣੀ, ਫੇਰ ਕੀ ਹੋ ਗਿਆ, ਫਲਾਨਾ ਹੋ ਗਿਆ, ਇਹ ਵੀ ਚੀਜ਼ ਹੈ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ, ਆਪੋ ਆਪਣਾ ਦਿਮਾਗ, ਆਪੋ ਆਪਣਾ ਬ੍ਰੇਨ ਜ਼ਰੂਰ ਵਰਕ ਕਰੋ। ਬਾਦਲਾਂ ਨੂੰ ਗਾਲਾਂ ਆਪਾਂ ਰੇਡੀਓ 'ਤੇ ਬਥੇਰੀਆਂ ਕੱਢ ਲੈਂਦੇ ਨੇ, ਪਾਠੀਆਂ ਨੂੰ ਬਾਅਦ 'ਚੋਂ ਕਹਿ ਲਿਆ ਕਰਾਂਗੇ, ਕਿਉਂਕਿ ਜਦੋਂ ਘਰਾਂ 'ਚ 4 ਬੰਦੇ ਬੈਠਦੇ ਨੇ, ਸਾਡੇ ਸਿੱਖ ਜਿਹੜੇ ਪੰਜਾਬੀ ਲੋਕ ਆ ਉਹ ਪੁਆਇੰਟ ਦੀਆਂ ਗੱਲਾਂ ਬਹੁਤ ਘੱਟ ਕਰਦੇ ਨੇ, ਉਹਨਾਂ ਨੇ ਗੱਲਾਂ ਹੋਰ ਹੀ ਕਰਦੀਆਂ ਜਿਹਦੀ ਕੋਈ ਸੈਂਸ ਨਹੀਂ ਬਣਦੀ। ਮੈਂ ਪੰਪ ਟਰੱਕ ਚੁੱਕ ਲਿਆ, ਮੈਂ ਸਕਿੱਡ ਚੱਕ ਲਈ, ਗੋਰਾ ਲੜ ਪਿਆ ਉਹਨੂੰ, ਮੈਂ ਕਿਹਾ ਮੈਂ ਤਾਂ ਇੱਥੇ ਹੀ ਲਾਉਣਾ, ਫਲਾਨਾ ਲਾਉਣਾ, ਸੜਕ 'ਤੇ ਐਂ ਹੋ ਗਿਆ। ਨਹੀਂ, ਤੁਸੀਂ ਆ ਹਿੰਦੂ ਲੋਕਾਂ 'ਚ ਬੈਠ ਕੇ ਵੇਖਿਓ, ਆ ਮੈਂ ਇਹਨਾਂ ਦੇ ਵਿੱਚ ਬਹਿਨਾ, ਇਹਨਾਂ ਨੇ ਗੱਲ ਕਰਨੀ ਇਕੋਨਮੀ ਦੀ। ਇੱਕ ਇਹਨਾਂ ਦੀ ਪ੍ਰੋਬਲਮ ਆ, ਇਹ ਕਹਿੰਦੇ ਅਮੈਰੀਕਾ 'ਚ ਵੀ ਪ੍ਰੈਜੀਡੈਂਟ ਮੋਦੀ ਬਣਾ ਦਿਓ, ਮੋਦੀ ਚੱਕ ਦੇਗਾ। ਮੋਦੀ ਕੀ ਕਰੇਗਾ, ਕੱਖ ਵੀ ਨਹੀਂ ਵਿਚਾਰਾ ਉਹ। ਅੱਛਾ ਚਲੋ, ਉਹ ਤਾਂ ਇਹਨਾਂ ਦੀ ਪ੍ਰੋਬਲਮ ਹੈ, ਪਰ ਵੈਸੇ ਜਦੋਂ ਤੁਸੀਂ ਆਲ ਓਵਰ ਵੇਖਦੇ ਹੋ ਨਾ, ਇਹ ਬੰਦੇ ਗੱਲਾਂ ਬਾਤਾਂ ਦਾ ਤਰੀਕਾ ਇਹਨਾਂ ਦਾ ਵੱਖਰਾ। ਤੁਸੀਂ ਇਹਦਾ ਕੋਈ ਕੁਛ ਤਾਂ ਕੁਛ ਬੈਠ ਕੇ ਜਦੋਂ ਇਕੋਨਮੀ ਦੀ ਗੱਲ ਕਰਦੇ ਹੋ, ਪੈਸੇ ਦੀ ਗੱਲ ਕਰਦੇ ਹੋ, ਤਾਂ ਫਿਰ ਤੁਸੀਂ ਇੱਧਰਲੇ ਪਾਸੇ ਨੂੰ ਤੁਰਦੇ ਹੋ, ਫਿਰ ਤੁਹਾਡਾ ਥੋੜ੍ਹਾ ਸਿਸਟਮ ਠੀਕ ਹੁੰਦਾ। ਹੁਣ ਜੇ ਮੈਂ ਆਪਣੀ ਗੱਲ ਕਰਾਂ, ਜਦੋਂ ਮੈਂ ਆਪਣੇ ਸਾਡੇ ਸਰਕਲ 'ਚ ਬੈਠਦਾ ਸੀ, ਸਾਡੇ ਮੇਰੇ ਬਰੋਨ ਲਾ ਦਾ ਸਰਕਲ ਸੀ, ਉਹਦੇ ਰਿਸ਼ਤੋਂ ਰਿਲੇਟਿਵ ਸਾਰੇ ਉਹ ਟਰੱਕਾਂ ਵਾਲੇ ਸੀ, ਅਸੀਂ ਬੈਠਣਾ ਸੀ, ਟਰੱਕਾਂ ਦੀਆਂ ਗੱਲਾਂ ਕਰੀ ਜਾਣੀਆਂ, ਐਂ ਹੋ ਗਿਆ, ਉਹਨਾਂ ਨੇ ਕਹਿਣਾ ਪੰਪ ਟਰੱਕ ਲਾ ਤਾ, ਸਕਿੱਡ ਲਾ ਤੀ, ਫਲਾਨੇ ਲੋਡ ਲੈ ਗਏ। ਮੈਂ ਇੰਗਲੈਂਡ ਚਲ ਗਿਆ ਉੱਥੇ 2 ਵੀਕਾਂ ਦੇ ਲਈ ਵਕੇਸ਼ਨ 'ਤੇ, ਉੱਥੇ ਮੇਰੇ ਭਰਾ ਨੇ ਵੀ ਇਨਵੈਸਟ ਕੀਤਾ ਸੀਗਾ ਇਹਦੇ ਵੱਲ, ਸੋ ਥੋੜ੍ਹਾ ਬਹੁਤਾ ਝੁਕਾ ਸੀ। ਅਤੇ ਜਦੋਂ ਮੈਂ ਉੱਥੇ ਬੰਦਿਆਂ ਬੈਠਾ, ਉਹ ਕੋਈ ਬੰਦਾ ਗੱਲ ਕਰੇ, ਇਹਨੇ ਹਾਰਡਵੁੱਡ ਦੇ 7 ਸਟੋਰ ਖੋਲ੍ਹ ਲਿਆ, ਇਹਨੇ ਫਲਾਨਾ ਖੋਲ੍ਹ ਲਿਆ, ਮੈਂ ਕਿਹਾ ਇਹ ਗੱਲਾਂ ਹੀ ਵੱਖਰੀਆਂ ਕਰਦੇ ਨੇ। ਫਿਰ ਕਹਿੰਦੇ ਇਹਨੇ ਪ੍ਰੋਪਰਟੀ ਲਈ ਸੀ 3 ਲੱਖ ਪਾਉਂਡ ਦੀ, ਉਹ 3.5 ਦੀ ਹੋ ਗਈ, 4 ਦੀ ਹੋ ਗਈ। ਮੈਂ ਉੱਥੇ ਉਹਨਾਂ ਦੀਆਂ ਗੱਲਾਂ 2 ਵੀਕਾਂ ਸੁਣਦਾ ਰਿਹਾ, ਉੱਥੋਂ ਮੇਰਾ ਮਾਇੰਡ ਚੇਂਜ ਹੋਇਆ। ਮੈਂ ਕਿਹਾ ਮੈਂ ਗਲਤ ਕਰਾਊਡ ਦੇ ਵਿੱਚ ਬੈਠਦਾ, ਇਹ ਬੰਦੇ ਅਤੇ ਗਾਂਹ ਨੂੰ ਤੁਰਨ ਵਾਲੇ ਨੇ। ਉਹ ਹੀ ਸੱਚੀ ਗੱਲ ਵੀ ਹੋਈ ਫਿਰ। ਸੋ ਇਸ ਕਰਕੇ ਥੋੜ੍ਹਾ ਆਪਣਾ ਕਰਾਊਡ ਜਿਹੜਾ ਉਹਨੂੰ ਬੈਟਰ ਕਰੋ, ਚੰਗੇ ਲੋਕਾਂ 'ਚ ਬੈਠੋ। ਇੱਥੇ ਆਪਾਂ ਤਰੱਕੀ ਕਰਨੀ ਆਏ ਹਾਂ, ਬੈਟਰ ਕਰਨਾ ਹੈ, ਤੁਹਾਡੇ ਬੱਚੇ ਖੁਸ਼ ਹੋਣਗੇ, ਤੁਸੀਂ ਖੁਸ਼ ਹੋਵੋਗੇ, 4 ਪੈਸੇ ਹੋਣਗੇ, ਕੋਈ ਮਾੜੀ ਗੱਲ ਨਹੀਂ ਹੈ, ਇਨਸਾਨੀਅਤ ਵੀ ਹੋਣੀ ਚਾਹੀਦੀ ਹੈ। ਸੋ ਸਾਰਾ ਕੁਛ ਹੀ ਹੋਣਾ ਚਾਹੀਦਾ। ਲਓ ਜੀ, ਨੰਬਰ ਹੈਗਾ ਤਰਨ ਦਾ 6479 928 1056, ਨੰਬਰ ਹੈ 6479 928 1056, ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6479 928 1056 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਇੱਕ ਵਾਰ ਮੈਂ ਜ਼ਿਕਰ ਫਿਰ ਕਰਾਂਗਾ, ਪਲੈਨਰ ਫਾਈਨੈਂਸ਼ੀਅਲ ਤੋਂ ਗੌਰ ਕੁਮਾਰ ਨੇ ਪੱਟੀਆਂ 'ਚ ਮੋਰੀਆਂ ਕਰਨ ਵਾਲੇ ਸੂਬੇ ਤੋਂ ਲੈ ਕੇ ਪ੍ਰਾਈਵੇਟ ਜੈੱਟ ਨੂੰ ਫਾਈਨੈਂਸ ਕਰ ਦਿੰਦੇ ਨੇ, 6474 409 7701 ਨੰਬਰ ਹੈ। ਬਾਈ ਜੀ ਤੁਸੀਂ ਆ ਜਾਓ, ਹੁੰਦਰ ਸਾਹਿਬ ਮਾਫ਼ ਕਰਨਾ ਡਰੋਪ ਹੋ ਗਈ ਜੀ, ਆ ਜਾਓ, ਵੈਲਕਮ ਕਰ ਲਓ ਹੁਣ। ਹਾਂਜੀ, ਸਤਿ ਸ਼੍ਰੀ ਅਕਾਲ ਪੱਟਾ ਸਾਹਿਬ, ਡਿਬੇਟ ਤਾਂ ਤੁਹਾਡੀ ਵਧੀਆ ਸੁਣ ਲਈ। ਮੈਂ ਪੁੱਛ, ਜਿਹੜੇ ਬੰਦੇ ਭਗਵੰਤ ਮਾਨ ਦੇ ਹੱਕ 'ਚ ਆ ਜਾਂਦੇ, ਕਾਮਰੇਡ ਤਬਕਾ, ਇਹ ਇਹਨਾਂ ਨੂੰ ਪੁੱਛੋ ਵੀ ਕੰਮ ਤੁਸੀਂ ਕਰਨਾ ਕੋਈ ਨਹੀਂ, ਤੇ 600 ਜੂਨ ਤੋਂ ਬਜਾਏ ਹੋਰ ਕੋਈ ਕੰਮ ਨਹੀਂ ਹੋਇਆ। ਮੈਂ ਤੁਹਾਡੇ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਆ, ਜੇ ਡਿਬੇਟ ਕਰਨੀ ਹੈ ਨਾ ਤੇ ਉਹਦੇ ਕੋਲ ਨਸ਼ਾ ਬੰਦ ਹੁੰਦਾ, ਜੇ ਨਸ਼ਾ ਨਹੀਂ ਬੰਦ ਹੁੰਦਾ ਤੇ ਤੂੰ ਹਥਿਆਰ ਹੀ ਆਉਣੇ ਬੰਦ ਕਰਦੇ। ਉਹਨਾਂ ਜਿਹਨਾਂ ਸਟੇਟਾਂ 'ਚ ਆਉਂਦੇ ਆ, ਉਹਨਾਂ ਸਟੇਟਾਂ ਦੇ ਕਦੀ ਇਹਨੇ ਗ੍ਰਹਿ ਮੰਤਰੀਆਂ ਨਾਲ ਕਿਸੇ ਨੂੰ ਨੀ ਇਹਨੇ ਲਿਖਿਆ ਵੀ ਹਾਂ ਤੁਹਾਡੇ ਸਟੇਟ ਤੋਂ ਸਾਡੇ ਹਥਿਆਰ ਆ ਰਹੇ ਆ, ਉਸ ਬੰਦੇ ਵੀ ਮਰ ਰਹੇ ਆ। ਜਿਹੜੇ ਅੱਜ ਦੀ ਖ਼ਬਰ ਆ ਰਹੀ ਸੀ, ਕਪੂਰਥਲੇ ਲਾਗੇ ਕਿਸੇ ਪਿੰਡ ਦੇ ਉੱਤੇ NRI ਦੇ ਘਰ ਤੇ ਫਾਇਰਿੰਗ ਹੋਈ ਆ, ਉਹਨਾਂ ਕੋਲੋਂ 5 ਕਰੋੜ ਰੁਪਇਆ ਮੰਗਿਆ। ਹੁਣ ਦੱਸੋ ਕਿਹੜਾ ਬੰਦਾ ਜਿਹੜਾ ਇੱਥੋਂ ਗਿਆ, ਕੋਈ 5 ਕਰੋੜ ਹਰ ਬੰਦਾ ਕਿਤੇ ਦੇ ਸਕਦਾ? ਮੇਰਾ ਨੀ ਖਿਆਲ ਕੋਈ ਕਰੋੜ ਵੀ ਦੇ ਸਕਦਾ ਕਿਸੇ ਨੂੰ। ਅਗਲਾ ਵਾਪਸ ਜਾਊਗਾ, ਇਹ ਡਰਾ ਰਿਹਾ ਕਿ ਜਿਹੜੇ ਬਾਹਰਲੇ ਬੰਦੇ ਆ ਉਹ ਕਿਤੇ ਵੀ ਵਾਪਸ ਆਉਣ ਨਾ, ਤੇ ਨਾ ਉਹ ਆਪਣੀਆਂ ਕੋਈ ਜ਼ਮੀਨਾਂ ਦੇ ਰੱਖਣ, ਡਰਦੇ ਮਾਰੇ ਵੇਚਣ। ਦੇਖੋ ਉਹਦਾ ਸਾਹਿਬ, ਨੰਬਰ 2 ਗੱਲ ਇਸ ਤਰ੍ਹਾਂ ਵੀ ਇਹ ਇੱਕ, ਮੈਂ ਇੰਨੀ ਗੱਲ ਜ਼ਰੂਰ ਕਹਿੰਦਾ, ਮੇਰੇ 'ਤੇ 10 ਪਾਸ਼ਿਆਂ ਦੀ ਮਿਹਰ ਹੈ, ਇਹ ਸਿਰਫ ਕੁਛ ਲੋਕ ਮਸ਼ਹੂਰ ਹੋਣਾ ਜਾਂ ਐਵੇਂ ਵੀਡੀਓ ਵਾਇਰਲ ਕਰਾਉਣ ਜਾਂ ਫਲਾਨੇ ਇੱਦਾਂ ਦੀ ਸੋਚ ਰੱਖਦੇ ਨੇ।
ਇਹਨਾਂ ਦੀਆਂ 20 ਪੀੜ੍ਹੀਆਂ ਮੇਰੇ ਨਾਲ ਡਿਬੇਟ ਨਹੀਂ ਕਰ ਸਕਦੀਆਂ, ਇਹ ਹੰਕਾਰ ਵਾਲੀ ਗੱਲ ਨਹੀਂ ਹੈ। ਜਿੰਨੀ ਮੇਰੇ ਕੋਲ ਸਟੱਡੀ ਹੈ, ਸੰਵਿਧਾਨ ਮੈਂ ਪੜ੍ਹੇ ਨੇ, ਕੌਨਸਟੀਟਿਊਸ਼ਨ 'ਤੇ ਮੈਂ ਗੱਲ ਕਰ ਲੈਂਦਾ, ਇਕੋਨਮੀ, ਜੀ ਡੀ ਪੀ, ਦੁਨੀਆ ਕਿੱਥੇ ਖੜ੍ਹੀ ਹੈ, ਕਿਹੜਾ ਅਸਲਾ ਕਿਹੜੀ ਕੰਟਰੀ ਕੋਲ ਆ, ਕੀ ਕੁਛ ਫਿਊਚਰ 'ਚ ਹੋ ਸਕਦਾ। ਜਦੋਂ ਮੈਂ ਤੁਹਾਨੂੰ ਪਿਛਲੇ ਸਾਲ ਕਹਿ ਰਿਹਾ ਵੀ ਤੁਹਾਨੂੰ ਖਾਲਿਸਤਾਨ ਨੈਟੋ ਲੈ ਕੇ ਦੇ ਸਕਦੀ ਹੈ, ਤਾਂ ਇੱਦਾਂ ਦੇ ਲੋਕ ਆ ਗਏ, ਅਤੇ ਅੱਜ ਨੈਟੋ ਜਿਹੜੀ ਮੈਪ ਦੇ ਰਹੀ ਆ ਤੁਹਾਨੂੰ, ਤਾਂ ਤੁਹਾਨੂੰ ਮੈਂ ਦੱਸਿਆ ਵੀ ਆਉਣ ਵਾਲੇ ਸਮੇਂ 'ਚ ਵੀ ਹੋਵੇਗਾ। ਸੋ ਜਿਹੜਾ ਅਕਾਲ ਪੁਰਖ ਦੀ ਮਿਰਤੇ ਮਿਹਰੇ ਤਾਂ 20 ਸਾਲ ਜੰਪ ਕੇ ਆ ਜਾਣ, ਨਾਲੇ ਇਹ ਰੈਗੂਲਰ ਕਾਲਰ ਨੇ, ਮੈਨੂੰ ਪਤਾ ਹੈਗਾ ਕਿਹੜਾ ਬੰਦਾ ਕੀ ਕਰਨਾ ਚਾਹੁੰਦਾ। ਇਹਨਾਂ ਦਾ ਸਭ ਤੋਂ ਇਲਾਜ ਇਹ ਹੈ, ਡੋਂਟ ਟਾਕ ਟੂ ਦੈਮ, ਕਿਉਂਕਿ ਇਹ ਵਾਇਰਲ ਹੋਣਾ ਚਾਹੁੰਦੇ ਨੇ, ਵਾਇਰਲ ਨਹੀਂ ਹੋਣ ਦੇਣੇ। ਜਿਸ ਹੈਗਾ ਤੇ ਫੋਨ ਟੇਕ ਦਾ ਨੈਕਸਟ ਕਾਲ, ਸਭ ਤੋਂ ਵਧੀਆ ਚੀਜ਼ ਹੈ। ਇੱਦਾਂ ਦੇ ਬਥੇਰੇ ਫਿਰਦੇ ਨੇ, ਜੇ ਅਸੀਂ ਇੱਦਾਂ ਦੀ ਲੰਡੀ ਬੁੱਚੀ ਪ੍ਰਮੋਟ ਕਰਨ ਲੱਗ ਪਏ, ਵਾਇਰਲ ਕਰਵਾ ਦਿੱਤੀ, ਤਾਂ ਫਿਰ ਸਾਡੇ ਵਰਗਿਆਂ ਨੂੰ ਕੌਣ ਪੁੱਛੇਗਾ। ਇਹ ਤਾਂ ਕਈ ਬੰਦਿਆਂ ਨੇ ਮਿਸਟੇਕ ਕਰਕੇ ਲੜ ਝਗੜ ਕੇ ਉਹਨੂੰ ਮਸ਼ਹੂਰ ਕਰਤਾ, ਇਹਨੂੰ ਮਸ਼ਹੂਰ ਕਰਤਾ, ਫਲਾਨਾ ਕਰਤਾ, ਉੱਥੋਂ ਟਰਬਲ ਆਉਂਦੀ ਹੈ ਕਈ ਵਾਰੀ। ਹਾਂਜੀ ਹਾਂਜੀ, ਇਹਨਾਂ ਦੀ ਜ਼ਰੂਰਤ ਨੂੰ ਤੇ ਅਸੀਂ ਤਾਂ ਪਹਿਚਾਣੀ ਹੈ ਨਾ, ਜਿੱਦਾਂ ਉਹ ਮਮਤਾ ਬੈਨਰਜੀ ਬੰਗਾਲ ਵਾਲੀ ਆ, ਉਹ ਸੈਂਟਰ ਮੂਹਰੇ ਅੜਦੀ ਆ। ਇੱਕ ਵੀ ਡਿਸੀਜਨ ਕਿਸੇ ਅੱਜ ਤੱਕ ਸਿਵਾਏ ਪ੍ਰਤਾਪ ਸਿੰਘ ਕੈਰੋਂ ਤੋਂ, ਅੱਜ ਤੱਕ ਕੋਈ ਵੀ ਪੰਜਾਬ ਦਾ ਸੀਐਮ ਸੈਂਟਰ ਮੂਹਰੇ ਨਹੀਂ ਅੜਦਾ। ਜੇ ਅੜੇ ਹੋਣ ਤੇ ਕੁਛ ਨੂੰ ਕੁਛ ਲੈ ਵੀ ਬਹਿੰਦੇ, ਜੇ ਹੁਣ ਜੁੱਤੀਆਂ ਹੀ ਖਾਣੀਆਂ, ਮੂੰਹ ਅਗਲਾ ਇੱਕ ਚਪੇੜ ਮਾਰਦਾ, ਤੁਸੀਂ ਮੂੰਹ ਦੂਜੇ ਪਾਸੇ ਕਰ ਦਿੰਦੇ ਆ, ਤੂੰ ਦੂਜੇ ਵੀ ਪੈ ਜਾਣੀ ਆ। ਤੇਰੀ ਝਾਕੀ ਨੀ ਦਿੱਤੀ, ਤੂੰ ਉਹਨੂੰ ਸਿੱਧਾ ਪੁੱਛ ਵੀ ਪੰਜਾਬ ਤੁਹਾਡਾ ਹਿੱਸਾ ਹੈ ਜਾਂ ਨਹੀਂ ਆ, ਇੰਨੀ ਜੁੱਤ ਹੈ, ਇਹ ਗੱਲ ਪੁੱਛਣੀ ਨੀ। ਨਾ ਤੂੰ ਕੋਈ ਪੈਕੇਜ ਲਿਆ ਕੋਈ ਸੈਂਟਰ ਕੋਲੋਂ, ਅੱਜ ਤੱਕ ਪੈਕੇਜ ਨੀ ਲਿਆ ਹੋਇਆ ਇਹਦੇ ਕੋਲੋਂ, ਮੈਂ ਆਹ ਲਵਾਂ। ਬਾਕੀ ਆ ਜਿਹੜੇ ਟੁੱਟੇ ਫੁੱਟੇ ਕੰਮ ਜਿਹੜੇ ਕਿਸੇ ਦੀਆਂ, ਕਿਸੇ ਦੀ ਇੱਕ ਦੀ ਜੋਬ ਲਵਾ ਦਿੱਤੀ, ਇਹ ਤਾਂ ਜੀ ਐਵੇਂ ਪਾਪੂਲਰ ਐਵੇਂ ਫੇਮਸ ਹੋਣ ਲਈ ਆ, ਹੋਰ ਕੋਈ ਨੀ। ਬਾਕੀ ਇਹਦੇ ਕੋਈ ਵੀ ਵੱਡਾ ਪ੍ਰੋਜੈਕਟ ਨੇ ਨਾ ਲਿਆ ਹੋਣਾ ਤੇ ਨਾ ਲਿਆ ਜਾਂਦੇ, ਨਾ ਇਹ ਕੁਛ ਹੋਣਾ। ਨਹੀਂ ਨਹੀਂ, ਇਹਦੇ ਕੋਲ ਕਿਉਂ ਨਾ, ਇਹ ਤਾਂ ਮਿੱਟੀ ਦਾ ਮਾਧੋ ਹੈ, ਐਵੇਂ ਖਤਮ ਹੋ ਗਿਆ, ਕੋਈ ਮੁੱਦਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਉਹਦਾ ਕੋਈ ਹੈ ਨਹੀਂ ਇਹਦੇ ਕੋਲ, ਵਿਚਾਰੇ ਕੋਲ ਕੱਖ ਵੀ। ਤੁਹਾਡੇ ਸਾਹਮਣੇ ਸਾਰਾ ਕੁਛ ਹੈ, ਪੰਜਾਬ ਪਿਆ, ਕੀ ਪੰਜਾਬ 'ਚ ਕੀ ਕਿਹੜੀ ਉੱਥੇ ਇੰਡਸਟਰੀ ਆ ਗਈ ਆ, ਦੱਸੋ ਮੈਨੂੰ ਕੀ ਪੰਜਾਬ 'ਚ ਆ ਗਿਆ, ਕੀ ਇਹਨੇ ਕੰਮ ਕੀਤੇ ਨੇ, ਕੀ ਪੁਲਿਸ ਦਾ ਸਿਸਟਮ ਵਧੀਆ ਹੋ ਗਿਆ, ਕੀ ਉੱਥੇ ਡਰੱਗ ਜਿਹੜੀ ਬੰਦ ਕਰਾ ਦਿੱਤੀ ਆ, ਕਿੰਨੇ ਕੀ ਕ੍ਰਾਈਮ ਬਦਮਾਸ਼ ਬਣੇ ਫਿਰਦੇ ਨੇ, ਕੋਈ ਕਿਸੇ ਨੂੰ ਧਮਕੀਆਂ ਦੇਈ ਜਾਂਦਾ, ਕਾਨੂੰਨ ਨਹੀਂ, ਕੋਈ ਕੈਦਾ ਨਹੀਂ, ਕੋਈ ਹਾਲਾਤ ਨਹੀਂ, ਜੇਲ੍ਹਾਂ 'ਚ ਲੋਕ ਇੰਟਰਵਿਊ ਕਰੀ ਜਾਂਦੇ ਨੇ, ਅਤੇ ਕੀ ਇਹ ਕੋਈ ਲੀਡਰ ਹੋਇਆ ਫਲਾਪ ਨੇ ਸਾਵੇ। 20 ਕਿਲੋ ਦੇ ਉਹ ਬੰਦੇ ਆ ਜਿਹੜੇ ਉਹ ਪਿਸਤੌਲ ਚੁੱਕੀ ਫਿਰਦੇ ਆ, ਲੋਕਾਂ ਨੂੰ ਡਰਾ ਡਰਾ ਕੇ ਉਹਨਾਂ ਕੋਲ ਪੈਸੇ ਲੈਂਦੇ ਆ, ਉਹਨਾਂ ਨੂੰ ਗੋਲੀਆਂ ਮਾਰ ਜਾਂਦੇ। ਵੀ ਜੇ ਤੂੰ ਇੰਨੀ ਯੋਗਾ ਹੀ ਆ, ਪਹਿਲੀ ਜਿੱਦਣ ਪਹਿਲੇ ਦਿਨ ਇਹਨੇ ਸਹੁੰ ਚੁੱਕੀ ਸੀ, ਉਦਣ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਤੈਨੂੰ ਰਾਈਟ ਵੇ ਚਾਹੀਦਾ ਵੀ 24 ਘੰਟਿਆਂ ਦੇ ਵਿੱਚ ਵਿੱਚ ਮੈਂ ਬੰਦੇ ਉਹ ਜਿਹੜੇ ਆ ਉਹਨਾਂ ਨੂੰ ਫੜੋ, ਜਿੱਦਾਂ ਵੀ ਜਿੰਦਾ ਜਾਂ ਮੁਰਦਾ ਉਹਨਾਂ ਨੂੰ ਠੋਕੋ ਉਸੇ ਟਾਈਮ, ਤੇ ਇਹਦਾ ਉਦਣ ਤੋਂ ਹੀ ਕੰਮ ਚੱਲ ਜਾਣਾ। ਪਰ ਇਹ ਤੇ ਚੋਪੀ ਕਰ ਗਿਆ, ਉਸ ਮਸਲੇ ਤੇ ਬੋਲਿਆ ਹੀ ਕੁਛ ਨੀ, ਉਦਣ ਵੀ ਤੇਰੀ ਅੱਜ ਸਹੁੰ ਚੁੱਕ ਸਮਾਗਮ ਆ ਤੇ ਥੈਂਕ ਯੂ, ਧੰਨਵਾਦ। ਇੱਕ ਖੋਟਾ ਸਿੱਕਾ ਦੀ ਆਈਡੀ ਆਈ ਹੈ, ਮੇਰਾ ਯੋਧਾ ਇਹ, ਸੋ ਇਹਨੂੰ ਫਾਲੋ ਕਰੋ, KHOTA, ਇਹਨੂੰ ਫਾਲੋ ਕਰੋ ਜਿੰਨੇ ਵੀ ਕਰ ਸਕਦੇ ਹੋ, ਇਹ ਬਹੁਤ ਸਪੋਰਟ ਕਰਦੇ ਨੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਲਓ ਜੀ, ਸੋ ਹੁਣ ਆਪਾਂ ਅਗਲੀ ਕਿਹੜੀ ਆ ਗਈ ਹੈ, ਸੋ ਬਹੁਤ ਬਹੁਤ ਧੰਨਵਾਦ ਹੈ ਜੀ, ਥੈਂਕ ਯੂ। ਹੁਣ ਤੁਸੀਂ ਯੋਧੇ ਹੋ, ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਤਾਂ ਨੰਬਰ ਮੇਰਾ ਸੈੱਲਫੋਨ ਹੈ 4166669000, ਤੇ ਮੈਂ ਇੱਕ ਛੋਟੀ ਬ੍ਰੇਕ ਲਵਾਂਗਾ, ਉਸ ਤੋਂ ਬਾਅਦ ਆਪਾਂ ਆਉਂਦੇ ਵਾਪਸ। Mama's Pizza 1957 ਤੋਂ ਟੋਰਾਂਟੋ ਦਾ ਫੇਵਰਿਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਸਾਡੀ ਨਵੀਂ ਲੋਕੇਸ਼ਨ ਤੁਹਾਡੇ ਲਈ ਹੁਣ ਬ੍ਰੈਂਪਟਨ ਵਿੱਚ 1965 ਕੋਟਰਿਲ ਬੁਲੇਵਾਰਡ, ਕੋਟਰਿਲ ਐਂਡ ਮੈਕਵੀਨ ਤੇ। ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ, ਲਾਰਜ ਪੀਜ਼ਾ ਕੋਈ ਵੀ ਦੋ ਟੌਪਿੰਗਸ ਦੇ ਨਾਲ ਸਿਰਫ $9.95 ਪਲੱਸ ਟੈਕਸ। Mama's Pizza, ਆਰਡਰ ਆਨਲਾਈਨ ਐਟ mamaspizza.com। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care. ਕੁਇਕ ਟਰੱਕ ਲਿਊਬ।
यार ते बहुत कमाल दा मिल गया अप्लायंसेस भी बढ़िया मिल जान ते सोने दे सुहागा हो जाए ता फिर अप्लायंस जंक्शन आओ हर तरह दे हाई एंड अप्लायंस दी वाइड वैरायटी ते बेस्ट डील्स पाओ ऑल ब्रांड्स अवेलेबल मॉडर्न किचन डिजाइन करवाउन च इना दा स्टाफ पूरी मदद करदा है किसी भी प्राइस नु 10% नाल बीट कर देने वधेरे जानकारी लई कॉल करो 905-450-0053 905-450-0054 नियर मिसिसागा रोड एंड स्टील्स फेसिंग स्टील्स इनसाइड रिवर मॉन्ट प्लाजा 30 रिवर माउंट रोड अप्लायंस जंक्शन यार काश मेरे कोल कोई जिन हुंदा तां जो मैं अपना ट्रैवलिंग दे झंझट दा सलूशन उस तो करवा लंदा एदे लई जिन दी नहीं तुहानू लोड है कटारिया टूर्स एंड ट्रैवल्स दी ए यूके यूएसए यूरोप दुबई ते होर कई कंट्रीज दा वीजा लगवांदे ने सब तो सस्तिया टिकट्स लई अज ही कॉल करो 905-678-1200 या लॉग इन करो katariatravels.com ते katariatravels.com ते Our new house is beautiful. All we need now are stainless steel appliances. ਇਹ ਕਿਹੜੀ ਗੱਲ ਹੈ ਤੁਹਾਨੂੰ ਹੁਣੇ ਲੈ ਚੱਲਦੇ ਆ ਬਿੱਲਾ ਅਪਲਾਈਂਸਸ ਤੇ Oh, the ones that serve at two locations? ਜੀ ਹਾਂ, Steel Case Road, Markham 905-475-9259. ਦੂਜੀ location 2931 St. Clair Avenue, East, 416-285-9259. They'll beat every advertised price. Visit karo www.billaappliances.com. Billa Appliances. ਸਤਿ ਸ਼੍ਰੀ ਅਕਾਲ ਜੀ ਮੈਂ ਸਗਨਦੀਪ ਸੋਫਾ ਸਟੂਡੀਓ ਤੋਂ ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ ਰਾਊਂਡ ਸੋਫੇ ਪਾਈ ਸ਼ੇਪ ਯੂ ਸ਼ੇਪ ਜਾਂ ਕੱਲੇ ਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $50 ਮਹਿੰਗੇ ਹੋਈਏ ਸੇਲਾਂ ਦਾ ਲਾਲਚ ਨਹੀਂ ਦਿੰਦੇ ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ ਫੋਮ ਦੀ ਸਪਰਿੰਗਾਂ ਦੀ ਫਰੇਮ ਦੀ ਰਿਟਨ ਵਾਰੰਟੀ ਆ ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ 8550 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਕੈਪਚਰ ਲੌਜਿਸਟਿਕ ਇਹਨਾਂ ਨੂੰ ਟੀਮ ਤੇ ਸਿੰਗਲ ਡਰਾਈਵਰ ਦੀ ਲੋੜ ਆ ਜੇ ਤੁਸੀਂ ਏਜ਼ਰ ਡਰਾਈਵਰ ਲਾਇਸੈਂਸ ਹੋਲਡ ਕਰਦੇ ਹੋ ਜੌਬ ਦੀ ਭਾਲ ਦੇ ਵਿੱਚ ਤੁਸੀਂ ਅੱਜ ਹੀ ਕਾਲ ਕਰ ਸਕਦੇ ਹੋ ਕੈਪਚਰ ਲੌਜਿਸਟਿਕਸ ਵਾਲਿਆਂ ਨੂੰ ਬ੍ਰੈਂਡ ਨਿਊ ਟਰੱਕ ਐਂਡ ਟ੍ਰੇਲਰਸ ਨੇ ਇਹਨਾਂ ਕੋਲੇ ਡੈਡੀਕੇਟਡ ਰਨ ਨੇ ਓਨਟਾਰੀਓ ਟੂ USA ਨੋਵਾਸਕੋਸ਼ੀਆ ਟੂ USA ਤੇ ਕਿਊਬਕ ਟੂ USA ਕਾਲ ਤੁਸੀਂ ਅੱਜ ਹੀ ਕਰ ਸਕਦੇ ਹੋ 519-215-3311 519-215-3111 ਕੈਪਚਰ ਲੌਜਿਸਟਿਕਸ ਸਿਰਸਮਾ ਇਮੀਗ੍ਰੇਸ਼ਨ ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਸਲਾਹ ਦੀ ਲੋੜ ਆ ਕਾਲ ਕੈਨੇਡੀਅਨ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਅੰਕਿਤ ਮਾਨ ਹੀ ਕੈਨ ਹੈਲਪ ਯੂ ਵਿਦ LMIA ਵਰਕ ਪਰਮਿਟ ਸਟੱਡੀ ਪਰਮਿਟ ਸਿਟੀਜ਼ਨਸ਼ਿਪ ਐਕਸਪ੍ਰੈਸ ਐਂਟਰੀ PNP ਪ੍ਰੋਗਰਾਮ ਜਾਂ ਪਹੁੰਚੋ 70 ਏ ਬ੍ਰੈਮਲੀ ਰੋਡ ਕਾਲ ਕਰੋ ਅੰਕਿਤ ਮਾਨ 647-534-7004 647-534-7004 ਸਿਰਸਮਾ ਇਮੀਗ੍ਰੇਸ਼ਨ ਆਟੋਮੈਨ ਐਕਸਪ੍ਰੈਸ ਨੂੰ ਸਿੰਗਲ ਅਤੇ ਟੀਮ ਡਰਾਈਵਰਸ ਦੀ ਲੋੜ ਹੈ ਟੈਕਸਿਸ ਲਈ ਸਿੰਗਲ ਡਰਾਈਵਰ ਕੈਲੀਫੋਰਨੀਆ ਲਈ ਸਿੰਗਲ ਅਤੇ ਟੀਮ ਦੀ ਲੋੜ ਹੈ ਫਲੋਰੀਡਾ ਜਾਰਜੀਆ ਅਤੇ ਮਿਡਵੈਸਟ ਸਿੰਗਲ ਅਤੇ ਟੀਮ ਦੇ ਲਈ ਡੈਡੀਕੇਟਿਡ ਰਨ ਹਨ ਪੇਮੈਂਟ ਰਾਈਟ ਔਨ ਟਾਈਮ ਆਟੋਮੈਨ ਐਕਸਪ੍ਰੈਸ ਨੰਬਰ ਟੂ ਕਾਲ 905-796-4616 ਫਰੈਸ਼ ਫੂਡ ਸੈਂਟਰ ਏਸ਼ੀਅਨ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਜਿੱਥੋਂ ਕਿ ਤੁਸੀਂ ਫਰੈਸ਼ ਫਲ ਫਰੂਟ ਦਾਲਾਂ ਸਬਜ਼ੀਆਂ ਦੁੱਧ ਤੇ ਘਿਓ ਲੈ ਸਕਦੇ ਆ ਪਹੁੰਚੋ 12570 ਕੈਨੇਡੀ ਰੋਡ ਨਾਰਥ ਆਫ ਮੇਫੀਲਡ ਕੈਲੇਡਨ ਵਿੱਚ 905-843-2224 905-843-2224 ਫਰੈਸ਼ ਫੂਡ ਸੈਂਟਰ ਹਲੋ ਜੀ ਮੇਰੇ ਜਿਗਰ ਦਿਓ ਟੁਕੜਿਓ ਇੰਨਾ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਨਾਲ ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ 416-669-0000 ਉਸ ਅਕਾਲ ਪੁਰਖ ਨੇ ਚਾਹਿਆ ਅਤੇ ਕੱਲ੍ਹ ਨੂੰ ਮਾਫ਼ ਕਰਨਾ ਕੱਲ੍ਹ ਨੂੰ ਸੈਟਰਡੇ ਸੰਡੇ ਮੰਡੇ ਨੂੰ ਜਾਂ ਟਿਊਜ਼ਡੇ ਨੂੰ ਆਪਾਂ 12 ਵਜੇ ਮੁਲਾਕਾਤ ਫੇਰ ਕਰਨੀ ਹੈ ਬੋਲ ਸੋ ਧਰਮੜੀਆ ਮੋਨਕਤ ਧਾਰੀ ਰਾਮ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਜੀ ਮਿਲਤੀ ਹੈ ਜ਼ਿੰਦਗੀ ਮੇਂ ਮੁਹੱਬਤ ਕਭੀ ਕਭੀ ਮਿਲ